ਸਾਰਿਆਂ ਨੂੰ ਕਰਨ ਲਈ ਨਾ, ਤੁਸੀਂ ਹੋਮਵਰਕ ਚਾਹੇ ਨਾ ਵੀ ਕਰਿਓ, ਬਿਕੋਜ਼ ਆਪਣੀ ਜਿਹੜੀ ਤੁਹਾਡੀ ਅਕੈਡਮਿਕ ਸਟੱਡੀਜ਼ ਹੈਗੀ ਉਹ ਜ਼ਰੂਰੀ ਹੈ ਸਾਡੇ ਲਈ। ਠੀਕ ਹੈ ਜੀ, ਕਰਨ ਪਲੀਜ਼ ਕੰਟੀਨਿਊ। ਵੀਰ ਜੀ, ਮੈਂ ਨਾ ਤੇਲੰਗਾਨਾ ਸਟੇਟ ਦੇ ਵਿੱਚ ਰਹਿੰਦਾ। ਓਕੇ, ਇੱਥੋਂ ਨਾ ਨਾਂਦੇੜ ਹਜ਼ੂਰ ਸਾਹਿਬ 300 ਕਿਲੋਮੀਟਰ ਸੀਗਾ। ਓਕੇ, ਗ੍ਰੇਟ। ਜਿਹੜੇ ਨਰਿੰਦਰ ਸਿੰਘ ਸਿੰਘ ਜੀ ਹੈਗੇ ਉਹ ਮੇਰੇ ਮਾਮਾ ਜੀ ਲੱਗਦੇ ਆ। ਨਰਿੰਦਰ ਸਿੰਘ ਭਾਜੀ? ਓਕੇ ਓਕੇ ਹਾਂਜੀ, ਓਕੇ, ਲੁਧਿਆਣੇ ਵਾਲੇ ਨਰਿੰਦਰ ਸਿੰਘ ਚੋਟੀ ਹੈ ਨਾ? ਹਾਂਜੀ, ਦਲਜੀਤ ਦਲਜੀਤ ਹਾਂਜੀ, ਮਾਮੀ ਦਲਜੀਤ ਲੱਗਦੀ ਆ ਮਾਮਾ। ਮੈਨੂੰ ਹਾਂਜੀ, ਗ੍ਰੇਟ ਗ੍ਰੇਟ। ਓਕੇ ਵੀਰ ਜੀ, ਬਸ 12 ਕਲਾਸ ਦੇ ਵਿੱਚ ਆ ਹੁਣ, ਤੇਲੰਗਾਨਾ ਸਟੇਟ ਦੇ ਵਿੱਚ ਰਹਿੰਦਾ ਓਕੇ ਤੇ 17 ਆ ਹੁਣ। ਓਕੇ, ਚਲੋ ਤੁਸੀਂ ਆਪਣਾ ਇਗਜ਼ਾਮ ਵੱਲ ਵੀ ਧਿਆਨ ਦਿਓ, ਕਲਾਸ ਤੁਸੀਂ ਜਿਹੜੀ ਹੈਗੀ ਅਟੈਂਡ ਕਰੋ। ਓਕੇ, ਮੇਕ ਸ਼ੋਰ ਆਪਣਾ ਟਾਈਮ ਜਿਹੜਾ ਹੈਗਾ ਉਹ ਜ਼ਿਆਦਾ ਇੱਧਰ ਨਹੀਂ ਦੇਣਾ। ਠੀਕ ਹੈ, ਤਾਂ ਇਹ ਕਲਾਸਿਸ ਹਾਂਜੀ ਵੀਰ, ਰਿਕਾਰਡ ਵੀ ਹੋਣਗੀਆਂ, ਸੋ ਤੁਸੀਂ ਜਿਹੜਾ ਹੈਗਾ ਉਹ ਬਾਅਦ 'ਚ ਵੀ ਯੂਟਿਊਬ 'ਤੇ ਵੀ ਦੇਖ ਸਕਦੇ ਹੋ ਆਫਟਰ ਇਗਜ਼ਾਮਸ। ਓਕੇ, ਥੈਂਕ ਯੂ ਵੈਰੀ ਮੱਚ ਕਰਨ। ਨਾਓ ਨਵਜੋਤ ਸਿੰਘ ਜੀ। ਹਾਂਜੀ, ਹੈਲੋ ਜੀ ਨਵਜੋਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹਾ ਜਿਹਾ ਮਾਈਕ ਨੂੰ ਨੇੜੇ ਕਰੋ ਆਪਣੇ, ਥੋੜ੍ਹੀ ਆਵਾਜ਼ ਤੁਹਾਡੀ ਸਾਫ਼ ਨਹੀਂ ਆ ਰਹੀ ਜੀ। ਹਾਂ, ਹੁਣ ਠੀਕ ਹੈ? ਹਾਂਜੀ ਹਾਂਜੀ, ਠੀਕ ਹੈ ਜੀ, ਹੁਣ ਬਹੁਤ ਵਧੀਆ। ਮੈਂ ਦਿੱਲੀ ਤੋਂ ਬਿਲੋਂਗ ਕਰਦਾ ਤੇ ਮੇਰੀ ਏਜ ਹੈਗੀ ਹੈ 25। ਓਕੇ ਹਾਂਜੀ, ਤੇ ਮੇਰੇ ਕਿਸੇ ਐਸਾ ਫਰੈਂਡ ਨੇ ਮੈਨੂੰ ਰੈਕਮੈਂਡ ਕਰਵਾਇਆ ਸੀਗਾ। ਓਕੇ ਜੀ, ਹਾਂ, ਤੇ ਔਰ ਇਸ ਟਾਈਮ ਮੇਰੀ ਗ੍ਰੈਜੂਏਸ਼ਨ ਹੋ ਚੁੱਕੀ ਹੈ ਤੇ ਨਾਓ ਸਾਡਾ ਬਿਜ਼ਨਸ ਵੀ ਹੈ, ਤੇ ਮੈਂ ਬਿਜ਼ਨਸ ਨਾਲ ਪਾਪਾ ਨਾਲ ਰਹਿੰਦਾ ਵਾਂ ਫੈਕਟਰੀ। ਓਕੇ ਹਾਂਜੀ, ਬਹੁਤ ਵਧੀਆ ਹੈ। ਐਕਚੁਅਲੀ ਜਿਨ੍ਹਾਂ ਦਾ ਕੋਈ ਬਿਜ਼ਨਸ ਨਹੀਂ ਹੈ ਉਹਨਾਂ ਲਈ ਤਾਂ ਇੱਕ ਬਿਜ਼ਨਸ ਦੀ ਤਰ੍ਹਾਂ ਹੀ ਹੈ, ਪ੍ਰੋਫੈਸ਼ਨ ਹੈ। ਅਤੇ ਜਿਹੜੇ ਬਿਜ਼ਨਸ ਕਰ ਰਹੇ ਨੇ ਜਿਨ੍ਹਾਂ ਕੋਲ ਇਨਵੈਸਟ ਕਰਨ ਲਈ ਪੈਸਾ ਹੈ, ਉਹਨਾਂ ਨੂੰ ਪਤਾ ਚੱਲੇਗਾ ਕਿ ਕਿਵੇਂ ਅਸੀਂ ਇਨਵੈਸਟ ਕਰਨਾ ਹੁੰਦਾ ਹੈ, ਕਿਵੇਂ ਅਸੀਂ ਸਟੋਕਸ ਨੂੰ ਬਾਏ ਸੈਲ ਕਰਨਾ, ਰਾਈਟ? ਸੋ ਤੁਸੀਂ ਕਿਸੇ ਨੂੰ ਆਪਣੇ ਪੈਸੇ ਦਿਓ, ਦੈਟ ਇਜ਼ ਰਿਸਕੀ, ਹੈ ਨਾ? ਕਿਉਂਕਿ ਉਹ ਕੀ ਕਰਦੇ ਸਾਨੂੰ ਨਹੀਂ ਪਤਾ, ਹੈ ਨਾ? ਕਿਵੇਂ ਤੁਸੀਂ ਸੁਣਿਆ ਕਿ ਜਿਵੇਂ ਬੈਂਕਿੰਗ ਸੈਕਟਰ ਦੇ ਵਿੱਚ ਉਹਨਾਂ ਨੇ ਸਾਡੇ ਪੈਸੇ ਲੈ ਕੇ ਇੰਸ਼ੋਰੈਂਸਾਂ ਦੇ ਨਾਂ 'ਤੇ ਸਿਪ 'ਤੇ ਲਾਏ ਸੀਗੇ, ਬਾਅਦ 'ਚ ਕਹਿੰਦੇ ਜੀ ਘਾਟਾ ਪੈ ਗਿਆ, ਕਿਉਂਕਿ ਉਹ ਪਤਾ ਹੀ ਨਹੀਂ ਸੀ ਉਹ ਕਿਵੇਂ ਕਰ ਰਹੇ ਸੀ, ਰਾਈਟ? ਸੋ ਆਪਣੇ ਪੈਸੇ ਨੂੰ ਆਪ ਟ੍ਰੇਡ ਕਰੋ, ਤੁਹਾਡਾ ਪੈਸਾ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਵੇਂ ਟ੍ਰੇਡ ਕਰਦੇ ਨੇ, ਰਾਈਟ? ਸੋ ਕਿਵੇਂ ਗਰੋ ਕਰਨਾ ਹੈ। ਸੋ ਵੈਲਕਮ, ਇੱਕ ਗੱਲ ਹੋਰ ਕਹਾਂਗਾ ਕਿ ਰੈਗੂਲਰ ਜ਼ਰੂਰ ਰਹਿਣਾ ਤੁਸੀਂ ਸਾਰਿਆਂ ਨੇ ਕਲਾਸਿਸ ਦੇ ਵਿੱਚ, ਕਿਉਂਕਿ ਸਾਡਾ ਨਾ ਜਿਹੜਾ ਕੈਟਾਗਰਾਈਜ਼ਡ ਹੈਗਾ ਸਾਰਾ ਸਿਲੇਬਸ, ਸੋ 8-9 ਕਲਾਸਾਂ ਹੋਣਗੀਆਂ। ਸੋ ਮੇਕ ਸ਼ੋਰ ਕਿ ਸਾਰੇ ਟਾਈਮ 'ਤੇ ਆਓ, ਠੀਕ ਹੈ, ਅਤੇ ਅਟੈਂਡ ਕਰੋ ਕਲਾਸਿਸ। ਇਹ ਨਹੀਂ ਸੋਚਣਾ ਕਿ ਯੂਟਿਊਬ 'ਤੇ ਹੈਗੀ ਹੈ ਤਾਂ ਆਪਾਂ ਨੇ ਮਿਸ ਕਰਨਾ ਹੈ, ਠੀਕ ਹੈ? ਟਰਸਟ ਮੀ, ਇਹ ਲਾਸਟ ਸੈਸ਼ਨ ਹੋਏਗਾ ਜਿਹੜਾ ਫ੍ਰੀ ਹੈ 2024, ਉਸ ਤੋਂ ਬਾਅਦ ਆਪਾਂ ਪੇਡ ਕਰ ਰਹੇ ਹਾਂ, ਕਿਉਂਕਿ ਬਹੁਤ ਜਿਹੜੇ ਲੋਕ ਸੀਗੇ ਸਾਡੇ ਟ੍ਰੇਡਰਸ ਉਹ ਅਟੈਂਸ਼ਨ ਨਹੀਂ ਸੀ ਪੇ ਕਰ ਰਹੇ, ਰਾਈਟ? ਸੋ ਹਰ ਚੀਜ਼ ਦੀ ਇੱਕ ਮਿਨੀਮਮ ਕੋਸਟ ਹੁੰਦੀ ਹੈ। ਜੇ ਮੈਂ ਇਸ ਵੇਲੇ ਬੈਠਾ ਵਾਂ ਟ੍ਰੇਨਿੰਗ ਦੇਣ ਲਈ, ਇਹ ਸੋਚ ਕੇ ਵੀ ਆਪਣੇ ਪੰਜਾਬੀਆਂ ਦੇ ਲਈ, ਸਿੱਖ ਭਾਈਚਾਰੇ ਲਈ ਆਪਾਂ ਕੁਛ ਕਰੀਏ ਵਧੀਆ, ਹੈ ਨਾ, ਲੋਕਾਂ ਨੂੰ ਗਰੋ ਕਰੀਏ, ਪੰਜਾਬੀਆਂ ਨੂੰ ਇਸ ਫੀਲਡ ਵੱਲ ਲੈ ਕੇ ਆਈਏ, ਚੰਗਾ ਲੱਗੇਗਾ, ਹੈ ਨਾ? ਸੋ ਕਿਤੇ ਨਾ ਕਿਤੇ ਮੈਂ ਡਾਇਰੈਕਟ ਇਨਡਾਇਰੈਕਟਲੀ ਆਪਣੀ ਪਰਸਨਲ ਟ੍ਰੇਡਿੰਗ ਨੂੰ ਕੰਪਰੋਮਾਈਜ਼ ਕਰ ਰਿਹਾ ਵਾਂ, ਠੀਕ ਹੈ? ਹਾਂਜੀ, ਸੋ ਮੇਕ ਸ਼ੋਰ ਕਿ ਤੁਸੀਂ ਵੀ ਸੀਰੀਅਸ ਹੋ ਕੇ ਸਭ ਨੇ ਸਿੱਖਣਾ ਹੈਗਾ। ਜੇ ਫ੍ਰੀ ਹੈ, ਇਟ ਡਜ਼ਨਟ ਮੀਨ ਕਿ ਇਹਦੀ ਕੋਈ ਵੈਲਿਊ ਨਹੀਂ ਹੈਗੀ। ਆਹੀ ਕੋਰਸ ਤੁਸੀਂ ਜੇ ਪੇਡ 'ਚ ਕਰੋਗੇ ਕਿਸੇ ਵੀ ਇੰਟਰਨੈਸ਼ਨਲ ਟ੍ਰੇਡਰਸ ਦੇ ਨਾਲ, ਤੁਹਾਨੂੰ $3,000-$4,000 ਦੀ ਫੀਸ ਪੇ ਕਰਨੀ ਪਏਗੀ, ਜਿਹੜੀ ਕਿ 2.5-3 ਲੱਖ 4 ਲੱਖ ਹੋ ਜਾਂਦੀ ਹੈ, ਠੀਕ ਹੈ? ਫਿਰ ਵੀ ਉਹ ਕੀ ਕਰਦੇ ਨੇ, ਇੰਡੀਕੇਟਰਸ ਹੀ ਬਾਰੇ ਦੱਸਦੇ ਨੇ, ਠੀਕ ਹੈ? ਸੋ ਇੰਡੀਕੇਟਰ ਆਪਾਂ ਯੂਜ਼ ਨਹੀਂ ਕਰਦੇ, ਅਸੀਂ ਗੱਲ ਕਰਾਂਗੇ ਪ੍ਰਾਈਜ਼ ਐਕਸ਼ਨ ਦੀ। ਤੁਹਾਨੂੰ ਇੱਕ ਨੇਕਡ ਚਾਰਟ, ਨੇਕਡ ਕੈਂਡਲ ਦੇ ਉੱਤੇ ਤੁਹਾਨੂੰ ਕਿਸੇ ਦੀ ਵੀ ਸਪੋਰਟ ਦੀ ਲੋੜ ਨਹੀਂ ਪਏਗੀ। ਆਈ ਅਸ਼ੋਰ ਯੂ ਕਿ ਤੁਸੀਂ ਜੇ ਸੀਰੀਅਸ ਹੋ ਕੇ ਸਿੱਖੋਗੇ ਤਾਂ ਤੁਹਾਨੂੰ ਇੱਕ ਨਵੀਂ ਫੀਲਡ ਦਾ ਪਤਾ ਚੱਲੇਗਾ, ਨਵੀਂ ਫੀਲਡ ਦਾ, ਨਵੀਂ ਓਪਰਚੁਨਿਟੀਜ਼ ਦਾ, ਅਤੇ ਤੁਹਾਨੂੰ ਆਪਣੇ ਆਪ 'ਚ, ਆਪਣੀ ਫਾਈਨੈਂਸ਼ੀਅਲ ਲਾਈਫ ਦੇ ਵਿੱਚ, ਆਪਣੇ ਬਿਹੇਵੀਅਰ ਦੇ ਵਿੱਚ ਵੀ ਚੇਂਜ ਨਜ਼ਰ ਆਏਗਾ, ਠੀਕ ਹੈ? ਕਿਉਂਕਿ ਮੇਰਾ ਬਿਹੇਵੀਅਰ ਬਹੁਤ ਚੇਂਜ ਹੋਇਆ, ਟ੍ਰੇਡਿੰਗ ਸਿਖਾ ਦਿੰਦੀ ਹੈ ਕਿਵੇਂ ਚੇਂਜਿਸ ਕਰਨੇ ਨੇ, ਕੁਛ ਚੇਂਜਿਸ ਬਿਜ਼ਨਸ ਦੇ ਬਹਾਨੇ ਸਾਡੀ ਪਰਸਨਲ ਲਾਈਫ ਦੇ ਵਿੱਚ ਵੀ ਪਰਮਾਨੈਂਟਲੀ ਆ ਜਾਂਦੇ ਨੇ, ਰਾਈਟ? ਸੋ ਦੈਟਸ ਗ੍ਰੇਟ, ਗੁੱਡ ਚੇਂਜਿਸ ਹਮੇਸ਼ਾ ਵੈਲਕਮ ਹੋਣੇ ਚਾਹੀਦੇ। ਪੈਂਦਰਜੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਸਾਰੀ ਟੀਮ ਨੂੰ ਤੇ ਵੀਰ ਜੀ ਨੂੰ। ਮੈਂ ਤੁਹਾਡਾ ਸੈਸ਼ਨ ਚੋਰੀ ਕਰ ਲਿਆ 15 ਮਿੰਟ ਪਹਿਲਾਂ, ਕੋਈ ਗੱਲ ਨਹੀਂ, ਤੁਹਾਡਾ ਹੀ ਹੈ। ਸੋ ਮੈਂ ਕਿਹਾ ਚਲੋ ਇੰਟਰੋ ਲੈ ਲਈਏ ਸਾਰਿਆਂ ਦੀ ਅਤੇ ਦੇਖੀਏ।
थैंक यू नवजोत सिंह जी, थोड़ा स्वागत है। भुपिंदर सिंह जी, थोड़ा जा क्विकली अपने बारे। हाँ जी, वाहेगुरु जी का खालसा, वाहेगुरु जी की फतेह। वाहेगुरु जी का हाँ जी, खालसा। सुन पा रहे हो मैनू? हाँ जी बिल्कुल जी, बहुत तुसी वधिया बोल रहे हो। हाँ जी भाजी, फतेहगढ़ साहब तो बिलोंग करते हैं जी। मैं जी जी 42 ईयर्स ओल्ड है। ओके जी, ग्रेट। पहला यूएई दे विच सर, भाजी मैं 6-7 साल स्पेंड किए ने एज ए ट्रक ड्राइवर। ओके, दैट्स ग्रेट। दैन मैं इंडिया दे विच सर अपना बिजनेस कर लिया सीगा एज ए वेंडर जदों रिलायंस 4G नहीं आया सीगा टेलीकम्युनिकेशन दा। ओके जी। ते आफ्टर कोरोना काल काफ़ी मतलब कि रिसेशन आया मार्केट च, उहदे करके साडा भी बिजनेस थोड़ा अपसैट हो गया सी। ते हुण ट्रेडिंग बारे थोड़ा अगे चाहते हैं कि इस फील्ड दे विच आईए, दैन अगे सीखीए ते ग्रो करिए। एक बहुत वधिया प्लेटफॉर्म तुहाडे जरिए मिल रहा सानू, बहुत लक्की हाँ आपां कि तुसी सानू अज साडे नाल हो, सानू सिखाउण वास्ते। खुद तुसी इन्ने अग्रेसिव हो कि सानू तो उस तो वध हो के सीखना चाहिए। ਸਾਨੂੰ ਵੀ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਕ ਭਰਵਾਂ ਹੁੰਗਾਰਾ ਜਿਹੜਾ ਹੈਗੇ ਪੰਜਾਬੀਆਂ ਨੇ ਸਾਨੂੰ ਦਿੱਤਾ ਹੈ। ਪਿਛਲੇ ਇੱਕ ਸਾਲ ਤੋਂ ਅਸੀਂ ਕੋਈ ਮਤਲਬ ਬਹੁਤ ਬੜੇ ਨੰਬਰ 'ਚ ਡਬਲ ਡਿਜਿਟ 'ਚ ਆਪਾਂ ਟ੍ਰੇਨ ਕਰ ਚੁੱਕੇ ਹਾਂ ਆਪਣੇ ਪੰਜਾਬੀ ਟ੍ਰੇਡਰਸ ਨੂੰ। ਬਹੁਤ ਵਧੀਆ ਕਰ ਰਹੇ ਨੇ। ਬਹੁਤਿਆਂ ਲਈ ਤਾਂ ਇਹ ਫਸਟ ਟਾਈਮ ਹੀ ਇੱਕ ਫਸਟ ਓਪਰਚੁਨਿਟੀ ਸੀਗੀ ਜ਼ਿੰਦਗੀ ਦੀ, ਠੀਕ ਹੈ। ਬਟ ਉਹਨਾਂ ਨੇ ਗ੍ਰੈਬ ਕੀਤਾ ਅਤੇ ਹੁਣ ਉਹ ਬਹੁਤ ਵਧੀਆ ਜਿਹੜਾ ਹੈਗਾ ਉਹ ਫੀਲ ਕਰ ਰਹੇ ਨੇ ਕਿ ਯੈਸ, ਨਾਓ ਦੇ ਹੈਵ ਹੋਪਸ, ਦੇ ਆਰ ਡੂਇੰਗ ਗੁੱਡ ਐਂਡ ਦੇ ਕੈਨ ਚੇਂਜ ਦੇਅਰ ਲਾਈਫ ਫਾਈਨੈਂਸ਼ਲੀ। ਓਕੇ, ਸੋ ਭੁਪਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ। ਨੈਕਸਟ ਨੇ ਸਾਡੇ ਨਾਲ ਨਵਪ੍ਰੀਤ ਕੌਰ ਜੀ। ਨਵਪ੍ਰੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਤੁਹਾਨੂੰ ਇਹੀ ਦੱਸਣਾ ਸੀ, ਮੇਰਾ ਮਤਲਬ ਬੈਕਗਰਾਉਂਡ ਤਾਂ ਬੀਏ ਬੀਐਡ ਕੀਤੀ ਆ, ਤੇ ਉਸ ਤੋਂ ਬਾਅਦ ਅਸੀਂ ਇੱਥੇ ਆਸਟ੍ਰੇਲੀਆ ਆ ਗਏ ਸੀਗੇ ਤੇ ਜੋਬਸ ਚੱਲ ਰਹੀਆਂ, ਤੇ ਮੇਰੇ ਬ੍ਰਦਰ ਨੇ ਵੀ ਤੁਹਾਡੇ ਤੋਂ ਕਲਾਸਿਸ ਲਈਆਂ, ਜਸਪ੍ਰੀਤ ਨੇ, ਤੇ ਫਿਰ ਉਹਨੇ ਮੈਨੂੰ ਰਿਕਮੈਂਡ ਕੀਤਾ ਇੱਦਾਂ, ਮਤਲਬ ਇਹਦਾ ਵੀ ਟਰਾਈ, ਕਿਉਂਕਿ ਮੈਨੂੰ ਵੀ ਪਰਸਨਲੀ ਮੈਨੂੰ ਹੁੰਦਾ ਕੁਛ ਨਵਾਂ ਸਿੱਖਿਆ ਜਾਵੇ ਮਤਲਬ ਲਾਈਫ 'ਚ। ਓਬਵੀਅਸਲੀ ਚਲੋ ਆਪਾਂ ਬੈਟਰ ਫਿਊਚਰ ਲਈ ਵੀ ਕਰਦੇ ਹਾਂ, ਬਟ ਇੱਕ ਸਕਿੱਲ ਵੀ ਆ ਨਾ, ਤੇ ਤੁਹਾਡੇ ਜ਼ਰੀਏ ਇਹ ਚਾਂਸ ਮਿਲ ਰਿਹਾ, ਸੀਰੀਅਸਲੀ ਬਲੈਸਡ। ਬਿਲਕੁਲ ਜੀ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਆਪਣਾ ਤੁਹਾਨੂੰ ਫਸਟ ਹੈਂਡ ਇਨਫੋਰਮੇਸ਼ਨ ਜੋ ਨੌਲੇਜ ਸਾਡੇ ਕੋਲ ਹੈਗੀ ਹੈ ਉਹਦੇ 'ਚ ਬਿਨਾਂ ਕੁਛ ਛੁਪਾਏ, ਹੈ ਨਾ, ਅਤੇ ਅਸੀਂ ਫਰੈਸ਼ ਨੌਲੇਜ ਦੇਈਏ ਸਾਰੀ ਮਾਰਕੀਟ ਦੀ ਅਤੇ ਆਪਣੀ ਨੌਲੇਜ ਜੋ ਸਾਡੇ ਕੋਲ ਹੈਗੀ ਹੈ, ਠੀਕ ਹੈ, ਤਾਂ ਕਿ ਤੁਸੀਂ ਵੀ ਉਸ ਲਾਹਾ ਲੈ ਕੇ ਅੱਗੇ ਲੋਕਾਂ ਨੂੰ ਦੱਸ ਕੇ ਉਹਨਾਂ ਨੂੰ ਵੀ ਦੱਸੋ ਕਿ ਇਹ ਚੀਜ਼ ਵੀ ਹੈਗੀ ਹੈ। ਜਿਵੇਂ ਤੁਸੀਂ ਕਿਸੇ ਦੇ ਰੈਫਰੈਂਸ ਨਾਲ ਆਏ ਹੋ, ਉਵੇਂ ਉਹਨਾਂ ਨੂੰ ਵੀ ਲੈ ਕੇ ਆਓ, ਤਾਂ ਕਿ ਹੋ ਸਕਦਾ ਕਿ ਮਤਲਬ ਉਹੀ ਬਹੁਤ ਵਧੀਆ ਕਰ ਜਾਣ ਫਿਊਚਰ ਦੇ ਵਿੱਚ, ਰਾਈਟ। ਸੋ ਸੀਰੀਅਸਲੀ, ਹਾਂਜੀ ਹਾਂਜੀ, ਸਾਡੀ ਜਿਹੜੀ ਕੌਮ 3 ਕਿੱਤਿਆਂ 'ਚ ਬਿਜ਼ੀ ਹੈਗੀ ਹੈ, ਹੈ ਨਾ, ਜਿਵੇਂ ਅਸੀਂ ਕਿ ਸਾਡੇ ਪੁਸ਼ਤੈਨੀ ਕਿੱਤੇ ਨੇ, ਹੈ ਨਾ, ਬਰੇਵਰੀ, ਜਿਹਦੇ 'ਚ ਫਿਜ਼ੀਕਲ ਪਾਵਰ ਚਾਹੀਦੀ ਹੈ ਬੰਦੇ ਨੂੰ, ਅਤੇ ਅਸੀਂ ਉਸ ਹਾਂਜੀ ਤੋਂ ਹਾਂਜੀ ਥੋੜ੍ਹਾ ਜਿਹਾ ਨਹੀਂ ਕਿ ਇੰਟਲੈਕਚੁਅਲ ਵੱਲ ਵੀ ਆਈ ਹੈ, ਠੀਕ ਹੈ। ਸੋ ਹਾਂਜੀ ਹਾਂਜੀ, ਬਹੁਤ ਵਧੀਆ ਲੱਗਿਆ ਜੀ ਤੁਸੀਂ ਆਸਟ੍ਰੇਲੀਆ ਤੋਂ ਹੋ। ਸੋ ਹਾਂਜੀ, ਤੁਹਾਡੇ ਨਾਲ ਆਸਟ੍ਰੇਲੀਆ ਬਾਰੇ ਵੀ ਗੱਲ ਕਰਾਂਗੇ ਕਿ ਕਿੰਨਾ ਕੁ ਸਟਰਗਲ ਹੈਗਾ ਉੱਥੇ, ਜਿਹੜੇ ਬਾਕੀ ਆਇਲਸ ਕਰਕੇ ਸਾਡੇ ਤਿਆਰ ਬੈਠੇ ਨੇ ਜਾਣ ਵਾਸਤੇ, ਉਹਨਾਂ ਨੂੰ ਵੀ ਇੱਕ ਹਾਂਜੀ ਹਾਂਜੀ ਜ਼ਰੂਰ ਦਾ ਪਤਾ ਲੱਗੇ, ਤਾਂ ਕਿ ਉਹ ਆਪਣੇ ਆਈਡੀਆਜ਼ ਗਿਵ ਅਪ ਕਰਨ, ਠੀਕ ਹੈ, ਹਾਂਜੀ ਹਾਂਜੀ, ਅਤੇ ਮਿਹਨਤ ਕਰੇ ਆਪਣੀ ਇੰਡੀਆ ਦੇ ਵਿੱਚ ਹੀ, ਅਤੇ ਆਪਣੀ ਜਿਹੜੀ ਹੈਗੀ ਆ ਉਹ ਪੰਜਾਬ 'ਚ ਰਹਿ ਕੇ ਆਪਣੇ ਪੇਰੈਂਟਸ ਨਾਲ, ਆਪਣੇ ਪਿੰਡ, ਆਪਣੇ ਗੁਰੂਆਂ ਦੀ ਧਰਤੀ ਦੀ ਸੇਵਾ ਕਰ ਸਕਣ, ਠੀਕ ਹੈ ਜੀ। ਹਾਂਜੀ ਹਾਂਜੀ ਜੀ ਭੈਣ ਜੀ, ਥੈਂਕ ਯੂ ਭੈਣ ਜੀ। ਨੈਕਸਟ ਸਾਡੇ ਨਾਲ ਨੇ ਭੈਣ ਬਲਜਿੰਦਰ ਕੌਰ ਜੀ। ਬਲਜਿੰਦਰ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਵੀਰ ਜੀ, ਮੇਰਾ ਨਾਮ ਬਲਜਿੰਦਰ ਕੌਰ ਹੈ, ਅਤੇ ਮੈਂ ਬੇਸਿਕਲੀ ਲੁਧਿਆਣਾ ਤੋਂ ਹੀ ਹਾਂ, ਬਟ ਮੇਰੀ ਮੈਰਿਜ ਤਰਨ ਤਾਰਨ ਹੋਈ ਹੈ, ਅਤੇ ਮੈਂ ਸਟੱਡੀ ਵਿੱਚ ਮੇਰੀ MSc ਫੈਸ਼ਨ ਡਿਜ਼ਾਇਨਿੰਗ ਆ, ਅਤੇ ਹੁਣ ਮੈਂ ਆਪਣਾ ਬੁਟੀਕ ਰਨ ਕਰ ਰਹੀ ਹਾਂ, ਅਤੇ ਮੇਰੀ ਸਿਸਟਰ ਨੇ ਹਾਂਜੀ ਤੁਹਾਡੇ ਕੋਲੋਂ ਟ੍ਰੇਨਿੰਗ ਲਿੱਤੀ ਸੀ, ਅਤੇ ਉਹਨਾਂ ਨੇ ਮੈਨੂੰ ਰਿਕਮੈਂਡ ਕੀਤਾ ਸੀ, ਮਤਲਬ ਉਹਨਾਂ ਨੇ ਕਿਹਾ ਸੀ ਕਿ ਜਦੋਂ ਉਹ ਆਪਣਾ ਬਿਜ਼ਨਸ ਇਸਟੈਬਲਿਸ਼ ਕਰ ਲੈਣਗੇ, ਤਦ ਉਸ ਤੋਂ ਬਾਅਦ ਵਿੱਚ ਫਿਰ ਉਹਨਾਂ ਨੇ ਮੇਰੇ ਸਾਲ ਮੈਨੂੰ ਰਿਕਮੈਂਡ ਕੀਤਾ, ਹੁਣ ਮੈਨੂੰ ਵੀ ਸੀਗਾ ਕਿ ਮੈਂ ਆਪਣੀ ਲਾਈਫ ਵਿੱਚ ਕੁਛ ਕਰਾਂ ਅੱਛਾ। ਸੋ ਹੁਣ ਪਹਿਲਾਂ ਵੀ ਤੁਸੀਂ ਅੱਛਾ ਹੀ ਕੀਤਾ MSc ਫੈਸ਼ਨ ਡਿਜ਼ਾਈਨਿੰਗ ਦੀ, ਦੈਟ ਇਜ਼ ਅਮੇਜ਼ਿੰਗ, ਹੈ ਨਾ, ਅਕੈਡਮਿਕਲੀ ਤੁਸੀਂ ਬਹੁਤ ਵਧੀਆ ਪ੍ਰੋਫੈਸ਼ਨ ਜੀ ਚੁਣਿਆ। ਸੋ ਜੀ ਸਰ, ਇਹ ਤੁਸੀਂ ਇੱਕ ਐਡੀਸ਼ਨਲ ਕਹਿ ਸਕਦੇ ਹੋ, ਐਡੀਸ਼ਨਲ ਸਕਿੱਲ, ਅਸੀਂ ਇੱਕ ਸਕਿੱਲ ਸੈੱਟ ਐਡ ਕਰਨਾ ਆਪਣੀ ਆਪਣੀ ਲਾਈਫ ਦੇ ਵਿੱਚ, ਤਾਂ ਕਿ ਜਿੱਥੇ ਕੋਈ ਵੀ ਬਿਜ਼ਨਸ ਜਵਾਬ ਦੇ ਜਾਵੇ ਬਾਈ ਚਾਂਸ, ਜਿਵੇਂ ਕਿ ਕਰੋਨਾ ਕਾਲ 'ਚ ਹੋਇਆ ਸੀ, ਇੱਥੇ ਅਸੀਂ ਹਾਂਜੀ ਹਾਂਜੀ ਵੀਰ ਜੀ, ਸਾਨੂੰ ਬੈਕਅਪ ਮਿਲੇਗਾ ਔਨਲਾਈਨ ਦੇ ਵਿੱਚ, ਅਸੀਂ ਕੁਛ ਨਾ ਕੁਛ ਵਧੀਆ ਆਪਣੇ ਲਈ, ਆਪਣੇ ਫੈਮਿਲੀ ਦੇ ਲਈ ਕਰ ਸਕਦੇ ਹਾਂ ਜੀ, ਠੀਕ ਹੈ। ਹਾਂਜੀ ਸਰ, ਥੈਂਕ ਯੂ ਬਲਜਿੰਦਰ ਕੌਰ ਜੀ। ਹਾਂਜੀ, ਨੈਕਸਟ ਸਾਡੇ ਨਾਲ ਨੇ
ਨੈਕਸਟ ਸਾਡੇ ਨਾਲ ਨੇ ਆਪਣੇ ਇੱਕ ਮਿੰਟ ਦੀਪ ਸੰਧੂ ਓਕੇ ਇੱਕ ਮਿੰਟ ਜਦੋਂ ਮੈਂ ਅਲਫਾਬੈਟਿਕਲੀ ਅਜੀਤ ਸਿੰਘ ਜੀ ਥੋੜ੍ਹਾ ਜਿਹਾ ਦੱਸੋ ਆਪਣੇ ਬਾਰੇ ਕੁਇਕਲੀ ਅਜੀਤ ਸਿੰਘ ਜੀ ਦੀਪਕ ਮਨੋਹਰ ਜੀ ਦੀਪਕ ਮਨੋਹਰ ਜੀ ਹੈਲੋ ਜੀ ਦੀਪਕ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਮੈਂ ਹਾਂਜੀ ਮੈਂ ਦਾਦਾ ਮੋਟਰਸ ਐਕਚੁਅਲੀ ਜੌਬ ਕਰਦਾ ਹਾਂ ਤੇ ਮੈਂ ਬੀਕੌਮ ਸਟੱਡੀ ਕੀਤੀ ਹੋਈ ਹੈ ਤੇ ਮੈਂ ਵੀ ਕੁਛ ਚਾਹੁੰਦਾ ਸੀਗਾ ਕਿ ਮਤਲਬ ਹਮੇਸ਼ਾ ਜੌਬ ਨਹੀਂ ਕੀਤੀ ਜਾ ਸਕਦੀ ਤੇ ਆਪਣੇ ਕੁਛ ਮਤਲਬ ਕੁਛ ਆਪਣਾ ਕੰਮ ਕਾਰ ਕਰਨ ਦੀ ਤਾਂ ਫਿਰ ਮੈਨੂੰ ਇਹ ਇੱਕ ਬਹੁਤ ਬੈਟਰ ਆਪਸ਼ਨ ਲੱਗਦੀ ਜਿਹਦੇ ਵਿੱਚ ਅਸੀਂ ਕੁਛ ਸਕਿੱਲਸ ਵੀ ਸਿੱਖਦੇ ਹਾਂ ਨਵੇਂ ਤੇ ਇਹਦੇ ਵਿੱਚ ਗਰੋਥ ਚਾਂਸਿਸ ਗਰੋਥ ਪਾਥ ਬਹੁਤ ਬਹੁਤ ਵੱਡਾ ਹੈ ਗਰੋਥ ਚਾਂਸਿਸ ਬਹੁਤ ਜ਼ਿਆਦਾ ਨੇ ਕਿ ਇਨਵੈਸਟਮੈਂਟ ਵੀ ਥੋੜੀ ਘੱਟ ਕਰਨੀ ਪੈਂਦੀ ਹੈ ਤੇ ਮਤਲਬ ਇਹਦੇ ਵਿੱਚ ਚਾਂਸਿਸ ਜ਼ਿਆਦਾ ਨੇ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾ ਸਕਦੇ ਹਾਂ ਸਹੀ ਗੱਲ ਹੈ ਤੁਸੀਂ ਸਹੀ ਦੱਸਿਆ ਕਿ ਪੈਸੇ ਬਹੁਤ ਕਮਾ ਸਕਦੇ ਹੈ ਜਿੰਨੇ ਕੁ ਅਸੀਂ ਜ਼ਿੰਦਗੀ 'ਚ ਨਹੀਂ ਕਮਾਏ ਹੁੰਦੇ ਉਦੋਂ ਇੱਥੇ ਅਸੀਂ ਜੇ ਡਿਸਪਲਿਨ ਨਾਲ ਰਹੀਏ ਇੱਥੇ ਅਸੀਂ ਜਿਹੜੇ ਹੈਗੇ ਮਤਲਬ ਕਿ ਬਹੁਤ ਜ਼ਿਆਦਾ ਪੈਸੇ ਕਮਾ ਸਕਦੇ ਹਾਂ ਜ਼ਿੰਦਗੀ ਦੇ ਪੈਸੇ ਦੋ ਤਿੰਨ ਸਾਲ 'ਚ ਆਪਾਂ ਕਵਰ ਕਰ ਸਕਦੇ ਹਾਂ ਬਟ ਰੀਜ਼ਨ ਇੱਥੇ ਸਾਨੂੰ ਪੈਸੇ ਤਾਂ ਘੱਟ ਬੇਸ਼ੱਕ ਇਨਵੈਸਟ ਹੋਣਗੇ ਬਟ ਸਾਨੂੰ ਆਪਣੇ ਆਪ ਨੂੰ ਇਨਵੈਸਟ ਕਰਨਾ ਪੈਂਦਾ ਹੈ ਸਾਨੂੰ ਆਪਣੀ ਪਰਸਨੈਲਿਟੀ ਨੂੰ ਮਾਰਕੀਟ ਦੇ ਅਕੋਰਡਿੰਗਲੀ ਜਿਹੜਾ ਹੈਗਾ ਉਹ ਟਰੈ ਉਹ ਕਰਨਾ ਪੈਂਦਾ ਢਾਲਣਾ ਪੈਂਦਾ ਹੈ ਕਿਉਂਕਿ ਮਾਰਕੀਟ ਜਿਹੜੀ ਹੈਗੀ ਆ ਉਹ ਕੀ ਚਾਹੁੰਦੀ ਹੈ ਕਿ ਅਸੀਂ ਉਹਦੇ ਮੁਤਾਬਿਕ ਚੱਲਣ ਠੀਕ ਹੈ ਮਾਰਕੀਟ ਸਾਡੇ ਮੁਤਾਬਿਕ ਨਹੀਂ ਚੱਲੇਗੀ ਮਾਰਕੀਟ ਬਹੁਤ ਵੱਡੀ ਹੈ 7.7 trillion ਡਾਲਰ ਦੀ ਡੇਲੀ ਦੀ ਟ੍ਰਾਂਜੈਕਸ਼ਨਸ ਹੁੰਦੀ ਹੈ ਇਸ ਮਾਰਕੀਟ 'ਚ ਜਿਵੇਂ ਕਿ ਡੇਲੀ ਦੇ ਦੋ ਇੰਡੀਆ ਵੇਚ ਅਤੇ ਖਰੀਦੇ ਜਾ ਸਕਦੇ ਨੇ ਇਸ ਪੈਸੇ ਦੇ ਨਾਲ ਠੀਕ ਹੈ ਬਹੁਤ ਵੱਡੀ ਮਾਰਕੀਟ ਹੈ ਸੋ ਸੋ ਠੀਕ ਹੈ ਤੁਸੀਂ ਆਇਓ ਦਾਦਾ ਮੋਟਰਸ ਕਿਹੜੀ ਚੰਡੀਗੜ੍ਹ ਜਾਂ ਲੁਧਿਆਣਾ ਲੁਧਿਆਣਾ ਦਾਦਾ ਮੋਟਰਸ ਟਾਟਾ ਨਾਲ ਡੀਲ ਕਰਦੇ ਨੇ ਰਾਈਟ ਆਈ ਥਿੰਕ ਦਾਦਾ ਮੋਟਰ ਸਰ ਜੋ ਦੋ ਗਰੁੱਪਸ ਨੇ ਇੱਕ ਰਿਸ਼ੀ ਦਾਦਾ ਗਰੁੱਪ ਇੱਕ ਨਿਤਿਨ ਦਾਦਾ ਗਰੁੱਪ ਹੈ ਮੈਂ ਨਿਤਿਨ ਦਾਦਾ ਗਰੁੱਪ ਦੇ ਵਿੱਚ ਹਾਂ ਤੇ ਮੈਂ ਮਹਿੰਦਰਾ ਵਿੰਗ ਦੇ ਵਿੱਚ ਹੁੰਦਾ ਸਰ ਮਹਿੰਦਰਾ ਡੀਲਰਸ਼ਿਪ ਹੈ ਉੱਥੇ ਹੁੰਦਾ ਓਕੇ ਗ੍ਰੈਂਡ ਜੀ ਤੇ ਬੈਕ ਐਂਡ ਹੈਂਡਲ ਕਰਦਾ ਬੈਕ ਐਂਡ ਦੀ ਜੌਬ ਕਰ ਰਹੇ ਹਨ ਥਾਰਾਂ ਵਗੈਰਾ ਸਰ ਤੁਸੀਂ ਵੇਚਦੇ ਹੋ ਹਾਂਜੀ ਪੰਜਾਬ 'ਚ ਬਿਲਕੁਲ ਸਰ ਬਿਲਕੁਲ ਓਕੇ ਓਕੇ ਗ੍ਰੈਂਡ ਨਰਿੰਦਰ ਸਿੰਘ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਇਹ ਦੀਪਕ ਜੀ ਮੇਰੇ ਬਹੁਤ ਪੁਰਾਣੇ ਮਿੱਤਰ ਹੈ ਘੱਟੋ ਘੱਟ 12 ਸਾਲ ਪੁਰਾਣੇ ਜਿੰਨੇ ਮੈਂ ਪੁਰਾਣਾ ਉਹਨਾਂ ਉਹਨਾਂ ਹੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਤੇ ਸੇਮ ਸੇਮ ਪੁਰਾਣੇ ਬਿਲਕੁਲ ਇਹ ਸਾਡੇ ਮਤਲਬ ਬਹੁਤ ਪ੍ਰੇਮੀ ਆ ਬਹੁਤ ਚੰਗੇ ਇਨਸਾਨ ਆ ਬਹੁਤ ਚੰਗੇ ਹਿਊਮਨ ਆ ਤੇ ਮੈਂ ਇਹਨਾਂ ਨੂੰ ਰੈਕਮੈਂਡ ਕੀਤਾ ਸੀ ਮੈਂ ਕਿਹਾ ਵੀ ਹੁਣ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਸਾਡੇ ਨਾਲ ਜੁੜੋ ਇਹ ਕਹਿੰਦੇ ਇਮੀਡੀਏਟ ਪਹਿਲੀ ਮਤਲਬ ਮੇਰੇ ਕਹਿਣ ਤੋਂ ਇਮੀਡੀਏਟ ਬਾਅਦ ਇਹਨਾਂ ਨੇ ਹਾਂ ਕਰਦੀ ਕਹਿੰਦੇ ਠੀਕ ਹੈ ਜਿੱਥੇ ਜਾਊਂਗੇ ਨਾਲ ਹੀ ਆ ਤੁਹਾਡੇ ਮੈਂ ਕਿਹਾ ਬਸ ਠੀਕ ਆ ਤੇ ਇਹ ਦਾਦਾ ਮੋਟਰਸ ਹੈਗੀ ਆ ਜੀ ਇਹਨਾਂ ਕੋਲ ਜੈਗੁਆਰ ਦੇ ਸ਼ੋਰੂਮ ਹੈ ਫਿਰ ਆਪਣਾ ਟਾਟਾ ਕਮਰਸ਼ੀਅਲ ਟਾਟਾ ਡੋਮੈਸਟਿਕ ਫਿਰ ਕੀਆ ਫਿਰ ਮਹਿੰਦਰਾ ਬਜਾਜ ਸਾਰੇ ਗੱਡੀਆਂ ਇਹੀ ਵੇਚਦੇ ਆ ਸਾਰੇ ਮਤਲਬ ਟੀਮ ਨੂੰ ਰੇਂਜ ਰੋਵਰ ਆਹੀ ਵੇਚਣਗੇ ਫਿਰ ਹੈਨਾ ਬਿਲਕੁਲ ਜੀ ਬਿਲਕੁਲ ਗੁੱਡ ਲੱਕ ਭਾਜੀ ਚਲੋ ਤੁਹਾਡੇ ਨਾਲ ਮੈਂ ਗੱਲ ਕਰਾਂਗਾ ਮੇਰਾ ਟਾਰਗੇਟ ਹੈਗਾ 2024 ਦਾ ਠੀਕ ਹੈ ਤੁਹਾਡੇ ਨਾਲ ਮੈਂ ਪਰਸਨਲੀ ਗੱਲ ਕਰਾਂਗਾ ਦੀਪਕ ਜੀ ਠੀਕ ਹੈ ਜੀ ਠੀਕ ਹੈ ਸਰ ਓਕੇ ਥੈਂਕ ਯੂ ਦੀਪਕ ਜੀ ਸੋ ਥੈਂਕਸ ਜੀ ਵੈਲਕਮ ਸਰ ਅਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤਾਂ ਦਿੱਲੀ ਤੋਂ ਬਿਲੋਂਗ ਕਰਦਾ ਤੇ ਹਜੇ ਮੈਂ ਸਟੂਡੈਂਟ ਹੈਗਾ ਸੀਏ ਚੱਲ ਰਹੀ ਹੈ ਮੇਰੀ ਸੀਏ ਫਾਈਨਲ ਤੇ ਹਾਂਜੀ ਓਕੇ ਤੇ ਇਸ ਤੋਂ ਇਲਾਵਾ ਮੇਰੇ ਦੋਸਤ ਨੇ ਮੈਨੂੰ ਰਿਕਮੈਂਡ ਕੀਤਾ ਸੀ ਉਹਦੀ ਜੌਬ ਚੱਲ ਰਹੀ ਹੈ ਤੇ ਉਹ ਨਾਲ ਨਾਲ ਕਰ ਰਿਹਾ ਸੀ ਤੇ ਉਹਨੇ ਮੈਨੂੰ ਰਿਕਮੈਂਡ ਕੀਤਾ ਸੀ ਕਿ ਤੂੰ ਵੀ ਇੱਕ ਵਾਰੀ ਟਰਾਈ ਕਰੀ ਕੀ ਨਾਮ ਸੀ ਤੁਹਾਡੇ ਦੋਸਤ ਦਾ ਮੇਰਾ ਨਾਮ ਉਹਦਾ ਹੈਗਾ ਟਿੰਕਲ ਸਿੰਘ ਹੈਗਾ ਉਹ ਆਲਰੇਡੀ ਜੁਆਇਨ ਕੀਤਾ ਹੋਇਆ ਸਰਟੀਫਾਈਡ ਨੇ ਯੈਸ ਰਾਈਟ ਹਾਂਜੀ ਉਹਨਾਂ ਦੀ ਵਾਇਸ ਇਹਨਾਂ ਦੇ ਨਾਲ ਕਾਫੀ ਰਿਸੈਂਬਲ ਕਰਦੇ ਨਾ ਵੀਰ ਜੀ ਦਿੱਲੀ ਵਾਲੇ ਸਾਰੇ ਹੀ ਪਤਾ ਨਹੀਂ ਇੱਕੋ ਹੋਟਲ ਦੇ ਖਾਣਾ ਖਾਂਦੇ ਇੱਕੋ ਚੱਕੀ ਦਾ ਆਟਾ ਭਾਈ ਜਿਹੜੀ ਸਾਡੀ ਸੋਸਾਇਟੀ ਹੈਗੀ ਹੈ ਨਾ ਜਿਹੜੀ ਗੁਰਦੁਆਰੇ ਹੈਗੇ ਆ ਲੰਗਰ ਇੱਕੋ ਹੀ ਲੰਗਰ ਖਾਣਾ ਇੱਕੋ ਹੀ ਜਗ੍ਹਾ ਤੇ ਉਹ ਵੌਇਸ ਵੀ ਸੇਮ ਹੀ ਹੋ ਜਾਂਦੀ ਗ੍ਰੇਟ ਗ੍ਰੇਟ ਬਲਦੇਵ ਸਿੰਘ ਜੀ ਵੀ ਦਿੱਲੀ ਵਾਲਿਆਂ ਦਾ ਥੋੜਾ ਲਹਿਜਾ ਡਿਫਰੈਂਟ ਹੈਗਾ ਸਾਡੇ ਨਾਲੋਂ ਠੀਕ ਹੈ ਸੋ ਜਿਹੜਾ ਮੇਰਾ ਹੈਗਾ ਥੋੜਾ ਜਿਹਾ ਉਹ ਪਹਾੜੀ ਮਿਕਸ ਹੈ ਹਿੰਦੀ ਹੈ ਨਾ ਸੋ ਅੱਛਾ ਵੀਰ ਜੀ ਤੁਸੀਂ ਹੈਗੇ ਕਿੱਥੇ ਦੇ ਹੋਗੇ ਮਤਲਬ
दिल्ली ਦੇ ਜਾਂ ਫਿਰ ਇਸ ਤੁਸੀਂ? ਵੇਲੇ ਮੈਂ ਪੰਥ ਦਾ ਜੀ ਐਕਚੁਅਲੀ ਜੇ ਲੋਕੇਸ਼ਨ ਪੁੱਛੋ ਤਾਂ ਬੇਸਿਕਲੀ ਬੋਨਾਫਾਈਡ ਹਾਂ ਹਿਮਾਚਲ ਤੋਂ ਬੇਸਡ ਇਨ ਉਹ ਤਾਂ ਦੁਬਈ। ਹਾਂਜੀ ਠੀਕ ਹੈ। ਸੋ ਚੰਡੀਗੜ੍ਹ ਮੇਰਾ ਜਿਹੜਾ ਹੈਗਾ ਬਹੁਤ ਕਲੋਜ਼ੈਸਟ ਸਿਟੀ ਹੈਗਾ ਅਤੇ ਮੈਂ ਆਲਮੋਸਟ ਐਵਰੀ ਸੈਕਿੰਡ ਥਰਡ ਡੇ ਚੰਡੀਗੜ੍ਹ ਹੀ ਹੁੰਦਾ। ਠੀਕ ਹੈ, ਮੇਰੀ ਐਜੂਕੇਸ਼ਨ ਅੱਛਾ ਸਾਰੀ ਉੱਥੇ ਹੋਈ ਹੈ ਹਰ ਚੀਜ਼। ਸੋ ਚੰਡੀਗੜ੍ਹ ਅਤੇ ਰੋਪੜ ਸਾਨੂੰ ਬਰਾਬਰ ਪੈਂਦਾ ਹੈ, ਰੂਪਨਗਰ ਅਨੰਦਪੁਰ ਸਾਹਿਬ। ਅੱਛਾ ਜੀ, ਅੱਛਾ ਠੀਕ ਹੈ ਜੀ। ਓਕੇ ਸੋ ਠੀਕ ਹੈ ਜੀ ਸਿੰਘ ਜੀ, ਤੁਸੀਂ CA ਕਰ ਰਹੇ ਹੋ ਅਤੇ ਸਾਨੂੰ ਤੁਸੀਂ ਟੀਮ ਨੂੰ ਟੈਕਸੇਸ਼ਨ ਦੇ ਬਾਰੇ ਵੀ ਨੌਲੇਜ ਦਿਉਂਗੇ, ਕੋਈ ਸੈਸ਼ਨ ਅਸੀਂ ਰੱਖਾਂਗੇ ਤੁਹਾਡਾ ਵੀ ਕਿਵੇਂ ਟੈਕਸੇਸ਼ਨ ਕੰਮ ਕਰਦਾ ਹੈ 2024 ਦਾ ਟੈਕਸੇਸ਼ਨ ਕਿਵੇਂ। ਮੈਂ ਚਾਹੁੰਦਾ ਵਾਂ ਕਿ ਸਾਡੇ ਸਾਰੇ ਜਿੰਨੇ ਵੀ ਟ੍ਰੇਡਰ ਨੇ ਉਹਨਾਂ ਨੂੰ ਨੋਟਿਸ ਆਉਣ ਗੌਰਮੈਂਟ ਦੇ, ਬਈ ਤੁਸੀਂ ਪੈਸੇ ਬਹੁਤ ਕਮਾ ਰਹੇ ਹੋ, ਟੈਕਸ ਭਰੋ ਹੁਣ। ਠੀਕ ਹੈ, ਅਤੇ ਉਹ ਤੁਸੀਂ ਮਤਲਬ ਸਲੈਬ ਬ੍ਰੇਕ ਕਰੋ 7.5-8 ਲੱਖ ਰੁਪਏ ਦੀ ਮਿਨੀਮਮ, ਇਹ ਆਪਣਾ ਟਾਰਗੇਟ ਰੱਖੋ। ਸੋ ਜਿਹਨਾਂ ਜਿਹਨਾਂ ਨੂੰ ਨੋਟਿਸ ਆਏਗਾ ਉਹਦਾ ਜਵਾਬ ਤੁਸੀਂ ਦੇਣੇ ਨੇ ਫਿਰ। ਠੀਕ ਹੈ, ਕੋਈ ਨਹੀਂ ਜੀ, ਕੋਈ ਇਹ ਤੁਹਾਡੀ ਸਿਕਮਿਕਸ ਟੀਮ ਦੀ ਸੇਵਾ ਹੋਏਗੀ। ਓਕੇ ਠੀਕ ਹੈ ਜੀ, ਠੀਕ ਹੈ, ਗ੍ਰੇਟ, ਥੈਂਕ ਯੂ ਜੀ ਅਜੀਤ ਸਿੰਘ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਓਕੇ ਨੈਕਸਟ ਨੇ ਸਾਡੇ ਨਾਲ ਭੁਪਿੰਦਰ ਸਿੰਘ ਜੀ। ਭੁਪਿੰਦਰ ਸਿੰਘ ਜੀ ਬੋਲ ਚੁੱਕੇ ਨੇ ਆਈ ਥਿੰਕ, ਰਾਈਟ। ਦਲਜੀਤ ਸੇਠੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਵੀਰ ਜੀ ਮੈਨੂੰ ਕਿਸਨੇ ਰਿਕਵਾਇਰਮੈਂਟ ਕੀਤਾ ਸੀ ਕਿ ਇਸ ਵਿੱਚ ਜਾਣਾ ਚਾਹੀਦਾ, ਬਿਕੋਜ਼ ਇਸ ਕੋ ਸਿੱਖਣਾ ਚਾਹੀਦਾ। ਗ੍ਰੇਟ ਜੀ, ਬਿਲਕੁਲ। ਤੁਸੀਂ ਕਿਹੜੀ ਲੋਕੇਸ਼ਨ, ਕਿਹੜੀ ਜਗ੍ਹਾ ਤੋਂ ਹੋ ਪੰਜਾਬ 'ਚ? ਵੀਰ ਜੀ ਮੈਂ ਪਟਿਆਲਾ ਤੋਂ ਬਿਲੋਂਗ ਕਰਦੀ ਹਾਂ। ਕਿਹੜੀ ਜਗ੍ਹਾ ਜੀ? ਪਟਿਆਲਾ, ਪੰਜਾਬ। ਓਕੇ ਓਕੇ, ਠੀਕ ਹੈ ਜੀ। ਜੀ ਵੀਰ ਜੀ, ਤੁਹਾਡੀ ਐਜੂਕੇਸ਼ਨ ਤੇ ਤੁਹਾਡੀ ਕੋਈ ਬੈਕ ਫਰੈਕਸ ਦੇ ਬੈਕ? ਮੇਰੀ ਐਜੂਕੇਸ਼ਨ BSc IT ਕੀਤੀ ਹੋਈ ਹੈ। ਓਕੇ ਜੀ, ਹਾਂਜੀ ਮੈਂ ਹੁਣ ਕੋਚਿੰਗ ਦੇ ਰਹੀ ਹਾਂ, ਕਾ ਟਿਊਸ਼ਨਸ ਦੇ ਰਹੀ ਹਾਂ ਸਟੂਡੈਂਟਸ ਨੂੰ, CBSE ICSE ਪੰਜਾਬ ਬੋਰਡ, ਆਲ ਬੋਰਡਸ ਨੂੰ। ਨਾਓ ਆਮ ਸਿੰਗਲ ਮਦਰ, ਕਿਉਂਕਿ ਮੇਰਾ ਬੇਟਾ ਛੋਟਾ ਹੈ, ਮੈਂ ਜੌਬ ਨਹੀਂ ਕਰ ਪਾ ਰਹੀ, ਟਾਈਮਿੰਗਸ ਬਹੁਤ ਲੱਗਦੀ ਹੈ, ਇਸ ਕਰਕੇ ਮੈਨੂੰ ਇਸ ਕੀ ਘਰ ਬੈਠ ਕੇ ਆਪਣਾ ਇਹ ਕੰਮ ਕੀਤਾ ਜਾਵੇ, ਕੁਛ ਸਿੱਖਿਆ ਜਾਵੇ। ਬਿਲਕੁਲ, ਬਹੁਤ ਵਧੀਆ, ਤੁਸੀਂ ਬਹੁਤ ਟਾਈਮ ਸਮੇਂ 'ਤੇ ਆਏ ਹੋ। ਠੀਕ ਹੈ, ਸੋ ਦਿਸ ਐਡੀਸ਼ਨਲ ਸੋਰਸ ਆਫ ਇਨਕਮ। ਸੋ ਬੱਚਿਆਂ ਨੂੰ ਵੀ ਜਿਹੜਾ ਹੈਗਾ ਆਪਾਂ ਉਹਨਾਂ ਲਈ ਵੀ ਇੱਕ ਪ੍ਰੋਗਰਾਮ, ਹਾਲੇ ਤਾਂ ਨਹੀਂ ਬਟ 8-10 ਸਾਲ ਦੇ ਜਿਹੜੇ ਵੱਡੇ ਬੱਚੇ ਨੇ ਉਹਨਾਂ ਨੂੰ ਸਿਰਫ ਕਿਡਸ ਐਂਡ ਕੋਇਨ ਦੇ ਨਾਂ 'ਤੇ ਸ਼ੁਰੂ ਜਿਹੜੇ ਆਲਰੇਡੀ ਸਾਡਾ ਡਨ ਹੈ। ਸੋ ਵੀ ਆਰ ਜਸਟ ਲਾਂਚਿੰਗ ਐਨੀ ਟਾਈਮ, ਵੀ ਜਸਟ ਨੀਡ ਸਮ ਸਟੂਡੈਂਟਸ, ਸੋ ਫਰੀ ਆਫ ਕੋਸਟ ਫੋਰ ਕਿਡਸ। ਓਕੇ, ਰੀਜ਼ਨ ਕਿਉਂਕਿ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ, ਜਿਹੜੀ ਕਮਿਊਨਿਟੀ ਫਾਈਨੈਂਸ ਦੇ ਵਿੱਚ ਬੱਚਿਆਂ ਨੂੰ, ਆਪਣੇ ਬੱਚਿਆਂ ਨੂੰ ਇਨਵੋਲਵ ਕਰਦੀ ਹੈ, ਜਿੰਨੀ ਜਲਦੀ ਕਰੇਗੀ ਉਨੀ ਜਲਦੀ ਉਹਨਾਂ ਦੇ ਬੱਚੇ ਸਕਸੈਸਫੁਲ ਹੋਣਗੇ, ਉਨੇ ਵਧੀਆ ਬਿਜ਼ਨਸ ਮੈਨ ਹੋਣਗੇ। ਠੀਕ ਹੈ, ਜਾਂ ਵੁਮਨਸ। ਰੀਜ਼ਨ ਕਿਉਂਕਿ ਇਜ਼ਰਾਈਲੀਜ਼ ਨੇ ਇਹੀ ਪੈਟਰਨ ਜਿਹੜਾ ਹੈਗਾ ਅਡੋਪਟ ਕੀਤਾ। ਸੋ ਜੋਬਸ ਦੀ ਬਜਾਏ ਉਹ ਬਿਜ਼ਨਸ ਮੈਨ ਅਤੇ ਵੁਮਨਸ ਹੁੰਦੇ ਨੇ, ਸੋ ਦੇ ਆਰ ਮਤਲਬ ਉਹ ਮੱਲਾ ਮਾਰ ਰਹੇ ਨੇ ਹਰ ਜਗ੍ਹਾ, ਹਰ ਫੀਲਡ 'ਚ, ਰਾਈਟ। ਸੋ ਸਾਡੇ ਨੂੰ, ਸਾਨੂੰ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਇਸ ਵੱਲ ਲੈ ਕੇ ਆਉਣਾ ਚਾਹੀਦਾ, ਫਾਈਨੈਂਸ ਦੇ ਵੱਲ। ਠੀਕ ਹੈ ਜੀ, ਥੈਂਕ ਯੂ ਦਲਜੀਤ ਕੌਰ ਜੀ। ਤੁਹਾਡਾ ਨਾਮ ਦਲਜੀਤ ਕੌਰ ਹੀ ਹੈ ਨਾ? ਦਲਜੀਤ ਕੌਰ ਜੀ, ਹਾਂਜੀ ਦਲਜੀਤ ਕੌਰ, ਨਾਲ ਕੌਰ ਨਹੀਂ ਸੀ ਇਸ ਕਰਕੇ। ਹਾਂਜੀ ਦਲਜੀਤ ਕੌਰ ਜੀ, ਥੈਂਕ ਯੂ ਭੈਣ ਜੀ। ਦਰਸ਼ਪ੍ਰੀਤ ਕੌਰ ਜੀ, ਓਕੇ, ਕੁਇਕ ਇੰਟਰੋ ਪਲੀਜ਼। ਤੁਹਾਡੀ ਆਵਾਜ਼ ਨਹੀਂ ਆ ਰਹੀ। ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਸਾਰਿਆਂ ਨੂੰ? ਹਾਂਜੀ ਹਾਂਜੀ, ਓਕੇ, ਹਾਂਜੀ ਬਾਈ। ਦਰਸ਼ਪ੍ਰੀਤ ਕੌਰ, ਓਕੇ, ਆਈ ਥਿੰਕ ਯੂਰ ਵੋਇਸ ਇਜ਼ ਬ੍ਰੇਕਿੰਗ। ਨੈਕਸਟ ਦੀਪ ਸੰਧੂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਈ, ਮੈਂ ਇੱਥੇ ਨਿਊਜ਼ੀਲੈਂਡ ਰਹਿੰਦਾ, ਤਾਂ ਮੈਂ ਇੱਥੇ ਟਰੱਕ ਡਰਾਈਵਰ ਹਾਂ ਜੀ, ਮੇਨ ਫਰਾਈਡ 'ਚ। ਓਕੇ, ਤਾਂ ਹਾਂਜੀ ਹਾਂਜੀ, ਤਾਂ ਮੈਂ, ਮੇਰਾ ਤਾਂ ਮੇਨ, ਮੇਰਾ ਫਰੈਂਡ ਹੈ ਕੈਨੇਡਾ ਤੋਂ, ਉਹ ਗੁਰਸਿਮਰਨ ਬੈਨੀਵਾਲ। ਹਾਂਜੀ, ਦੋ ਭਰਾ ਨੇ, ਤਾਂ ਉਹਨੇ ਮੈਨੂੰ ਕੀਤਾ ਸੀ। ਜੀ ਜੀ ਬਿਲਕੁਲ, ਤਾਂ ਹਾਂਜੀ ਹਾਂਜੀ, ਅਮਨ ਤਾਂ ਗੁਰਸਿਮਰਨ, ਹਾਂਜੀ ਜੀ। ਉਹਨਾਂ ਨੇ ਮੈਨੂੰ ਰੈਕਮੈਂਡ ਕੀਤਾ, ਕਿਉਂਕਿ ਮੈਂ ਇੱਥੇ, ਮੇਰੇ ਹੁਣ ਬੇਬੀ ਹੋਇਆ, ਤਾਂ ਮੈਂ ਆਪਣੇ ਬੇਬੀ ਨੂੰ ਨਾ ਇੱਥੋਂ ਦੇ ਕਲਚਰ ਦੇ ਵਿੱਚ ਪੜਾਉਣਾ ਨਹੀਂ ਚਾਹੁੰਦਾ। ਉਹ ਕਿਉਂ? ਤਾਂ ਮੈਨੂੰ ਇਹ ਹੈ ਕਿ ਮੈਂ ਵਾਪਸ ਪੰਜਾਬ ਆਵਾਂ, ਕਿਉਂਕਿ ਮੈਂ ਇੱਥੋਂ ਦੇ ਕਲਚਰ ਦੇ, ਹੁਣ ਸਾਡੇ ਇੱਥੇ ਗੁਆਂਢੀ ਗੋਰੇ ਨੇ, ਅਸੀਂ ਦੇਖੀਦਾ ਇਹਨਾਂ ਨੂੰ, ਤਾਂ ਕੁਛ ਵੈਸੇ ਹੀ ਇਹਨਾਂ ਦਾ ਕਲਚਰ ਅਡੋਪਟ ਕਰੀਦਾ, ਟਰੱਕਾਂ 'ਚ ਜਾਈਦਾ, ਗੋਰੇ ਹੀ ਦੇਖੀਦੇ ਅਸੀਂ ਸਾਰਾ ਦਿਨ, ਤਾਂ ਇਹਨਾਂ ਦਾ
ਮੈਨੂੰ ਕਲਚਰ ਨਹੀਂ ਇੱਥੇ ਵਧੀਆ ਲੱਗੇ ਤਾਂ ਮੈਨੂੰ ਐ ਮਹਿਸੂਸ ਹੁੰਦਾ ਕਿ ਮੈਂ ਆਪਣੇ ਜਵਾਕ ਨਹੀਂ ਇੱਥੇ ਪੜ੍ਹਾਣੇ। ਓਕੇ ਸੋ ਇੱਕ ਬਹੁਤ ਮੇਨ ਮੇਰਾ ਮੋਟਿਵ ਤੁਸੀਂ ਕਿੰਨਾ ਤੁਹਾਡਾ ਕਿੰਨਾ ਪੰਜਾਬ ਹੋਣਾ ਮਤਲਬ ਓਕੇ ਕਿੰਨੀ ਏਜ ਤੁਹਾਡੇ ਬੇਬੀ ਦੀ? ਮਤਲਬ ਮੇਰਾ ਬੇਬੀ ਹਜੇ 3 ਸਾਲ ਦਾ ਜੀ। ਓਕੇ ਬਹੁਤ ਵਧੀਆ ਟਾਈਮ ਤੇ ਸਹੀ ਡਿਸੀਜਨ ਲਿਆ ਕਿਉਂਕਿ ਜਦੋਂ ਬੱਚੇ ਮੈਚਿਓਰ ਹੋ ਗਏ ਨਾ ਤੇ ਜਦੋਂ ਜਿਹੜਾ ਇੱਕ ਯੂਰੋਪੀਅਨਸ ਹੈ ਵੈਸਟਰਨ ਜਿਹੜਾ ਐਜੂਕੇਸ਼ਨ ਸਿਸਟਮ ਹੈਗਾ ਹੈ ਉਹ ਇੰਨੀ ਜ਼ਿਆਦਾ ਇੱਕ ਫਰੀਡਮ ਦੇ ਨਾਂ 'ਤੇ ਬੱਚਾ ਆਪਣੀ ਐਗਜ਼ਿਸਟੈਂਸ ਨੂੰ ਵੀ ਚੈਲੇਂਜ ਕਰਦਾ ਕਿ ਓਕੇ ਓਕੇ ਯੂ ਆਰ ਅ ਬੋਏ ਬਟ ਯੂ ਆਰ ਇਨ ਰੋਂਗ ਬੋਡੀ। ਸੋ ਦਿਸ ਇਜ਼ ਹਾਊ ਐਲ ਜੀ ਬੀ ਟੀ ਕਿਊ ਇਜ਼ ਵਰਕਿੰਗ ਓਵਰ ਗੌਰਮੈਂਟ ਫੰਡਿਡ ਪ੍ਰੋਜੈਕਟ ਨੇ ਇਹ ਡੀਪੋਪੂਲੇਸ਼ਨ ਬਟ ਕਿਤੇ ਨਾ ਕਿਤੇ ਪੰਜਾਬੀ ਪਹਿਲਾਂ ਹੀ ਬੜੇ ਘੱਟ ਨੇ ਅਤੇ ਸਾਡੀ ਜਿਹੜੀ ਹੈਗੀ ਉਹ ਨਸਲਕੁਸ਼ੀ ਉਹਨਾਂ ਨੇ ਵੀ ਹੁਣ ਸ਼ੁਰੂ ਕਰ ਦੇਣੀ ਹੈ ਨਾ ਕਿਤੇ ਨਾ ਕਿਤੇ ਸਾਡੇ ਬੱਚੇ ਵੀ ਉਹਦੇ 'ਚ ਵਿਕਟਿਮ ਹੋ ਜਾਣਗੇ ਰਾਈਟ। ਸੋ ਬਹੁਤ ਵਧੀਆ ਡਿਸੀਜ਼ਨ ਹੈ ਰੀਅਲੀ ਐਪਰੀਸ਼ੀਏਟ। ਸਹੀ ਗੱਲ ਹੈ ਜੀ ਮੈਂ ਨਾ ਹਾਂਜੀ ਮੈਂ ਇੱਥੋਂ ਦੇ ਬੋਰਨ ਜਵਾਕ ਦੇਖਦਾ ਗੁਰਦੁਆਰੇ ਜਾਂਦਾ ਉਹ ਮੈਂ ਕਈ ਵਾਰੀ ਜਵਾਕਾਂ ਨੂੰ ਮੈਂ ਟੋਕਿਆ ਉਹਨਾਂ ਨੂੰ ਹਜੇ ਤੱਕ ਮਤਲਬ ਉਹਨਾਂ ਨੇ ਆਪਣੇ ਜਵਾਕਾਂ ਨੂੰ ਪੱਗ ਬੰਨ੍ਹਣੀ ਨਹੀਂ ਸਿਖਾਈ ਤਾਂ ਉਹਨਾਂ ਦੀ ਉਮਰ ਅਰਾਊਂਡ 22-23 ਇੱਦਾਂ ਦੀ ਹੋਈ ਹੈ। ਮੈਂ ਕਈ ਵਾਰੀ ਇਹਨਾਂ ਨੂੰ ਟੋਕਿਆ ਵੀ ਹੈ ਕਿ ਤੁਸੀਂ ਪੱਗ ਬੰਨ੍ਹ ਕੇ ਆਇਆ ਕਰੋ ਪਟਕੇ ਬੰਨ੍ਹ ਕੇ ਆਉਂਦੇ ਆ ਤਾਂ ਮੈਨੂੰ ਇਹ ਚੀਜ਼ ਵੀ ਨਹੀਂ ਵਧੀਆ ਲੱਗਦੀ ਕਿ ਉਹ ਆਪਣੇ ਜਵਾਕਾਂ ਨੂੰ ਕਲਚਰ ਹੀ ਨਹੀਂ ਸਿਖਾ ਰਹੇ ਇੱਥੋਂ ਦਾ ਆਪਣਾ ਪੰਜਾਬੀ ਸਿੱਖੀ ਦਾ। ਬਿਲਕੁਲ ਜੀ ਚਲੋ ਤੁਸੀਂ ਵੀ ਸਾਡੇ ਨਾਲ ਜੁੜੇ ਹੋ ਇੱਥੇ ਹਰ ਟ੍ਰੇਡਰਸ ਦਾ ਹਰ ਮੈਂਬਰਸ ਦਾ ਸਾਨੂੰ ਐਕਸਪੀਰੀਅੰਸ ਸ਼ੇਅਰ ਇਸ ਕਰਕੇ ਕਰ ਰਹੇ ਹਾਂ ਤਾਂ ਕਿ ਪਤਾ ਚੱਲੇ ਵੀ ਵੀ ਆਰ ਡਾਇਵਰਸੀਫਾਈਡ ਟੀਮ ਸਾਡੇ 'ਚ ਕੋਈ ਇੱਦਾਂ ਦਾ ਨਹੀਂ ਕਿ ਅਸੀਂ ਚੂਜ਼ ਨਹੀਂ ਕੀਤੇ ਆਪਣੇ ਆਪ ਹੀ ਬਾਈ ਲੱਕ ਆਏ ਨੇ ਅਤੇ ਵਧੀਆ ਲੋਕ ਸਾਡੇ ਨਾਲ ਜੁੜੇ ਹੋਏ ਨੇ ਚੰਗੀ ਅੱਗੇ ਵਧਵੀਂ ਸੋਚ ਵਾਲੇ ਠੀਕ ਹੈ ਜਿਹੜੇ ਵਾਕਈ ਜ਼ਿੰਦਗੀ 'ਚ ਕੁਛ ਕਰਨਾ ਚਾਹੁੰਦੇ ਨੇ ਬਟ ਇਹ ਵੀ ਹੋਏਗਾ ਇਸ ਵੇਲੇ 25 ਨੇ ਨੈਕਸਟ ਸੈਸ਼ਨ 'ਚ ਕੀ ਹੋਏਗਾ ਕਿ ਨਹੀਂ ਘੰਟਾ ਲੱਗਿਆ ਅਤੇ ਕੁਛ ਸਮਝ ਨਹੀਂ ਆਇਆ ਓਕੇ ਨੈਕਸਟ ਸੈਸ਼ਨ 10-15 ਹੋ ਜਾਣਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਮੈਂ ਇਹੀ ਕਹਾਂਗਾ ਕਲਾਸਿਸ ਮਿਸ ਨਾ ਕਰਿਓ ਰੀਜ਼ਨ ਕਿਉਂਕਿ ਤੁਹਾਨੂੰ 3rd-4th ਕਲਾਸ ਤੱਕ ਹੀ ਪਤਾ ਚੱਲੇਗਾ ਕਿ ਯਸ ਤੁਸੀਂ 5th ਕਲਾਸ ਕਹੋਗੇ ਕਿ ਭਾਅ ਜੀ ਬਹੁਤ ਵਧੀਆ ਇੱਕ ਸਾਨੂੰ ਚੀਜ਼ ਮਿਲੀ ਹੈ ਅਤੇ ਥੈਂਕ ਯੂ ਵੈਰੀ ਮੱਚ ਠੀਕ ਹੈ ਜੀ। ਸੋ ਥੈਂਕ ਯੂ ਵੈਰੀ ਮੱਚ ਤੁਹਾਡਾ ਜੀ ਦੀਪ ਸੰਧੂ ਤੁਹਾਡਾ ਪੂਰਾ ਨਾਮ ਕੀ ਹੈ ਦੀਪ ਸੰਧੂ? ਥੈਂਕ ਯੂ ਜੀ ਮੇਰਾ ਵੈਸੇ ਐਕਚੁਅਲੀ ਨਾਮ ਹੈਗਾ ਨਿਦਾਨ ਸਿੰਘ ਸੰਧੂ ਜੀ। ਨਿਦਾਨ ਸਿੰਘ ਤਾਂ ਇਹ ਥੋੜਾ ਜਿਹਾ ਨਾ ਆਟੋ ਇਸ 'ਚ ਆਪਣਾ ਮੇਰਾ ਨਾਮ ਨੇ ਆਈਡੀ ਚੱਕ ਲਈ ਮੇਰੀ ਗੂਗਲ ਦੀ ਤਾਂ ਉਸ 'ਚ ਦੀਪ ਸੰਧੂ ਆ ਗਿਆ ਪੁਰਾਣਾ ਨਾਮ। ਓਕੇ ਹਾਂਜੀ ਨੋ ਪ੍ਰੋਬਲਮ ਜੀ ਠੀਕ ਹੈ ਥੈਂਕ ਯੂ ਜੀ। ਹਾਂਜੀ ਥੈਂਕ ਯੂ ਜੀ। ਗੁਰਪ੍ਰੀਤ ਢਿੱਲੋਂ ਜੀ ਕਮਲਪ੍ਰੀਤ ਸਿੰਘ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਭਾਈ ਜੀ ਲੁਧਿਆਣੇ ਤੋਂ ਥੋੜ੍ਹਾ ਜਿਹਾ ਮਾਈਕ ਨੂੰ ਨੇੜੇ ਕਰੋ ਤੁਹਾਡੇ ਮਾਈਕ 'ਚ ਸਾਊਂਡ ਨਹੀਂ ਆ ਰਹੀ ਪ੍ਰੋਪਰ ਹਾਂਜੀ ਹਾਂਜੀ ਭਾਈ ਜੀ ਮੈਂ ਲੁਧਿਆਣੇ ਤੋਂ ਜੀ 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 ਠੀਕ ਹੈ ਹਾਂਜੀ ਹਾਂਜੀ ਮੈਂ ਜੀ ਸਟੱਡੀ ਕਰਦਾ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਦਾ ਜੀ ਗ੍ਰੈਜੂਏਟ ਆ ਜੀ। ਓਕੇ ਗ੍ਰੇਟ ਬਾਕੀ ਤੁਹਾਡੇ ਨਾਲ ਹਾਂਜੀ ਫਰੈਂਡ ਦੇ ਥਰੂ ਹੀ ਜੁੜੇ ਸੀਗੇ ਤੁਹਾਡੇ ਨਾਲ। ਓਕੇ ਹਾਂਜੀ ਹਾਂਜੀ ਥੈਂਕ ਯੂ। ਨੈਕਸਟ ਨੇ ਸਾਡੇ ਨਾਲ ਨੌਲੇਜ ਇਸ ਬਾਰੇ ਹਜੇ ਘੱਟ ਆ ਬਾਕੀ ਫਿਰ ਜਿੱਦਾਂ ਹੋਊਗਾ ਨਾ ਕੋਈ ਗੱਲ ਨਹੀਂ ਜੀ। ਫਰੈਕਸ ਬਾਰੇ ਮੈਨੂੰ ਵੀ ਪਤਾ ਨਹੀਂ ਸੀ 5-6 ਸਾਲ ਪਹਿਲਾਂ ਬਿਲਕੁਲ ਮਤਲਬ ਜ਼ੀਰੋ ਸੀਗਾ ਤੇ ਹੈਰਾਨੀ ਹੁੰਦੀ ਹੈ ਕਿ ਪੀਐਚਡੀ ਕਰ ਰਿਹਾ ਸੀ ਉਦੋਂ ਮੈਂ 2011 'ਚ ਮੈਂ ਪੀਐਚਡੀ ਕੀਤੀ ਅਤੇ ਇੰਨੀ ਮਤਲਬ ਜ਼ਿਆਦਾ ਉਹ ਮਾਰਕੀਟਿੰਗ ਦੀ ਫੀਲਡ 'ਚ ਅਤੇ ਇੰਨੀ ਫੀਲਡ ਇੱਕ ਐਡਵਾਂਸ ਫੀਲਡ 'ਚ ਹੋਣ ਦੇ ਬਾਵਜੂਦ ਵੀ ਸਟੋਕਸ ਬਾਰੇ ਸੁਣਿਆ ਸੀਗਾ ਬਟ ਟ੍ਰੇਡਿੰਗ ਬਾਰੇ ਅਨਫੋਰਚੁਨੇਟ ਕਹਿ ਸਕਦੇ ਹੋ ਹੈ ਨਾ ਕਿ ਨਹੀਂ ਪਤਾ ਲੱਗਿਆ ਅਤੇ ਸੋਚੋ ਜੇ ਮੈਂ ਕਿਤੇ 15-20 ਸਾਲ ਪਹਿਲਾਂ ਟ੍ਰੇਡਿੰਗ 'ਚ ਹੁੰਦਾ ਤਾਂ ਕੀ ਹੁੰਦਾ ਹੈ ਨਾ ਅੱਜ ਮੈਂ ਕਿੰਨਾ ਕੁ ਚੇਂਜ ਲਿਆ ਚੁੱਕਿਆ ਹੋਣਾ ਸੀਗਾ ਆਪਣੇ ਸਿੱਖ ਭਰਾਵਾਂ ਦੇ ਭੈਣਾਂ ਦੇ ਜ਼ਿੰਦਗੀ 'ਚ ਹੈ ਨਾ ਰੀਜ਼ਨ। ਹੁਣ 2023 'ਚ ਸ਼ੁਰੂ ਕੀਤਾ ਤਾਂ ਉਦੋਂ 2013 'ਚ ਸ਼ੁਰੂ ਕਰਨਾ ਸੀਗਾ ਸੋ 10 ਸਾਲ ਦਾ ਇੱਕ ਬਹੁਤ ਇੱਕ ਵੱਡਾ ਮਤਲਬ ਗੈਪ ਆ ਗਿਆ। ਸੋ ਕਿਉਂਕਿ ਸਾਨੂੰ ਉਹਨਾਂ ਚੀਜ਼ਾਂ ਦਾ ਹੀ ਪਤਾ ਲੱਗਦਾ ਜੋ ਸਾਡੇ ਸਰਕਲ 'ਚ ਡਿਸਕਸ ਹੁੰਦੀਆਂ। ਮੇਰੇ ਸਰਕਲ 'ਚ ਬੇਸ਼ੱਕ ਅਸੀਂ ਮੈਂ ਪੀਐਚਡੀ ਕਰ ਰਿਹਾ ਸੀਗਾ ਬੇਸ਼ੱਕ ਸਾਡੀ ਇੱਕ ਵਧੀਆ ਫੈਮਿਲੀ ਹੈਗੀ ਬਟ ਇੱਦਾਂ ਦੇ ਅਸੀਂ ਇਨਵਾਇਰਮੈਂਟ ਤੋਂ ਫਾਈਨੈਂਸ਼ੀਅਲ ਮਾਰਕੀਟ ਦੀ ਕਦੇ ਡਿਸਕਸ ਨਹੀਂ ਹੋਇਆ ਹੈ ਨਾ ਜਿਵੇਂ ਕਿ ਬਹੁਤ ਲੋਕਾਂ ਨੇ ਨਹੀਂ ਸੁਣਿਆ ਹੁਣ ਅੱਜ ਤੱਕ ਕਿ ਫਰੈਕਸ ਨਾਂ ਦੀ ਕੋਈ ਚੀਜ਼ ਵੀ ਹੈਗੀ ਹੈ ਹੈ ਨਾ। ਸਾਡੇ ਲਈ ਬਸ ਉਹ ਸੀਗਾ ਕਿ ਲਕੀਰਾਂ ਹੁੰਦੀਆਂ ਨੇ ਨਿਊਜ਼ ਆਉਂਦੀਆਂ ਨੇ ਉੱਪਰ ਜਾ ਰਿਹਾ ਮਾਰਕੀਟ ਉੱਪਰ ਕ੍ਰੈਸ਼ ਕਰ ਗਈ ਸੈਂਸੈਕਸ ਬੰਬੇ BSE NSE ਦੈਟਸ ਇਟ। ਆਪ ਵੀ ਕਰ ਸਕਦੇ ਹਾਂ ਵਧੀਆ ਹੈ ਜੇ ਸੋਰਸ ਆਫ ਇਨਕਮ ਹੈ ਜੇ ਪ੍ਰੋਫੈਸ਼ਨ ਕਰ ਸਕਦੇ ਹਾਂ ਇਹ ਪਤਾ ਨਹੀਂ ਸੀ ਦੈਟ ਇਜ਼ ਅ ਬੈਡ ਲੱਕ ਆਫ ਅਵਰ ਕਮਿਊਨਿਟੀ ਠੀਕ ਹੈ। ਹੁਣ ਵੀ ਜਿਹੜੇ ਸਾਡੇ ਗਏ ਨੇ ਜਾਂਦੇ ਨੇ ਉਹ ਉਹਨਾਂ ਨੇ ਅਸੀਂ ਕੀ ਤਰੱਕੀ ਸਮਝ ਲਈ ਹੈ ਪੰਜਾਬੀਆਂ ਨੇ ਕਿ ਆਪਣੇ ਪਿੰਡ ਤੋਂ ਜਾ ਕੇ ਜੀ ਮਤਲਬ
ਬਾਹਰ ਚਲ ਜਾਓ ਤਾਂ ਉੱਥੇ ਵੀ ਕੋਈ ਵੀ ਕੰਮ ਕਰ ਲਓ, ਕੰਮ ਕੋਈ ਵੀ ਮਾੜਾ ਨਹੀਂ ਹੈਗਾ। ਖੁਦ ਮੈਂ ਖੁਦ ਡਰਾਈਵਿੰਗ ਕੀਤੀ ਦੁਬਈ 'ਚ 11 ਮਹੀਨੇ 15 ਦਿਨ, ਠੀਕ ਹੈ, ਜਦ ਮੈਂ ਆਪਣੀ ਅਸਲੀ ਪੋਸਟ 'ਤੇ ਨਹੀਂ ਸੀ ਪੁੱਜਿਆ। ਸੋ ਕੰਮ ਕੋਈ ਵੀ ਮਾੜਾ ਨਹੀਂ ਹੈਗਾ, ਬਟ ਪ੍ਰੋਬਲਮ ਇਹ ਹੈ ਕਿ ਅਸੀਂ ਜ਼ਮਾਨੇ ਨਾਲ ਨਹੀਂ ਚੱਲ ਰਹੇ। ਸਾਡੀ ਜਿਹੜੀ ਜੋਬਸ ਹੈ ਨਾ, ਉਹਨਾਂ ਨੇ ਕਿਸ ਦਿਨ ਅਬਸਲੂਟ ਹੋ ਜਾਣਾ ਹੈ ਅਤੇ ਅਸੀਂ ਵਿਹਲੇ ਹੋ ਜਾਣਾ ਉਸ ਦਿਨ, ਠੀਕ ਹੈ ਜੀ। ਸੋ ਫਿਊਚਰ ਨੂੰ ਮੁੱਖ ਰੱਖਦੇ ਹੋਏ ਸਾਨੂੰ ਐਡਵਾਂਸ ਦੇ ਵਿੱਚ ਪਲਾਨਿੰਗ ਕਰਕੇ ਉੱਧਰ ਵਧਣਾ ਚਾਹੀਦਾ ਹੈ, ਠੀਕ ਹੈ। ਐਟਲੀਸਟ ਸਾਨੂੰ ਪਤਾ ਹੋਏਗਾ ਤਾਂ ਅਸੀਂ ਆਪਣੇ ਬੱਚਿਆਂ ਨੂੰ ਐਟਲੀਸਟ ਇਨਕਰੇਜ ਕਰਾਂਗੇ ਵੀ ਨਹੀਂ ਤੂੰ ਮਤਲਬ ਟ੍ਰੇਡਿੰਗ ਕਰ, ਠੀਕ ਹੈ। ਕਿਉਂਕਿ ਹੁਣ ਤੱਕ ਕੀ ਹੈ, ਟ੍ਰੇਡਿੰਗ ਨੂੰ ਜਿਹੜੇ ਕਰਦੇ ਵੀ ਨੇ ਉਹ ਜੂਆ ਕਹਿੰਦੇ ਨੇ, ਠੀਕ ਹੈ। ਗੈਂਬਲਿੰਗ ਹੈਗੀ ਹੈ, ਗੈਂਬਲਿੰਗ ਉਹਨਾਂ ਲਈ ਜਿਹੜੇ ਜੂਏ ਦੀ ਤਰ੍ਹਾਂ ਇਹਨੂੰ ਕਰਦੇ ਨੇ ਬਿਨਾਂ ਸਮਝੇ, ਰਾਈਟ। ਕਿਸੇ ਵੀ ਚੀਜ਼ ਨੂੰ ਬਿਨਾਂ ਸੋਚੇ ਸਮਝੇ ਬਿਨਾਂ ਅੰਡਰਸਟੈਂਡ ਕੀਤੇ ਕਰਨਾ ਇੱਕ ਜੂਆ ਹੀ ਹੁੰਦਾ ਹੈ। ਕੋਈ ਵੀ ਤੁਸੀਂ ਕੰਮ ਬਿਨਾਂ ਨੌਲੇਜ 'ਤੇ ਨਹੀਂ ਕਰਦੇ ਹੋ, ਠੀਕ ਹੈ। ਈਵਨ ਕਿ ਬੰਦਾ ਗੱਡੀ ਜਦੋਂ ਕਿਸੇ ਦੀ ਫੜਦਾ ਹੈ ਵੀ ਜਰਾ ਗੇੜੀ ਮਾਰ ਕੇ ਆਈਏ, ਹੈ ਨਾ, ਉਹ ਵੀ ਪਹਿਲਾਂ ਬੈਠ ਕੇ ਨਾ ਦੇਖਦਾ ਹੈ ਕਲੱਚ ਬਰੇਕ ਕਿੱਥੇ ਹੈ, ਕਿਉਂਕਿ ਡਿਫਰੈਂਟ ਮਾਡਲਸ, ਡਿਫਰੈਂਟ ਕੰਪਨੀਜ਼ ਅਲੱਗ ਅਲੱਗ ਪਲੇਸਮੈਂਟ ਹੁੰਦੀ ਹੈ, ਰਾਈਟ ਜੀ। ਸੋ ਇਹ ਚੀਜ਼ ਜਿਹੜੀ ਹੈਗੀ ਹੈ ਇਹ ਮੈਟਰ ਕਰਦੀ ਹੈ ਕਿ ਸਾਨੂੰ ਜਿਸ ਚੀਜ਼ ਦੀ ਨੌਲੇਜ ਨਹੀਂ ਅਸੀਂ ਨਾ ਕਰੀਏ। ਸੋ ਜੇ ਤੁਹਾਨੂੰ ਪਤਾ ਹੋਏਗਾ, ਠੀਕ ਹੈ, ਤੁਸੀਂ ਆਪ ਐਟਲੀਸਟ ਨੈਕਸਟ ਜਨਰੇਸ਼ਨ ਨੂੰ ਮੋਟੀਵੇਟ ਕਰੋਗੇ, ਨਾ ਕਿ ਇਹ ਕਹੋਗੇ ਕਿ ਜੂਆ ਹੈ। ਜੂਆ ਕੌਣ ਕਹਿ ਰਹੇ ਨੇ ਜਿਨ੍ਹਾਂ ਨੂੰ ਨਹੀਂ ਸੀ ਪਤਾ, ਜਿਨ੍ਹਾਂ ਨੇ ਕ੍ਰਿਪਟੋ ਦਾ ਹਾਲ ਦੇਖਿਆ ਕਿ ਪੰਜਾਬੀ ਜਿਹੜੇ ਕ੍ਰਿਪਟੋ 'ਚ ਬਹੁਤ ਇਨਵੋਲਵ ਹੋਏ ਅਤੇ ਆਪ ਨਹੀਂ ਟ੍ਰੇਡ ਕੀਤੀ, ਕਿਸੇ ਨੂੰ ਪੈਸੇ ਦੇ ਛੱਡੇ ਅਤੇ ਉਹ ਭੱਜ ਗਏ ਨੇ ਬਾਅਦ 'ਚ, ਉਹ ਵੀ ਹੁੰਦਾ, ਠੀਕ ਹੈ। ਉਹ ਲੇਕਿਨ ਕ੍ਰਿਪਟੋ 'ਚ ਹੋਇਆ ਸੀ। ਅਸੀਂ ਕੀ ਕਰਨਾ, ਅਸੀਂ ਇਸ ਚੀਜ਼ ਨੂੰ ਸਮਝਣਾ, ਸਿੱਖਣਾ ਹੈ, ਠੀਕ ਹੈ। ਇੱਥੇ ਤੁਹਾਨੂੰ ਡੋਲਰਸ ਦੀ ਕਮਿਟਮੈਂਟ ਨਹੀਂ ਹੋਏਗੀ, ਮੇਰੀ ਕਿਸੇ ਵੀ ਟੀਮ ਵੱਲੋਂ ਤੁਹਾਨੂੰ ਅਸੀਂ ਇੰਨੇ ਡੋਲਰ ਕਮਾ ਕੇ ਦੇਵਾਂਗੇ, ਨੋ। ਤੁਹਾਨੂੰ ਅਸੀਂ ਤਰੀਕਾ ਦੱਸਣਾ ਹੈ ਕਿਵੇਂ ਕੰਮ ਕਰਨਾ ਹੈ, ਕਿਵੇਂ ਮਾਰਕੀਟ ਨੂੰ ਪੜ੍ਹਨਾ ਹੈ, ਕਿਵੇਂ ਦੇਖਣਾ ਹੈ, ਠੀਕ ਹੈ। ਨਾ ਤੁਹਾਡੇ ਕੋਲ ਪੈਸਾ ਮੰਗਿਆ ਜਾਏਗਾ, ਨਾ ਹੀ ਤੁਹਾਨੂੰ ਕੋਈ ਦੱਸਿਆ ਕਿ ਤੁਹਾਨੂੰ ਕਿੰਨੇ $1,000 ਤੁਸੀਂ ਕਮਾ ਸਕਦੇ ਹੋ, ਮਿਨੀਮਮ ਇੰਨੇ ਕਮਾਓ, ਇੰਨੇ ਫੀਸ ਦਿਓ, ਨਥਿੰਗ, ਓਕੇ। ਤੁਸੀਂ ਆਪ ਸਿੱਖ ਕੇ, ਆਪ ਸਿੱਖਣ ਲਈ ਆਪ ਤੁਹਾਨੂੰ ਤਕਲੀਫ ਝੱਲਣੀ ਹੀ ਪਏਗੀ, ਜਿਵੇਂ ਕਿ ਟ੍ਰੇਨਿੰਗਸ ਹੁੰਦੀ ਹੈ, ਠੀਕ ਹੈ। ਕਮਲਪ੍ਰੀਤ ਸਿੰਘ ਜੀ, ਮੈਂ ਸਾਰਿਆਂ ਲਈ ਗੱਲ ਕਰ ਰਿਹਾ, ਠੀਕ ਹੈ ਜੀ, ਠੀਕ ਹੈ ਸਰ, ਧੰਨਵਾਦ ਜੀ। ਦਰਸ਼ਪ੍ਰੀਤ ਕੌਰ ਜੀ, ਤੁਸੀਂ ਬੋਲ ਸਕਦੇ ਹੋ ਹੁਣ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਹੁਣ ਆਵਾਜ਼ ਆ ਰਹੀ ਹੈ ਕਿ ਪਹਿਲਾਂ ਤੁਹਾਨੂੰ ਨੈਟਵਰਕ ਇਸ਼ੂਜ਼ ਕਰਕੇ ਥੋੜ੍ਹਾ ਨਹੀਂ ਪ੍ਰੋਬਲਮ ਆ ਰਿਹਾ ਸੀ, ਕੋਈ ਗੱਲ ਨਹੀਂ ਜੀ। ਹਾਂਜੀ ਵੀਰ ਜੀ, ਮੈਂ ਸੀਨੀਅਰ ਸੋਫਟਵੇਅਰ ਇੰਜੀਨੀਅਰ ਹਾਂ, ਮੈਂ ਐਕਸੈਂਚਰ ਵਿੱਚ ਜੋਬ ਕਰਦੀ ਹਾਂ ਐਜ਼ ਅ ਸੋਫਟਵੇਅਰ ਟੈਸਟਰ, ਅਤੇ ਪੈਰਲਲੀ ਐਕਚੁਲੀ ਮੇਰੇ ਹਸਬੈਂਡ ਇਸੀ ਵਿੱਚ ਹੀ ਨੇ, ਉਹਨਾਂ ਨੂੰ ਕਾਫੀ ਮਤਲਬ ਮੇਰੇ ਨਾਲੋਂ ਬਹੁਤ ਬੈਟਰ ਨੌਲੇਜ ਹੈ, ਮੈਂ ਤਾਂ ਹਜੇ ਸਟਾਰਟਿੰਗ ਕਰਨਾ, ਮੈਂ ਉਹਨਾਂ ਨੂੰ ਦੇਖ ਕੇ ਥੋੜ੍ਹਾ ਮੈਨੂੰ ਹੋਇਆ ਕਿ ਇਨਕਰੇਜ ਕਿ ਨਹੀਂ ਮੈਂ ਵੀ ਕਰਨਾ ਜੀ, ਇਸ ਲਈ ਅੱਜ ਮੈਂ ਫਸਟ ਟਾਈਮ ਇੱਕ ਗਰੁੱਪ ਜੁਆਇਨ ਕੀਤਾ। ਥੋੜ੍ਹਾ ਮੈਨੂੰ ਲੱਗਦਾ ਕਿ ਮੈਂ ਮੁਸ਼ਕਿਲ ਹੈ, ਬਟ ਮੈਂ ਆਈ ਥਿੰਕ ਜੇ ਮਿਲੇਗਾ ਤਾਂ ਤੁਹਾਡੇ ਵਰਗੇ ਮਤਲਬ ਸਪੋਰਟ ਮਿਲੇਗੀ ਤੁਹਾਡੀ, ਮੈਂ ਜ਼ਰੂਰ ਕਰ ਪਾਵਾਂਗੇ। ਮੁਸ਼ਕਿਲ ਹੈ ਬਟ ਇੰਪੋਸੀਬਲ ਨਹੀਂ ਹੈ ਦਰਸ਼ਪ੍ਰੀਤ ਕੌਰ ਜੀ। ਹਾਂਜੀ, ਜਿਵੇਂ ਦੱਸਿਆ, ਠੀਕ ਹੈ। ਹਾਂਜੀ ਜੀ ਜੀ ਬਿਲਕੁਲ, ਥੈਂਕ ਯੂ ਜੀ ਤੁਹਾਨੂੰ ਨਾਲ ਮੇਰੀ, ਤੁਸੀਂ ਕਿਹਾ ਸੀਗਾ ਵੀ ਤੁਸੀਂ ਟੈਸਟਿੰਗ ਵੀ ਕਰ ਸਕਦੇ ਹੋ ਸਾਡੀ ਵੈਬਸਾਈਟ ਦੀ ਵੀ, ਰਾਈਟ। ਹਾਂਜੀ ਬਿਲਕੁਲ ਬਿਲਕੁਲ ਜੀ, ਮੈਂ ਤੁਹਾਡੀ ਮਤਲਬ ਮੈਂ ਵੀ ਥੋੜੀ ਸੇਵਾ ਕਰਨਾ ਚਾਹਾਂ ਜੀ, ਮੈਂ ਵੀ, ਅਸੀਂ ਕੱਲ ਗੱਲ ਕਰਾਂਗੇ, ਠੀਕ ਹੈ ਜੀ। ਜੀ ਜੀ ਬਿਲਕੁਲ ਬਿਲਕੁਲ ਜੀ, ਥੈਂਕ ਯੂ ਨੇ ਸਾਡੇ ਨਾਲ, ਥੈਂਕ ਯੂ ਜੀ। ਮਨਪ੍ਰੀਤ ਸਿੰਘ ਔਲਖ ਜੀ, ਹੈਲੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਜੀ, ਬੇਸਿਕਲੀ ਮੈਂ ਨੀਅਰ ਫਤਿਹਗੜ੍ਹ ਸਾਹਿਬ ਤੋਂ ਪੰਜਾਬ ਦੇ ਵਿੱਚ, ਓਕੇ ਜੀ, ਬਟ ਇਸ ਵੇਲੇ ਮੈਂ ਕੈਨੇਡਾ ਵਿੱਚ ਐਜ਼ ਅ ਸਟੂਡੈਂਟ ਹਾਂ। ਓਕੇ, ਦੈਟਸ ਗ੍ਰੇਟ। ਤੇ ਮੇਰੀ ਜਸਟ ਸਟੱਡੀ ਕੰਪਲੀਟ ਹੋਣ ਵਾਲੀ ਹੈ, 3.5 ਮੰਥ ਰਹਿ ਗਏ ਨੇ, ਤੇ ਸਟੱਡੀ ਹੈਗੀ ਆ ਐਸੋਸੀਏਟ ਆਫ ਆਰਟਸ ਐਂਡ ਬਿਜ਼ਨਸ। ਸੋ ਜਦੋਂ ਗੱਲ ਕਰਦੇ ਨੇ, ਜਿੱਦਾਂ ਆਪਣੇ ਪ੍ਰੋਫੈਸਰ ਸਾਨੂੰ ਦੱਸਦੇ ਨੇ ਉੱਥੇ ਮਤਲਬ ਬਿਜ਼ਨਸ ਦੇ ਵਿੱਚ ਕਿ ਤੁਸੀਂ ਕੀ ਕਰ ਸਕਦੇ ਹੋ ਅੱਗੇ, ਹੈ ਨਾ, ਸੋ ਉੱਥੇ ਦੀ ਮੈਨੂੰ ਆਈਡੀਆ ਜਿਹਾ ਹੋਇਆ। ਤੇ ਈਵਨ ਮੇਰੀ ਸਿਸਟਰ, ਮੇਰੀਆਂ 2 ਸਿਸਟਰਸ ਨੇ ਤੁਹਾਡੇ ਕੋਲ ਕੋਚਿੰਗ ਲਈ ਆ, ਮੇ ਬੀ ਤੁਸੀਂ ਜਾਣਦੇ ਹੋਗੇ, ਅਮਨਦੀਪ ਕੌਰ, ਜਸਵੀਰ ਕੌਰ, ਜਸਵੀਰ ਕੌਰ, ਹਾਂਜੀ ਹਾਂਜੀ ਹਾਂਜੀ, ਤੇ ਉਹਨਾਂ ਨੇ ਮੈਨੂੰ ਰਿਕਮੈਂਡ ਕੀਤਾ ਸੀਗਾ। ਤੇ ਈਵਨ ਜਿਵੇਂ ਕਿ ਮੇਰੀ ਸਟੱਡੀ ਕੰਪਲੀਟ ਹੋਣ ਵਾਲੀ ਹੈ, ਤੇ ਮੈਂ ਸੋਚ ਰਿਹਾ ਸੀਗਾ ਕਿ ਕਿਤੇ ਇਨਵੈਸਟ ਕੀਤਾ ਜਾਵੇ, ਜੋ ਵੀ ਆਪਾਂ ਥੋੜਾ ਬਹੁਤਾ ਬਚਦਾ ਪਿੱਛੇ, ਹਨਾ, ਕਮਾ ਕੇ। ਤੇ ਪਰ ਇੱਥੇ ਜਿੱਦਾਂ ਆਪਾਂ ਬੈਂਕ ਦੇਖਦੇ ਹਾਂ, ਕੋਈ ਵੀ ਬੈਂਕ ਆ, ਉਹਦਾ ਇੰਟਰਸਟ ਰੇਟ ਬਿਲਕੁਲ ਵੀ, ਮਤਲਬ ਤੁਸੀਂ ਕਹਿ ਲਓ ਵੀ ਕਿਸੇ ਦਾ 0.5 ਹੈ, ਕਿਸੇ ਦਾ 1.5 ਹੈ, ਮਤਲਬ ਉਹ ਵੀ ਐਨੂਅਲੀ, ਬਹੁਤ ਘੱਟ ਹੈ, ਮਤਲਬ ਆਪਾਂ ਕੁਛ ਅਰਨ ਨਹੀਂ ਕਰ ਸਕਦੇ, ਹਨਾ। ਸੋ ਮੈਂ ਦੇਖ ਰਿਹਾ ਸੀ ਆਪਸ਼ਨ, ਸੋ ਮੈਨੂੰ ਸਿਸਟਰਸ ਨੇ ਦੱਸਿਆ ਕਿ ਤੁਹਾਡੇ ਕੋਲ ਕੋਚਿੰਗ ਲੈ ਕੇ, ਐਂਡ ਈਵਨ ਫੋਰੈਕਸ ਇੱਕ ਵਧੀਆ ਪਲੇਸ ਹੋ ਸਕਦੀ ਆ, ਬਟ ਮੈਨੂੰ ਇਹਦੇ ਬਾਰੇ ਤੁਸੀਂ ਗੱਲ ਵੀ ਕੁਛ ਵੀ ਨਹੀਂ ਪਤਾ ਹੈ, ਜਸਟ ਦੇਖਿਆ ਹਨਾ ਕਿ ਜਿਵੇਂ ਕੋਈ ਇੰਟਰਨੈਟ ਤੇ ਜਾਂ ਇੰਸਟਾਗ੍ਰਾਮ ਤੇ ਰੀਲ ਦੇਖ ਲਈ ਕਿ
ਕੋਈ ਇੰਨਾ ਕਮਾ ਰਿਹਾ ਤਾਂ ਥੋੜਾ ਬਹੁਤ ਉਹਦੇ ਨਾਲ ਲਿਓਰਡ ਹੋ ਗਏ ਇਦਾਂ ਕਹਿ ਲਓ ਜਾਂ ਅਟਰੈਕਟ ਹੋ ਗਏ। ਠੀਕ ਹੈ ਜੀ, ਸਾਡੇ ਨਾਲ ਇੱਕ ਹੋਰ ਵੀਰ ਜੁੜੇ ਨੇ, ਬਹੁਤ ਸੋਹਣਾ ਲੱਗਿਆ। ਠੀਕ ਹੈ, ਅਮਨਦੀਪ ਕੌਰ ਔਲਖ ਅਤੇ ਜਸਵੀਰ ਕੌਰ ਔਲਖ ਬਹੁਤ ਵਧੀਆ ਸਾਡੇ ਸਟੂਡੈਂਟਸ ਰਹੇ ਨੇ। ਠੀਕ ਹੈ, ਬਹੁਤ ਹੀ ਪਿਆਰੀਆਂ ਬੱਚੀਆਂ ਨੇ, ਤੋ ਵੀ ਆਰ ਰੀਅਲੀ ਪ੍ਰਾਊਡ ਆਫ ਬੋਥ ਆਫ ਦੈਮ। ਸੋ ਤੁਸੀਂ ਵੀ ਉਹਨਾਂ ਦੇ ਪਰਿਵਾਰ 'ਚੋਂ, ਬਹੁਤ ਵਧੀਆ ਲੱਗਿਆ ਇਹ ਸੁਣ ਕੇ ਵੀ, ਦੇਖ ਕੇ ਵੀ। ਠੀਕ ਹੈ, ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਇੱਕ ਮੁਕਾਮ 'ਤੇ ਸਾਰਿਆਂ ਨੂੰ ਲੈ ਕੇ ਜਾਈਏ, ਇੱਕ ਲਰਨਿੰਗ ਜਿਹੜਾ ਫੇਜ਼ ਹੈਗਾ ਉੱਥੇ ਤੁਹਾਨੂੰ ਅਸੀਂ ਬ੍ਰੇਕ ਇਵਨ 'ਤੇ ਲਿਆ ਕੇ, ਜਦੋਂ ਤੁਸੀਂ ਅਰਨਿੰਗ 'ਚ ਹੋ ਜਾਓ ਦੈਨ ਯੂ ਵਿਲ ਬੀ ਐਟ ਯੂਰ ਆਉਨ। ਓਕੇ, ਸੋ ਬੈਂਕ ਕਿਵੇਂ ਕੰਮ ਕਰਦੇ ਨੇ, ਬੈਂਕਾਂ 'ਚ ਪੈਸੇ ਕਿਉਂ ਨਹੀਂ ਰੱਖਣੇ ਚਾਹੀਦੇ, ਇਹਦੇ ਬਾਰੇ ਵੀ ਆਪਾਂ ਇੱਕ ਨੈਕਸਟ ਸੈਸ਼ਨ 'ਚ ਗੱਲ ਕਰਾਂਗੇ। ਠੀਕ ਹੈ, ਕਿਉਂਕਿ ਬੈਂਕਾਂ 'ਚ ਪੈਸੇ ਕਦੀ ਨਹੀਂ ਵੱਧਦੇ ਹੁੰਦੇ, ਚਾਹੇ ਰੇਟ ਆਫ ਇੰਟਰਸਟ 2 ਹੈ ਜਾਂ 3 ਹੈ 4 ਵੀ ਹੈ, ਕਿਉਂਕਿ ਜਿੱਦਾਂ ਜਿੰਨਾ ਕੁ ਤੁਹਾਨੂੰ ਇੰਟਰਸਟ ਮਿਲਦਾ ਉਨਾ ਕੁ ਪੈਸਾ ਆਪਣੀ ਵੈਲਿਊ ਖੋ ਚੁੱਕਾ ਹੁੰਦਾ ਮਹਿੰਗਾਈ ਦੇ ਤੌਰ 'ਤੇ। ਠੀਕ ਹੈ ਜੀ, ਸੋ ਇਸ ਬਾਰੇ ਵੀ ਗੱਲ ਕਰਾਂਗੇ। ਸੋ ਪੈਸੇ ਨੂੰ ਇਨਵੈਸਟ ਕਰੋ ਅਤੇ ਵਧੀਆ ਸਟੋਕਸ ਅਤੇ ਅਦਰ ਇਨਵੈਸਟਮੈਂਟ ਅਪਰਚੁਨਿਟੀ 'ਚ ਇਨਵੈਸਟ ਕਰੋ ਆਪਣੇ ਪੈਸੇ ਨੂੰ। ਪੋਰਟਫੋਲੀਓ ਡਾਇਵਰਸੀਫਾਈ ਕਰੋ, ਕਿਵੇਂ ਕਰਨਾ ਉਹਦਾ ਵੀ ਇੱਕ ਸੈਸ਼ਨ ਹੋਏਗਾ। ਠੀਕ ਹੈ ਜੀ, ਥੈਂਕ ਯੂ ਮਨਵੀਰ ਸਿੰਘ ਜੀ। ਥੈਂਕ ਯੂ ਜੀ। ਨੈਕਸਟ ਸਾਡੇ ਨਾਲ ਨੇ ਨਵਜੋਤ ਸਿੰਘ, ਆਈ ਥਿੰਕ ਬੋਲ ਚੁੱਕੇ ਨੇ, ਰਾਈਟ? ਓਕੇ, ਨਵਜੋਤ ਸਿੰਘ, ਨਵਪ੍ਰੀਤ ਕੌਰ ਵੀ, ਨਿਰਮਲ ਬੀਰ ਸਿੰਘ ਜੀ, ਹੈਲੋ। ਹਾਂਜੀ ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮੈਂ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ ਹਾਂ ਜੀ। ਠੀਕ ਹੈ ਜੀ ਜੀ, ਤੁਹਾਡੇ ਨਾਲ ਦੀਪਕ ਸਿੰਘ ਜੀ ਨੇ ਐਡ, ਉਹ ਮੇਰੇ ਬ੍ਰਦਰ ਇਨ ਲਾਅ ਨੇ। ਓਕੇ ਜੀ, ਉਹਨਾਂ ਨੇ ਦੱਸਿਆ ਸੀ, ਐਕਚੁਅਲੀ ਅਸੀਂ ਪਹਿਲਾਂ ਨਾ ਜਿਹੜੀ ਇੰਡੀਅਨ ਟ੍ਰੇਡਿੰਗ ਮਾਰਕੀਟ 'ਚ ਥੋੜਾ ਜਿਹਾ ਕੰਮ ਕੀਤਾ ਸੀ। ਓਕੇ ਜੀ, ਤੇ ਉਹਦੇ 'ਚ ਕਾਫੀ ਲੋਸ ਹੋਇਆ, ਉਸ ਤੋਂ ਬਾਅਦ ਮੈਂ ਤਾਂ ਹੱਥ ਹੀ ਖੜੇ ਕਰਤੇ ਸੀ, ਮੈਂ ਕਿਹਾ ਇਸ ਪਾਸੇ ਜਾਣਾ ਹੀ ਨਹੀਂ, ਮਿਹਨਤ ਵਾਲਾ ਕੰਮ ਹੀ ਸਹੀ ਹੈ, ਵੀ ਮੇਰਾ ਇੱਕ ਸਟੋਰ ਹੈ ਮੈਂ ਉੱਥੇ ਕੰਮ ਕਰਦਾ। ਓਕੇ ਜੀ, ਤੇ ਉਸ ਤੋਂ ਬਾਅਦ ਹੁਣ ਉਹਨਾਂ ਨੇ ਦੁਬਾਰਾ ਮੈਨੂੰ ਇਹਦਾ ਰੈਕਮੈਂਡ ਕੀਤਾ, ਕਹਿੰਦੇ ਵੀਰ ਜੀ ਬਈ ਮਤਲਬ ਆਪਾਂ ਨੂੰ ਸਿਖਾਉਂਦੇ ਨੇ ਕੋਈ ਵੀ ਕੰਮ ਹੈ ਵੀ ਸਿੱਖ ਕੇ ਕਰੀਏ ਤਾਂ ਹੀ ਫਾਇਦਾ ਹੈ, ਉਂਝ ਤਾਂ ਜਿਹੜਾ ਮਰਜ਼ੀ ਕੰਮ ਕਰ ਲਓ ਉਹਦੇ 'ਚ ਫੇਲ ਹੁੰਦਾ ਹੀ ਹੈ। ਬਿਲਕੁਲ ਜੀ ਜੀ ਜੀ, ਤਾਂ ਕਰਕੇ ਮੈਂ ਕਿਹਾ ਚਲੋ ਕਲਾਸਿਸ ਲੈ ਕੇ ਦੇਖਦੇ ਹਾਂ, ਕੁਛ ਸਿੱਖਾਂਗੇ ਨਵਾਂ, ਕੁਛ ਕਰਾਂਗੇ ਤਾਂ ਚਲੋ ਠੀਕ ਹੈ ਜੀ, ਮੈਂ ਤਾਂ ਜੁਆਇਨ ਕੀਤੀਆਂ ਜੀ ਕਲਾਸਿਸ। ਬਿਲਕੁਲ ਜੀ, ਜ਼ਰੂਰ ਆਪਾਂ ਕਰਾਂਗੇ, ਬਹੁਤ ਵਧੀਆ ਆਪਾਂ ਕਰਾਂਗੇ। ਠੀਕ ਹੈ ਜੀ, ਸੋ ਜੀ 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 ਅੱਗੇ ਵਧਾਂਗੇ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ ਹਾਂਜੀ ਹਾਂਜੀ, ਓਕੇ, ਨਾਲ ਜੁੜੇ ਰਹੋ ਜੀ। ਇੱਕ ਪਲੇ ਸਟੋਰ ਦੇ ਨਾਮ ਦੀ ਆਈਡੀ ਹੈਗੀ ਹੈ, ਕਿਹਨਾਂ ਦੀ ਹੈ? ਨੈਕਸਟ, ਹਾਂਜੀ ਤੁਹਾਨੂੰ ਨਹੀਂ ਪੁੱਛ ਰਿਹਾ ਮੈਂ ਜੀ ਜੀ। ਓਕੇ ਜੀ, ਹੁਣ ਮੈਂ ਕੀ ਕਹਾਂ ਜੀ, ਪਲੇ ਸਟੋਰ ਵਾਲੇ ਕੀ ਕਹਾਂ ਤੁਹਾਨੂੰ, ਤੁਹਾਡੇ ਨਾਮ ਦੀ ਆਈਡੀ ਨਹੀਂ ਹੈ, ਪਲੇ ਸਟੋਰ ਦੇ ਨਾਂ ਤੇ ਡਿਸਪਲੇ ਹੋ ਰਿਹਾ, ਪਲੀਜ਼ ਥੋੜਾ ਜਿਹਾ ਆਪਣੇ ਬਾਰੇ ਦੱਸੋ। ਨੈਕਸਟ ਕੌਣ ਨੇ, ਪ੍ਰਭਜੀਤ ਸਿੰਘ, ਪ੍ਰਭਜੀਤ ਸਿੰਘ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੇਰੀ ਆਵਾਜ਼ ਆ ਰਹੀ ਵੀਰ ਜੀ? ਹਾਂਜੀ ਵੀਰ ਜੀ, ਵਿੱਚ ਮੈਂ ਦਿੱਲੀ ਤੋਂ ਬਿਲੋਂਗ ਕਰਦਾ ਵਾਂ ਜੀ, ਤੇ ਮੈਂ ਬੀਸੀਏ ਕੀਤੀ ਹੈ ਆਪਣੀ ਗ੍ਰੈਜੂਏਸ਼ਨ, 2009 ਗ੍ਰੈਜੂਏਟ ਹਾਂ, 35 ਈਅਰਸ ਮੇਰੀ ਏਜ ਹੈ। ਓਕੇ, ਤੇ ਉਸ ਤੋਂ ਬਾਅਦ ਮੈਂ ਸਰ ਵੀਰ ਜੀ ਕੈਨੇਡਾ ਗਿਆ ਸੀਗਾ, 5-6 ਸਾਲ ਮੈਂ ਕੈਨੇਡਾ ਰਿਹਾ, ਫਰਦਰ ਸਟੱਡੀਜ਼ ਕੀਤੀ ਹੈ, ਪੂਰਾ ਐਕਸਪੋਜ਼ਰ ਲਿਆ, ਸਭ ਕੁਛ ਦੇਖਿਆ, ਲੇਕਿਨ ਜਿਵੇਂ ਤੁਸੀਂ ਗੱਲ ਕਰਦੇ ਹੋ ਮਾਇੰਡਸੈਟ ਬਾਰੇ, ਜੋ ਵੀ ਦੇਖਣ ਨੂੰ ਮਿਲਦਾ ਸਿੱਖਣ ਨੂੰ ਮਿਲਦਾ, ਅਤੇ ਮੇਰੀ ਫੈਮਿਲੀ ਦਾ ਅਤੇ ਮੇਰਾ ਇਹ ਡਿਸੀਜਨ ਸੀਗਾ ਕਿ ਵੀ ਮੈਂ ਵਾਪਸ ਇੰਡੀਆ ਮਾਈਗ੍ਰੇਟ ਹੋ ਜਾਵਾਂ, ਅਤੇ ਫੈਮਿਲੀ ਬਿਜ਼ਨਸ ਮੇਰਾ ਹੈਗਾ ਜੀ, ਪੇਰੈਂਟਸ ਦਾ ਪੂਰਾ ਸਪੋਰਟ ਰਿਹਾ ਹਮੇਸ਼ਾ, ਅਤੇ ਉੱਥੇ ਅਪਸ ਐਂਡ ਡਾਊਨ ਸਾਰੀਆਂ ਦੇਖੀਆਂ, 1-2 ਜਿੰਨੇ ਵੀ ਛੋਟੀ ਜੋਬ ਵੀ ਅਤੇ ਵੱਡੇ ਤੋਂ ਵੱਡੀ ਚੀਜ਼ ਵੀ ਕੀਤੀ ਜੋ ਵੀ ਅਚੀਵਲ ਕਰ ਸਕਦਾ ਸੀਗਾ ਉਸ ਟਾਈਮ ਡਿਊਰੇਸ਼ਨ ਵਿੱਚ। ਉਸ ਤੋਂ ਬਾਅਦ ਮੇਰੇ ਕਜ਼ਨ ਹੈਗੇ ਨੇ, ਉਹ ਇਸ ਗਰੁੱਪ ਵਿੱਚ ਜੁਆਇਨ ਹੈਗੇ ਨੇ, ਹਰਜੋਤ ਸਿੰਘ, ਉਹਨਾਂ ਨੇ ਤੁਹਾਡੇ ਬਾਰੇ ਦੱਸਿਆ, ਅਤੇ ਮੀਨਵਾਈਲ ਮੈਂ ਕ੍ਰਿਪਟੋ ਦੇ ਵਿੱਚ ਵੀ ਥੋੜ੍ਹਾ ਜਿਹਾ ਕੰਮ ਕੀਤਾ ਹੋਇਆ ਜੀ ਜੀ, ਮਾਈਨਿੰਗ ਤੋਂ ਲੈ ਕੇ ਟ੍ਰੇਡਿੰਗ ਤੋਂ ਲੈ ਕੇ ਸਪੋਟ ਟ੍ਰੇਡਿੰਗ, ਫਿਊਚਰ ਟ੍ਰੇਡਿੰਗ ਵਗੈਰਾ ਸਭ ਕੀਤਾ ਹੋਇਆ, ਸਟੋਕਸ ਵਿੱਚ ਵੀ ਮੈਂ ਨਿਫਟੀ, ਬੈਂਕ ਨਿਫਟੀ ਵਿੱਚ ਵੀ ਥੋੜ੍ਹਾ ਬਹੁਤ ਕੀਤਾ ਹੋਇਆ ਜੀ ਜੀ, ਵਰਕਸ ਵਿੱਚ ਮੈਂ ਕੰਮ ਕਦੀ ਨਹੀਂ ਕੀਤਾ, ਲੇਕਿਨ ਤੁਹਾਡੀ ਵੀਡੀਓਜ਼ ਮੈਂ ਸਾਰੀ ਗੋ ਥਰੂ, ਆਲਮੋਸਟ ਸਾਰੀ ਉਹ ਗੋ ਥਰੂ ਕੀਤੀਆਂ ਜਿਹੜੀ ਐਜੂਕੇਸ਼ਨ ਕੰਟੈਂਟ ਹੈਗੀਆਂ ਨੇ, ਅਤੇ ਜਿਹੜਾ ਤੁਹਾਡਾ ਐਕਸਪ੍ਰੈਸ ਕਰਨ ਦਾ
ਮੈਥਡ ਹੈਗਾ ਜਾਂ ਸਮਝਾਉਣ ਦਾ ਜਾਂ ਕੌਮ ਦੇ ਲਈ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ, ਜੋ ਵੀ ਤੁਸੀਂ ਰੈਵੋਲੂਸ਼ਨ ਲਿਆਉਣਾ ਚਾਹੁੰਦੇ ਹੋ ਕਿ ਵੀ ਕੈਨੇਡਾ 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 ਕਿੰਨਾ ਹਾਰਡਸ਼ਿਪ ਹੈਗਾ, ਉੱਥੇ ਜਾ ਕੇ ਹੀ ਬੰਦੇ ਨੂੰ ਪਤਾ ਚੱਲਦਾ। ਅਤੇ ਮੈਂ 2 ਮਿੰਟ ਤੁਹਾਡਾ ਜਾ ਲੈਣਾ ਚਾਹਾਂਗਾ। ਮੈਂ 7 ਜਨਵਰੀ 2010 ਨੂੰ ਗਿਆ ਸੀਗਾ ਅਤੇ ਮੈਨੂੰ ਡੇਟ ਯਾਦ ਹੈ ਐਗਜੈਕਟਲੀ ਕਦੋਂ ਮੈਂ ਗਿਆ ਵਾਂ ਅਤੇ ਕੀ ਕੀ ਹੋਇਆ ਕੀ ਨਹੀਂ ਹੋਇਆ। ਅਤੇ ਮਤਲਬ ਵੀ ਕਹਿੰਦੇ ਨੇ ਜੇ ਚੁਟਕੀ ਵਜਾ ਕੇ ਸਭ ਕੁਛ ਲਾਈਵ ਵਿੱਚ ਦਿਖਦਾ ਕੀ ਹੋਇਆ ਕੀ ਨਹੀਂ ਹੋਇਆ, ਸਭ ਕੁਛ ਰੀਕਾਲ ਹੁੰਦਾ। ਬਾਕੀ ਇਸ ਗਰੁੱਪ ਵਿੱਚ ਵੀ ਜੀ ਮੇਰੀ ਵਾਈਫ ਦਰਸ਼ਪ੍ਰੀਤ ਕੌਰ ਜਿਹੜੀ ਹੁਣ ਤੁਹਾਡੇ ਨਾਲ ਗੱਲ ਹੋਈ ਹੈ ਉਹ ਮੇਰੀ ਵਾਈਫ ਨੇ, ਆਵਾਜ਼ਾਰੀ ਵਿੱਚ ਮੇਰੀ ਹੈਲੋ ਹੈਲੋ ਹਾਂਜੀ 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 ਜੀ 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 ਕੁਲਵੀਰ ਜੀ ਵੀਰ ਜੀ, ਦਰਸ਼ਪ੍ਰੀਤ ਕੌਰ ਮੇਰੀ ਵਾਈਫ ਹੈ ਇਸੇ ਗਰੁੱਪ ਵਿੱਚ, ਹਰਜੋਤ ਸਿੰਘ ਨਾਮ ਤੋਂ ਉਹ ਵੀ ਪਟਿਆਲਾ ਤੇ, ਉਹ ਮੇਰੇ ਕਜ਼ਨ ਬ੍ਰਦਰ ਨੇ ਤੇ ਜਿਹੜੇ ਦਲਜੀਤ ਕੌਰ ਸੇਠੀ ਸੀਗੇ ਉਹ ਮੇਰੇ ਸਿਸਟਰ ਇਨ ਲਾਅ ਨੇ। ਜੇ ਕੋਈ ਕਪਲ ਹੈਗਾ ਤਾਂ ਇਟਸ ਰੀਅਲੀ ਅਮੇਜ਼ਿੰਗ ਕਿ ਤੁਸੀਂ ਆਪਣਾ ਦੋਨੇ ਆਏ ਹੋ, ਹੈ ਨਾ। ਸੋ ਤਾਂ ਤੁਸੀਂ ਵਧਾਈ ਦੇ ਪਾਤਰ ਹੋ, ਠੀਕ ਹੈ। ਐਟਲੀਸਟ ਤੁਹਾਨੂੰ ਉਹ ਇਹ ਨਹੀਂ ਪੁੱਛਣਗੇ ਵੀ ਤੁਸੀਂ ਇਹ ਕੀ ਦੇਖ ਰਹੇ ਹੋ ਸਾਰਾ ਦਿਨ ਬੈਠ ਕੇ, ਹੈ ਨਾ, ਕੈਂਡਲਸ ਜੀ। ਮੈਂ ਤੁਹਾਡੀ ਗੱਲ ਯਾਦ ਹੈ ਮੈਨੂੰ ਸੀ ਵੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਡੰਡੀਆਂ ਨਾਲ ਇੰਨਾ ਪਿਆਰ ਨਾ ਕਰ ਲਓ ਕਿ ਬਈ ਆਪਸ ਵਿੱਚ ਪਿਆਰ ਸਾਨੂੰ ਭੁੱਲ ਜਾਓ। ਮੈਂ ਤੇ ਇਹਦੇ ਵਿੱਚ ਕਰਦਾ ਰਹਿੰਦਾ ਸੀਗਾ, ਸ਼ੁਰੂ ਤੋਂ ਕਰਦਾ ਰਿਹਾ ਵਾਂ। ਕ੍ਰਿਪਟੋ ਦੇ ਵਿੱਚ ਕਾਫੀ ਕੁਝ ਕੀਤਾ ਹੈ ਤੇ ਜਿਹੜਾ MLM ਦੇ ਬਾਰੇ ਤੁਸੀਂ ਆਪਣੀ ਐਜੂਕੇਸ਼ਨ ਵੀਡੀਓ ਡਿਸਕਸ਼ਨਸ ਕੀਤੀਆਂ ਨੇ ਤੇ ਕਾਫੀ ਲੋਕਾਂ ਨੇ ਮੈਨੂੰ ਵੀ ਲਿਓਰ ਕਰਨ ਦੀ ਕੋਸ਼ਿਸ਼ ਕੀਤੀ, ਬਟ ਟੱਚਵੁੱਡ ਮੈਂ ਕਦੇ ਕਿਸੇ ਨੂੰ ਕੁਝ ਪੈਸਾ ਇਨਵੈਸਟਮੈਂਟ ਵਗੈਰਾ ਨਹੀਂ ਕੀਤਾ, ਜੋ ਕਿਤਾ ਆਪ ਕੀਤਾ। ਭਾਵੇਂ ਲੋਸ ਕੀਤਾ ਉਹ ਵੀ ਮੇਰਾ, ਪ੍ਰੋਫਿਟ ਹੋਇਆ ਉਹ ਵੀ ਮੇਰਾ, ਕੁਛ ਸਿੱਖਿਆ ਉਹ ਵੀ ਮੇਰਾ, ਨਹੀਂ ਸਿੱਖਿਆ ਉਹ ਵੀ ਮੇਰਾ। ਬਿਲਕੁਲ ਜੀ। ਸੋ ਇੰਡੀਪੈਂਡੈਂਟ ਹੋ ਕੇ ਜਿਹੜੀ ਹੈਗੀ ਤੁਸੀਂ ਦੱਸਿਆ ਆਪਣਾ ਐਕਸਪੀਰੀਅੰਸ ਵੀ ਕੈਨੇਡਾ ਗਏ ਹੋ, ਇਟਸ ਨੋਟ ਈਜ਼ੀ ਕਿ ਕੈਨੇਡਾ ਦੇ ਲਈ ਇੱਕ ਮਤਲਬ ਨਾ ਸਪਨਾ ਤੱਕ ਬਣਾ ਛੱਡਿਆ, ਹੈ ਨਾ, ਕਿ ਬਹੁਤ ਉੱਥੇ ਈਜ਼ੀ ਹੈ, ਬਸ ਇੱਕ $50-5 ਦਾ ਝਾੜੂ ਆਉਂਦਾ ਹੈ ਉਹ ਲਓ ਅਤੇ ਰੋਡ ਤੋਂ ਪੈਸੇ ਸੰਭਰ ਕੇ ਇੰਡੀਆ ਪਾਉਣੇ ਸ਼ੁਰੂ ਕਰ ਦਿਉ, ਨਾ ਡੋਜ ਗੱਡੀ ਲੈ ਲਓ, ਆਹ ਲੈ ਲਓ, ਵੋ ਲੈ ਲਓ, ਸਾਰੀ ਚੀਜ਼। ਲੇਕਿਨ ਉੱਥੇ ਦੀ ਜਿਹੜੀ ਹਾਰਡਸ਼ਿਪ ਹੈਗੀ ਹੈ ਆਊਟ ਆਫ ਪੰਜਾਬ ਜਿਹੜੀ ਹੈਗੀ ਹੈ ਨਾ, ਉਹ ਬਹੁਤ ਟਫ ਹੈ। ਜਿਹੜੇ ਤੱਕ ਮੈਚਿਓਰ ਏਜ 'ਚ ਗਏ ਨੇ 22-23-24 ਸਾਲ ਤੋਂ, ਹੈ ਨਾ, ਉਹਨਾਂ ਨੇ ਤਾਂ ਵੈਸੇ ਵੀ ਜੋਬ ਕਰਨੀ ਸੀ ਕਿਉਂਕਿ ਪਤਾ ਸੀਗਾ ਗ੍ਰੈਜੂਏਸ਼ਨ ਹੋ ਜਾਣੀ, MA ਹੋ ਗਈ, ਤਾਂ ਹੁਣ ਕੁਛ ਨਾ ਕੁਛ ਘਰ ਦੇ ਉਮੀਦ ਰੱਖ ਰਹੇ ਨੇ ਕਿ ਬਾਈ ਜਾਓ ਕੁਛ ਕਮਾ ਕੇ ਲੈ ਕੇ ਆਓ, ਤੁਹਾਡੇ 'ਤੇ ਇਨਵੈਸਟ ਕੀਤਾ, ਰਾਈਟ। ਇੰਡੀਅਨ ਕਲਚਰ ਦਾ ਇਹ ਪੋਜ਼ਿਟਿਵ ਪੁਆਇੰਟ ਵੀ ਹੈਗਾ, ਠੀਕ ਹੈ, ਕਿ ਇੱਥੇ ਅਸੀਂ ਬੱਚਿਆਂ ਨੂੰ ਸਿਰਫ 22-23 ਸਾਲ ਤੱਕ ਇਹੀ ਉਮੀਦ ਕਰਦੇ ਹਾਂ ਕਿ ਸਿਰਫ ਸਟੱਡੀ ਕਰੋ, ਠੀਕ ਹੈ, ਤਾਂ ਸਾਨੂੰ ਪੜ੍ਹਨ ਲਈ ਬਹੁਤ ਜ਼ਿਆਦਾ ਸਮਾਂ ਮਿਲਦਾ ਹੈ, ਅਸੀਂ ਆਪ ਨਹੀਂ ਕਰ ਪਾਉਂਦੇ, ਉਹ ਸਾਡੀਆਂ ਗਲਤੀਆਂ ਹੈ। ਲੇਕਿਨ ਪੇਰੈਂਟਸ ਵੱਲੋਂ ਇੱਦਾਂ ਦੀ ਕੋਈ ਸਾਨੂੰ ਹੁੰਦੀ ਨਹੀਂ ਹੈ ਬਾਉਂਡੇਸ਼ਨ ਕਿ ਬਾਉਂਡੇਸ਼ਨ ਬਾਉਂਡੇਜ ਕਿ ਜਾਓ ਅਤੇ ਕਮਾ ਕੇ ਲੈ ਕੇ ਆਓ। ਲੇਕਿਨ ਜਿਹੜਾ ਵੈਸਟਰਨ ਦਾ ਕਲਚਰ ਹੈਗਾ, ਯੂਰੋਪੀਅਨ ਕਲਚਰ ਹੈਗਾ, ਉਹ ਵੈਰੀ ਬਹੁਤ ਟਫ ਹੈਗਾ। ਅਤੇ ਅਚਾਨਕ ਕੀ ਹੋਇਆ ਕਿ ਸਾਡੇ ਜਿਹੜੇ 18-18 ਸਾਲ ਦੇ ਬੱਚੇ ਨੇ, ਜਿਨ੍ਹਾਂ ਨੇ ਕਦੇ ਆਪਣੀ ਸ਼ਰਟ ਨਹੀਂ ਪ੍ਰੈਸ ਕੀਤੀ ਹੁੰਦੀ, ਆਪਣਾ ਚਾਹ ਦਾ ਕੱਪ ਵੀ ਕਦੀ ਉੱਥੇ ਪੀ ਕੇ ਨਾਲ ਰੱਖ ਦਿੰਦੇ ਨੇ, ਕਿਚਨ ਤੱਕ ਲੈ ਕੇ ਨਹੀਂ ਗਏ, ਹੈ ਨਾ, ਉਹਨਾਂ ਨੂੰ ਜਦੋਂ ਇੱਕ 42-43-45 ਸਾਲ ਦੇ ਬੰਦਿਆਂ ਦਾ ਸਟ੍ਰੈਸ ਆ ਜਾਂਦਾ ਨਾ, ਅਚਾਨਕ ਲੈਂਡ ਕੀਤਾ, ਰੈਂਟ ਤੁਹਾਡਾ, ਮੋਰਟਗੇਜ ਤੁਸੀਂ ਆਪ ਦੇਖਣੀ ਹੈ ਨਾ, ਫੀਸ ਤੁਸੀਂ ਆਪ ਭਰਨੀ ਹੈਗੀ ਹੈ, ਤੁਸੀਂ ਜੋਬਸ ਆਪ ਲੱਭਣੀਆਂ ਨੇ, ਉਸਨੂੰ ਉਹ ਫੇਸ ਨਹੀਂ ਕਰ ਪਾਉਂਦੇ। ਕਲਚਰ ਸ਼ੌਕ ਜਿਹੜਾ ਫੇਸ ਕਰਨ ਨੂੰ ਮਿਲਦਾ ਨਾ, ਉਹ ਕਈ ਬੰਦੇ ਤਾਂ ਸਰਵਾਈਵ ਨਹੀਂ ਕਰ ਪਾਉਂਦੇ। ਹੁਣ ਵੀ ਮੈਂ ਕਈ ਯੂਟਿਊਬ 'ਤੇ ਵੀਡੀਓਜ਼ ਵਗੈਰਾ, ਕਈ ਚੈਨਲ ਦੇਖਦਾ ਵਾਂ, ਇੱਕ ਅਗਰ ਮੈਂ ਨਾਮ ਲਵਾਂ ਤਾਂ ਪੇਂਡੂ ਕੈਨੇਡੀਅਨ ਕਰਕੇ ਹੈਗੇ ਨੇ ਜੀ, ਸਰਦਾਰ ਜੀ ਹੈਗੇ ਨੇ, ਸਿੰਘ ਸਾਹਿਬ ਹੈਗੇ ਨੇ, ਅਤੇ ਬਹੁਤ ਵਧੀਆ ਉਹ ਵੀ ਉਪਰਾਲਾ ਕਰ ਰਹੇ ਨੇ, ਰਿਐਲਿਟੀ ਦਿਖਾ ਰਹੇ ਨੇ ਕੀ ਹੈ ਕੀ ਨਹੀਂ ਹੈ, ਕਿ ਬਈ ਕਿੰਨੇ ਕੁ ਆਪਣੇ ਬੰਦੇ ਨਸ਼ਿਆਂ ਵਿੱਚ ਪੈ ਕੇ 3-3 ਮਹੀਨੇ 2-2 ਮਹੀਨੇ ਘਰ ਵਿੱਚ ਗੱਲ ਹੀ ਨਹੀਂ ਕਰਨੀ। ਅਤੇ ਇੱਥੇ ਮਾਂ ਪਿਓ ਨੂੰ, ਪੇਰੈਂਟਸ ਨੂੰ ਇਹ ਲੱਗਦਾ ਕਿ ਬਈ ਅੱਛੇ ਪੈਸੇ ਕਮਾ ਰਿਹਾ ਹੋਣਾ, ਬਿਜ਼ੀ ਹੋਣਾ, ਕਿਤੇ ਨਾ ਕਿਤੇ ਵਧੀਆ ਲੱਗਿਆ ਹੋਣਾ। ਲੇਕਿਨ ਉਹਨੂੰ ਇਹ ਨਹੀਂ ਪਤਾ ਕਿ ਵੀ ਰੋਟੀ ਖਾਣ ਨੂੰ ਉਹਦੇ ਕੋਲ ਹੈਗੀ ਹੈ ਨਹੀਂ ਹੈਗੀ, ਗੁਰਦੁਆਰਾ ਸਾਹਿਬ ਜਾਣ ਜੋਗੇ ਵੀ ਬੱਸ ਦੇ ਪੈਸੇ ਉਹਦੇ ਕੋਲ ਹੈਗੇ ਜਾਂ ਨਹੀਂ ਹੈਗੇ, ਜਾਂ ਕਿੱਥੇ ਸ਼ੈਲਟਰ ਲੈਣ ਦੇ ਵੀ ਪੈਸੇ ਉਹਦੇ ਕੋਲ ਹੈਗੇ ਨਹੀਂ ਹੈਗੇ। ਅਤੇ ਉਹ ਸਾਰੀ ਚੀਜ਼ਾਂ ਦੇਖਣ ਨੂੰ, ਸੁਣਨ ਨੂੰ, ਉਹਨਾਂ ਤੋਂ ਮੈਂ ਅਜੇ ਵੀ ਦੇਖਦਾ ਵਾਂ ਕਈ ਵਾਰ ਚੀਜ਼ਾਂ, ਅਤੇ ਮੈਂ ਆਪਣੇ ਆਪ ਨੂੰ ਵੀ ਰੀਕਾਲ ਕਰਦਾ ਕਿ ਵੀ ਮੁਸ਼ਕਿਲ ਕਿੰਨਾ ਫੇਸ ਹੋਇਆ ਉਸ ਟਾਈਮ ਦੇ ਵਿੱਚ। ਅਤੇ ਟੱਚਵੁੱਡ ਬਾਬਾ ਨਾਨਕ ਦੀ ਕਿਰਪਾ ਸੀਗੀ ਜੀ ਮੇਰੇ 'ਤੇ, ਅਤੇ ਮਾਂ ਪਿਓ ਨੂੰ ਮੈਂ ਗੱਲ ਕੀਤੀ, ਸਾਰਾ ਕੁਛ ਸ਼ੇਅਰ ਕੀਤਾ, ਅਤੇ ਇਹ ਨਹੀਂ ਕਿ ਮਾੜਾ ਸੀਗਾ ਉੱਥੇ, ਮੈਂ ਆਪਣੇ ਨਾਲੋਂ ਮੈਂ ਲੋਕਾਂ ਨੂੰ ਜ਼ਿਆਦਾ ਦੇਖਦਾ ਸੀਗਾ ਕਿ ਵੀ ਮੇਰੇ ਜਿਹੜੇ ਹੋਰ ਫਰੈਂਡ ਸਰਕਲ ਸੀਗੇ ਉਹ ਜ਼ਿਆਦਾ ਸਫਰ ਹੁੰਦੇ ਸੀਗੇ, ਮੈਂ ਸਰਵਾਈਵ ਕਰਨ ਨੂੰ, ਮੈਨੂੰ ਕਿਉਂਕਿ ਮਿਨੀਮਮ ਚੀਜ਼ਾਂ ਦੇ ਵਿੱਚ ਮੈਂ ਸਰਵਾਈਵ ਕਰ ਸਕਦਾ ਵਾਂ, ਮਿਨੀਮਮ ਤੋਂ ਮਿਨੀਮਮ ਚੀਜ਼ਾਂ ਵਿੱਚ ਵੀ ਮੈਂ ਸਰਵਾਈਵ ਕਰ ਸਕਦਾ, ਮੈਂ ਮਤਲਬ ਐਵੇਂ ਬਿਲਟ ਅਪ ਹੋਇਆ ਵਾਂ। ਓਕੇ, ਗ੍ਰੇਟ। ਅਤੇ ਉਹ ਚੀਜ਼ਾਂ ਮੈਂ ਹੁਣ ਵੀ ਦੇਖਦਾ ਵਾਂ, ਅਤੇ ਕਾਫੀ ਚੀਜ਼ਾਂ ਬੁਰੀਆਂ ਵੀ ਲੱਗਦੀਆਂ ਨੇ, ਅਤੇ ਇੱਕ ਤੁਹਾਡਾ ਮਾਧਿਅਮ ਜਿਹੜਾ ਬਣਿਆ, ਤੁਹਾਡਾ ਸੋਰਸ ਬਣਿਆ, ਸ਼ਾਇਦ ਅਗਰ ਮੈਂ ਇਹਦੇ ਵਿੱਚ ਵੀ ਸੇਵਾ ਕਰਕੇ ਕੁਛ ਅੱਗੇ ਵੱਧ ਸਕਾਂ, ਕਿਸੇ ਨੂੰ ਵੀ ਇੱਕ ਦੋ ਬੰਦੇ ਨੂੰ ਜਗਾ ਸਕਾਂ ਕਿ ਬਈ ਹਾਰਡਸ਼ਿਪ ਹੈਗੀ ਹੈ, ਕਿਉਂਕਿ ਇੱਥੇ ਰਿਐਲਿਟੀ ਚੈੱਕ ਦਿਓ ਤਾਂ ਕਿਸੇ ਨੂੰ ਕੋਈ ਲੈ ਕੇ ਰੇਡੀ ਨਹੀਂ ਹੁੰਦਾ। ਬਿਲਕੁਲ ਜੀ। ਕਿਸੇ ਨੂੰ ਵੀ ਦੱਸੋ ਕਿ ਵੀ ਉੱਥੇ ਕੀ ਹੈ, ਉਹ ਕਹਿੰਦੇ ਵੀ ਤੂੰ ਨਹੀਂ ਕਰ ਪਾਇਆ ਅਤੇ ਅਸੀਂ ਕਰ ਲਾਂਗੇ।
ਬਾਕੀ ਤੁਹਾਨੂੰ ਉੱਥੇ ਜਾ ਕੇ ਕੋਈ ਮੇਰੀ ਹੈਲਪ ਚਾਹੀਦੀ ਹੋਏਗੀ, ਆਈ ਐਮ ਰੈਡੀ ਟੂ ਹੈਲਪ। ਹਜੇ ਵੀ ਮੇਰੇ ਕੰਟੈਕਟਸ ਹੈਗੇ ਨੇ ਜਿਹੜਾ ਮੇਰਾ ਫਰੈਂਡ ਸਰਕਲ ਸੀਗਾ ਜਿਹੜਾ ਨਹੀਂ ਆ ਸਕੇ ਜਾਂ ਨਹੀਂ ਆਉਣਾ ਚਾਹੁੰਦੇ, ਕਿਉਂਕਿ ਇੱਕ ਆਪਣੇ ਉਹਦੇ ਚਲਾ ਜਾਂਦਾ ਨਾ, ਈਗੋ ਵਿੱਚ ਚਲਾ ਜਾਂਦੇ ਨੇ। ਅਸੀਂ ਹੁਣ ਕੈਨੇਡਾ ਦੇ ਹੋ ਗਏ ਹਾਂ, ਕੈਨੇਡਾ ਦੀ ਪੀਅਰ ਹੋ ਗਈ ਹੈ, ਸਾਡਾ ਵਿਆਹ ਹੋਏਗਾ ਤੇ ਸਾਨੂੰ 1 ਕਰੋੜ ਤੇ ਮਿਲ ਜਾਣਾ ਆਰਾਮ ਨਾਲ। ਇਵੇਂ ਇਹਦੀ ਗੱਲਾਂ ਕਰਦੇ ਨੇ ਜੀ, ਬਿਲਕੁਲ ਕਰਦੇ ਨੇ। ਉਹ ਕਹਿੰਦੇ ਨੇ ਸੱਟਾ ਬੱਟਾ ਬਥੇਰਾ ਕੁਛ ਹੁੰਦਾ ਵੀਰ ਜੀ, ਕਿ ਬਈ 1 ਕਰੋੜ ਰੁਪਏ ਲੈ ਲਓ ਕੁੜੀ ਆ ਜਾਏਗੀ, 1 ਕਰੋੜ ਰੁਪਏ ਲੈ ਲਓ ਮੁੰਡੇ ਦਾ ਵਿਆਹ ਹੋ ਜਾਏਗਾ, ਸੈਟਿੰਗ ਹੋ ਜਾਏਗੀ। ਮੈਨੂੰ ਯਾਦ ਹੈ ਮੈਂ ਪੀਆਰ ਆਪਣੀ ਛੱਡੀ ਹੈ, ਰਿਵੋਕ ਕੀਤੀ ਹੈ 2018 ਵਿੱਚ। ਲਾਸਟ ਮੈਂ 2018 ਵਿੱਚ ਟਰੈਵਲ ਕੀਤਾ ਸੀਗਾ ਆਫਟਰ ਮੈਰਿਜ, ਤੇ ਮੈਂ ਆਪਣੀ ਵਾਈਫ ਨਾਲ ਡਿਸਕਸ ਕੀਤਾ, ਮੈਂ ਕਿਹਾ ਬਈ ਮੇਰੀ ਪੀਆਰ ਦੇ ਜਿਹੜੇ ਨੋਰਮਸ ਨੇ ਉਹ ਪੂਰੇ ਨਹੀਂ ਹੋ ਰਹੇ, ਤੇ ਬਈ ਐਟਲੀਸਟ 3-4 ਸਾਲ ਮੈਨੂੰ ਤੁਹਾਡੇ ਤੋਂ ਅਲੱਗ ਰਹਿਣਾ ਪਏਗਾ। ਕਹਿੰਦੇ ਨਹੀਂ ਪੋਸੀਬਲ ਨਹੀਂ ਹੈ, ਤੇ ਮੈਂ ਕਿਹਾ ਚਲੋ ਇਟਸ ਓਕੇ, ਕੋਈ ਗੱਲ ਨਹੀਂ, ਪਾਰਟ ਆਫ ਲਾਈਫ ਜਰਨੀ ਹੈ। ਬਿਲਕੁਲ, ਟੁਗੈਦਰਨੈਸ ਜਿਹੜੀ ਹੁੰਦੀ ਨਾ ਉਹ ਇੱਕ ਬਹੁਤ ਬੜੀ ਕਿਓਰ ਵੀ ਹੁੰਦੀ ਹੈ ਹਰ ਚੀਜ਼ ਦੀ। ਤੁਸੀਂ ਭੁੱਲ ਜਾਂਦੇ ਹੋ ਚੀਜ਼ਾਂ ਨੂੰ ਜਦੋਂ ਤੁਸੀਂ ਸਾਥ ਦੂਜੇ ਦੇ ਨਾਲ ਹੁੰਦਾ ਹੈ, ਹੈ ਨਾ, ਫੈਮਿਲੀ ਦੇ ਨਾਲ। ਮੈਂ ਗੱਲ ਕਰਾਂਗਾ। ਸੋ ਵਾਹਿਗੁਰੂ ਮਿਹਰ ਕਰਨ ਕਿ ਜਿਵੇਂ ਬਾਬਾ ਨਾਨਕ ਨੇ ਤੁਹਾਨੂੰ ਮਤਲਬ ਇੱਕ ਹਿੰਮਤ ਬਖਸ਼ੀ, ਤੁਸੀਂ ਵਾਪਿਸ ਆਏ ਹੋ। ਸਾਡੇ ਜਿਹੜੇ ਮਤਲਬ ਮੈਂ ਨਹੀਂ ਕਹਿੰਦਾ ਕਿ ਸਾਰੇ ਵਾਪਿਸ ਆ ਜਾਣ, ਠੀਕ ਹੈ, ਫਿਰ ਸਾਨੂੰ ਡਾਲਰ ਕੌਣ ਭੇਜੇਗਾ ਕੈਨੇਡਾ ਤੋਂ, ਉਹ ਵੀ ਔਖਾ ਹੋ ਜਾਏਗਾ ਨਾ। ਮੈਂ ਕਹਾਂ ਕਿ ਜਿਹੜੇ ਬੱਚੇ ਬਾਹਰ ਸਟਕ ਹੋਏ ਨੇ, ਤੇ ਮੈਂ ਵੀ ਕੋਈ 16-15 ਈਅਰਸ ਲਾਏ ਨੇ ਦੁਬਈ ਦੇ ਵਿੱਚ, PhD ਦੇ ਬੇਸ 'ਤੇ ਵੀ ਮੇਰੇ ਕੋਲ ਗੋਲਡ ਵੀਜ਼ਾ ਹੈਗਾ ਦੁਬਈ ਦਾ, ਠੀਕ ਹੈ। ਸੋ ਮੈਂ ਚਾਹੁੰਦਾ ਵਾ ਕਿ ਜਿਹੜੇ ਸਾਡੇ ਬੱਚੇ ਨੇ ਜਿਹੜੇ ਬਾਹਰ ਜਾ ਕੇ ਸਟਕ ਹੋ ਗਏ ਨੇ ਕਿਤੇ ਵੀ, ਰਾਈਟ, ਉਹ ਉੱਦਾਂ ਦੀ ਹਾਰਡਸ਼ਿਪ 'ਚ ਨਾ ਰਹਿਣ। ਉਹਨਾਂ ਲਈ ਅਸੀਂ ਇੱਕ ਦੇਖੋ ਇੱਕ ਬਹੁਤ ਈਜ਼ੀ ਹੈਗਾ ਕਿ ਰਿਵਰਸ ਮਾਈਗ੍ਰੇਸ਼ਨ ਕਰੋ, ਲੇਕਿਨ ਸਵਾਲ ਮੇਰੇ ਮਨ 'ਚ ਇਹ ਆਇਆ ਕਿ ਬਹੁਤਿਆਂ ਨੇ ਗੱਲ ਕੀਤੀ ਹੈ ਸਾਡੇ ਪੰਥਕ ਸਟੇਜ ਦੇ ਉੱਤੇ ਵੀ ਰਿਵਰਸ ਮਾਈਗ੍ਰੇਸ਼ਨ ਹੋਣੀ ਚਾਹੀਦੀ ਹੈ, ਲੇਕਿਨ ਅਸੀਂ ਬੱਚਿਆਂ ਨੂੰ ਇੱਥੇ ਦਿਖਾ ਕੀ ਰਹੇ ਹਾਂ, ਕਿਸ ਬੇਸ 'ਤੇ ਉਹ ਛੱਡ ਕੇ ਆਉਣ ਬਾਹਰ ਜਿਹੜਾ ਇੰਨਾ ਪੈਸਾ ਲਾ ਕੇ ਗਏ ਨੇ। ਅਗਰ ਉਹਨਾਂ ਨੂੰ $100-$200 ਵੀ ਇੱਥੇ ਇੰਡੀਆ 'ਚ ਬਣਾ ਸਕਦੇ ਨੇ ਉਹ ਕੁਛ ਕੁਛ ਮਹੀਨਿਆਂ ਦੀ ਮਿਹਨਤ ਤੋਂ ਬਾਅਦ, ਆਈ ਥਿੰਕ ਕਿ ਫਿਰ ਰਿਵਰਸ ਮਾਈਗ੍ਰੇਸ਼ਨ ਪੋਸੀਬਲ। ਤੁਹਾਨੂੰ ਕਹਿਣ ਦੀ ਵੀ ਲੋੜ ਨਹੀਂ ਹੈ ਕਿ ਤੁਸੀਂ ਵਾਪਿਸ ਆਓ, ਠੀਕ ਹੈ। ਸੋ ਉਹ ਇੱਕ ਸਮਾਂ ਹੋਏਗਾ ਜਦੋਂ ਤੁਸੀਂ ਕਹਿ ਸਕਦੇ ਹੋ ਉਹ ਵਾਹਿਗੁਰੂ ਜੀ ਨੇ ਮਿੱਥਿਆ ਹੋਇਆ ਕਿ 6 ਮਹੀਨੇ, ਸਾਲ, 6 ਸਾਲ, 10 ਸਾਲ, ਜੋ ਵੀ ਉਹਨਾਂ ਨੇ ਸਾਡੇ ਲਈ ਮਿੱਥਿਆ ਹੋਇਆ ਕਿ ਕਦੋਂ ਸਾਨੂੰ ਉਹ ਸਕਸੈਸ ਦੇਖਣੀ ਸ਼ੁਰੂ ਹੋ ਜਾਏਗੀ। ਬਹੁਤ ਸਾਡੇ ਜਿਹੜੇ ਬੱਚੇ ਨੇ ਉਹ ਕੁਛ ਨੇ ਤਾਂ ਇੱਥੇ ਇੰਡੀਆ ਦੇ ਵਿੱਚ ਹੀ ਆਇਲਸ ਕਰਕੇ ਕੈਂਸਲ ਕਰਤਾ, ਭਾਜੀ ਨਹੀਂ ਜਾਣਾ, ਠੀਕ ਹੈ, ਭਾਜੀ ਹੁਣ ਤੁਸੀਂ ਸਿਖਾਇਆ ਅਤੇ ਹੁਣ ਜਾਣਾ ਨਹੀਂ ਹੈਗਾ, ਸਮਾਂ ਲੱਗੇਗਾ, ਬਟ ਅਸੀਂ ਇਹਦੇ 'ਚ ਆਪਣੇ ਆਪ ਨੂੰ ਕਿਸੇ ਵੀ ਹਿੱਲੇ ਹਰ ਹਾਲ 'ਚ ਸਕਸੈਸ ਕਰਨਾ ਹੈ। ਸੋ ਉਹ ਸੁਣ ਕੇ ਬਹੁਤ ਵਧੀਆ ਲੱਗਾ। ਕੁਛ ਬੱਚੇ ਜਿਹੜੇ ਹੈਗੇ ਬਾਹਰੋਂ ਆ ਗਏ ਨੇ ਵਾਪਿਸ, ਹੋਰ ਸਾਨੂੰ ਲੱਗਿਆ ਕਿ ਨਹੀਂ ਅਸੀਂ ਆਪਣਾ ਮਿਸ਼ਨ ਆਲਮੋਸਟ ਪੂਰਾ ਕਰ ਚੁੱਕੇ ਹਾਂ। ਇਨਸਾਨ ਜੇ ਕਿਸ ਬੰਦੇ ਦੀ ਜ਼ਿੰਦਗੀ ਵੀ ਬਦਲਦੇ ਨਾ, ਤਾਂ ਉਹ ਬਹੁਤ ਵੱਡਾ ਉਪਰਾਲਾ ਹੁੰਦਾ ਸਾਡੀ ਜ਼ਿੰਦਗੀ ਦਾ, ਮਤਲਬ ਜੀਵਨ ਸਫਲ ਜਿਹੜਾ ਹੈਗਾ ਆਪਣਾ ਸਮਝੋ ਤੁਸੀਂ, ਹੈ ਨਾ। ਸੋ ਬਾਬਾ ਨਾਨਕ ਕਿਰਪਾ ਕਰਨ, ਕੌਮ ਜਿਹੜੀ ਹੈਗੀ ਆਪਣੇ ਘਰ ਵਾਪਿਸ ਆਵੇ, ਲੇਕਿਨ ਉਹ ਸੋਰਸ ਆਫ ਇਨਕਮ ਇੱਕ ਸੈਲਫ ਕੰਫੀਡੈਂਸ ਦੇ ਨਾਲ ਆਵੇ ਕਿ ਨਹੀਂ ਸਾਨੂੰ ਹੁਣ ਬਾਹਰ ਜਾ ਕੇ ਮਤਲਬ ਸਟਰਗਲ ਕਰਨ ਦੀ ਲੋੜ ਨਹੀਂ ਹੈਗੀ ਹੈ, ਅਸੀਂ ਆਪਣੀ ਧਰਤੀ 'ਤੇ ਰਹਿਣਾ, ਆਪਣੇ ਆਪਣੇ ਕਲਚਰ ਦੇ ਵਿੱਚ ਵਿਚਰਨਾ, ਸਾਡੇ ਬੱਚੇ ਆਪਣੇ ਪੰਜਾਬ 'ਚ ਵੱਡੇ ਹੋਣਗੇ, ਠੀਕ ਹੈ ਜੀ। ਸੋ ਉਹ ਰਿਵਰਸ ਮਾਈਗ੍ਰੇਸ਼ਨ ਦੇ ਲਈ ਸਾਡੀ ਜਿਹੜੀ ਹੈਗੀ ਮੇਨ ਸੀਗਾ ਇਹ ਕਿ ਵਾਪਸੀ ਕਰੀਏ, ਲੇਕਿਨ ਉਸ ਨਾਲ ਨਾਲ ਜਿਹੜੇ ਪੰਜਾਬ 'ਚ ਸਟਰਗਲ ਕਰ ਰਹੇ ਨੇ, ਜਿਹੜੇ ਕਹਿ ਕਹਿ ਕੇ ਜਿਹਨਾਂ ਨੂੰ ਉਬਾਲ ਉੱਠਦਾ ਵੀ ਨਹੀਂ ਅਸੀਂ ਵੀ ਕੈਨੇਡਾ ਜਾਣਾ, ਇੱਥੇ ਕੁਛ ਨਹੀਂ ਹੁੰਦਾ, ਉਹਨਾਂ ਲਈ ਵੀ ਅਸੀਂ ਇੱਕ ਸੋਰਸ ਆਫ ਇਨਕਮ ਬਣਾ ਸਕੀਏ, ਹੈ ਨਾ, ਠੀਕ ਹੈ। ਇਹਦੇ ਲਈ ਆਪਾਂ ਸਿਕਨੋਮਿਕਸ ਆਫਲਾਈਨ ਸੈਂਟਰ ਵੀ ਖੋਲ੍ਹ ਰਹੇ ਹਾਂ, ਠੀਕ ਹੈ। ਸੋ ਫਸਟ ਕੁਆਟਰ ਦੀ ਗੱਲ ਹੋਈ ਸੀ ਇਨੋਗਰੇਸ਼ਨ ਦੀ, ਬਿਲਕੁਲ ਹੋਏਗੀ, ਗੁਰੂ ਮਹਾਰਾਜ ਚਾਹਣਗੇ ਤਾਂ, ਠੀਕ ਹੈ ਜੀ। ਸੋ ਇੱਕ ਦੈਟ ਵਿਲ ਬੀ ਲਾਈਕ ਏ ਯੂਨੀਵਰਸਿਟੀ, ਜੇ ਅਸੀਂ 3-4 ਸਾਲ ਦਾ ਕੋਈ ਸਟੱਡੀ ਵੀ ਕਰਦੇ ਹਾਂ, 2-4-5 ਲੱਖ ਰੁਪਏ MBA, ਹੈ ਨਾ, ਜਾਂ ਹੋਰ ਕੋਰਸਿਸ ਦੇ ਵਿੱਚ MTech, BTech ਕਰਕੇ, ਇੱਥੇ ਵੀ ਤੁਸੀਂ ਆ ਕੇ ਉਸ ਸੈਂਟਰ 'ਚ ਵੀ ਐਡਮਿਸ਼ਨ ਲੈ ਕੇ, ਠੀਕ ਹੈ, ਪ੍ਰੋਪਰ ਸਿੱਖ ਕੇ ਜਾ ਸਕਦੇ ਹੋ, ਜਿਹੜੇ ਵਾਕਈ ਐਜ ਏ ਸਟੂਡੈਂਟ ਸਿੱਖਣਾ ਚਾਹੁੰਦੇ ਨੇ ਸੀਰੀਅਸ ਹੋ ਕੇ, ਠੀਕ ਹੈ। ਕਿਉਂਕਿ ਘਰ ਦੇ ਵਿੱਚ ਕੰਮ ਕਰਦੇ ਹੋਏ ਨਾਲ ਨਾਲ ਟ੍ਰੇਡਿੰਗ ਕਰਨਾ ਥੋੜ੍ਹਾ ਜਿਹਾ ਔਖਾ ਹੁੰਦਾ ਹੈ, ਖਾਸ ਕਰ ਸਿੱਖਣਾ, ਕਿਉਂਕਿ ਕੰਸਨਟ੍ਰੇਸ਼ਨ ਚਾਹੀਦੀ ਹੈ, ਠੀਕ ਹੈ। ਸੋ ਉਹ ਇੱਕ ਅਲੱਗ ਕੰਸੈਪਟ ਹੈਗਾ, ਠੀਕ ਹੈ, ਉਹ ਤੁਹਾਨੂੰ ਅਸੀਂ ਕੋਈ ਵੀ ਔਫਰ ਨਹੀਂ ਕਰਦੇ ਕੁਛ ਵੀ ਇੱਦਾਂ ਦਾ, ਬਟ ਥੈਂਕ ਯੂ ਵੈਰੀ ਮੱਚ ਤੁਹਾਡੇ ਇੰਨੇ ਵਧੀਆ ਐਕਸਪੀਰੀਅੰਸ ਦੇ ਲਈ, ਠੀਕ ਹੈ ਜੀ। ਜੀ ਵੀਰ ਜੀ, ਥੈਂਕਸ ਅਲੋਟ ਵੀਰ ਜੀ। ਹਰਮਨਪ੍ਰੀਤ ਸਿੰਘ, ਕੁਇਕਲੀ ਖਤਮ ਕਰੀਏ ਆਪਣੀ ਇੰਟਰੋ ਅਤੇ ਅੱਜ ਦਾ ਸੈਸ਼ਨ ਸ਼ੁਰੂ ਕਰੀਏ ਫਿਰ। ਰਮਨਪ੍ਰੀਤ ਸਿੰਘ ਜੀ, ਕੀ ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਸਿਮਰ ਬਰਾੜ, ਬਰਾੜ, ਓਕੇ, ਹੈਲੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਰ, ਮੈਂ ਸ਼੍ਰੀ ਮੁਕਤਸਰ ਸਾਹਿਬ ਤੋਂ ਹਾਂ। ਜਿਵੇਂ ਕਿ ਆਪਣਾ ਇਸੇ ਗਰੁੱਪ ਦੇ ਵਿੱਚ ਦੀਪਕ ਸਿੰਘ ਜੀ ਸੀਗੇ,
ਤਾਂ ਉਹਨਾਂ ਨੇ ਹੀ ਮੈਨੂੰ ਇਸੇ ਚੀਜ਼ ਬਾਰੇ ਦੱਸਿਆ। ਐਕਚੁਅਲੀ ਮੈਂ ਵੀ ਉਹਨਾਂ ਦਾ ਮਤਲਬ ਬ੍ਰਦਰ ਹੀ ਹੈ, ਔਰ ਅਸੀਂ 2020 ਦੇ ਵਿੱਚ ਥੋੜ੍ਹਾ ਜਿਹਾ ਇੰਡੀਅਨ ਸਟਾਕ ਮਾਰਕੀਟ ਦੇ ਵਿੱਚ ਥੋੜ੍ਹਾ ਜਿਹਾ ਕੰਮ ਕੀਤਾ ਸੀ, ਲੇਕਿਨ ਸਾਨੂੰ ਕੁਛ ਚੀਜ਼ਾਂ ਦੀ ਨੌਲੇਜ ਨਹੀਂ ਸੀ, ਇਸ ਕਰਕੇ ਅਸੀਂ ਬਹੁਤ ਪ੍ਰੋਬਲਮ ਫੇਸ ਕੀਤੀ। ਦੈਨ ਮੈਂ ਇਸ ਚੀਜ਼ ਬਾਰੇ ਸਿੱਖਣਾ ਜ਼ਰੂਰ ਚਾਹੁੰਦਾ ਸੀ, ਅਤੇ ਇਸ ਕਰਕੇ ਫਿਰ ਹੁਣ ਉਹਨਾਂ ਨੇ ਮੈਨੂੰ ਰੈਕਮੈਂਡ ਦਿੱਤਾ ਸੀ, ਰੈਕਮੈਂਡੇਸ਼ਨ ਦਿੱਤੀ ਸੀ, ਤਾਂ ਕਰਕੇ ਫਿਰ ਮੈਂ ਜੁਆਇਨ ਕੀਤਾ ਜੀ। ਬਹੁਤ ਵਧੀਆ ਜੀ, ਅਸੀਂ ਤੁਹਾਡੀ ਐਕਸਪੈਕਟੇਸ਼ਨ 'ਤੇ ਖਰਾ ਉਤਰਨ ਦੀ ਐਜ਼ ਏ ਟੀਚਰ ਕੋਸ਼ਿਸ਼ ਕਰਾਂਗੇ, ਸਾਨੂੰ ਜੋ ਨੌਲੇਜ ਹੈਗੀ ਤੁਹਾਡੇ ਨਾਲ ਸ਼ੇਅਰ ਕਰ ਸਕੀਏ। ਥੈਂਕ ਯੂ ਸਿਮਰ ਜੀ। ਜੀ ਬਿਲਕੁਲ, ਥੈਂਕ ਯੂ ਵੈਰੀ ਮੱਚ ਜੀ, ਬਿਲਕੁਲ। ਓਕੇ, ਸਾਡੇ ਨਾਲ ਨੈਕਸਟ ਨੇ ਸੁਖਮਨੀ ਸਿਮਰਨ ਕੌਰ, ਆਈ ਥਿੰਕ ਜੀ। ਸੁਖਮਨੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਮੈਂ ਬੇਸਿਕਲੀ ਟਾਟਾ ਤੋਂ ਹਾਂ, ਜਮਸ਼ੇਦਪੁਰ, ਝਾਰਖੰਡ ਡਿਸਟ੍ਰਿਕਟ, ਸਾਡਾ ਝਾਰਖੰਡ ਪੈਂਦਾ ਆ। ਓਕੇ ਜੀ, ਤੇ ਮੈਂ ਹਲੇ ਐਮਕੋਮ ਕਰ ਰਹੀ ਹਾਂ। ਹਾਂਜੀ, ਤੇ ਮੇਰੇ ਵੀਰ ਜੀ ਜਿਹੜੇ ਆ, ਮਤਲਬ ਮੇਰੇ ਗੁਰੂ ਰਹੇ ਨੇ, ਜੋ ਸਾਨੂੰ ਸਿੱਖੀ ਬਾਰੇ ਸਾਰਾ ਸਭ ਕੁਛ ਪੜ੍ਹਾਇਆ ਉਹਨਾਂ ਨੇ, ਮਤਲਬ ਗੁਰਮੁਖੀ ਨਾਲ ਜੋੜਿਆ। ਵਿਵੇਕ ਵੀਰ ਜੀ ਹੁਣੇ ਤੁਸੀਂ ਜਾਣਦੇ ਹੋਣੇ, ਉਹ ਤੁਹਾਡੇ ਸਟੂਡੈਂਟ ਵੀ ਰਹਿ ਚੁੱਕੇ ਆ, ਵਿਵੇਕ ਸਿੰਘ। ਓਕੇ ਓਕੇ, ਵਿਵੇਕ ਸਿੰਘ। ਹਾਂਜੀ ਹਾਂਜੀ ਓਕੇ, ਹਾਂਜੀ। ਤੇ ਉਹਨਾਂ ਨੇ ਰਿਕਮੈਂਡ ਕੀਤਾ ਸੀ ਤੁਹਾਡੇ ਬਾਰੇ। ਤੇ ਦੂਜੀ ਗੱਲ ਹੈ ਕਿ ਵੀਰ ਜੀ, ਪਿਛਲੇ ਕੁਛ ਮਹੀਨਿਆਂ ਤੋਂ ਨਾ ਆਪਾਂ, ਮੈਂ ਕਿਸੇ ਆਫਿਸ 'ਚ ਕੰਮ ਕਰ ਰਹੀ ਹਾਂ, ਉੱਥੇ ਬੇਸਿਕਲੀ ਮੇਰਾ ਪੇਪਰ ਵਰਕ ਹੀ ਹੁੰਦਾ ਆ। ਤੇ ਉੱਥੇ ਜਿਹੜੇ ਸਾਡੇ ਸੀਨੀਅਰ ਆ, ਉਹ ਸਾਰਾ ਦਿਨ ਸਵੇਰੇ 9 ਵਜੇ ਤੋਂ 3:30 ਵਜੇ ਤੱਕ ਸਟਾਕ ਮਾਰਕੀਟ 'ਚ ਬਹਿੰਦੇ ਨੇ, ਹਨਾ, ਮਤਲਬ ਟ੍ਰੇਡਿੰਗ ਵਗੈਰਾ ਕਰਦੇ ਨੇ। ਤੇ ਉਸ ਤੋਂ ਮੈਨੂੰ ਪਤਾ ਲੱਗਿਆ ਕਿ ਸਿਰਫ ਸੇਵਿੰਗ ਇੱਕ ਆਪਸ਼ਨ ਨਹੀਂ ਆ ਸਾਡੇ ਕੋਲ, ਪੈਸੇ ਨੂੰ ਮਤਲਬ ਅੱਧੇ ਡੇਟ 'ਚ ਸਿਰਫ ਸੇਵਿੰਗ, ਮਤਲਬ ਇੱਕ ਤਰ੍ਹਾਂ ਤੋਂ ਬੋਲੋ ਕਿ ਬਹੁਤ ਛੋਟਾ ਲੈਵਲ ਹੈ, ਮਤਲਬ ਸਾਨੂੰ ਨੌਲੇਜ। ਔਰ ਦੂਜੀ ਗੱਲ ਵਿੱਚ, ਉਹਨਾਂ ਤੋਂ ਜਦੋਂ ਮੈਂ ਵੇਖਦੀ ਨਹੀਂ ਕਿ ਅੱਛਾ ਇੱਦਾਂ ਦੀ ਵੀ ਚੀਜ਼ਾਂ ਨੇ, ਮਿਊਚੁਅਲ ਫੰਡ ਆ, ਹੋਰ ਵੀ ਬਹੁਤ ਸਾਰੇ ਆਪਸ਼ਨਸ ਨੇ ਜਿੱਥੇ ਆਪਾਂ ਪੈਸੇ ਵਧਾ ਸਕਦੇ ਹਾਂ ਟਾਈਮ ਦੇ ਨਾਲ। ਤੇ ਦੂਜੀ ਮੇਨ ਪ੍ਰੋਬਲਮ ਕੀ ਹੈ ਨਾ ਵੀਰ ਜੀ, ਜੇ ਕਿਸੇ ਨੂੰ ਨੌਲੇਜ ਆ ਨਾ, ਜਾਂ ਤੇ ਅੱਧੇ ਜਿਹੜੇ ਇੱਦਾਂ ਦੇ ਹੁੰਦੇ ਆ, ਜਾਂ ਤੇ ਉਹ ਲੋਕ ਦੱਸਦੇ ਨਹੀਂ ਆ, ਤੇ ਜਿਹਨਾਂ ਨੂੰ ਨੌਲੇਜ ਆ ਤੇ ਉਹਨਾਂ ਕੋਲ ਸਮਾਂ ਵੀ ਨਹੀਂ ਆ ਦੱਸਣ ਨੂੰ ਕਿ ਸਾਨੂੰ ਦੱਸ ਸਕੇ ਕਿ ਅੱਛਾ ਤੁਸੀਂ ਇੱਦਾਂ ਕਰੋ। ਤੇ ਇਹੀ ਰੀਜ਼ਨ ਹੈ ਕਿ ਮੈਨੂੰ ਇੰਟਰਸਟ ਆਇਆ ਪਿਛਲੇ ਇੱਧਰ ਕੀ ਆ ਕਿ ਕੋਵਿਡ ਤੋਂ ਬਾਅਦ ਮੇਰੇ ਸਰਕਲ 'ਚ ਬਹੁਤ ਜਿਹੜਿਆਂ ਨੇ ਟ੍ਰੇਡਿੰਗ ਸਟਾਰਟ ਕੀਤੀ, ਤੇ ਉਹਨਾਂ ਤੋਂ ਸੁਣ ਸੁਣ ਕੇ ਅੱਛਾ ਫਿਰ ਮੇਰਾ ਵੀ ਇੰਟਰਸਟ ਆਇਆ ਕਿ ਮੈਂ ਵੀ ਇਸ ਲਾਈਨ 'ਚ ਅੱਗੇ ਆਵਾਂ। ਸੋ ਇਸ ਲਈ ਮੈਂ ਫਿਰ ਤੁਹਾਡੇ ਨਾਲ ਮਤਲਬ ਕੰਟੈਕਟ ਕੀਤਾ ਆਪਾਂ। ਬਹੁਤ ਵਧੀਆ ਲੱਗਿਆ ਸੁਖਮਨੀ, ਤੁਹਾਡਾ ਨਾਮ ਵੀ ਬਹੁਤ ਇੱਕ ਮਤਲਬ ਪਾਕ ਨਾਮ ਹੈਗਾ ਹੈ, ਠੀਕ ਹੈ ਸੁਖਮਨੀ, ਮਤਲਬ ਹੈ ਨਾ, ਸੁਣ ਕੇ ਵਧੀਆ ਲੱਗਦਾ ਹੈ। ਸੋ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਉਹ ਲੋਕ ਟ੍ਰੇਡਿੰਗ ਕਰਦੇ ਨੇ, ਅਤੇ ਸਾਡੀ ਕਮਿਊਨਿਟੀ ਤੱਕ ਇਹ ਚੀਜ਼ਾਂ ਪੁੱਜਣ ਨੂੰ ਬੜੀ ਦੇਰ ਹੋ ਗਈ ਐਕਚੁਅਲੀ ਪੰਜਾਬੀਆਂ ਤੱਕ, ਠੀਕ ਹੈ। ਜਿਹੜੇ ਆਈਵੀ ਨੇ ਉਹ ਫਰੋਡ ਕਰਕੇ ਚਲੇ ਗਏ ਨੇ, ਲੋਕਾਂ ਨੂੰ ਹੋ ਗਿਆ ਕਿ ਨਹੀਂ ਇਹ ਵੀ ਕੋਈ ਸਕੀਮ ਹੈਗੀ ਹੈ, ਗੈਂਬਲਿੰਗ ਹੈ, ਜੋ ਹੈ, ਕਿਉਂਕਿ ਜੋ ਜਿਹੀ ਤਰ੍ਹਾਂ ਕੀਤੀ ਗਈ, ਠੀਕ ਹੈ, ਆਪ ਨਾ ਸਿੱਖ ਕੇ ਆਪਣੇ ਪੈਸੇ ਕਿਸੇ ਨੂੰ ਦਿੱਤੇ ਗਏ, ਅਤੇ ਨੈਚੁਰਲੀ ਲੋਸ ਹੋਣਾ ਸੀਗਾ। ਕਿਉਂਕਿ ਮੈਂ ਇਹ ਪਰਸਨਲੀ ਮੰਨਦਾ ਵਾਂ, ਤੁਹਾਡੀ ਗੱਡੀ ਦੀ ਕੇਅਰ ਤੁਹਾਤੋਂ ਜ਼ਿਆਦਾ ਕੋਈ ਨਹੀਂ ਕਰੇਗਾ, ਠੀਕ ਹੈ, ਤੁਹਾਡੇ ਪੈਸੇ ਦੀ ਕੇਅਰ ਤੁਹਾਤੋਂ ਜ਼ਿਆਦਾ ਕੋਈ ਨਹੀਂ ਕਰੇਗਾ, ਤੁਹਾਡੇ ਪੈਸੇ ਦੇ ਖਰਾਬ ਹੋਣ ਦਾ ਦੁੱਖ ਤੁਹਾਤੋਂ ਜ਼ਿਆਦਾ ਕਿਸੇ ਨੂੰ ਨਹੀਂ ਹੋਏਗਾ, ਇਹ ਚੀਜ਼ ਇੱਕ ਸੱਚਾਈ ਹੈਗੀ ਹੈ। ਸੋ ਤੁਹਾਡਾ ਪੈਸਾ ਹੈ ਨਾ, ਤੁਸੀਂ ਆਪ ਸਿੱਖ ਕੇ ਆਪ ਟ੍ਰੇਡ ਕਰੋ, ਜੇ ਲੋਸ ਵੀ ਹੋਏਗਾ ਉਹ ਵੀ ਤੁਹਾਨੂੰ ਲੈਸਨ ਦੇ ਕੇ ਜਾਏਗਾ ਕਿ ਕਿਉਂ ਲੋਸ ਹੋਇਆ, ਆਪਣੇ ਵੱਲੋਂ ਕੀ ਗਲਤੀ ਹੋਈ ਹੈ ਇਨਵੈਸਟ ਕਰਨ 'ਚ, ਠੀਕ ਹੈ ਜੀ। ਸੋ ਇਹ ਇੱਕ ਪ੍ਰੋਪਰ ਇੱਕ ਟੈਕਨੀਕ ਹੈਗੀ ਹੈ ਜਿਹਨੂੰ ਅਸੀਂ ਸਟੈਪ ਬਾਈ ਸਟੈਪ ਸਿੱਖਣਾ ਵਾ, 10 ਸੈਸ਼ਨ ਦੇ ਵਿੱਚ ਡਿਵਾਈਡਡ ਹੈ, ਠੀਕ ਹੈ। 11th ਡੇ ਜਾਂ 10th ਡੇ ਤੁਹਾਡੀ ਜਿਹੜੀ ਹੈਗੀ ਹੈ ਸੈਸ਼ਨ, 10th ਸੈਸ਼ਨ ਜਾਂ 11th ਸੈਸ਼ਨ ਵਿੱਚ ਤੁਹਾਡੀ ਇਵੈਲੂਏਸ਼ਨ ਹੋਏਗੀ, ਠੀਕ ਹੈ ਜੀ। ਇੱਕ ਜਿਹੜਾ ਹੈਗਾ ਰਿਵੀਜ਼ਨ ਸੈਸ਼ਨ ਹੋਏਗਾ, ਸਾਰੇ ਸੈਸ਼ਨ ਨੂੰ ਰਿਵਾਈਜ਼ ਕੀਤਾ ਜਾਏਗਾ ਕੁਇਕਲੀ। ਸੋ ਤੁਹਾਨੂੰ ਇੱਕ ਨੈਕਸਟ ਲੈਵਲ ਦੀ ਨੌਲੇਜ ਮਿਲੇਗੀ, ਠੀਕ ਹੈ। ਜੇ ਮੈਂ ਆਪਣੀ ਗੱਲ ਕਰਾਂ, ਮੈਂ 2017 'ਚ ਟ੍ਰੇਡਿੰਗ ਸ਼ੁਰੂ ਕੀਤੀ, ਬਹੁਤ ਲੇਟ, ਬਹੁਤ 38 ਈਅਰਸ ਦਾ ਸੀਗਾ ਉਦੋਂ ਮੈਂ, 37 ਸਮਥਿੰਗ ਦਾ। ਸੋ ਇਸ ਚੀਜ਼ ਦਾ ਅਫਸੋਸ ਵੀ ਨਹੀਂ ਹੈ, ਕਿਉਂਕਿ ਅਸੀਂ ਹੁਣ ਕਰ ਪਾ ਰਹੇ ਹਾਂ, ਠੀਕ ਹੈ। ਸੋ ਹੁਣ ਵੀ ਚੰਗਾ ਲੱਗਿਆ ਕਿ ਚਲੋ ਠੀਕ ਹੈ, ਮਤਲਬ ਨਾ ਨਾਲੋਂ ਦੇਰ ਨਾਲੋਂ ਮਤਲਬ ਠੀਕ ਹੈ, ਅਸੀਂ ਕੀਤਾ ਹੈ, ਬੇਸ਼ੱਕ ਦੇਰ ਤੋਂ ਕੀਤਾ ਹੈ ਨਾ ਕਰਨ ਨਾਲੋਂ ਕੁਛ ਤਾਂ ਕਰ ਰਹੇ ਹਾਂ। ਸੋ ਜਿਵੇਂ ਜਿਵੇਂ ਸਾਡੇ ਨਾਲ ਸਾਡੇ ਭੈਣ ਭਰਾ ਜੁੜ ਰਹੇ ਨੇ, ਵਧੀਆ ਲੱਗਦਾ ਹੈ, ਠੀਕ ਹੈ, ਕਿ ਸਿੱਖ ਰਹੇ ਨੇ ਅਤੇ ਵਧੀਆ ਕਰਨ ਦੀ ਇੱਕ ਉਮੀਦ 'ਚ ਆਏ ਨੇ। ਤੁਹਾਡੇ ਸੁਪਨੇ ਸਾਨੂੰ ਆਪਣੇ ਲੱਗਦੇ ਨੇ, ਫਿਰ ਜੋ ਤੁਸੀਂ ਸ਼ੇਅਰ ਕਰ ਰਹੇ ਕਿ ਮੇਰਾ ਇਹ ਡ੍ਰੀਮ ਹੈਗਾ ਹੈ, ਠੀਕ ਹੈ ਜੀ, ਬੈਟਰ ਲੇਟ ਦੈਨ ਨੈਵਰ। ਓਕੇ ਸੋਰੀ, ਐਕਚੁਅਲੀ ਮੈਂ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕਰ ਰਿਹਾ, ਇਸ ਕਰਕੇ ਮੇਰਾ ਥੋੜ੍ਹਾ ਜਿਹਾ ਨਾ ਇੰਗਲਿਸ਼ ਭੁੱਲਦੀ ਚਲੀ ਜਾ ਰਹੀ ਹੈ ਮੈਨੂੰ, ਠੀਕ ਹੈ ਨਰਿੰਦਰ ਭਾਅ ਜੀ। ਓਕੇ,
ਨਾਲੇ ਵੀਰ ਜੀ ਪਤਾ ਕੀ ਆ, ਆਪਾਂ ਸਿੱਖ ਬਹੁਤ ਪਿੱਛੇ ਆ, ਜਾਂ ਤੇ ਬਸ ਬਾਹਰ ਜਾਣਾ ਜਾਂ ਤੇ ਫਿਰ ਆਪਾਂ ਇੱਕ ਮਤਲਬ ਆਪਣਾ ਇੱਕ ਬਾਉਂਡਰੀ ਬਣਾ ਲਈ ਆਪਣੇ ਕਰੀਅਰ ਨੂੰ ਲੈ ਕੇ। ਔਰ ਇੱਥੇ ਕੀ ਹੁੰਦਾ ਆ ਕਿ ਆਪਾਂ ਪੰਜਾਬ ਤੋਂ ਜਿੱਦਾਂ ਬਾਹਰ ਰਹਿੰਦੇ ਆ ਹਨਾ, ਇੱਥੇ ਇਸ ਪਾਸੇ ਝਾਰਖੰਡ ਪਾਸੇ, ਤੇ ਮਤਲਬ ਇੱਦਾਂ ਦਾ ਸਾਡੀ ਇਮੇਜ ਬਣ ਗਈ ਨਾ ਸਿੱਖ ਕੌਮ ਵਾਸਤੇ ਕਿ ਇਹਨਾਂ ਨੂੰ ਕੁਛ ਨਹੀਂ ਆਉਂਦਾ ਆ, ਇਹ ਲੋਕ ਬਹੁਤ ਪਿੱਛੇ ਨੇ, ਮਤਲਬ ਇਹ ਲੋਕ ਸਿਰਫ ਜਿਵੇਂ ਮਤਲਬ ਜਾਂ ਤੇ ਖੇਤੀ ਮਤਲਬ ਪੈਲੀਆਂ ਦਾ ਕੰਮ ਹੀ ਜਾਂ ਤੇ ਫਿਰ ਕੈਨੇਡਾ, ਬਸ ਦੋ ਹੀ ਚੀਜ਼ਾਂ ਚ। ਤੇ ਇਹ ਚੀਜ਼ ਮੈਨੂੰ ਥੋੜੀ ਚੁੱਭਦੀ ਆ ਕਿ ਨਹੀਂ, ਸਿੱਖ ਕੌਮ ਚ ਹਰ ਗੁਣ ਹੈ, ਰੱਬ ਨੇ ਸਾਨੂੰ ਸਿੱਖ ਬਣਾਇਆ ਆ, ਸਾਡਾ ਕਿਰਦਾਰ ਆ ਸਿੱਖਣਾ, ਹਮੇਸ਼ਾ ਸਿੱਖਦੇ ਰਹਿਣਾ, ਅੱਗੇ ਵੱਧਦੇ ਰਹਿਣਾ। ਇਹ ਚੀਜ਼ ਮੈਂ ਚਾਹੁੰਦੀ ਹਾਂ ਕਿ ਸਮੇਂ ਆਉਣ ਚ ਨਾ ਇਹ ਚੀਜ਼ ਪ੍ਰੂਫ ਹੋਵੇ ਕਿ ਨਹੀਂ, ਭਾਵੇਂ ਸਿੱਖ ਕਿੱਥੇ ਦਾ ਵੀ ਹੋਵੇ, ਅਗਰ ਸਿੱਖ ਕੌਮ ਤੋਂ ਬਿਲੋਂਗ ਕਰ ਰਿਹਾ ਤੇ ਮਤਲਬ ਇੱਦਾਂ ਦੀ ਪਰਸਨੈਲਿਟੀ ਬਣੇ ਕਿ ਸਿਰਫ ਜੋਕ ਬਣ ਕੇ ਨਾ ਰਹੀਏ ਆਪਾਂ ਹਰ ਫੀਲਡ ਚ। ਇਹ ਚੀਜ਼ ਮੈਂ ਚਾਹੁੰਦੀ ਹਾਂ ਬਸ। ਹੋਏਗੀ ਜੀ, ਸਾਨੂੰ ਆਪਣੇ ਆਪ ਤੋਂ ਸ਼ੁਰੂ ਕਰਨਾ ਪਏਗਾ, 1-to-1, ਠੀਕ ਹੈ ਜੀ। ਜਦੋਂ ਅਸੀਂ ਆਪ, ਸਾਨੂੰ ਕੰਫੀਡੈਂਸ ਹੋਏਗਾ, ਅਸੀਂ ਕਿਸੇ ਹੋਰ ਨਾਲ ਗੱਲ ਕਰਾਂਗੇ ਵੀ ਇੱਕ ਸੋਰਸ ਆਫ ਇਨਕਮ ਆ ਵੀ ਹੈਗਾ ਹੈ, ਠੀਕ ਹੈ। ਜੋ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਹੈ, ਇੰਝ ਨਹੀਂ ਕਰਨਾ ਕਿ ਤੁਸੀਂ ਇੱਥੇ ਦੋ ਸੈਸ਼ਨ ਲਓ ਅਤੇ ਜਾ ਕੇ ਬੋਸ ਦੇ ਗੱਲ ਪੈ ਜਾਓ ਵੀ ਮੈਂ ਕੱਲ੍ਹ ਤੋਂ ਨਹੀਂ ਆਉਣਾ, ਮੇਰਾ ਫੜ ਨੋਟਿਸ, ਠੀਕ ਹੈ, ਮਹੀਨੇ ਦਾ ਜਿਹੜਾ ਤੇਰਾ ਪੀਰੀਅਡ ਹੈਗਾ ਨੋਟਿਸ ਪੀਰੀਅਡ ਲੈ ਲਿਆ, ਹੈ ਨਾ। ਇੱਦਾਂ ਨਹੀਂ, ਅਸੀਂ ਇਹਨੂੰ 5 ਤੋਂ 6 ਮਹੀਨੇ ਦਾ ਸਮਾਂ ਦੇਣਾ ਹੈ, ਜਦੋਂ ਤੱਕ ਸਾਡੀ ਫੋਰੈਕਸ ਦੀ ਇਨਕਮ, ਸਾਡੀ ਇਸ ਜਿਹੜੀ ਹੈਗੀ ਹੈ ਐਜੂਕੇਸ਼ਨ ਤੋਂ ਅਸੀਂ ਸਾਡੀ ਜਿਹੜੀ ਕਰੰਟ ਇਨਕਮ ਹੈਗੀ ਉਹਨੂੰ ਅਸੀਂ ਕ੍ਰੋਸ ਨਹੀਂ ਕਰਦੇ ਲਗਾਤਾਰ 3 ਜਾਂ 4 ਮਹੀਨੇ, ਉਦੋਂ ਤੱਕ ਆਪਣਾ ਕਰੰਟ ਕੰਮ ਜਿਹੜਾ ਸਾਡਾ ਜੋ ਵੀ ਹੈਗਾ ਛੱਡਣ ਦੀ ਕੋਸ਼ਿਸ਼ ਨਹੀਂ ਕਰਨੀ, ਠੀਕ ਹੈ। ਕਿਉਂਕਿ ਮਾਰਕੀਟ ਗੱਲ ਛੱਡਣ ਦੀ ਨਹੀਂ ਹੈ ਵੀਰ ਜੀ, ਐਕਚੁਅਲੀ ਉਹਨਾਂ ਤੋਂ ਹੀ ਮੈਨੂੰ ਇਹ ਗੱਲ ਦਾ ਪਤਾ ਲੱਗਿਆ, ਇੰਟਰਸਟ ਹੈ। ਇੱਕ ਤੌਰ ਤੋਂ ਉਹ ਵੀ ਮੇਰੇ ਵਾਸਤੇ ਟੀਚਰ ਹੀ ਹੋਏ ਨੇ, ਤੇ ਉਹਨਾਂ ਨੇ ਤੇ ਨਹੀਂ ਲੜਨਾ। ਬਿਲਕੁਲ 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 ਜੀ, ਆਪਾਂ ਕਰਾਂਗੇ ਬਿਲਕੁਲ। ਸਾਡਾ ਇੱਕ ਕੌਮੀ ਟੀਚਾ ਵੀ ਹੈਗਾ, ਅਸੀਂ ਕੀ ਕਰ ਰਹੇ ਹਾਂ। ਐਕਚੁਅਲੀ ਮੇਰੇ 2024 ਦੇ ਲਈ ਆਪਣੇ ਪਰਸਨਲ ਗੋਲਸ ਨਹੀਂ ਹੈਗੇ, ਕਿਉਂਕਿ ਮੇਰੇ ਪਾਸ ਸੱਚੇ ਪਾਤਸ਼ਾਹ ਹਰ ਚੀਜ਼ ਦਿੱਤੀ ਹੋਈ ਹੈ। ਸੋ ਮੇਰਾ ਕੋਈ ਵੀ ਮਟੈਰੀਅਲਿਸਟਿਕ ਗੋਲ ਨਹੀਂ ਹੈਗਾ, ਸਿਰਫ ਮੈਂ ਇੱਕ ਸਿਕਨੋਮਿਕਸ ਸੈਂਟਰ, ਸਿਕਨੋਮਿਕਸ ਨੂੰ ਕਿਵੇਂ ਅਸੀਂ ਐਕਸਪੈਂਡ ਕਰਨਾ, ਕਿਵੇਂ ਅਸੀਂ ਆਪਣੇ ਹਰ ਪੰਜਾਬੀ ਤੱਕ ਜਾਣਾ, ਅਸੀਂ ਉਹਦੇ ਦਰਵਾਜ਼ੇ ਨੂੰ ਖੜਕਾਉਣਾ ਕਿ ਪਲੀਜ਼ ਓਪਨ ਦ ਯੂਰ ਡੋਰ, ਓਕੇ ਜੋ ਕਰ ਰਹੇ ਹੋ ਬਹੁਤ ਵਧੀਆ ਹੈ, ਬਟ ਨਾਲ ਇੱਕ ਟਿਕ ਇੱਕ ਇਹ ਵਾਲੀ ਜਿਹੜੀ ਹੈਗੀ ਹੈ ਇਹ ਵੀ ਚੀਜ਼ ਸਿੱਖੋ, ਤਾਂ ਕਿ ਫਿਊਚਰ ਦੇ ਲਈ ਰੱਬ ਨਾ ਕਰੇ ਕਦੀ ਐਮਰਜੈਂਸੀ ਹੋਵੇ, ਲਾਈਕ COVID-19 ਆਇਆ ਸੀ ਜਿਉਂ, ਹੈ ਨਾ, COVID-24 ਵੀ ਆ ਸਕਦਾ ਹੈ, ਕਿਉਂਕਿ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ, ਥਰਡ ਵਰਲਡ ਆਰਡਰ ਇਜ਼ ਸਮਥਿੰਗ, ਨਿਊ ਵਰਲਡ ਆਰਡਰ ਇਜ਼ ਸਮਥਿੰਗ, ਅਲੂਮਨਾਤੀ ਇਜ਼ ਸਮਥਿੰਗ, ਓਕੇ, ਦੇ ਆਰ ਪਲਾਨਿੰਗ ਸੋ ਮੈਨੀ ਥਿੰਗਸ ਟੁਗੈਦਰ, ਸੋ ਆਈ ਬਲੀਵ ਇਨ ਦੋਜ਼ ਕੋਨਸਪੀਰੇਸੀਜ਼। ਸੋ ਜੇ 2024 ਜਾਂ 25 ਚਿੰਤਾ ਦਾ ਕੁਛ ਵੀ ਹੁੰਦਾ ਹੈ, ਤਾਂ ਫਿਰ ਅਸੀਂ ਮਤਲਬ ਬੈਕਵਰਡ ਜਾਣਾ ਹੈ, ਠੀਕ ਹੈ। ਸੋ ਅਸੀਂ ਇਹਨਾਂ ਚੀਜ਼ਾਂ ਲਈ ਵੀ ਖੁਦ ਨੂੰ ਤਿਆਰ ਕਰਨਾ ਹੈ। ਸੋ ਇੱਕ ਆਲਰਾਊਂਡਰ ਪਰਸਨੈਲਿਟੀ ਬਣ ਕੇ, ਜਿਵੇਂ ਅਸੀਂ ਕਿ ਦੇਖਿਆ ਹੈ, ਮੈਂ ਅਕਸਰ ਕਹਿੰਦਾ ਹੁੰਦਾ, ਮੈਂ ਇੱਕ ਟਰਮ ਯੂਜ਼ ਕੀਤੀ ਹੈ, STS, ਸਟੇਅਰਿੰਗ ਟੂ ਸਟੇਅਰਿੰਗ, ਹੈ ਨਾ, ਮਾੜੀ ਗੱਲ ਨਹੀਂ ਹੈਗੀ ਹੈ। ਅਸੀਂ ਟਰੈਕਟਰ ਦਾ ਸਟੇਅਰਿੰਗ ਛੱਡਿਆ, ਟਰੱਕ ਦਾ ਫੜ ਲਿਆ, ਈਜ਼ੀ ਸੀਗਾ ਸਾਡੇ ਲਈ, ਉਹ ਲਾਸਟ ਹੋਣਾ ਚਾਹੀਦਾ ਸੀ, ਠੀਕ ਹੈ। ਉਹਦੇ ਲਈ ਸਾਨੂੰ ਕੋਈ ਖਾਸ ਇੰਟੈਲੀਜੈਂਸ ਦੀ ਲੋੜ ਨਹੀਂ ਹੈ, ਹਰ ਪੰਜਾਬੀ ਇੱਕ ਪੈਦਾਇਸ਼ੀ ਡਰਾਈਵਰ ਹੀ ਹੈ, ਕਿਉਂਕਿ ਸਾਨੂੰ ਸਾਡੇ ਮਾਂ ਪਿਓ ਨੇ ਬਚਪਨ ਤੋਂ ਹੀ ਟਰੈਕਟਰ 'ਤੇ ਬਿਠਾ ਦਿੰਦੇ, ਸਾਨੂੰ ਪਤਾ ਉਹਨਾਂ ਚੀਜ਼ਾਂ ਦਾ, ਅਸੀਂ ਬੈਟਰ ਦੈਨ ਐਨੀ ਅਦਰ ਡਰਾਈਵਰ ਇਨ ਦਾ ਵਰਲਡ, ਓਕੇ। ਸਾਡੀ ਖਾਸੀਅਤ ਹੈਗੀ ਹੈ ਇਹ, ਠੀਕ ਹੈ, ਕਿਉਂਕਿ ਇਹਦੇ ਲਈ ਬੜੀ ਬਹਾਦਰੀ ਅਤੇ ਜ਼ੋਰ ਅਤੇ ਹਿੰਮਤ ਵਾਲਾ ਕੰਮ ਹੁੰਦਾ ਹੈ ਡਰਾਈਵਿੰਗ ਵੀ। ਸੋ ਅਸੀਂ ਇਹਨੂੰ ਆਪਣਾ ਇੱਕ ਲਾਸਟ ਮੰਨਣਾ, ਜਦੋਂ ਸਾਨੂੰ ਹੋਰ ਕਿਤੇ ਵੀ ਕੋਈ ਕੰਮ ਨਾ ਮਿਲੇ ਉਦੋਂ ਅਸੀਂ ਡਰਾਈਵਿੰਗ ਵੱਲ ਵਧਣਾ ਹੈ, ਠੀਕ ਹੈ। ਉਹ ਸਾਡੇ ਵਿੱਚ ਬਾਈ ਡਿਫੋਲਟ ਹੈਗਾ, ਗੁਰੂ ਮਹਾਰਾਜ ਨੇ ਦਿੱਤਾ ਹੋਇਆ, ਬਟ ਅਸੀਂ ਆਪਣਾ ਇੰਟਲੈਕਚੁਅਲ ਲੈਵਲ 'ਤੇ ਵੀ ਅਸੀਂ ਦੱਸਣਾ ਹੈ ਕਿ ਅਸ ਪੰਜਾਬੀ ਵੀ ਇਸ ਮਾਰਕੀਟ 'ਚ ਸਟੈਂਡ ਕਰਦੇ ਆ, ਠੀਕ ਹੈ। ਜਿਵੇਂ ਸਾਰਿਆਂ ਨੇ ਸੁਣਿਆ ਹੋਣਾ ਅਜੇਪਾਲ ਸਿੰਘ ਬੰਗਾ, ਕਿਹਨੂੰ ਪਤਾ ਅਜੇਪਾਲ ਸਿੰਘ ਬੰਗਾ ਬਾਰੇ, ਸਭ ਨੂੰ ਪਤਾ ਹੋਏਗਾ ਆਈ ਥਿੰਕ, ਓਕੇ। ਜਿਹਨੂੰ ਨਹੀਂ ਪਤਾ, ਯੂ ਕੈਨ ਰੇਜ਼ ਯੋਰ ਹੈਂਡ ਪਲੀਜ਼, ਦੈਨ ਆਈ ਵਿਲ ਐਕਸਪਲੇਨ, ਓਕੇ ਓਕੇ। ਅਜੇਪਾਲ ਸਿੰਘ ਬੰਗਾ ਬਾਰੇ ਨਹੀਂ ਪਤਾ ਕਿਸੇ ਨੂੰ ਵੀ, ਮੈਂ ਮਤਲਬ ਹੈਰਾਨ ਹਾਂ, ਐਕਚੁਅਲੀ ਇਹ ਕੋਈ ਇੰਸਲਟ ਨਹੀਂ ਹੈਗੀ, ਨਹੀਂ ਪਤਾ, ਬਹੁਤ ਵਧੀਆ ਲੱਗਿਆ। ਅਜੇਪਾਲ ਸਿੰਘ ਬੰਗਾ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਨੇ, ਠੀਕ ਹੈ ਜੀ। ਅਜੇਪਾਲ ਸਿੰਘ ਬੰਗਾ ਜੀ ਜਿਹੜੇ ਹੈਗੇ ਨੇ, ਉਹ ਹੁਸ਼ਿਆਰਪੁਰ ਦਾ ਪਿੰਡ ਪੈਂਦਾ ਬੰਗਾ ਕਰਕੇ, ਉੱਥੋਂ ਦੇ ਨੇ। ਸੋ ਉਹ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਨੇ, ਕਿਹਨਾਂ ਕਿਹਨਾਂ ਨੂੰ ਸੋਹਣਾ ਲੱਗਿਆ ਸੁਣ ਕੇ ਕਿ ਵਰਲਡ ਬੈਂਕ ਦਾ ਕੋਈ ਬੰਦਾ ਜਿਹੜਾ ਹੈਗਾ ਉਹ ਸਰਦਾਰ ਬੰਦਾ ਵੀ ਪ੍ਰੈਜ਼ੀਡੈਂਟ ਬਣਿਆ ਪਹਿਲੀ ਵਾਰ? ਭਾਜੀ ਮੈਨੂੰ ਪਤਾ ਇਹ ਗੱਲ ਪਹਿਲੀ, ਨਰਿੰਦਰ ਭਾਜੀ ਤੁਹਾਨੂੰ ਪਤਾ, ਤੁਹਾਡੇ ਤਾਂ ਮੇਰੇ ਖਿਆਲ ਪਿੰਡ ਦਾ ਹੋਏਗਾ ਨਾ ਉਹ ਲਾਗ ਪਾਸ ਕਿਤੇ, ਹੈ ਨਾ, ਤੁਸੀਂ ਵੀ ਸ਼ਾਰ ਨੇੜੇ ਹੀ ਹੈ, ਬਿਲਕੁਲ ਬਿਲਕੁਲ ਨੇੜੇ ਹੀ ਹੈ, ਹਾਂਜੀ ਬੰਗਾ ਸਾਡੇ ਨੇੜੇ। ਤੇ ਕਿਹਨੂੰ ਕਿਹਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੀ ਸਿੱਖ ਕੌਮ ਤੋਂ ਵੀ ਜਿਹੜਾ ਹੈਗਾ ਇੱਕ ਸਰਦਾਰ ਜੀ ਟਰਬਨੇਟਰ ਦਸਤਾਰ ਸਜਾ ਕੇ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਨੇ ਤੇ ਵਰਲਡ ਫੇਮਸ ਹੋ ਗਏ ਨੇ, ਕਿਉਂਕਿ ਇਹਨਾਂ ਦੀ ਪੋਲਿਸੀਜ਼ ਬਹੁਤ ਕਲੀਅਰ ਹੈ। ਸੋ ਅਸੀਂ ਕਿੰਨੇ ਬੰਗੇ ਪੈਦਾ ਕਰ ਰਹੇ ਹਾਂ ਅਜੇਪਾਲ ਸਿੰਘ ਜੈਸੇ ਜਿਹੜੇ ਭਰਾ ਨੇ ਸਾਡੇ, ਇੱਦਾਂ ਦੇ ਸਾਡੇ ਜਿਹਨਾਂ 'ਤੇ ਸਾਨੂੰ ਮਾਣ ਹੁੰਦਾ ਹੈ।
ਕੋਈ ਹੈਗੀ ਕਿਸੇ ਨੂੰ ਪਤਾ ਹੈਗਾ ਕਿ ਸਾਡੇ ਬੱਚੇ ਇਸ ਨਿਊ ਵਰਲਡ ਇੰਡਸਟਰੀ ਦੇ ਵਿੱਚ ਹੈਗੇ ਨੇ? ਇਹ ਜਿਹੜੇ ਹੈਗੇ ਨੇ ਅਜੇ ਪਾਲ ਸਿੰਘ ਬੰਗਾ ਜੀ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਨੇ, ਠੀਕ ਹੈ। ਸੋ ਕਿਉਂਕਿ ਇਹਨਾਂ ਨੇ ਐਡਵਾਂਸ ਸੋਚਿਆ, ਇਹ ਵੀ ਇੱਕ ਟਰੱਕ ਡਰਾਈਵਰ ਹੋ ਸਕਦੇ ਸੀਗੇ, ਇਹ ਵੀ ਵਧੀਆ ਡੋਲਰ ਕਮਾ ਸਕਦੇ ਸੀਗੇ, ਹੋ ਸਕਦਾ ਜ਼ਿਆਦਾ ਵਧੀਆ ਇਹਨਾਂ ਪਾ ਕੋਠੀਆਂ ਹੁੰਦੀਆਂ ਉਦੋਂ ਜੇ ਟਰੱਕ ਡਰਾਈਵਰ ਹੁੰਦੇ ਜਾਂ ਹੋਰ ਕਿਸੇ ਬਿਜ਼ਨਸ 'ਚ ਹੁੰਦੇ ਫੋਰਨ ਕੰਟਰੀ ਜਾ ਕੇ, ਜਿਵੇਂ ਮੈਂ 15 ਸਾਲ ਦੁਬਈ ਲਾ ਕੇ ਆਇਆ। ਲੇਕਿਨ ਅੱਜ ਇਹਨਾਂ ਦਾ ਨਾਮ ਸਾਰੇ ਸੁਣ ਕੇ ਖੁਸ਼ ਹੋਏ ਨੇ, ਠੀਕ ਹੈ। ਅਤੇ ਸਾਨੂੰ ਕੌਣ ਯਾਦ ਰੱਖੇਗਾ, ਸਾਡੀ ਕੌਮ ਨੂੰ ਸਾਡੇ ਨਾਂ ਦੇ ਉੱਤੇ ਕਿੰਨਾ ਕੁ ਮਾਣ ਹੈ ਅੱਜ? ਰੀਜ਼ਨ ਕਿਉਂਕਿ ਅਸੀਂ ਐਡਵਾਂਸ ਮਾਰਕੀਟ 'ਚ ਨਹੀਂ ਗਏ, ਅਸੀਂ ਕੋਈ ਹਟ ਕੇ ਕੰਮ ਨਹੀਂ ਕੀਤਾ, ਹੈ ਨਾ। ਅਸੀਂ ਟ੍ਰੈਡੀਸ਼ਨਲ ਕੰਮ ਕੀਤੇ ਨੇ, ਅਤੇ ਟ੍ਰੈਡੀਸ਼ਨਲ ਕੰਮਾਂ 'ਚ ਗਿਣਤੀ ਹੁੰਦੀ ਹੈ ਭੀੜ ਦੀ, ਹੈ ਨਾ। ਉਹਦੇ 'ਚ ਕੋਈ ਬਹੁਤਾ ਵਧੀਆ ਨਾਂ ਨਹੀਂ ਕਮਾਇਆ ਜਾ ਸਕਦਾ, ਨਾ ਹੀ ਕਿਸੇ ਦਾ ਜਿਹੜਾ ਹੈਗਾ ਉਹ ਮੋਟੀਵੇਟਰ ਜਾਂ ਕੋਈ ਇੰਸਪਾਇਰੇਸ਼ਨ ਪਰਸਨੈਲਿਟੀ ਬਣ ਸਕਦੇ ਆਪਾਂ, ਇੰਸਪਾਇਰਿੰਗ ਪਰਸਨੈਲਿਟੀ। ਰੀਜ਼ਨ ਕਿਉਂਕਿ ਹਟ ਕੇ ਹੀ ਕਰਨਾ ਚਾਹੀਦਾ ਹੈ। ਸੋ ਫਰੈਕਸ ਜਿਹੜੀ ਹੈਗੀ ਆ ਫਿਊਚਰ ਦੀ ਮਾਰਕੀਟ ਹੈ, ਇਹਨੂੰ ਕਰਨ ਆਇਓ, ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਨਾਓ ਵੀ ਵਿਲ ਸਟਾਰਟ, ਕੋਈ ਰਾਇਤਾ ਨਹੀਂ ਗਿਆ ਜੀ ਆਪਣੇ ਇੰਟਰੋ ਲਈ, ਅਤੇ ਆਪਾਂ ਫਿਰ ਨਹੀਂ ਸ਼ੁਰੂ ਕਰੀਏ ਅੱਜ ਦਾ ਸੈਸ਼ਨ। ਓਕੇ, ਪਲੀਜ਼ ਕੰਟੀਨਿਊ। ਤਰਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤਰਨਜੀਤ ਸਿੰਘ ਲੁਧਿਆਣੇ ਤੋਂ ਸੀ। ਮੈਂ ਬੇਸਿਕਲੀ ਸਿਕਿਉਰਿਟੀ ਅਤੇ ਆਟੋਮੇਸ਼ਨ ਦਾ ਕੰਮ ਕਰਦਾ ਜੀ, ਨਰਿੰਦਰ ਭਾਈ ਦੇ ਨਾਮ ਦੇ ਵਿੱਚ। ਮੈਂ ਕਾਫੀ ਵਾਰ ਇਹਨਾਂ ਨੂੰ ਟ੍ਰੇਡਿੰਗ ਕਰਦੇ ਹੋਏ ਦੇਖਿਆ ਸੀਗਾ, ਅਤੇ ਮੈਂ ਇਹਨਾਂ ਨੂੰ ਪੁੱਛਿਆ ਸੀਗਾ ਵੀ ਕੀ ਚੀਜ਼ ਕੀ ਹੈ ਇਹ। ਇਹਨਾਂ ਨੇ ਮੈਨੂੰ ਦੱਸਿਆ ਵੀ ਇਹਦੇ ਵਿੱਚ ਮਨੀ ਇਨਵੈਸਟਿੰਗ ਹੈ, ਅਤੇ ਤੁਸੀਂ ਇਹਦੇ ਨਾਲ ਪੈਸੇ ਤੋਂ ਪੈਸਾ ਬਣਾ ਸਕਦੇ ਹੋ ਜੀ। ਬਿਲਕੁਲ, ਉਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸੈਲਰੀ ਬੇਸ ਕੁਛ ਨਹੀਂ ਚੱਲਦਾ, ਅਤੇ ਐਕਸਟਰਾ ਵੀ ਕੁਛ ਦੇਖਣ ਲਈ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਸੀ। ਅਤੇ ਮੈਨੂੰ ਇੱਕ ਚੀਜ਼ ਹੋਰ ਵੀ ਬਹੁਤ ਵਧੀਆ ਲੱਗੀ ਕਿ ਤੁਸੀਂ ਸਿੱਖ ਕਮਿਊਨਿਟੀ ਦੇ ਬੱਚਿਆਂ ਲਈ ਸਪੈਸ਼ਲ ਕਰ ਰਹੇ ਹੋ, ਉਹ ਚੀਜ਼ ਮੈਨੂੰ ਤੁਹਾਡੀ ਬਹੁਤ ਵਧੀਆ ਲੱਗੀ। ਮੈਂ ਭਾਅ ਜੀ ਨੂੰ ਕਿਹਾ ਸੀ, ਮੈਂ ਕਿਹਾ ਭਾਅ ਜੀ ਮੈਨੂੰ ਜੁਆਇਨਿੰਗ ਕਰਵਾ ਦਿਉ ਅੱਜ ਤੋਂ 3 ਮਹੀਨੇ ਪਹਿਲਾਂ। ਓਕੇ, ਇਹਨਾਂ ਨੇ ਮੈਨੂੰ ਇਹ ਕਿਹਾ ਸੀ, ਕਹਿੰਦੇ ਜਦੋਂ ਨੈਕਸਟ ਬੈਚ ਆਊਗਾ ਉਦੋਂ ਦੇਖਾਂਗੇ। ਓਕੇ, ਇਹ ਤੁਹਾਡੀ ਜੀ ਜੀ ਬਹੁਤ ਵਧੀਆ ਗੱਲ ਲੱਗੀ ਜੀ, ਜੋ ਤੁਸੀਂ ਇਹ ਸਿੱਖ ਕਮਿਊਨਿਟੀ ਦੇ ਬੱਚਿਆਂ ਲਈ ਕੀਤਾ ਹੈ। ਅੱਜ ਦੇ ਦੌਰ ਦੇ ਵਿੱਚ ਸਾਰੇ ਬਾਹਰ ਜਾਣ ਲੱਗ ਪਏ। ਹਾਂਜੀ ਬਿਲਕੁਲ, 100/100 ਤੁਸੀਂ ਕਿਸੇ ਨੂੰ ਪੁੱਛੋ ਅਗਰ ਕਿਸੇ ਕਲਾਸ 'ਚ ਜਾ ਕੇ ਪਲੱਸ ਟੂ 'ਚ ਕੀ ਕਰਨਾ, ਆਇਲਸ ਸਾਰਿਆਂ ਦੇ ਹੱਥ ਇੱਕਦਮ ਖੜੇ ਹੋ ਜਾਂਦੇ ਨੇ ਆਇਲਸ। ਉਹਨੂੰ ਲੱਗਦਾ ਕਿ ਆਇਲਸ ਹੋਈ ਵੀ $5 ਦਾ ਝਾੜੂ ਲਓ, ਅਤੇ ਬਾਹਰ ਜਾ ਕੇ ਨੋਟ ਜਿਹੜੇ ਹੈਗੇ ਡਾਲਰ ਸੰਭਰ ਸੰਭਰ ਕੇ ਇੰਡੀਆ ਭੇਜੋ, ਹੈ ਨਾ, ਬੈਂਕਾਂ 'ਚ। ਇਟਸ ਨੋਟ ਈਜ਼ੀ। ਈਵਨ ਕਿ ਮੇਰੇ ਕਜ਼ਨਸ ਵੀ ਬਾਹਰ ਆਏ, ਈਵਨ ਕਿ ਮੇਰੇ ਕਜ਼ਨਸ ਵੀ ਬਾਹਰ ਆ ਸਾਰੇ, ਸਿਰਫ ਮੈਂ ਇਕੱਲਾ ਹੀ। ਤੁਸੀਂ ਉਹਨਾਂ ਲਈ ਇੱਕ ਚਾਨਣ ਮੁਨਾਰਾ ਹੋ ਸਕਦੇ, ਤੁਸੀਂ ਇੱਥੇ ਉਹਨਾਂ ਨੂੰ ਆਪਣੀ ਕਾਮਯਾਬ ਹੋ ਕੇ ਦੱਸੋ, ਠੀਕ ਹੈ। ਸੋ ਹੋ ਸਕਦਾ ਉਹ ਤੁਹਾਨੂੰ ਦੇਖ ਕੇ ਵਾਪਿਸ ਆਣ। ਓਕੇ ਜੀ, ਥੈਂਕ ਯੂ ਤਰਨ, ਠੀਕ ਹੈ ਭਾਈ, ਆਪਾਂ ਸ਼ੁਰੂ ਕਰ। ਹਾਂਜੀ, ਨੈਕਸਟ ਨੇ ਸਾਡੇ ਨਾਲ ਹਰਜੋਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਵਾਹਿਗੁਰੂ ਜੀ ਕਾ ਖਾਲਸਾ। ਤੇ ਸਰ, ਮੈਂ ਹੁਣ ਗ੍ਰੈਜੂਏਸ਼ਨ ਸਰ ਮੈਂ ਟ੍ਰੇਡਿੰਗ ਦੇ ਵਿੱਚ ਪਲੱਸ ਟੂ ਤੋਂ ਹੈਗਾ ਵਾ। ਮੈਂ ਪਹਿਲਾਂ ਨਿਫਟੀ ਦੇ ਆਪਸ਼ਨ ਟ੍ਰੇਡਿੰਗ ਵਿੱਚ ਕੀਤੀ ਸੀਗੀ, ਪ੍ਰਾਈਸ ਐਕਸ਼ਨ ਨਾਲ ਸਿੱਖੀ ਸੀ ਔਨਲਾਈਨ ਯੂਟਿਊਬ ਤੋਂ। ਓਕੇ, ਤੇ ਫਿਰ ਮੈਂ ਆਪਣੇ ਕਜ਼ਨ ਪ੍ਰਭਜੀਤ ਵੀਰੇ ਗਰੁੱਪ ਐਡ ਨੇ ਇਸ ਟਾਈਮ ਮੀਟਿੰਗ ਵਿੱਚ ਉਹਨਾਂ ਨੂੰ ਫਿਰ ਮੈਂ ਦੱਸਿਆ ਸੀ ਤੁਹਾਡੇ ਬਾਰੇ, ਮੈਂ ਦੇਖਿਆ ਸੀਗਾ, ਕਿਉਂਕਿ ਮੈਂ ਸਿਰਫ ਡਾਇਵਰਸੀਫਾਈ ਕਰਨਾ ਚਾਹੁੰਦਾ ਸੀ, ਇਕੱਲੀ ਮੈਂ ਨਿਫਟੀ ਵਗੈਰਾ 'ਚ ਨਹੀਂ ਰਹਿਣਾ ਚਾਹੁੰਦਾ ਸੀਗਾ। ਤੇ ਫਿਰ ਮੈਂ 4x ਦੇਖੇ ਸੀ ਤੁਹਾਡੇ ਪੇਜ ਤੋਂ ਯੂਟਿਊਬ ਤੇ। ਓਕੇ, ਫਿਰ ਮੈਂ ਉਹਨਾਂ ਨੂੰ ਕੋਈ ਰੈਫਰ ਕੀਤਾ ਸੀ, ਤੁਹਾਨੂੰ ਵੀ ਪਹਿਲਾਂ ਇੱਕ ਵਾਰੀ ਮੈਸੇਜ ਕੀਤਾ ਸੀ ਵਟਸਐਪ ਤੇ, ਨਿਫਟੀ ਵਾਲੇ ਮੈਂ ਆਈ ਐਮ ਡੈਮ ਸ਼ੋਰ ਕਿ ਨਿਫਟੀ ਕਰਦੇ ਨੇ ਉਹ ਖੁਸ਼ ਨਹੀਂ ਹੈ, ਅਤੇ ਅਗਰ ਉਹਨੂੰ ਫਰੈਕਸ ਦੇ ਵਿੱਚ ਸਵਿਚ ਕਰ ਲੈਣਗੇ ਉਹ ਨਿਫਟੀ ਕਦੀ ਨਹੀਂ ਕਰਨਗੇ ਵਾਪਸ, ਕਿਉਂਕਿ ਉਸ ਮਾਰਕੀਟ ਦੇ ਵਿੱਚ ਇੰਨੀ ਓਪਰਚੁਨਿਟੀਜ਼ ਹੀ ਨਹੀਂ ਹੈ। ਠੀਕ ਹੈ ਸਰ, ਉਹ 'ਚ ਓਪਰਚੁਨਿਟੀਜ਼ ਆ, ਲੇਕਿਨ ਉਹ 'ਚ ਕੁਛ ਫੇਕ ਚੀਜ਼ਾਂ ਹੋ ਰਹੀਆਂ ਨੇ, ਸਭ ਨੂੰ ਪਤਾ ਅਡਾਨੀ ਵਗੈਰਾ ਦਾ ਕੀ ਹੋ ਰਿਹਾ, ਬਬਲਸ ਬਣੇ ਹੋਏ ਨੇ, ਉਸ ਕਰਕੇ ਲੋਕੀ ਹੁਣ ਉਸ ਤੋਂ ਹਟਣਾ ਚਾਹੁੰਦੇ ਨੇ। ਬਿਲਕੁਲ ਜੀ, ਬਿਲਕੁਲ, ਕਿਉਂਕਿ ਫੇਕਿੰਗ ਬਹੁਤ ਜ਼ਿਆਦਾ ਹੈ, ਮੈਨੂਪਲੇਸ਼ਨ ਬਹੁਤ ਜ਼ਿਆਦਾ ਹੈ। ਛੋਟੀ ਮਾਰਕੀਟ 'ਚ ਹੁੰਦੀ ਹੈ ਮੈਨੂਪਲੇਸ਼ਨ, ਵੱਡੀ ਮਾਰਕੀਟ 'ਚ ਜਿਹੜੀ ਮਾਰਕੀਟ ਡਿਸੈਂਟਰਲਾਈਜ਼ਡ ਹੋਵੇ ਉਹਨੂੰ ਮੈਨੂਪਲੇਟ ਨਹੀਂ ਕੀਤਾ ਜਾ ਸਕਦਾ। ਫਰੈਕਸ ਦੀ ਖਾਸੀਅਤ ਹੈ, ਅਸੀਂ ਅੱਗੇ ਡਿਸਕਸ ਕਰਾਂਗੇ, ਠੀਕ ਹੈ ਜੀ ਸਰ। ਥੈਂਕ ਯੂ ਹਰਜੋਤ ਸਿੰਘ ਜੀ। ਨੈਕਸਟ ਕੋਈ ਰਹਿ ਗਿਆ ਜੀ? ਸੁਖਵਿੰਦਰ ਸਿੰਘ ਵਿਰਕ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਜੀ ਸੁਖਵਿੰਦਰ ਸਿੰਘ ਜੀ, ਡਿਸਟ੍ਰਿਕਟ ਮਾਨਸਾ ਤੋਂ ਓਕੇ ਜੀ। ਜੀ ਤੇ ਪਿੰਡ ਵੈਸੇ ਆਪਣਾ ਨੇੜੇ ਬਿਲਕੁਲ ਸਰਸੇ ਦੇ, ਹਰਿਆਣਾ ਜਿਹੜਾ ਬਾਰਡਰ ਹੈ ਉੱਥੇ ਨਾਲ ਬਿਲਕੁਲ। ਓਕੇ ਜੀ। ਕੰਮ ਆਪਣਾ ਜੀ ਖੇਤੀਬਾੜੀ ਓਕੇ। ਤੇ ਸਟੱਡੀ ਗ੍ਰੈਜੂਏਸ਼ਨ ਤੱਕ ਹੈ ਜੀ। ਗ੍ਰੇਟ ਜੀ, ਬਹੁਤ ਵਧੀਆ ਲੱਗਿਆ। ਸੋ ਜੁੜੇ ਜੀ ਸਰ, ਰਹੋ, ਆਪਾਂ ਵਧੀਆ ਕਰਾਂਗੇ ਫਿਊਚਰ ਦੇ ਵਿੱਚ ਐਜ਼ ਅ ਟੀਮ। ਠੀਕ ਹੈ ਜੀ। ਜੀ ਸਰ, ਥੈਂਕ ਯੂ ਜੀ। ਤਰਸੇਮ ਸਿੰਘ ਸਿੱਧੂ, ਤਰਸੇਮ ਸਿੰਘ ਜੀ ਮਾਈਕ ਨੂੰ ਅਨਮਿਊਟ ਕਰੋ ਤੇ ਥੋੜਾ ਜਿਹਾ ਦੱਸੋ ਕੁਇਕਲੀ ਆਪਣੇ ਬਾਰੇ, ਸਾਨੂੰ 1 ਘੰਟਾ ਹੋ ਗਿਆ ਹੈ ਆਲਰੇਡੀ। ਜੀ ਓਕੇ, ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਜੀ ਸਾਨੂੰ। ਗਗਨਦੀਪ ਕੌਰ ਜੀ ਪਲੀਜ਼ ਤੁਸੀਂ ਦੱਸੋ ਆਪਣੇ ਬਾਰੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਗਗਨਦੀਪ ਕੌਰ ਮੇਰਾ ਨਾਂ ਹੈ ਤੇ ਮੈਂ ਹੈਗੀ ਹਾਂ ਨਵੇਂ ਸ਼ਹਿਰ ਤੋਂ ਤੇ ਫਿਲਹਾਲ ਦੀ ਘੜੀ ਮੈਂ ਲੋਅ ਸਟੂਡੈਂਟ ਹਾਂ ਤੇ ਕੱਲ੍ਹ ਮੇਰਾ ਐਗਜ਼ਾਮ ਵੀ ਆ, ਪਰ ਸਟਿਲ ਮੇਰਾ ਹੈ ਸੀ ਮੰਨ ਕੇ ਮੈਂ ਕਲਾਸ ਨਹੀਂ ਮਿਸ ਕਰਨੀ। ਤੇ ਇਸ ਬਾਰੇ ਮੈਨੂੰ ਮੇਰੇ ਇੱਕ ਫਰੈਂਡ ਨੇ ਦੱਸਿਆ ਸੀ, ਉਹਨਾਂ ਨੇ ਪੜ੍ਹਾਈ ਕੀਤੀ ਜਿਹੜੀ ਉਸ ਫੀਲਡ ਵਿੱਚ ਉਹਨਾਂ ਨੇ ਅੱਗੇ ਜਾਣ ਦੀ ਕੀਤੀ ਕੋਸ਼ਿਸ਼, ਪਰ ਉਹਨਾਂ ਨੂੰ ਕੁਛ ਨਹੀਂ ਸੈਟ ਹੋਇਆ, ਉਹਨਾਂ ਨਹੀਂ ਸੈਟਲ ਹੋਏ ਉਹ। ਤੇ ਦੈਨ ਉਹਨਾਂ ਨੇ ਉਹਨਾਂ ਨੂੰ ਦੱਸਿਆ ਤੁਹਾਡੀ ਇਸ ਆਰਗੇਨਾਈਜੇਸ਼ਨ ਬਾਰੇ ਕਿਸੇ ਨੇ, ਤੇ ਫਿਰ ਉਹਨਾਂ ਨੇ ਕਲਾਸਿਸ ਲਈਆਂ। ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਇੰਜ ਪਹਿਲਾਂ ਡੈਮੋ ਅਕਾਊਂਟ ਬਣਦਾ ਹੈ ਤੇ ਬਾਅਦ ਚ ਅਸੀਂ ਇਹਦੇ ਚ ਟ੍ਰੇਡਿੰਗ ਕਰ ਸਕਦੇ ਹਾਂ। ਤੇ ਮੇਰਾ ਮਨ ਸੀ ਕਿ ਇੱਕ ਤਾਂ ਪੜ੍ਹਨਾ, ਇੱਥੇ ਹੀ ਰਹਿਣਾ, ਇੱਥੇ ਹੀ ਸੈਟਲ ਹੋਣਾ, ਤੇ ਸਟੱਡੀ ਦੇ ਨਾਲ ਨਾਲ ਮੇਰਾ ਮਨ ਸੀ ਕੁਛ ਅਰਨ ਵੀ ਕੀਤਾ ਜਾਵੇ। ਤੇ ਤਾਂ ਉਹਨਾਂ ਦੀ ਸਲਾਹ ਤੋਂ ਮੈਂ ਇੱਥੇ ਇਸ ਕੋਰਸ ਵਾਸਤੇ ਰਜਿਸਟਰ ਕੀਤਾ। ਗ੍ਰੇਟ ਜੀ। ਵੈਸੇ ਜੋ ਤੁਸੀਂ ਕਿਹਾ ਨਾ ਮੈਂ ਲਾ ਕਰ ਰਹੀ ਹਾਂ, ਅੱਧਾ ਸੈਸ਼ਨ ਮੈਨੂੰ ਵੈਸੇ ਭੁੱਲ ਗਿਆ ਮੇਰਾ, ਮੈਨੂੰ ਡਰ ਬਹੁਤ ਲੱਗਦਾ ਵਕੀਲਾਂ ਤੋਂ। ਫਿਲਹਾਲ ਤੇ ਮੇਰੀ ਸਟਾਰਟਿੰਗ ਹੀ ਆ, ਮੈਂ ਫਰੈਸ਼ਰ ਹੀ ਆ। ਓਕੇ, ਮੈਂ ਮਜ਼ਾਕ ਕਰ ਰਿਹਾ, ਠੀਕ ਹੈ। ਸੋ ਹਾਂਜੀ ਹਾਂਜੀ, ਸਾਨੂੰ ਤੁਹਾਡੀ ਸਪੋਰਟ ਮਿਲੇਗੀ, ਆਈ ਨੋ, ਐਂਡ ਅਸੀਂ ਵੀ ਤੁਹਾਨੂੰ ਪੂਰੀ ਸਪੋਰਟ ਕਰਾਂਗੇ ਜੋ ਸਾਡੇ ਕੋਲ ਹੋਏਗਾ ਇਨ ਫਾਰਮ ਆਫ ਨੋਲੇਜ ਆਫ ਫੋਰੈਕਸ ਮਾਰਕੀਟ। ਠੀਕ ਹੈ ਜੀ। ਹਾਂਜੀ, ਸੋ ਹਾਂਜੀ, ਗਰੁੱਪ ਅਲੀ ਕਰਨਗੇ, ਅਸੀਂ ਅੱਗੇ ਵਧਾਂਗੇ ਐਜ਼ ਅ ਟੀਮ। ਠੀਕ ਹੈ ਜੀ। ਹਾਂਜੀ ਸਰ, ਮੈਂ ਲਿਖ ਲਵਾਂ ਫਿਰ, ਤੁਸੀਂ ਮਤਲਬ ਐਡਵੋਕੇਟ ਹੋ। ਹਾਂਜੀ, ਜ਼ਰੂਰ ਲਿਖੋ। ਓਕੇ, ਗ੍ਰੇਟ ਗ੍ਰੇਟ, ਬਹੁਤ ਸੋਹਣਾ ਲੱਗਿਆ ਕਿ ਸਾਡੇ ਗਰੁੱਪ 'ਚ ਐਡਵੋਕੇਟ ਵੀ ਆਏ ਨੇ ਇਸ ਵਾਰ। ਸੋ ਕਾਲੇ ਪਹਿਲੇ ਸਰ ਜੀ, ਹਾਂਜੀ, ਕਾਲੇ ਕੋਟ ਵਾਲੇ ਲਿਖ ਲਓ, ਕਾਲੇ ਕੋਟ ਵਾਲੇ। ਨਹੀਂ, ਇਹਨਾਂ ਨੇ ਉਸ ਚੀਜ਼ ਤੇ ਵੀ ਨੋਟਿਸ ਭੇਜ ਦੇਣਾ ਵੀ, ਲੌਜੀਕ ਦੱਸੋ ਸਾਨੂੰ ਕਾਲੇ ਕੋਟ ਵਾਲੇ ਕਿਉਂ ਕਿਹਾ ਹੈ। ਨਹੀਂ, ਪੰਜਾਬ 'ਚ ਮਸ਼ਹੂਰ ਹੈ ਸਰ ਕਾਲੇ ਕੋਟ ਵਾਲੇ, ਵਕੀਲਾਂ ਨੂੰ ਅਸੀਂ ਕਾਲੇ ਕੋਟ ਵਾਲੇ ਕਹਿੰਦੇ ਹਾਂ। ਓਕੇ ਓਕੇ, ਗ੍ਰੇਟ ਗ੍ਰੇਟ। ਸੋ ਥੈਂਕ ਯੂ ਭੈਣ ਜੀ। ਹੋਰ ਕੌਣ ਰਹਿ ਗਿਆ ਜੀ ਆਪਣੀ ਇੰਟਰੋ ਤੋਂ? ਸਰ ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ, ਹਾਂਜੀ ਪਲੀਜ਼। ਸਤਿ ਸ਼੍ਰੀ ਅਕਾਲ ਸਰ, ਮੇਰਾ ਨਾਮ ਗੁਰਪ੍ਰੀਤ ਸਿੰਘ ਆ, ਮੈਂ ਆਰਮੀ 'ਚ, ਮੇਰੀ 17 ਈਅਰ ਸਰਵਿਸ ਹੋ ਗਈ ਆ। ਤੁਸੀਂ ਮੈਨੂੰ ਮੈਸੇਜ ਕੀਤਾ ਸੀ ਸਰ, ਮੈਂ ਨਾ ਤੁਹਾਡੀ ਐਕਚੁਅਲੀ ਵੀਡੀਓ ਵੀ ਦੇਖੀ ਤੁਹਾਡਾ, ਮੈਂ ਇੱਕ ਵੇਖਿਆ ਆਪਣਾ, ਤੁਸੀਂ ਕੀਤਾ ਸੀ ਐਨਾਲਿਸਿਸ 6 ਮਿੰਟ ਦਾ। ਓਕੇ ਜੀ, ਹਾਂਜੀ ਹਾਂਜੀ। ਕਿ ਮੈਂ ਤੁਹਾਨੂੰ ਸਰ ਉੱਤੇ ਇੱਕ ਮੈਸੇਜ ਵੀ ਕੀਤਾ ਸੀ ਕਿ ਕੈਨ ਆਈ ਗੈਟ ਯੂਰ ਵਟਸਐਪ ਨੰਬਰ, ਤੇ ਬਟ ਬਾਅਦ ਵਿੱਚ ਸਰ ਮੈਨੂੰ ਪਤਾ ਲੱਗਿਆ ਕਿ ਹਾਂ ਕਿਵੇਂ ਜੁਆਇਨ ਕਰਨਾ ਵਾ, ਤੇ ਤੁਸੀਂ ਆਪਣਾ ਵਟਸਐਪ ਨੰਬਰ ਆਲਰੇਡੀ ਦਿੱਤਾ ਹੋਇਆ ਵਾ, ਉਹਨੂੰ ਮੈਂ ਫਿਰ ਔਨ ਕਰਕੇ ਤੁਹਾਨੂੰ ਮੈਂ ਮੈਸੇਜ ਵੀ ਕੀਤਾ, ਤੇ ਦਲਜੀਤ ਭੈਣ ਜੀ ਹੋਣਾ ਨੇ ਮੈਨੂੰ ਜੁਆਇਨ ਵੀ ਕਰ ਲਿਆ ਸਰ। ਤੇ ਮੇਰੀ ਸਰ ਆਰਮੀ 'ਚ 17 ਸਾਲ ਸਰਵਿਸ ਹੋ ਗਈ ਆ, ਐਂਡ ਮੈਂ ਤੁਹਾਡੀ ਇੱਕ ਵੀਡੀਓ ਦੇਖੀ ਸੀ ਜਿਹਦੇ 'ਚ ਤੁਸੀਂ ਕਿਹਾ ਕਿ ਸਾਡਾ ਪੰਜਾਬੀਆਂ ਦਾ 2-3 ਕੰਮ ਹੀ ਰਹਿ ਗਏ ਨੇ, ਇੱਕ ਆਰਮੀ, ਫਾਰਮਿੰਗ, ਐਂਡ ਬਾਹਰ ਜਾ ਕੇ ਬਾਹਰ ਪੈਸਾ ਕਮਾਉਣਾ, ਹੈ ਨਾ ਸਰ। ਉਹ ਚੀਜ਼ ਸਰ ਮੈਂ ਵਾਕਈ ਬੜੀ, ਮੈਨੂੰ ਅੰਦਰੋਂ ਡੀਪਲੀ ਮਤਲਬ ਮੈਨੂੰ ਉਹਨੇ ਇਫੈਕਟ ਕੀਤਾ, ਤੇ ਸਰ ਮੈਂ ਵੀ ਇਹ ਚੀਜ਼ ਸਿੱਖਣਾ ਚਾਹੁੰਦਾ ਵਾਂ, ਐਂਡ ਥੈਂਕਸ ਟੂ ਯੂ ਸਰ, ਤੁਸੀਂ ਜਿਹੜਾ ਉਪਰਾਲਾ ਕੀਤਾ ਵਾ, ਇੱਕ ਤੇ ਪੰਜਾਬੀ ਸੁਣ ਕੇ ਸਰ ਮਨ ਨੂੰ ਇੰਨਾ ਵਧੀਆ ਲੱਗਦਾ ਨਾ ਸਰ, ਕਿਉਂਕਿ ਅਸੀਂ ਜਿੰਨੇ ਵੀ ਚੈਨਲ ਦੇਖੀ ਦੇ ਨਾ ਸਰ ਯੂਟਿਊਬ ਤੇ, ਮੈਂ ਵੀ 1.5 ਸਾਲ ਦੀ ਸਟਾਕ ਮਾਰਕੀਟ, ਮੈਂ ਯੂਟਿਊਬ ਬਹੁਤ ਵੀਡੀਓ ਦੇਖੀਆਂ ਸਰ, ਬੜੀ ਘਟਨਾ ਘਾਲੀ ਆ, ਬੜੇ ਨੋਟਸ ਬਣਾਏ ਆ, ਬੜਾ ਕੁਛ ਕੀਤਾ ਸਰ, ਬਟ ਉਹ ਇੰਡੀਅਨ ਸਟਾਕ ਮਾਰਕੀਟ ਤੁਹਾਨੂੰ ਪਤਾ ਹੀ ਕਿਵੇਂ ਉੱਤੇ ਥੱਲੇ ਹੁੰਦੀ ਆ, ਉਹ ਗੱਲ ਬਣਦੀ ਨਹੀਂ ਹੈ ਨਾ। ਬਿਲਕੁਲ ਜੀ। ਤੇ ਬਟ ਜਦੋਂ ਮੈਂ ਤੁਹਾਡੀ ਵੀਡੀਓ ਦੇਖ ਕੇ, ਮੈਨੂੰ ਥੋੜ੍ਹਾ ਜਿਹਾ ਐਵੇਂ ਲੱਗਾ ਕਿ ਹਾਂ ਇਸ ਪਾਸੇ ਵੀ ਜਾ ਕੇ ਦੇਖੀ, ਇੰਨਾ ਚਿਰ 1.5 ਸਾਲ ਇਸ ਪਾਸੇ ਵੀਡੀਓ ਦੇਖ ਕੇ, ਬੜੇ ਚੈਨਲ ਸਬਸਕ੍ਰਾਈਬ ਕੀਤੇ, ਬੜੇ ਕੁਝ ਵੇਖਿਆ ਨਾ ਸਰ, ਤੇ ਬਟ ਉਹ ਸਫਲਤਾ ਮਿਲੀ ਨਹੀਂ ਸਰ। ਤੁਹਾਡੀ ਇੱਕ 6 ਮਿੰਟ ਦੀ ਵੀਡੀਓ ਦੇਖੀ ਉਹ ਪੰਜਾਬੀ 'ਚ, ਮੈਂ ਤੁਹਾਡਾ ਚੈਨਲ ਦੇ ਅੰਦਰ ਡਿਟੇਲ 'ਚ ਗਿਆ ਤੇ ਮੈਂ ਦੇਖਿਆ ਕਿ ਮੈਂ ਸਬਸਕ੍ਰਾਈਬ ਕੀਤਾ, ਮੈਸੇਜ ਵੀ ਕੀਤਾ, ਬਟ ਅੱਜ ਦੀ ਡੇਟ 'ਚ ਮੈਂ ਆਪਣੇ ਬੜਾ ਲੱਕੀ ਸਮਝਦਾ ਸਰ ਕਿ ਮੈਂ ਤੁਹਾਡੇ ਗਰੁੱਪ ਨਾਲ ਜੁੜ ਗਿਆ ਵਾਂ। ਭੈਣ ਜੀ ਦਲਜੀਤ ਹੋਣਾ ਨੇ ਵੀ ਬੜਾ ਸਪੋਰਟ ਕੀਤਾ ਮੈਨੂੰ,
ਤੇ ਬਾਕੀ ਸਰ ਮੈਂ ਤੁਹਾਡੇ ਨਾਲ ਜੁੜਨਾ ਚਾਹੁੰਦਾ ਵਾਂ, ਇਹ ਸਿੱਖਣਾ ਚਾਹੁੰਦਾ ਵਾਂ, ਬੜੀ ਖੁਸ਼ੀ ਹੈ ਸਰ। ਸਭ ਤੋਂ ਵੱਡੀ ਗੱਲ ਸਰ, ਪੰਜਾਬੀ ਜਿਹੜੀ ਹੈ ਨਾ ਉਹ ਸੁਣ ਕੇ ਬੜਾ ਮਨ ਨੂੰ ਚੰਗਾ, ਕੋਈ ਆਪਣਾ ਜਿਹੜਾ ਸਿਖਾਉਣ ਡਿਆ, ਕੋਈ ਧੋਖੇ ਵਾਲਾ ਕੰਮ ਹੈ ਨਹੀਂ ਆ, ਸਿਖਾ ਰਿਹਾ ਵਾ, ਉਹ ਚੀਜ਼ ਬੜੀ ਵਧੀਆ ਲੱਗੀ ਸਰ ਮੈਨੂੰ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ ਵੀਰ ਜਗਦੀਪ ਸਿੰਘ ਜੀ। ਸੋ ਜੇ ਤੁਸੀਂ ਗੱਲ ਕੀਤੀ ਕਿ ਪੰਜਾਬੀ ਸੁਣ ਕੇ ਚੰਗਾ ਲੱਗਾ ਕਿ ਧੋਖੇ ਵਾਲਾ ਕੰਮ ਨਹੀਂ ਹੈ, ਇਸ ਚੀਜ਼ ਤੋਂ ਥੋੜ੍ਹਾ ਜਿਹਾ ਮੈਂ ਕਮੈਂਟ ਕਰਾਂਗਾ ਸਰ। ਸਰ ਪੰਜਾਬੀਆਂ ਨੂੰ ਪੰਜਾਬੀਆਂ ਨੇ ਹੀ ਧੋਖਾ ਦਿੱਤਾ ਹੈ। ਕਿਸੇ ਵੀ ਤੁਸੀਂ ਇੰਡਸਟਰੀ 'ਚ ਲੈ ਲਓ, ਕਿਸੇ ਵੀ ਸਕੈਮ 'ਚ ਲੈ ਲਓ, ਠੀਕ ਹੈ ਸਰ, ਸਰ ਇਹ ਇੱਕ ਸੱਚ ਹੈ। ਸਿਰਫ ਅਸੀਂ ਕਿਸੇ ਦੀ ਦਸਤਾਰ ਦੇਖ ਕੇ ਜਾਂ ਕਿਸੇ ਦੀ ਦਾੜੀ ਦੇਖ ਕੇ, ਉਹਦਾ ਬਾਣਾ ਦੇਖ ਕੇ ਅਸੀਂ ਕਿਸੇ ਦੀ ਪਰਸਨੈਲਿਟੀ ਨੂੰ ਜੱਜ ਨਹੀਂ ਕਰਨਾ ਕਦੇ ਵੀ, ਠੀਕ ਹੈ ਜੀ? ਬਿਲਕੁਲ ਸਰ। ਸੋ ਸਰ, ਹਾਂ ਅਸੀਂ ਇੱਕ ਟੀਮ ਹਾਂ, ਅਸੀਂ ਇੱਕ ਫੈਮਿਲੀ ਹਾਂ। ਤੁਸੀਂ ਦੇਖੋ ਇੱਥੇ ਸਭ ਤੋਂ ਵੱਡੀ ਤੁਹਾਨੂੰ ਚੀਜ਼ ਕੀ ਲੱਗੇਗੀ, ਖਾਸ ਕਰ ਮੈਂ ਆਪਣੀ ਭੈਣਾਂ ਨੂੰ ਪੁੱਛਾਂਗਾ, ਤੁਸੀਂ ਮਾਈਕ ਆਪਣਾ ਮਿਊਟ ਕਰ ਲਓ ਜੀ। ਸਰ ਸਰ ਇੱਥੇ ਇੰਝ ਲੱਗਦਾ ਹੈ ਕਿ ਜਿਵੇਂ ਨਾ ਅਸੀਂ ਫੈਮਿਲੀ ਦੇ ਵਿੱਚ ਹੈ ਕਿ ਤੁਹਾਨੂੰ ਤਾਂ ਹੋਏਗੀ ਕਿ ਸਾਡਾ ਨੈਕਸਟ ਸੈਸ਼ਨ ਕਦੋਂ ਹੈ ਨਾ, ਅਤੇ ਜਦੋਂ ਅਸੀਂ ਦੋ ਮਿੰਟ ਲੇਟ ਵੀ ਹੋ ਜਾਈਦਾ ਨਾ ਲਿੰਕ ਭੇਜਣ 'ਚ, ਕਦੇ ਕਦੇ ਜਾਣ ਬੁੱਝ ਕੇ ਸਾਨੂੰ ਮੈਸੇਜ ਆਉਂਦੇ ਭਾਅ ਜੀ ਲਿੰਕ ਕਿੱਥੇ ਹੈ, ਲਿੰਕ ਕਿੱਥੇ ਹੈ। ਸੋ ਸਾਨੂੰ ਬਹੁਤ ਵਧੀਆ ਲੱਗਦਾ ਕਿ ਅਸੀਂ ਇੱਕ ਫੈਮਿਲੀ ਇਨਵਾਇਰਮੈਂਟ ਦੇਣ 'ਚ ਮਤਲਬ ਸਕਸੈਸ ਹੋਏ ਹਾਂ। ਉਹ ਵੀ ਉਹਦੇ 'ਚ ਸਾਰਿਆਂ ਦਾ ਇੱਕ ਹਿੱਸੇਦਾਰੀ ਹੁੰਦੀ ਹੈ, ਸਾਰਿਆਂ ਦਾ ਹੀ ਇੱਕ ਸਾਥ ਹੁੰਦਾ ਹੈ ਨਾ, ਤਾਂ ਕਿ ਜਿਹੜੀ ਸਾਡੇ ਇੱਥੇ ਭੈਣਾਂ ਨੇ ਹੈ ਨਾ, ਸਾਡੀਆਂ ਬੱਚੀਆਂ ਨੇ, ਉਹ ਬੜਾ ਇੱਕ ਵਧੀਆ ਕੰਫਰਟੇਬਲ ਮਾਹੌਲ 'ਚ ਹੋਣ, ਤਾਂ ਕਿ ਉਹ ਕੰਫਰਟੇਬਲ ਹੋ ਕੇ ਕੋਈ ਸਵਾਲ ਕਰ ਸਕਦਾ ਹੈ, ਰਾਈਟ? ਜੇ ਸ਼ਾਈਨੈਸ ਜੀ ਹੋਵੇ ਜਾਂ ਡਰ ਹੋਵੇ, ਉੱਥੇ ਉੱਥੇ ਬੰਦਾ ਆਪਣੇ ਦਿਲ ਦੇ ਜਿਹੜੇ ਸਵਾਲ ਨੇ ਉਹ ਕਰਦਾ ਨਹੀਂ ਕਦੇ ਵੀ, ਪਤਾ ਨਹੀਂ ਮੇਰਾ ਕੋਈ ਮਜ਼ਾਕ ਨਾ ਬਣਾ ਦੇ ਜਾਂ ਕੀ ਸੋਚਣਗੇ, ਮੈਨੂੰ ਪਤਾ ਨਹੀਂ, ਇਹਨੂੰ ਕੁਛ ਪਤਾ ਨਹੀਂ, ਰਾਈਟ? ਸੋ ਉਹ ਚੀਜ਼ਾਂ ਨੂੰ ਅਸੀਂ ਬਿਲਕੁਲ ਫੈਮਿਲੀ ਇਨਵਾਇਰਮੈਂਟ ਹੀ ਰੱਖਣਾ ਹੈ ਇੱਥੇ, ਜਿਵੇਂ ਅਸੀਂ ਪਹਿਲੇ ਦੇ ਅੱਜ ਤੱਕ 1.5-2 ਸਾਲ ਦਾ ਸਾਡਾ ਐਕਸਪੀਰੀਅੰਸ ਹੈਗਾ ਹੈ। ਸੋ ਸਾਨੂੰ ਮਾਣ ਹੈ ਆਪਣੀ ਟੀਮ 'ਤੇ, ਠੀਕ ਹੈ ਜੀ? ਸੋ ਆਪਾਂ ਹੁਣ ਸ਼ੁਰੂ ਕਰਦੇ ਹਾਂ, ਕੋਈ ਰਹਿ ਤਾਂ ਨਹੀਂ ਗਿਆ ਜੀ, ਫਿਰ ਹਲੇ ਵੀ 4 ਮਿੰਟ ਰਹਿ ਗਏ ਨੇ, ਆਪਾਂ ਫਿਰ ਸਟਾਰਟ ਕਰੀਏ। ਨਹੀਂ ਵੀਰ ਜੀ, ਇੱਕ ਛੋਟੀ ਜਿਹੀ ਚੀਜ਼ ਕਹਿਣਾ ਚਾਹੂੰਗੀ। ਬੇਸਿਕਲੀ ਮਤਲਬ ਮੈਨੂੰ ਤਾਂ ਕੁਛ ਵੀ ਨਹੀਂ ਪਤਾ ਇਸ ਚੀਜ਼ ਬਾਰੇ, ਟ੍ਰੇਡਿੰਗ ਬਾਰੇ, ਬਟ ਮੈਂ ਸਿਰਫ ਆਪਣੇ ਹਸਬੈਂਡ ਨੂੰ ਕਰਦਿਆਂ ਦੇਖਿਆ। ਮਤਲਬ 0 ਤੋਂ ਸਟਾਰਟ ਕਰਨਾ ਹੋਏਗਾ, ਤਾਂ ਮਤਲਬ ਅਗਰ ਕੁਛ ਵੀ ਮਤਲਬ ਲੋਜਿਕ ਮਤਲਬ ਛੋਟੇ ਮੋਟੇ ਕੁਐਸਚਨਸ ਪੁੱਟ ਕੇ ਦੇ ਦੇਣ ਤਾਂ ਕੋਈ ਦਿੱਕਤ ਨਹੀਂ ਹੈ, ਰਾਈਟ? ਜੀ ਬਿਲਕੁਲ, ਗ੍ਰੇਟ ਜੀ। ਹਾਂਜੀ ਬਿਲਕੁਲ, ਜਿਹਨੂੰ ਥੋੜ੍ਹਾ ਜਿਹਾ ਕੁਛ ਪਤਾ ਹੈਗਾ ਹੈ, ਪਰਵਿੰਦਰ ਸਿੰਘ ਜੀ। ਜੀ ਪਰਵਿੰਦਰ, ਪਰਵਿੰਦਰ ਜੀ, ਜੀ ਸਰ, ਹਾਂਜੀ ਹਾਂਜੀ, ਆ ਰਹੀ ਪਿੱਛੇ ਇਨਫੀਲਡ ਦੀ ਆਵਾਜ਼ ਜ਼ਿਆਦਾ ਆ ਰਹੀ ਹੈ, ਪੰਜਾਬੀਆਂ ਦਾ ਸਿਗਨੇਚਰ ਵਹੀਕਲ ਇਨਫੀਲਡ। ਜੀ ਸਰ, ਮੈਂ ਤੁਹਾਡਾ ਮਾਰਕੀਟ ਸੀ ਇਹਦੇ ਕਰਕੇ, ਤੇ ਮੈਂ ਹੈਗਾ ਸੀ ਗਰੁੱਪ ਬਿਲੋਂਗ ਕਰਨਾ, ਤੇ ਸਰ ਮੈਂ ਬੀਸੀ ਕਰ ਰਿਹਾ ਜੀ। ਓਕੇ, ਤੇ ਮੈਨੂੰ ਸਰ ਮੇਰਾ ਪ੍ਰੈਕਟਿਸ ਕੀਤਾ ਸੀ, ਉਹ ਕੁਝ ਸਮਝਣਾ ਪਹਿਲਾਂ ਕਲਾਸਿਸ ਨੂੰ ਜੁਆਇਨ ਕਰੀਏ ਸੀ। ਓਕੇ, ਤਾਂ ਕਰਕੇ ਸਰ ਮੈਨੂੰ ਹੋਰ ਨਾਲ ਕਹਿੰਦੇ ਦਿੱਤੀ ਵੀ ਤੁਸੀਂ ਸਿੱਖ ਸਕਦੇ ਹੋ, ਹੈਗਾ ਆਪਣੀ ਪੰਜਾਬੀ ਕਮਿਊਨਿਟੀ ਆ, ਤੇ ਕਰਕੇ ਈਜ਼ੀ ਹੋ ਜਾਂਦਾ। ਬਿਲਕੁਲ ਜੀ, ਅਸੀਂ ਚਾਹਾਂਗੇ ਤੁਹਾਡੀ ਅਸੀਂ ਉਮੀਦਾਂ ਤੇ ਖਰਾ ਉਤਰੀਏ, ਤੇ ਤੁਸੀਂ ਵੀ ਜਿਹੜਾ ਹੈਗਾ ਇੱਕ ਨਵੀਂ ਇੰਡਸਟਰੀ ਨਵੀਂ ਫੀਲਡ 'ਚ ਆਓ, ਅਤੇ ਸਲੋਲੀ ਸਲੋਲੀ ਤੁਸੀਂ ਰਿਜ਼ਲਟ ਦੇਖੋਗੇ। ਸਾਨੂੰ ਵੀ ਚੰਗਾ ਲੱਗੇਗਾ ਜਦੋਂ ਸਾਡੀ ਕਮਿਊਨਿਟੀ ਦੀ ਮੈਜੋਰਿਟੀ, ਅਸੀਂ ਇੱਕ ਹੈਸ਼ਟੈਗ ਚਲਾਉਂਦੇ ਹੁੰਦੇ ਹਾਂ, ਕੀ ਭਾਅ ਜੀ ਕੀ ਆ ਉਹ, ਟ੍ਰੇਡਿੰਗ ਟਰਬਨਸ, ਨਰਿੰਦਰ ਭਾਅ ਜੀ, ਟਰਬਨ ਵਿਦ ਟ੍ਰੇਡਿੰਗ। ਹਾਂਜੀ, ਟ੍ਰੇਡਿੰਗ ਵਿਦ ਟਰਬਨ, ਟ੍ਰੇਡਿੰਗ ਵਿਦ ਟਰਬਨ, ਟ੍ਰੇਡਿੰਗ ਵਿਦ ਟਰਬਨ। ਸੋ ਦਸਤਾਰ ਜਿਹੜੇ ਸਾਡੇ ਜਿਵੇਂ ਕਿ ਪੰਜਾਬ ਦੀ ਇੱਕ ਤਾਜ ਹੈਗਾ ਸਾਡੇ ਲੋਕਾਂ ਦਾ, ਉਹ ਹੋਣ ਉੱਥੇ ਫਲੋਰ ਟ੍ਰੇਡਿੰਗ ਦੇ ਵਿੱਚ, ਉਹ ਹੋਣ ਫਰੈਕਸ ਦੇ ਵਿੱਚ, ਅਤੇ ਉਦੋਂ ਸਾਨੂੰ ਲੱਗੇਗਾ ਕਿ ਹਾਂ ਸਾਡਾ ਜਿਹੜਾ ਇੱਕ ਮਿਸ਼ਨ ਸੀਗਾ ਇਹ ਸਕਸੈਸ ਹੋਇਆ ਹੈ। ਠੀਕ ਹੈ, ਇਕੱਲੇ ਮੇਰੇ ਕਰਨ ਨਾਲ ਮੈਨੂੰ ਤਾਂ ਫਾਇਦਾ ਹੋ ਸਕਦਾ ਹੈ, ਬਟ ਬਾਕੀਆਂ ਦਾ, ਬਾਕੀਆਂ ਲਈ ਮੈਂ ਕੀ ਕਰ ਰਿਹਾ। ਠੀਕ ਹੈ, ਸੋ ਕੋਈ ਹੋਰ ਰਹਿ ਗਿਆ ਦੱਸੋ, ਤਾਂ ਆਪਾਂ ਫਿਰ ਨੈਕਸਟ ਸਟੈਪ ਲਈਏ ਅੱਜ ਦੇ ਸੈਸ਼ਨ ਦਾ। ਡਨ ਫੋਰ ਦ ਡੇ। ਸੋ ਮੇਰਾ ਨਾਮ ਡਾਕਟਰ ਕੁਲਵੀਰ ਸਿੰਘ ਹੈ, ਮੈਂ PhD ਹਾਂ ਮਾਰਕੀਟਿੰਗ ਮੈਨੇਜਮੈਂਟ 'ਚ। ਸੋ ਮੇਰੇ ਕੋਲ ਮਤਲਬ ਕੁਆਲੀਫਿਕੇਸ਼ਨ ਦੀ ਗੱਲ ਤਾਂ ਨਹੀਂ ਕਰਾਂਗਾ, ਬਹੁਤ ਸਾਰੇ ਇੰਟਰਨੈਸ਼ਨਲ ਕੋਰਸਿਸ ਨੇ, ਸਿਕਸ ਸਿਗਮਾ ਹੈਗਾ, PMI ਹੈਗਾ, ਨਿਬੋਸ਼, ਅਤੇ ਉਹ ਤੋਂ ਬਾਅਦ ਬ੍ਰਿਟਿਸ਼ ਜਿਹੜੇ ਹੈਗੇ ਉਹਦੇ ਸੇਫਟੀ ਦੇ ਕੋਰਸਿਸ ਨੇ। ਮੈਂ 14 ਸਾਲ 3 ਮਹੀਨੇ ਐਜ਼ ਏ ਡਾਇਰੈਕਟਰ ਕੰਮ ਕੀਤਾ ਹੈਗਾ QHSC ਇਨ ਕੰਪਲਾਇੰਸਿਸ, ਦੁਬਈ, ਕਤਰ, ਸਾਊਦੀ ਅਰੇਬੀਆ, ਇਜਿਪਟ ਐਂਡ ਤਨਜ਼ਾਨੀਆ। ਠੀਕ ਹੈ, ਸੋ ਵਨ ਆਫ ਦਾ ਰਨਆਊਟ ਗਰੁੱਪ ਆਫ UAE ਦਾ ਅਲਫਲਾ ਹੋਲਡਿੰਗਸ ਦੇ ਨਾਂ 'ਤੇ ਮੈਂ ਗਰੁੱਪ ਡਾਇਰੈਕਟਰ ਸੀਗਾ ਆਪਣੇ ਡਿਪਾਰਟਮੈਂਟ ਦਾ। ਸੋ ਫਾਈਨਲੀ ਮੈਂ ਜਿਹੜੀ 2018 ਦੇ ਵਿੱਚ 17 ਦੇ ਵਿੱਚ ਟ੍ਰੇਡਿੰਗ ਸ਼ੁਰੂ ਕੀਤੀ ਸੀ। ਸੋ ਬਿਗਨਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਇਹੀ ਕੋਸ਼ਿਸ਼ ਹੁੰਦੀ ਹੈ ਆਪਣੀ ਬਾਰ ਬਾਰ ਦੱਸਣ ਦੀ ਕਿ ਜਿਹੜੀਆਂ ਗਲਤੀਆਂ ਸਾਡੇ ਨਾਲ ਹੋਈਆਂ ਅਸੀਂ ਕੀਤੀਆਂ, ਕਿ ਸਾਨੂੰ ਪਤਾ ਨਹੀਂ ਸੀ ਮੈਨੂੰ, ਠੀਕ ਹੈ, ਐਜ਼ ਏ ਬਿਗਨਰ। ਸੋ $20,000 ਦਾ ਲੋਸ ਕੀਤਾ ਪਹਿਲੇ ਹੀ ਸਾਲ, ਠੀਕ ਹੈ, ਜਿਹਦੇ ਵਿੱਚ ਕਿ ਇੱਕ ਬੰਦਾ $7,000 ਲੈ ਕੇ ਉਹਨੂੰ ਮੈਂ ਦਿੱਤੇ ਟ੍ਰੇਡਿੰਗ ਕਰ,
ਉਹ ਟ੍ਰੇਡਿੰਗ ਉਹਨੇ ਸਾਰਾ ਲੋਸ ਕੀਤਾ। ਉਦੋਂ ਪਤਾ ਲੱਗਿਆ ਕਿ ਬੀ ਬੁੱਕ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ। ਬ੍ਰੋਕਰਸ ਦੇ ਕੋਲ ਦੋ ਦੋ ਅਕਾਊਂਟਸ ਹੁੰਦੇ ਨੇ, ਏ ਬੁੱਕ ਅਤੇ ਬੀ ਬੁੱਕ। ਬੀ ਬੁੱਕ ਨੂੰ ਉਹ ਮੈਨੂਪਰੇਟ ਕਰਦਾ ਹੈ, ਏ ਬੁੱਕ ਦੇ ਜਿਹੜੇ ਔਰਡਰਸ ਹੁੰਦੇ ਨੇ ਡਾਇਰੈਕਟ ਮਾਰਕੀਟ 'ਚ ਭੇਜਦਾ ਹੈ, ਠੀਕ ਹੈ, ਜਿਹੜੇ ਆਟੋਮੈਟਿਕਲੀ ਇੱਕ ਪ੍ਰਾਈਜ਼ ਲੈਵਲ 'ਤੇ ਆ ਕੇ ਐਕਟੀਵੇਟ ਹੋ ਜਾਂਦੇ ਨੇ। ਜਿਹੜੀ ਬੀ ਬੁੱਕ ਹੈਗੀ ਹੈ ਉਹ ਫਰੋਡ ਹੁੰਦਾ ਹੈ, ਜਿਵੇਂ ਕਿ ਇੱਕ ਬਾਣੀ ਨੇ ਫੈਕਟਰੀ ਵਾਲੇ ਨੇ, ਹੈ ਨਾ, ਕਿਸੇ ਵੀ ਬਿਜ਼ਨਸ ਫਰਮ ਨੇ ਦੋ ਖਾਤੇ ਲਾਏ ਹੁੰਦੇ ਆ। ਇੱਕ ਵਿੱਚ ਉਹ ਜਿਹਨੂੰ ਜਿਹਦੇ ਉੱਤੇ ਤੁਸੀਂ ਟੈਕਸ ਦੇਣਾ ਹੈ ਉਹ ਤੁਸੀਂ ਪ੍ਰੋਫਿਟ ਹੈ ਸੇਲ ਦੱਸਦੇ ਹੋ। ਦੂਜੀ ਜਿਹੜੀ ਦੋ ਨੰਬਰ ਦਾ ਹੁੰਦਾ ਹੈ ਕੰਮ, ਹੈ ਨਾ, ਜਿਹੜੀ ਕਿਤੇ ਮਤਲਬ ਆਟੇ ਦੇ ਪੀਪਿਆਂ ਮਾਂ ਰੱਖੀ ਹੁੰਦੀ ਹੈ ਨਾ, ਉਹਨਾਂ ਨੇ ਛੁਪਾ ਕੇ ਤਾਂ ਕਿਸੇ ਦਾ ਹੱਥ ਨਾ ਲੱਗ ਜਾਣ। ਅਸਲ ਦੇ ਵਿੱਚ ਕਿੰਨੇ ਦੀ ਸੇਲ ਹੋਈ, ਕਿਹਨੂੰ ਕਿੰਨੇ ਪੈਸੇ ਦਿੱਤੇ, ਉਹ ਸਾਰਾ ਅਸਲ ਖਾਤਾ ਉਹ ਹੁੰਦਾ ਹੈ, ਠੀਕ ਹੈ। ਬੀ ਬੁੱਕ ਜਿਹੜੀ ਹੁੰਦੀ ਹੈ ਉਹ ਚੋਰੀ ਦੀ ਬੁੱਕ ਹੁੰਦੀ ਹੈ, ਉਹਦੇ ਵਿੱਚ ਮੇਰਾ $7,000 ਦਾ ਡਾਇਰੈਕਟ ਲੋਸ ਹੋਇਆ, $7,000। ਉਹ ਤੋਂ ਬਾਅਦ ਫਿਰ ਮੈਂ ਸਿਗਨਲਸ ਨੂੰ ਸਬਸਕ੍ਰਾਈਬ ਕੀਤਾ, ਕਿਉਂਕਿ ਮੇਰਾ ਸਫ਼ਰ ਬਹੁਤ ਹੁੰਦਾ ਸੀਗਾ ਆਬੂਧਾਬੀ ਤੋਂ ਦੁਬਈ, ਦੁਬਈ ਤੋਂ ਆਬੂਧਾਬੀ, ਹਰ ਰੋਜ਼ ਤਕਰੀਬਨ 325 ਕਿਲੋਮੀਟਰ ਪੈ ਜਾਂਦਾ ਹੈ ਅਪ ਡਾਊਨ। ਸੋ ਉਸ ਕਰਕੇ ਵੀ ਲੱਗਦਾ ਸੀ ਕਿ ਮੈਂ ਟ੍ਰੇਡਿੰਗ ਤਾਂ ਨਹੀਂ ਕਰ ਪਾ ਰਿਹਾ, ਕਿਉਂਕਿ ਟਾਈਮ ਨਹੀਂ ਮਿਲਦਾ, ਹੈ ਨਾ, ਰਾਈਟ। ਸੋ ਕਿਸੇ ਨੂੰ ਆਪਾਂ ਪੈਸੇ ਦੇ ਦਈਏ, ਸਾਨੂੰ ਉਹ ਸਿਗਨਲ ਦੇ ਦੇਵੇ, ਅਤੇ ਆਪਾਂ ਕਿਉਂਕਿ ਅਕਾਊਂਟ ਮੈਨੇਜਮੈਂਟ ਕਰਵਾ ਕੇ ਦੇਖ ਲਿਆ ਸੀਗਾ ਫਰੋਡ ਹੋ ਗਿਆ ਸੀਗਾ, ਉਹ ਤਾਂ ਫਿਰ ਸਵਾਲ ਹੀ ਨਹੀਂ ਸੀ। ਸੋ ਮੇਰੀ ਇੱਕ ਖਾਸੀਅਤ ਹੈ, ਮੈਂ ਕਦੇ ਵੀ ਦੂਜੀ ਗਲਤੀ ਰਿਪੀਟ ਨਹੀਂ ਕਰਦਾ, ਪਰਸਨਲ ਲਾਈਫ ਦੇ ਵਿੱਚ ਵੀ ਅਤੇ ਪ੍ਰੋਫੈਸ਼ਨਲ ਲਾਈਫ ਦੇ ਵਿੱਚ। ਉਹਦੇ ਗਲਤੀ ਹੋ ਗਈ ਹੈ, ਉਹਨੂੰ ਐਨਾਲਾਈਜ਼ ਕਰੋ, ਗਲਤੀ ਮੰਨੋ ਐਂਡ ਮੂਵ ਔਨ, ਠੀਕ ਹੈ। ਬਾਰ ਬਾਰ ਜਿਹੜੇ ਬੰਦੇ ਗਲਤੀਆਂ ਰਿਪੀਟ ਕਰਦੇ ਨੇ, ਆਈ ਡੋਂਟ ਥਿੰਕ ਸੋ ਕਿ ਸਾਨੂੰ ਆਦਤ ਪੈ ਜਾਂਦੀ ਫਿਰ, ਹੈ ਨਾ। ਸੋ ਫਿਰ ਕੀ ਹੋਇਆ ਕਿ ਅਕਾਊਂਟ ਮੈਨੇਜਮੈਂਟ ਦਾ ਤਾਂ ਸਵਾਲ ਹੀ ਨਹੀਂ ਸੀ, ਸਵਾਲ ਸੀਗਾ ਕਿ ਹੁਣ ਅਸੀਂ ਕਿਵੇਂ ਇਹਨੂੰ ਕੰਟੀਨਿਊ ਕਰਨਾ ਹੈ ਫੋਰੈਕਸ ਨੂੰ। ਪਤਾ ਸੀਗਾ ਪਾਵਰ ਹੈਗੀ ਹੈ ਇਹਦੇ, ਜਦੋਂ ਫਸਟ ਟਾਈਮ ਪਤਾ ਲੱਗਾ ਸੀ ਯਸ ਦਿਸ ਵਿਲ ਬੀ ਲਾਈਫ ਚੇਂਜਿੰਗ, ਇੰਨਾ ਪਤਾ ਸੀ। ਕਿਵੇਂ ਕਰਨਾ ਹੈ, ਕੋਡ ਨਹੀਂ ਮਿਲਿਆ ਉਸ ਚੀਜ਼ ਦਾ, ਅਸੀਂ ਕਰੈਕ ਨਹੀਂ ਕਰ ਪਾਏ, ਇੱਕ ਦੋ ਸਾਲ ਲੱਗ ਗਏ। ਸੋ ਸਿਗਨਲ ਸਬਸਕ੍ਰਾਈਬ ਕੀਤੇ, ਦੋ ਦੋ ਤਿੰਨ ਤਿੰਨ ਹਜ਼ਾਰ ਡੋਲਰ ਲੋਕ ਲੈ ਕੇ, ਬਸ ਉਹਨਾਂ ਨੇ ਐਵੇਂ ਹੀ ਨੁਕਸਾਨ ਹੀ ਕੀਤਾ। 15-20% ਪਰ ਮੰਥ ਅਕਾਊਂਟ ਡਾਊਨ ਚੱਲ ਜਾਂਦਾ ਸੀ, ਠੀਕ ਹੈ। ਲਕਲੀ ਅਕਾਊਂਟ ਕੋਈ ਬਲੋ ਨਹੀਂ ਕੀਤਾ, ਮੈਂ ਕਦੇ ਵੀ ਡੈਮੋ ਨਹੀਂ ਕੀਤਾ, ਮੇਰੇ ਇਹ ਪੂਰੇ ਪ੍ਰੋਫਾਈਲ ਦੀ ਇੱਕ ਖਾਸੀਅਤ ਹੈਗੀ ਹੈ, ਠੀਕ ਹੈ। ਮੈਂ ਡਾਇਰੈਕਟ ਰੀਅਲ ਅਕਾਊਂਟ ਤੋਂ ਟ੍ਰੇਡ ਕੀਤਾ ਸੀ ਵਿਦ 7,500 ਸਮਥਿੰਗ ਡੋਲਰਸ, ਓਕੇ। ਸੋ 17-18 'ਚ ਤਾਂ ਕੁਛ ਨਹੀਂ ਹਾਸਲ ਹੋਇਆ, 19-20-21-22-23 ਦੇ ਵਿੱਚ ਜਿਹੜੇ ਸੁਪਨੇ ਸੀਗੇ ਕਦੀ ਲਿੱਤੇ ਹੋਏ ਸੀਗੇ ਬਚਪਨ ਦੇ ਵਿੱਚ, ਜਦੋਂ ਗ੍ਰੈਜੂਏਸ਼ਨ ਬੰਦਾ ਕਰਦਾ ਹੁੰਦਾ, ਰਾਈਟ। ਸੋ ਉਹ ਪੂਰੇ ਹੋਏ, ਠੀਕ ਹੈ, ਜਸਟ ਬਿਕੋਜ਼ ਔਫ ਫੋਰੈਕਸ ਟ੍ਰੇਡਿੰਗ। ਫਿਰ ਲੱਗਿਆ ਕਿ ਮੇਰਾ ਇੱਕ ਟੀਚਾ ਸੀਗਾ ਸ਼ੁਰੂ ਤੋਂ ਹੀ, ਹੈ ਨਾ, ਮੈਂ ਇੱਕ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦਾ ਵਾਂ, ਮੇਰੇ ਫਾਦਰ ਹਿੰਦੂ ਸੀਗੇ, ਉਹ 1984 'ਚ ਕਿ ਸਿੱਖਜ਼ਮ ਨੂੰ ਉਹਨਾਂ ਨੇ ਅਡੋਪਟ ਕੀਤਾ। ਸੋ ਫਿਰ ਅਸੀਂ ਉੱਧਰ ਆਏ, ਮੈਂ ਤਾਂ ਉਦੋਂ 4 ਸਾਲ ਦਾ ਸੀਗਾ, ਮੈਨੂੰ ਨਹੀਂ ਪਤਾ ਇੰਨਾ। ਸੋ ਦਸਵੰਧ ਜੇ ਮੈਂ ਗੱਲ ਕਰੀਏ, ਸਿੱਖ ਲਈ ਜ਼ਰੂਰੀ ਹੈਗਾ ਕਿ ਦਸਵੰਧ ਕੱਢਣਾ, ਅਤੇ ਕਮਿਊਨਿਟੀ ਦੀ ਗਰੋਥ ਲਈ ਵੀ ਜ਼ਰੂਰੀ ਹੁੰਦਾ ਕਿ ਤੁਹਾਡੇ ਕੋਲ ਜਿਹੜਾ ਹੈਗਾ ਉਹਨੂੰ ਵੰਡ ਕੇ ਛਕੋ। ਵੰਡ ਕੇ ਛਕਣ ਦਾ ਮਤਲਬ ਇਹ ਨਹੀਂ ਕਿ ਪਿੰਡ ਵਾਲੇ ਇਕੱਠੇ ਹੋ ਕੇ ਆਪਣੇ ਪੈਸੇ ਢਾਲ ਪਾ ਕੇ, ਨਾ, ਮਤਲਬ ਪੈਸੇ ਇਕੱਠੇ ਕਰਕੇ ਲੰਗਰ ਬਣਾ ਕੇ ਖਾ ਲਓ, ਠੀਕ ਹੈ। ਵੰਡ ਛਕਣ ਦਾ ਮਤਲਬ ਹੈ ਕਿ ਜੇ ਜਿਸ ਕੋਲੋਂ ਜੋ ਚੀਜ਼ ਨਹੀਂ ਹੈ ਉਹਨੂੰ ਉਹ ਚੀਜ਼ ਦਿਓ, ਠੀਕ ਹੈ। ਸੋ ਮੈਂ ਲੰਗਰ ਦੇ ਜਿਹੜੇ ਪਵਿੱਤਰ ਸਾਡਾ ਇੱਕ ਜਿਹੜਾ ਹੈਗਾ ਹੈ ਪ੍ਰਿੰਸੀਪਲ ਫਲਸਫਾ ਸਿੱਖਿਜ਼ਮ ਦਾ, ਉਹਦੇ ਉੱਤੇ ਕੋਈ ਸਵਾਲ ਨਹੀਂ ਹੈਗਾ ਮੇਰਾ, ਮੈਂ ਖੁਦ ਇਸ ਚੀਜ਼ ਦੀ ਫੇਵਰ 'ਚ ਹਾਂ, ਠੀਕ ਹੈ। ਬਟ ਦਸੌਂਦ ਜਿਹੜਾ ਹੈਗਾ ਉਹ ਸਿਰਫ ਪੈਸੇ ਦਾ ਨਹੀਂ, ਉਹ ਲੰਗਰਾਂ ਦਾ ਨਹੀਂ, ਉਹ ਨੌਲੇਜ ਦਾ ਵੀ ਹੋਣਾ ਚਾਹੀਦਾ ਹੈ। ਜੇ ਕੋਈ ਡਾਇਨਾਮਿਕ ਪਰਸਨ ਹੈਗਾ ਜਿਹਨੂੰ ਲੱਗਿਆ ਕਿ ਇਹ ਰਸਤੇ 'ਤੇ ਚੱਲ ਕੇ ਇੱਕ ਭਲਾ ਹੋ ਸਕਦਾ ਹੈ ਨਾ, ਮੇਰੇ ਤੋਂ ਇਲਾਵਾ ਕਿਸੇ ਹੋਰ ਦਾ ਵੀ, ਉਹ ਜ਼ਰੂਰ ਨੌਲੇਜ ਨੂੰ ਸ਼ੇਅਰ ਕਰਨਾ ਚਾਹੀਦਾ। ਆਈ ਥਿੰਕ ਇਸ ਤੋਂ ਵਧੀਆ ਮੈਨੂੰ ਨਹੀਂ ਲੱਗਿਆ। ਟੀਚਾ ਸੀਗਾ ਮੇਰਾ ਜਦੋਂ ਮੈਂ ਜੋਬ ਸ਼ੁਰੂ ਕੀਤੀ ਸੀਗੀ ਕਿ 44-43 ਈਅਰਸ ਦੀ ਏਜ 'ਚ ਮੈਂ ਰਿਟਾਇਰਮੈਂਟ ਲੈ ਲੈਣੀ ਹੈ, ਠੀਕ ਹੈ। ਐਵੇਂ ਗੌਰਮੈਂਟ ਇੰਪਲੋਈਜ਼ 58 ਈਅਰਸ ਤੱਕ ਹੁੰਦੇ ਨੇ, ਅਤੇ ਉਹਨਾਂ ਦੇ ਆਪਣੀ ਅਲੱਗ ਕਹਾਣੀ ਹੈਗੀ ਹੈ, ਰਾਈਟ। ਸੋ ਉਦੋਂ ਉਹ ਜਿਹੜਾ ਪੈਸਾ ਜ਼ਿੰਦਗੀ ਭਰ ਸੇਵ ਕੀਤਾ ਹੁੰਦਾ ਉਹਨੂੰ ਇੰਜੋਏ ਕਰਨ ਦੇ ਕਾਬਲ ਨਾ ਸਰੀਰ ਰਹਿੰਦਾ ਹੈ ਨਾ ਮਨ ਹੁੰਦਾ ਉਦੋਂ, ਹੈ ਨਾ। ਸੋ 44 ਈਅਰਸ ਦੀ ਏਜ 'ਚ ਰਿਟਾਇਰਮੈਂਟ ਲੈ ਕੇ ਕੌਮ ਦੀ ਸੇਵਾ ਕਰਨੀ, ਕਿਉਂਕਿ ਇਹ ਵੀ ਇੱਕ ਸਿੱਖ ਲਈ ਜ਼ਰੂਰੀ ਹੈਗਾ। ਫਿਰ ਸ਼ਾਇਦ ਉਹ ਮੈਨੂੰ ਗੁਰੂ ਮਹਾਰਾਜ ਨੇ 2022 'ਚ ਆਇਆ ਕਿ ਨਹੀਂ ਕਿਉਂ ਨਾ ਫਰੈਕਸ ਸਿਖਾਈ ਜਾਏ। ਫਿਰ ਫਰੈਕਸ ਦੀ ਜਦੋਂ ਭਾਲ ਸ਼ੁਰੂ ਕੀਤੀ ਕਿ ਪੰਜਾਬੀ 'ਚ ਸਿਖਾਉਣ ਵਾਲਾ ਹੈਗਾ ਕੋਈ, ਇੰਗਲਿਸ਼ ਵਾਲੇ ਤਾਂ ਬਹੁਤ ਮਿਲੇ, ਬਟ ਫਿਰ ਲੱਗਿਆ ਕਿ ਨਹੀਂ ਇਹ ਕੰਮ ਮੈਨੂੰ ਹੀ ਕਰਨਾ ਚਾਹੀਦਾ ਹੈ, ਠੀਕ ਹੈ। ਹੁਣ ਹੋ ਸਕਦਾ ਆਉਣ ਵਾਲੇ ਸਮੇਂ 'ਚ ਆਪਾਂ ਸਾਰੇ ਹੀ ਫਰੈਕਸ ਸਿਖਾਈਏ ਲੋਕਾਂ ਨੂੰ ਮਿਲ ਕੇ, ਬਟ ਬਿਗਨਿੰਗ ਜਿਹੜੇ ਕਰਦੇ ਨੇ ਉਹ ਵਧੀਆ ਇੱਕ ਚੀਜ਼ ਹੁੰਦੀ ਹੈ ਨਾ ਕਿਸੇ ਲਈ। ਸੋ ਉਦੋਂ ਸ਼ੁਰੂ ਕੀਤਾ, 1-2-4-6 ਹੁੰਦੇ ਗਏ ਸਾਡੇ ਨਾਲ। ਫਿਰ ਭੈਣ ਦਲਜੀਤ ਕੌਰ ਜੀ ਜੁੜੇ ਨੇ, ਉਹਨਾਂ ਦੇ ਹਸਬੈਂਡ ਨੇ ਵੀਰ ਨਰਿੰਦਰ ਸਿੰਘ ਜੀ, ਜਿਹੜੇ ਮੇਰੇ ਬਹੁਤ ਪੁਰਾਣੇ ਅਜ਼ੀਜ਼ ਦੋਸਤ ਨੇ। ਮਿਲੇ ਆਪਾਂ ਕਦੇ ਵੀ ਨਹੀਂ, ਇੱਕ ਵਾਰ ਮਿਲੇ ਸੀ ਚੰਡੀਗੜ੍ਹ ਹੁਣ 2023 ਦੇ ਵਿੱਚ, ਉਸ ਤੋਂ ਪਹਿਲਾਂ ਕਦੇ ਵੀ ਨਹੀਂ। ਫੇਸਬੁੱਕ 'ਤੇ ਮੈਂ ਲਿਖਦਾ ਹੁੰਦਾ ਸੀ ਬੋਲਡ ਐਂਡ ਮਤਲਬ ਬਲੱਡੀ ਥਿੰਗਸ, ਮਤਲਬ ਸਟ੍ਰੇਟ ਫੋਰਵਰਡ ਚੀਜ਼ਾਂ, ਰੀਅਲਿਟੀ ਜਿਹੜੀ ਹਾਰਸ਼ ਹੋਵੇ, ਚੁੱਭੇ ਅਤੇ ਲੋਕ ਸੋਚਣ 'ਤੇ ਮਜਬੂਰ ਹੋਣ। ਇਸ ਚੀਜ਼ ਲਈ ਮੇਰਾ ਇੱਕ ਮਤਲਬ ਪਛਾਣ ਸੀਗੀ ਫੇਸਬੁੱਕ 'ਤੇ। ਫਿਰ ਉਸ ਚੀਜ਼ ਨੂੰ ਅਸੀਂ ਇਵੇਂ ਕਿ ਆਪਣਾ ਦੱਸਿਆ ਕਿ ਅਸੀਂ ਪੰਜਾਬੀ
कुछ एलीगेशन भी लगे कि क्यों सिखाने चाहते हैं, यूट्यूब दे व्यूज़ लेना चाहते हैं, ये वो सारा। सो तुसी भी जाओ प्लीज़ यूट्यूब नू जड़ा हैगा तुसी जरूर सबसक्राइब करो, पर दो बार बटन दबा लो, सानू कोई परवाह नहीं हैगी। सबसक्राइब तो बाद अनसबसक्राइब ही होंदा है, वी डैम केयर अबाउट सबसक्रिप्शन एंड व्यूज एंड ब्ला 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 थिंग्स, ठीक है। बट नॉलेज लेके अगे वधो, यही एक साडा जिहड़ा सपना हैगा है। ओके सो फिर सैकेंड टाइम उपराला किया नवंबर दे विच असी चैनल शुरू किया। सो नाउ हेयर वी आर विद अ बिग डायनामिक टीम, तुसी आए हो, थोड़ा इत्थे आना दसदा है कि साडी नीत च कोई खोट नहीं सी, साढ़े महाराज साढ़े नाल गुरु महाराज अंग संघ ने, ठीक है जी। सो ये मेरे बारे सीगा, ठीक है। सो हुण आपां शुरू करते हैं सिखनोमिक्स, अपने आप जिवें सिख जुड़िया होया है, ठीक है। सिखनोमिक्स हाँ कह सकते हो, एक्चुअली मैं थोड़ा मिस कर जाता वा क्योंकि मैं बड़े दिन बाद सैशन ले रहा, मैंने भैन जी ने रिसपोंसिबिलिटी दी भाई जी तुसीं सैशन लो अज का, इस करके मैं खुद नूं तैयार कर रहा। दुबई ट्रेडर्स क्लब के नाते आपां शुरू होया सीगा, सब नूं मेरी स्क्रीन दिख रही है जी? ओके सो दुबई ट्रेडर्स क्लब के नाते शुरू होया सीगा, दुबई ट्रेडर्स क्लब अज भी हैगा ते आने वाले समय च भी रहेगा। सिखनोमिक्स जिहड़ा हैगा एक साडे एक जिहड़ी कमिटमेंट सीगी, साडे नाल कुछ पाकिस्तान दे लोग भी जुड़े सीगे पंजाबी, बाद विच आइडिया दुबई ट्रेडर्स क्लब तो मूव होकर सिखनोमिक्स चला गया ते अपने पंजाबियों लई इहदा एक हो गया कि असीं सिर्फ पंजाबियों नूं ही सिखाणा है, ठीक है। सो मैं असीं अगे वधे अगे जिहड़ा हैगा साडा ओवरऑल टीचा की सी, असीं रिवर्स माइग्रेशन ते जिहड़े साडे ट्रेडिशनल बिजनेसिस ने असीं उहनां नूं रिप्लेस करना है, एकदम नहीं समां लगेगा, नाल नाल सिखाइए ताकि आने वाले जदों समां आएगा ते तुसीं उहनूं स्विच कर सको इसलिए। सो साडा सैकेंड टीचा सीगा कि स्टॉप और पोज द मास माइग्रेशन ऑफ अवर यंगस्टर्स टू फॉरन कंट्रीज एंड प्रोवाइड दैम एक्सैस टू फाइनैशियल फ्रीडम। फाइनैशियल फ्रीडम लई मेहनत करनी पैंदी है ना। सो माइक जिन्हों का भी ऑन है ने प्लीज़ म्यूट कर लियो ताकि कंटिन्यूटी बनी रहे, ठीक है। साडा तीजा टीचा सीगा कि असी फ्रैक्स मार्केट पंजाबी कम्यूनिटी नू प्रजेंट करना है ऑन द स्टेज कि पंजाबी भी फ्रैक्स है ने, है ना। हूँ तक साउथ इंडियंस हर कौम हैगी है बट पंजाबी है ने बहुत घट गिनती, जोड़े है वह दसते भी नहीं, उन्होंने को समा भी नहीं, जिमें कि किसी ने भैन ने कहा भी सी कि समा नहीं है उन्होंने को। सो असी समा क्ढा, ठीक है, 10% अपने समय का। सो साडा जिहड़ा नैक्सट जिहड़ा हैगा एक डिस्कलेमर हैगा कि तुहानू इत्थे असी डॉलरां दी गल नहीं करांगे, तुहानू असी इन्ने डॉलर दा प्रॉफिट देवांगे, मैनेज करांगे फंड मैनेजमेंट अकाउंट मैनेजमेंट, वो सारे फ्रॉड्स ने, ठीक है। सिग्नल्स तुहानू कोई नहीं देगा, आपां दे सकदे हां बट क्यों, क्योंकि उहदे च रिस्क तुहाडे लई बहुत हो जाएगा, ठीक है। तो सानू भी कोई फालतू दा स्ट्रैस नहीं चाहिए, सीखो, इत्थे जिहड़ा मेन टीचा हैगा सीखना, तो सीख के आप ट्रेडिंग करनी शुरू करो। डेमो तो शुरू करांगे अपन ट्रेडिंग थर्ड फोर्थ सैशन तो, रियल च अपन स्विच करांगे समालेस्ट अमाउंट दे नाल, उहदे च की फर्क हैगा उहदे बारे सैकेंड सैशन च गल होएगी जिहड़ा नैक्सट होएगा साडा कि डेमो ते रियल च की फर्क है, ठीक है। सो उहदे बारे भी गल होएगी। सो इत्थे तुहानू नॉलेज दित्ती जाएगी, तुहानू पैसे किवें बनाने ने किन्ने बनाने ने तुसीं आप डिसाइड करना है। जिथे भी तुहानूं कदे दिक्कत आएगी प्रॉब्लम आएगी कि मेरा ये चीज़ मैं स्टक हो रहा, मेरा प्रॉफिट नहीं हो रहा, मैं इत्थे मेरे तो कुछ गलती हो रही है बट आई कॉन्ट फाइंड इट आउट कि वेयर आई एम मिसटेकन, सो लैट अस नो, सानू तुसीं वापस कॉल करो, वट्सएप मैसेज करो, डिस्कॉर्ड ग्रुप हैगा अपना, ठीक है। तुसीं डिस्कॉर्ड ग्रुप ते भी सानू ज्वाइन कर सकते हो, उत्थे कौन ने डिस्कॉर्ड ग्रुप ते बहुत ही जरूरी हैगा, साडा कॉमन प्लेटफॉर्म हैगा। इत्थे जिहड़े एक्सपीरियंस ट्रेडर्स ने जिन्हां ने तुहाडी ही तरह अज तो साल पहला 6 महीने पहला शुरू किया सफ़र अपना ट्रेडिंग का, जिमें कि अमनदीप सिंह ने, प्रभदीप सिंह ने, राइट, मनप्रीत सिंह ने दुबई तो, साढ़े बहुत जड़े डायनामिक ट्रेडर ने, देखो इन्होंने $22 कमाए ने, जशनप्रीत सिंह ने, ठीक है। सो ये पिछले 2-3 महीने तो कोशिश कर रहे, सो फाइनली ही इज़ इन गुड प्रॉफिट नाउ। ओके सी अपने अपने चार्ट्स आइडियाज़ वो पोस्ट करते हैं, जदों अपने आइडियाज़ पोस्ट करते हैं उन्होंने लगेगा कि एज ए एक्सपीरियंस ट्रेडर ये कुछ गलत है, मैं इतने कमेंट कराँगा, ये भी इंप्रूवमेंट हो जाएगी, तो जो बाकी लाइव ने ग्रुप के ट्रेडर्स उन्होंने भी पता चलेगा कि इतने मिसटेक सीगी तो इतने करेक्शन है। इवें ही असं एज ए कम्यूनिटी ग्रो कर रहे हैं, ठीक है। सो एक दूजे तो सीख के ही वधिया असी सीख सकते हैं तरीके दे नाल, ठीक है जी। आ देखो तुसी इन्होंने चार्ट्स पाए हुए है, इन्हों का $10 का प्रॉफिट हैगा, जल्दी नाल चुटकी वाला मूव है ना, बोलो दरबार केसरी कड़ा है वो, एनी हाओ। सो देखो अपने अपने प्रॉफिट शेयर करते हैं, जसप्रीत सिंह, जसप्रीत बराड़, ओके। सो उन्होंने अपने आइडियाज़ पॉइंट ऑफ व्यूज़, ठीक है। सो तुहानू इत्थे सीनियर ट्रेडर मिलणगे तुहाडी तरह, जो तुसी कुछ सीखना है तुहानू जदों इक लेवल ते आ जाओगे
फिर तुसी भी इत्थे इंज ही बिहेव करना ताकि बाकियों नूं भी सपोर्ट मिले। सो सीखण दे विच दूजे नूं सिखाण दे विच मैं खुद परसनली फील किया जिंदगी च अपनी ओवरऑल अकैडमिकली भी मैं किन्ने ही बच्चों नूं पी एच डी फरदर स्टडीज़ लई मोटीवेट किया। ठीक है, सो ये चीज़ां बहुत वधिया होंदियां जदों असीं कम्यूनिटी नूं मोटीवेट करदे हां। ठीक है, इस तो वधिया चैरिटी नहीं हो सकती कि असीं किसी नूं स्पिरिचुअली या उन्हूं असीं जिहड़ा हैगा अकैडमिकली मोटीवेट करदे हां। बंदा वधिया अगर करेगा तुहानूं जरूर मिस करेगा ते शायद वह भी तुहाडी तरह दूजा नूं मोटीवेट करना शुरू कर दे। इस तरह ही अगे बहुत ज़्यादा जिहड़ा चेंज आना शुरू होंदा एक वड्डे पद्धर दे उत्ते। ठीक है, सो एक डिस्कॉर्ड ग्रुप तुसी ज्वाइन कर सकते हो साडी वैबसाइट के उत्ते जाके भी ते यूट्यूब के उत्ते भी जाके भी लिंक पे ने साडे डिस्क्रिप्शन दे विच जाओ क्लिक करो तुसी ज्वाइन हो जाओगे। ठीक है, जे नहीं पता लग रहा जिहड़ा तुहाडा ग्रुप हैगा उत्ते तुसी सवाल कर सकते हो किवें ज्वाइन करना, आपां तुहानूं लिंक शेयर कर देंगे परसनलाइज लिंक। ओके, सो जी ये साडा ग्रुप हैगा जिथे असी डिस्कस करते हैं अपनी जर्नी हर रोज़ की। सो तुहानूं असी फ्रैक्स सिखावांगे जिहदे च प्राइज एक्शन जिहड़ा हैगा जिहड़े एक्सपीरियंस ट्रेडर ने इस वेले जुड़े हुए उन्होंने पता प्राइज एक्शन की पावर है। ओके, बड़े जिहड़े इंस्टीट्यूशनस ने वो कोई इंडीकेटर यूज़ नहीं करते, वो प्राइज एक्शन यूज़ करते हैं नेक्ड कैंडल्स। ओके, मोमबत्तियां। ओके, सो जिन्होंने लग रहा कि औखा जहा लग रहा टर्मिनोलॉजी समझ नहीं आ रही है ना, पता नहीं भाजी की बोल रहा है, तुसी सबर रखो दूसरी क्लास तुहानूं ज़्यादा वधिया पता लग जाएगा क्योंकि ये थोड़े लिए बिल्कुल फ्रैश हैगा। जदों मैं किया मैनूं तां 2-3 महीने पता नहीं सी भी करना किवें है, सैल भी होंदा इहदे च है ना, असीं दोनों पासे पैसे कमा सकदे पता ही नहीं सी, जिवें किसी ने कहा आपां चले ने है ना लाइक पपेट, सो लॉस भी किया। सो तुसीं वो मिसटेक्स ना करो, इस करके असीं अपनी मिसटेक्स नूं भी तुहानूं रिमाइंड करवावांगे नाल नाल कि असीं ये मिसटेक्स कीती सीगी तुसीं ना करो ताकि तुहाडा जिहड़ा हैगा फाइनैंशियली लॉस ना होवे। कुछ ऐसे भी होणगे साडे जिन्हां ने पत्थर चट के मुड़ना है, ओके मोर दैन वेलकम, जाओ लॉस करो वापिस आ जाओ, अपना एक्सपीरियंस जरूर शेयर करो कि किवें दा लग्या। ठीक है, लॉस करो आके जिहड़े रूल्स ने जिहड़े ग्रुप च भी भैन जी ने शेयर किए ने अगे भी आप डिस्कस करांगे, वह एक बंदे दे रूल्स नहीं है, उहदे च लोगों ने जिंदगियां लाइया हुई हैं। ठीक है जी, कुछ ऐसे ट्रेडर्स ने जिन्होंने 35-35 साल 40-40 साल ट्रेडिंग की, उन्हों का जिंदगी का सबक हैगा एक सबक, वो तुहानूं एक रूल दे उत्थे लिस्ट च मिल जाएगा कि उन्हें किवें किया, ये स्टॉप लॉस क्यों जरूरी हैगा, ठीक है रिस्क रिवार्ड क्यों जरूरी हैगा ग्रोथ के लिए। ठीक है जी, मैनूं सारे सुन पा रहे ने? हाँ जी। ठीक है, ये नहीं कि कोर्स खत्म हो जाएगा थानूं गुड बाय बाय करके इदा भी नहीं होएगा, लाइफ टाइम दी थानूं सपोर्ट मिलेगी। जिथे आपां होवांगे तुसी अगर सानू फॉलो करोगे लाग पास तुसी भी होवोगे, हो सकता तुसी सब तो भी अगे चले जाओ। ठीक है, साढ़े लिए भी एक माण वाली गल होएगी कि साढ़े कम्यूनिटी के मैंबर सीगे सिखनोमिक्स के अज इस लेवल पर पुजे ने फ्रैक्स के, सानू भी माण होएगा उदो। ठीक है जी, एक कल्ला बिजनेस है जिदे कोई किसी तो जैलसी नहीं करता। ठीक है, नहीं कोई सेम टाइप तो तुहाडी कोई गली दे विच या स्ट्रीट च कोई बिजनेस खुल जाए ना स्ट्रैस हो जाती है कि मेरे तो कस्टमर वंडे गए हूँ इन्हें भी दुकान खोल ली है सेम इदा होंदा ना जी। सो इत्थे इस इंडस्ट्री च नहीं होंदा इदा दा, तुहानू हर बंदा सिखा के खुश होएगा, खासकर सिखनोमिक्स टीम दा जिहड़े सीनियर ट्रेडर्स ने वो समा कढ के तुहाडी कॉल भी अटेंड करनगे तुहानू सिखाउणगे भी। तो सेम सिंह जी तुहाडा माइक ऑन हैगा, प्लीज़ म्यूट कर लो। ठीक है, ते 10 घंटे का कोर्स होएगा 10 या 12 घंटे का। ठीक है, सो इस सैशन जिहड़ा हैगा 1 तो 1.5 घंटे 2 घंटे भी हो सकता है डिपेंड ऑन द सिलेबस। ठीक है, अज का थोड़ा जहा इंट्रो लंबी सी क्योंकि 25-23 मैंबर सके साढ़े 23-24 मैंबरस, सो हर किसी की इंट्रोडक्शन तो एक ओवरव्यू पता होना चाहिए सानू भी। ठीक है, भी साढ़े नाल किस किस फील्ड के किस किस एरिए तो किदा किदा के जोड़े है बैकग्राउंड वाले भैन भरा जुड़े हुए हैं ताकि असी उन्होंने भी जोड़े कंसैप्ट है वो क्लीयर कर सकी। ठीक है जी, MT5 एक सॉफ्टवेयर होंदा है फ्री ऑफ कॉस्ट हैगा, उन्हों तुसी जरूर डाउनलोड करना एंड्रॉयड दे विच भी ते आईफोन जिन्हां कोल हैगे उहदे विच भी, डैस्कटॉप वर्जन भी हैगा टैब वाला वर्जन भी हैगा। ठीक है, उहदे च तुसी आपां ट्रेडिंग करन शुरू करनी है डैमो ते रियल अकाउंट दी ट्रेडिंग। ठीक है, डैमो अकाउंट जदों होएगा जदों तुसी प्रैक्टिस टैक्निकली सीख लिया है जदों तुहाडी ट्रेड्स दा 65% एक्यूरेसी आ गई, सो वी विल स्विच टू द रियल अकाउंट जिहड़ा तुसी सुपरवाइजर तो बिना शुरू नहीं करना। रीज़न क्योंकि उत्थे डॉलरस पैसे होंगे ने, लॉस भी जोड़ा हैगा $1 $83-$82 दे समथिंग हैगा लॉस होएगा, अनबियरेबल होएगा। ठीक है, अपनी गलती खासकर असी लोग कदे नहीं मानते। ठीक है, भी नहीं मेरी गलती तो हो ही नहीं सकती,
ਸੋ ਅਸੀਂ ਦੂਜੇ ਨੂੰ ਬਲੇਮ ਕਰਕੇ ਆਪਣੀ ਜਾਨ ਛੁਡਾ ਲੈਂਦੇ ਹਾਂ, ਬਟ ਸਾਨੂੰ ਇਹ ਨਹੀਂ ਪਤਾ ਅਸੀਂ ਕਿੰਨੀ ਵੱਡੀ ਇੰਡਸਟਰੀ ਤੋਂ ਵਾਂਝੇ ਰਹਿ ਗਏ ਆ ਦੂਜੇ ਦੇ ਸਿਰ ਆਪਣਾ ਫਾਹਾ ਲਾ ਕੇ ਹੈ ਨਾ। ਸੋ ਅਸੀਂ ਆਪਣੀ ਗਲਤੀ ਨੂੰ ਦੇਖਣਾ ਵੀ ਹੈ, ਐਕਸੈਪਟ ਵੀ ਕਰਨਾ, ਕਿਉਂਕਿ ਐਕਸੈਪਟੈਂਸ ਇਜ਼ ਦਾ ਬਿਗੈਸਟ ਪਾਵਰ। ਠੀਕ ਹੈ, ਤੁਸੀਂ ਕਿਸੇ ਵੀ ਚੀਜ਼ ਨੂੰ ਐਕਸੈਪਟ ਕਰ ਲਓ, ਉਹ ਤੁਹਾਨੂੰ ਫਿਰ ਘੱਟ ਦੁੱਖ ਦਿੰਦੀ ਹੈ। ਠੀਕ ਹੈ ਜੀ, ਸੋ ਆਪਣੀ ਗਲਤੀ ਨੂੰ ਐਕਸੈਪਟ ਕਰਨਾ ਮੀਨਸ ਅਸੀਂ ਨੈਕਸਟ ਟਾਈਮ ਗਲਤੀ ਨਾ ਕਰਨ ਦਾ ਉਪਰਾਲਾ ਕਰ ਰਹੇ ਹਾਂ। ਠੀਕ ਹੈ ਜੀ, ਸੋ ਅਸੀਂ ਆਪਣੀ ਮਿਸਟੇਕਸ ਨੂੰ ਵੀ ਦੇਖਣਾ ਹੈ। ਠੀਕ ਹੈ, ਸੋ ਤੁਸੀਂ ਇੱਕ ਜਰਨਲ ਵੀ ਬਣਾਉਣੀ ਹੈਗੀ ਹੈ, ਐਕਸਲ ਦਾ ਫੋਰਮੈਟ ਹੁੰਦਾ, ਤੁਸੀਂ ਜਿਹੜੀ ਵੀ ਟ੍ਰੇਡ ਪਲਾਨ ਕੀਤੀ ਲਿੱਤੀ ਕਿਵੇਂ ਅਸੀਂ ਕਰਨਾ, ਉਹਦਾ ਇੱਕ ਪੂਰਾ ਇੱਕ ਸੈਸ਼ਨ ਹੋਏਗਾ ਯੂਟਿਊਬ 'ਤੇ, ਵੀਡੀਓਜ਼ ਵੀ ਨੇ, ਤੁਹਾਨੂੰ ਆਪਾਂ ਸ਼ੇਅਰ ਕਰਾਂਗੇ ਜਦੋਂ ਸਿਲੇਬਸ ਦੇ ਵਿੱਚ ਆਏਗਾ। ਠੀਕ ਹੈ, ਸੋ ਇਹ ਤੁਹਾਡਾ ਸਿਲੇਬਸ ਰਹੇਗਾ, ਤੁਸੀਂ ਇਹ ਪੜ੍ਹ ਸਕਦੇ ਹੋ, ਗਰੁੱਪ 'ਚ ਮੈਂ ਪਾ ਦਾਂਗਾ। ਠੀਕ ਹੈ ਜੀ, ਕਿ ਫਰੈਕਸ ਕੀ ਹੈ, ਅੱਜ ਦਾ ਸੈਸ਼ਨ ਟਾਈਪ ਆਫ ਟ੍ਰੇਡਰਸ ਤੱਕ ਹੋਏਗਾ। ਠੀਕ ਹੈ ਜੀ, ਕੱਲ੍ਹ ਦਾ ਜਿਹੜਾ ਹੋਏਗਾ, ਨੈਕਸਟ ਸੈਸ਼ਨ ਜਦੋਂ ਵੀ ਹੋਏਗਾ ਭੈਣ ਜੀ ਅਨਾਊਂਸ ਕਰਨਗੇ। ਸੋ ਟ੍ਰੇਡਿੰਗ ਟੂਲਸ ਕਿਵੇਂ ਨੇ, ਟੈਕਨੀਕਲਸ ਕਿਵੇਂ ਹੁੰਦਾ ਹੈ, ਫੰਡਾਮੈਂਟਲਸ ਕਿਹਨੂੰ ਕਹਿੰਦੇ ਨੇ, ਕਿਵੇਂ ਅਸੀਂ ਫੰਡਾਮੈਂਟਲ ਨਿਊਜ਼ ਪੜ੍ਹਨੀ ਹੈਗੀ ਆ, ਕਿਸ ਨਿਊਜ਼ ਦਾ ਕੀ ਮਤਲਬ ਹੈਗਾ। ਠੀਕ ਹੈ, ਕਿਹੜਾ ਨੰਬਰ ਕਿਵੇਂ ਕੀ ਦੱਸ ਰਿਹਾ ਕਿ ਮਾਰਕੀਟ ਉੱਪਰ ਜਾਏਗੀ, ਡਾਊਨ ਜਾਏਗੀ, ਸਟ੍ਰੈਟਜੀ ਸਾਡੀ ਕਿਹੜੀ ਕਿਹੜੀ ਹੁੰਦੀਆਂ ਹੈ, ਰਾਈਟ, ਹਾਇਰ ਟਾਈਮ ਫਰੇਮ ਟੂ ਲੋਅਰ ਟਾਈਮ ਫਰੇਮ, ਤੋਂ ਮਿਕਸਰ ਆਫ ਫੰਡਾਮੈਂਟਲ ਐਨਾਲਿਸਿਸ, ਟੈਕਨੀਕਲ ਐਨਾਲਿਸਿਸ ਐਂਡ ਦਾ ਮੈਨੀ ਦਾ ਥਿੰਗਸ, ਤੁਹਾਡੀ ਆਪਣੀ ਸਾਈਕੋਲੋਜੀ ਜਿਹੜੀ ਹੈਗੀ ਉਹ ਕਿੱਦਾਂ ਦੀ ਹੈਗੀ ਹੈ, ਅਸੀਂ ਉਹਨੂੰ ਕਿਵੇਂ ਦਾ ਚੇਂਜ ਲਿਆਉਣਾ ਉਹਦੇ 'ਚ, ਤਾਂ ਕਿ ਅਸੀਂ ਇੱਕ ਵਧੀਆ ਟ੍ਰੇਡਿੰਗ ਨਾਲ ਫਿੱਟ ਹੋ ਸਕੀਏ। ਠੀਕ ਹੈ, ਫਿਰ ਸਾਈਕੋਲੋਜੀ ਦੇ ਇੱਕ ਅਲੱਗ ਚੈਪਟਰ ਹੋਣਗੇ ਤੁਹਾਡੇ, ਰਿਸਕ ਮੈਨੇਜਮੈਂਟ ਬਹੁਤ ਹੀ ਜ਼ਰੂਰੀ ਹੈਗਾ, ਸਾਰੇ ਜ਼ਰੂਰੀ ਨੇ, ਮਤਲਬ ਅਸੀਂ ਇਸ ਤਰ੍ਹਾਂ ਦਾ ਡਿਜ਼ਾਇਨ ਕੀਤਾ ਹੋਇਆ, ਬਟ ਵੀ ਵਿਲ ਬੀ ਗੋਇੰਗ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ। ਓਕੇ, ਓਕੇ, ਸੋ ਤੁਸੀਂ ਪੜ੍ਹ ਸਕਦੇ ਹੋ, ਗਰੁੱਪ 'ਚ ਵੀ ਪਾਇਆ ਹੋਇਆ ਭੈਣ ਜੀ ਨੇ ਵੀ ਅਤੇ ਮੈਂ ਵੀ, ਤੁਸੀਂ ਇਹ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਣਾ ਜੀ। ਠੀਕ ਹੈ, ਸੋ ਇਹ ਕੁਛ ਟਰਮਸ ਅਸੀਂ ਯੂਜ਼ ਕਰਦੇ ਹਾਂ ਫਰੈਕਸ ਦੇ ਵਿੱਚ, ਤੁਸੀਂ ਇਹਨੂੰ ਜ਼ਰੂਰ ਪੜ੍ਹੋ। ਠੀਕ ਹੈ, ਅਤੇ ਇਹ ਸਿਲੇਬਸ ਵਿੱਚ ਅੱਗੇ ਵੀ ਆਉਣਗੀਆਂ, ਤੁਹਾਨੂੰ ਉਦੋਂ ਫਿਰ ਅੰਡਰਸਟੈਂਡਿੰਗ ਕਰਨ ਦੇ ਵਿੱਚ ਆਸਾਨੀ ਹੋਏਗੀ। ਠੀਕ ਹੈ ਜੀ, ਫਰੈਕਸ ਕੀ ਹੈ, ਹੁਣ ਅਸੀਂ ਗੱਲ ਕਰਾਂਗੇ ਫਰੈਕਸ ਕੀ ਹੈ। ਫਰੈਕਸ ਹੈਗਾ ਜੀ ਫੋਰਨ ਐਕਸਚੇਂਜ, ਕਿਹਨੂੰ ਕਿਹਨੂੰ ਪਤਾ ਹੈ ਫਰੈਕਸ ਬਾਰੇ, ਕੋਈ ਦੱਸ ਸਕਦਾ ਹੈ ਨਵੇਂ ਜੁੜੇ ਹੋਏ ਸਾਡੇ ਟ੍ਰੇਡਰਾਂ 'ਚੋਂ? ਰੇਜ਼ ਯੂਰ ਹੈਂਡ ਇਫ ਐਨੀ। ਪਹਿਲੀ ਗੱਲ ਇਹ ਕਿ ਸਵਾਲ ਜ਼ਰੂਰ ਕਰਨਾ, ਆਂਸਰ ਜ਼ਰੂਰ ਦੇਣਾ ਹੈ। ਠੀਕ ਹੈ, ਚੁੱਪ ਹੋਣਾ ਮਤਲਬ ਤੁਸੀਂ ਸਪੀਕਰ ਨੂੰ ਡੀਮੋਟੀਵੇਟ ਕਰ ਰਹੇ ਹੋ ਕਿ ਨਹੀਂ ਅਸੀਂ ਨਹੀਂ ਸਿੱਖਣਾ, ਵੀ ਆਰ ਨੋਟ ਇੰਟਰਸਟਿਡ, ਯੂ ਪਲੀਜ਼ ਕੀਪ ਕਾਊਂਟਿੰਗ ਦ ਟਾਈਮ। ਸਰਦਾਰ ਸੁਖਵਿੰਦਰ ਸਿੰਘ ਜੀ, ਹਾਂਜੀ ਵੀਰ ਜੀ, ਪਲੀਜ਼ ਕੁਇਕ ਦੱਸੋ ਕਿ ਫਰੈਕਸ ਕੀ ਹੈ। ਜੀ ਜੀ, ਫੋਰੈਕਸ ਇੱਕ ਤਾਂ ਵਰਲਡ ਦੀ ਸਭ ਤੋਂ ਵੱਡੀ ਫਾਈਨੈਂਸ਼ੀਅਲ ਮਾਰਕੀਟ ਹੈ ਜੀ, ਜਿਹ 'ਚ ਮਿਲੀਅਨਸ ਆਫ ਡਾਲਰਸ ਪਰ ਡੇ ਟ੍ਰੇਡ ਹੁੰਦੇ ਨੇ, ਤੇ ਇਹਦੇ 'ਚ ਅਲੱਗ ਅਲੱਗ ਕੰਟਰੀਜ਼ ਦੇ ਜਿਹੜੀਆਂ ਆਪਣੇ ਕਰੰਸੀਜ਼ ਹੁੰਦੀਆਂ ਨੇ ਉਹ ਆਪਸ 'ਚ ਟ੍ਰੇਡ ਹੁੰਦੀਆਂ ਨੇ, ਜਿਸ ਤਰ੍ਹਾਂ ਆਪਣਾ USD INR ਹੋ ਗਿਆ, ਯੂਰੋ USD ਹੋ ਗਿਆ, JPY USD JPY ਹੋ ਗਿਆ। ਇਸ ਤਰ੍ਹਾਂ ਕਰਕੇ ਸਰ, ਪਰਫੈਕਟ ਜੀ, ਥੈਂਕ ਯੂ ਸੁਖਵਿੰਦਰ ਸਿੰਘ ਜੀ। ਫਰੈਕਸ ਜਿਹੜਾ ਹੈਗਾ FOREX, ਇਹ ਦੋ ਸ਼ਬਦਾਂ ਦਾ ਮੇਲ ਹੈਗਾ, ਫੋਰਨ ਐਕਸਚੇਂਜ, FOR ਤੋਂ ਫੋਰਨ, EX ਤੋਂ ਐਕਸਚੇਂਜ। ਇਹ ਕੀ ਹੈ ਫਰੈਕਸ ਕੀ ਹੈ, ਤੁਹਾਨੂੰ ਮੈਂ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਵਾ ਇਹਦਾ, ਜਿਵੇਂ ਕਿ ਕੈਨੇਡਾ ਕੌਣ ਕੌਣ ਗਿਆ ਜੀ ਸਾਡੇ ਕੋਲ, ਸਾਡੇ ਵਿੱਚੋਂ ਇਸ ਵੇਲੇ ਕੌਣ ਕੈਨੇਡਾ ਬੈਠਾ ਇਸ ਵੇਲੇ? ਓਕੇ, ਮਨਵੀਰ ਸਿੰਘ ਜੀ, ਤੁਸੀਂ ਜਦੋਂ ਇੰਡੀਆ ਤੋਂ ਆਇਲਸ ਕੀਤੀ, ਤੁਸੀਂ ਜਦੋਂ ਬਾਹਰ ਗਏ, ਕੀ ਤੁਸੀਂ ਨਾਲ ਇੰਡੀਅਨ ਰੁਪੀਸ ਲੈ ਕੇ ਗਏ ਸੀਗੇ? ਤੁਹਾਡਾ ਉਹ ਤੇ ਮੰਮੀ ਨੇ ਨਾਮ ਦੇ ਦਿੱਤੇ ਸੀ। ਹਾਂਜੀ, ਬਾਕੀ ਮਤਲਬ ਆਪਾਂ ਇੱਥੇ ਕੈਨੇਡੀਅਨ ਕਰੰਸੀ ਲੈ ਕੇ ਆਏ ਸੀ। ਓਕੇ, ਤੁਸੀਂ ਕਿੱਥੇ ਜਾ ਕੇ ਚੇਂਜ ਕਰਵਾਈ ਸੀ? ਹਾਂਜੀ, ਉਹ ਆਪਾਂ ਇੰਡੀਆ ਜੋਇਨ ਕਰਵਾਲੀ ਸੀ। ਓਕੇ, ਕਿਸੇ ਬੈਂਕ ਗਏ ਹੋਣੇ, ਪੋਸਟ ਆਫਿਸ ਗਏ ਹੋਣੇ, ਵੈਸਟ ਯੂਨੀਅਨ ਗਏ ਹੋਣੇ, ਹੈ ਨਾ? ਯੈਸ, ਹਾਂ, ਵੈਸਟ। ਓਕੇ, ਏਜੰਟ ਵੀ ਹੁੰਦੇ ਨੇ ਬਹੁਤ ਜਗ੍ਹਾ ਜਗ੍ਹਾ ਬੈਠੇ, ਤੋਂ ਕਰਵਾਲੀ ਸੀ। ਐਨੀਵਨ ਜਿਸ ਆਪਾਂ ਏਜੰਟ ਤੋਂ ਟਿਕਟ ਕਰਵਾਈ ਸੀ। ਓਕੇ, ਜੋ ਟਿਕਟ ਕਰਦੇ ਨੇ ਉਹ ਵੀ ਐਕਸਚੇਂਜ ਵੀ ਕਰਦੇ ਨੇ। ਓਕੇ, ਗ੍ਰੇਟ। ਤੇ ਉਹ ਰੇਟ ਜਿਹੜਾ ਤੁਹਾਨੂੰ ਮਿਲਿਆ ਸੀਗਾ ਉਦੋਂ ਕੈਟ ਦਾ, ਉਹ ਕਿਹਨੇ ਡਿਸਾਈਡ ਕੀਤਾ ਸੀ ਕਿ ਕੀ ਕਿੰਨੇ ਰੁਪੀਜ਼ ਇੰਡੀਅਨ ਦੇ ਦੇ ਕੇ ਤੁਹਾਨੂੰ ਇੰਨੇ ਡਾਲਰ ਮਿਲਣਗੇ, ਜਿਵੇਂ 1 ਤੇ 50 55 48 45 ਜੋ ਵੀ ਉਹ ਸੀਗਾ? ਵੈਸੇ ਤੇ ਏਜੰਟ ਆਪ ਹੀ ਡਿਸਾਈਡ ਕਰਦਾ ਹੁੰਦਾ, ਮਤਲਬ ਆਪਾਂ ਈਵਨ ਇੰਟਰਨੈਟ ਤੋਂ ਜੇ ਦੇਖਦੇ ਆ ਨਾ, ਜੇ ਇੰਟਰਨੈਟ ਦੇ ਇਸ ਵੇਲੇ 61 ਚੱਲ ਰਿਹਾ ਤਾਂ ਉਹਨਾਂ ਨੇ ਘਟਾ ਕੇ
ਆਪਣਾ 59 ਦੇ ਅਕੋਰਡਿੰਗ ਮਤਲਬ ਆਪਣੇ ਉੱਤੇ ਰੱਖਦੇ ਨੇ 1 ਡਾਲਰ। ਹਾਂਜੀ ਹਾਂਜੀ, ਕਿਉਂਕਿ ਉਹ ਉਹ ਵਿਚਾਰੇ ਐਕਸਚੇਂਜ ਕਰਦੇ ਨੇ, ਉਹਨਾਂ ਦੇ ਸਰਵਿਸਿਜ਼ ਦੇ ਚਾਰਜਸ ਲੈਂਦੇ ਨੇ, ਹੈਨਾ, ਰਾਈਟ। ਹਾਂਜੀ, ਸੋ ਤੁਹਾਨੂੰ ਪਤਾ ਹੈ ਕਿ ਮੈਂ ਇੱਕ ਸਿੰਪਲ ਐਗਜ਼ਾਮਪਲ ਦਵਾਂਗਾ। ਕੁਛ ਲੋਕ ਫਰੈਕਸ ਦੇ ਫਿਊਚਰ ਦੀ ਗੱਲ ਕਰਦੇ ਆ, ਮੈਂ ਸਿੰਪਲ ਦਾ ਸਵਾਲ ਉਹਨਾਂ ਨੂੰ ਆਂਸਰ ਦਿੰਦਾ ਵਾਂ ਕਿ ਜਦੋਂ ਤੱਕ ਇੱਕ ਮੁਲਕ ਦੂਜੇ ਮੁਲਕ ਨਾਲ ਬਿਜ਼ਨਸ ਕਰੇਗਾ, ਵਪਾਰ ਕਰੇਗਾ, ਜਦੋਂ ਤੱਕ ਇੱਕ ਮੁਲਕ ਦੇ ਲੋਕ ਦੂਜੇ ਮੁਲਕ ਨਾਲ ਦੇ ਵਿੱਚ ਜਾਣਗੇ ਆਉਣਗੇ, ਉਦੋਂ ਤੱਕ ਫਰੈਕਸ ਰਹੇਗੀ। ਕੀ ਇਹ ਕਦੋਂ ਕਦੇ ਖਤਮ ਹੋ ਸਕਦੀ ਹੈ? ਹਾਂਜੀ, ਐਨੀ ਵਨ? ਨਹੀਂ ਭਾਜੀ, ਨਹੀਂ ਕਦੇ ਨਹੀਂ ਖਤਮ ਹੋ ਸਕਦੀ। ਖਤਮ ਹੋ ਸਕਦੀ ਹੈ ਜੇ ਸਾਰੇ ਵਰਲਡ ਦਾ ਸਾਰੇ ਬਾਰਡਰਸ ਖਤਮ ਕਰਕੇ ਇੱਕ ਹੋ ਜੇ ਅਤੇ ਇੱਕੋ ਹੀ ਕਰੰਸੀ ਹੋਏਗੀ, ਫਿਰ ਤੁਹਾਨੂੰ ਕਦੇ ਵੀ, ਲੇਕਿਨ ਉਹ ਵੀ ਇੰਪੋਸੀਬਲ ਹੈ, ਜਿਹੜਾ ਆਈ ਥਿੰਕ ਰਹਿੰਦੀ ਦੁਨੀਆ ਤੱਕ ਨਹੀਂ ਹੋਏਗਾ। ਠੀਕ ਹੈ ਜੀ, ਸੋ ਫਰੈਕਸ ਜਦੋਂ ਵੀ ਇੱਕ ਮੁਲਕ ਦੂਜੇ ਮੁਲਕ ਨਾਲ ਵਪਾਰ ਕਰੇਗਾ, ਉਹ ਇੱਕ ਦੂਜੇ ਦੀ ਕਰੰਸੀ ਦੀ ਖਰੀਦ ਫਰੋਖਤ ਕਰੇਗਾ। ਜਿਵੇਂ ਅਸੀਂ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਕਿਤੇ ਵੀ ਜਾਣ ਲਈ ਅਸੀਂ ਕਰੰਸੀ ਪਹਿਲਾਂ ਅਰੇਂਜ ਕਰਕੇ ਚੱਲਦੇ ਹਾਂ। ਰੀਜ਼ਨ ਕਿਉਂਕਿ ਉਹ ਅਲੱਗ ਅਲੱਗ ਰੇਟਸ ਹੁੰਦੇ ਨੇ, ਸੇਮ ਰੇਟ ਨਹੀਂ ਹੁੰਦਾ। ਜੇ ਸੇਮ ਰੇਟ ਹੋਵੇ, ਸੇਮ ਕਰੰਸੀ ਹੋਵੇ, ਸਾਨੂੰ ਐਕਸਚੇਂਜ ਕਰਨ ਦੀ ਲੋੜ ਹੀ ਨਹੀਂ ਹੈਗੀ, ਫਰੈਕਸ ਦੀ ਲੋੜ ਨਹੀਂ ਹੈ, ਰਾਈਟ। ਸੋ ਫਰੈਕਸ ਦੀ ਮਾਰਕੀਟ ਜਿਹੜੀ ਹੈਗੀ ਬਹੁਤ ਡਾਇਨਾਮਿਕ ਅਤੇ ਫਿਊਚਰਿਸਟਿਕ ਹੈਗੀ ਹੈ। ਸੋ ਇਹਦੇ 'ਚ ਟ੍ਰੇਡਿੰਗ ਇਹ ਨਹੀਂ ਕਿ ਹੁਣ ਔਨਲਾਈਨ ਹੋਣ ਲੱਗੀ ਉਦੋਂ ਹੀ ਹੈ, ਇਹਦੇ 'ਚ ਟ੍ਰੇਡਿੰਗ ਬਹੁਤ ਸ਼ੁਰੂ ਤੋਂ ਹੋ ਰਹੀ, ਬਹੁਤ ਜ਼ਿਆਦਾ। ਪਹਿਲਾਂ ਇਹ ਔਫ ਦਾ ਰਿਕਾਰਡ ਹੁੰਦੀ ਸੀਗੀ, ਠੀਕ ਹੈ, ਹੁਣ ਇਹ ਔਨ ਦਾ ਰਿਕਾਰਡ ਲਾਈਵ ਟ੍ਰੇਡਿੰਗ ਜਿਹੜੀ ਹੈਗੀ ਹੈ, ਮਾਰਕੀਟ ਚੱਲਦੀ ਹੈਗੀ ਹੈ, ਕੈਂਡਲਸ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਕੈਂਡਲਸ ਪ੍ਰਾਈਜ਼ ਮੂਵ ਕਰਦਾ, ਅਪ ਡਾਊਨ, ਰਾਈਟ। ਸੋ ਅਸੀਂ ਉਹਦੇ ਬਾਰੇ ਗੱਲ ਕਰਾਂਗੇ। ਕਿੰਨੇ ਕੁ ਦੀ ਮਾਰਕੀਟ ਹੈਗੀ ਹੈ ਯਾਦ ਰੱਖਣਾ, ਤੁਹਾਨੂੰ ਇਹ ਐਗਜ਼ਾਮ ਦੇ ਵਿੱਚ ਵੀ ਸਵਾਲ ਆ ਸਕਦਾ ਹੈ। 7 ਟ੍ਰਿਲੀਅਨ ਡੋਲਰ, ਡੋਲਰ ਕਿਹੜੇ, USD ਸਭ ਤੋਂ ਵੱਡਾ ਡੋਲਰ ਹੈਗਾ ਆਫਟਰ ਪਾਊਂਡ। 7.7 ਟ੍ਰਿਲੀਅਨ ਹੈਗਾ, ਹੈ ਨਾ, ਅੱਜ ਕੱਲ੍ਹ ਦਾ ਜਿਹੜਾ ਡਾਟਾ ਹੈ, ਡੋਲਰ ਪਰ ਡੇ ਦਾ ਬਿਜ਼ਨਸ ਹੈਗਾ ਫਰੈਕਸ ਮਾਰਕੀਟ ਦਾ। ਅਤੇ ਇੰਡੀਆ, ਜੇ ਮੈਂ ਇੰਡੀਅਨ ਇਕੋਨਮੀ ਦਾ ਕਰਾਂ, ਇੰਡੀਆ ਦੀ ਜਿਹੜੀ ਟੋਟਲ ਐਨੂਅਲ GDP ਹੈਗੀ ਹੈ, ਗਰੋਸ ਡੋਮੈਸਟਿਕ ਪ੍ਰੋਡਕਟ, ਠੀਕ, ਉਹ ਹੈਗਾ 3.7 ਟ੍ਰਿਲੀਅਨ ਡੋਲਰ। ਸੋ ਇਸ ਪੈਸੇ ਦੇ ਨਾਲ ਡੇਲੀ ਦੇ 2 ਇੰਡੀਆ ਖਰੀਦੇ ਅਤੇ ਵੇਚੇ ਜਾ ਸਕਦੇ ਹੈ, ਹੈ ਨਾ। ਡਾਇਨਾਮਿਕ ਬਿਜ਼ਨਸ, ਇੰਨਾ ਵੱਡਾ ਬਿਜ਼ਨਸ, ਤੁਸੀਂ ਇਹਦੇ 'ਚ ਪਾਰਟਨਰ ਬਣ ਰਹੇ ਹੋ ਇੱਕ ਸਿੰਪਲ ਅਕਾਊਂਟ ਖੋਲ੍ਹ ਕੇ, ਸਿੱਖ ਕੇ। ਲੇਕਿਨ ਕਿਵੇਂ ਆਪਾਂ ਕਰਨਾ ਹੈਗਾ, ਹੈ ਨਾ, ਅਕਾਊਂਟ ਤਾਂ ਕੋਈ ਵੀ ਖੋਲ੍ਹ ਲੇਗਾ, ਆਪਾਂ ਸਿੱਖਣਾ ਹੈਗਾ ਰਿਐਲਿਟੀ ਦੇ ਵਿੱਚ, ਸਿੱਖ ਕੇ ਆਪਾਂ ਨੇ ਇਹਨੂੰ ਕਰਨਾ ਹੈ, ਆਪ ਸਮਝਣਾ ਹੈ ਆਪਾਂ ਨੇ, ਠੀਕ ਹੈ। ਇੱਕ ਬੜਾ ਆਸਾਨ ਹੁੰਦਾ ਕਿ ਤੁਸੀਂ ਕਿਸੇ ਨੂੰ ਕਿਹਾ ਕਿ ਤੁਹਾਡੇ ਘਰ ਜੀ ਪਾਣੀ ਦੀ ਟੂਟੀ ਲਾ ਗਿਆ, ਠੀਕ ਹੈ, ਜਦੋਂ ਉਹ ਪਾਣੀ ਪਿੱਛੋਂ ਬੰਦ ਕਰ ਦੇਗਾ ਬਾਲ ਆਪਣਾ, ਤੁਹਾਡਾ ਪਾਣੀ ਘਰ ਦਾ ਬੰਦ ਹੋ ਜਾਏਗਾ। ਇੱਕ ਤੁਹਾਨੂੰ ਅਸੀਂ ਟਿਊਬਵੈਲ ਕਰਨਾ ਸਿਖਾ ਰਹੇ ਹਾਂ ਕਿ ਹਾਊ ਟੂ ਡੂ ਦਿਸ ਐਟ ਯੂਰ ਆਨ, ਤੁਸੀਂ ਆਪਣੇ ਆਪ ਕਿਵੇਂ ਕਰਨੀ ਹੈ ਚੀਜ਼ਾਂ, ਤੁਹਾਨੂੰ ਅਸੀਂ ਉਸ ਲੈਵਲ ਦੀ ਗੱਲ ਸਿਖਾਵਾਂਗੇ, ਠੀਕ ਹੈ। ਤੁਸੀਂ ਦੇਖੋਗੇ ਕਿ 3rd-4th ਸੈਸ਼ਨ ਤੱਕ ਤੁਸੀਂ ਚਾਰਟਸ ਨੂੰ ਪੜ੍ਹਨਾ ਸ਼ੁਰੂ ਕਰ ਦੋਗੇ, ਜਿਹੜੀ ਉਹ ਤੁਹਾਨੂੰ ਮੋਮਬੱਤੀ ਦੀ ਨਜ਼ਰ ਆਉਂਦੀ ਨਾ, ਕੈਂਡਲ ਸਟਿਕਸ ਵਗੈਰਾ ਜਿਹਨੂੰ ਅਸੀਂ ਗੱਲ ਕਰਾਂਗੇ ਨੈਕਸਟ ਸੈਸ਼ਨ ਦੇ ਵਿੱਚ, ਉਹ ਤੁਸੀਂ ਵਧੀਆ ਸਮਝਣ ਸ਼ੁਰੂ ਕਰ ਦੋਗੇ, ਠੀਕ ਹੈ। ਅਤੇ ਉਹ ਉਹਨੂੰ ਸਾਲੋ ਸਾਲ ਲੱਗ ਜਾਂਦੇ ਨੇ ਸਮਝਣ ਦੇ ਲਈ, ਲੇਕਿਨ ਸਾਡੀ ਜਿਹੜੀ ਟੀਮ ਹੈਗੀ ਹੈ, ਜਿਵੇਂ ਭੈਣ ਦਲਜੀਤ ਕੌਰ ਜੀ ਨੇ, ਬਹੁਤ ਵਧੀਆ ਟ੍ਰੇਨਰ ਨੇ, ਠੀਕ ਹੈ, ਬਹੁਤ ਪਿਆਰ ਨਾਲ ਤਰੀਕੇ ਨਾਲ ਸਮਝਾਉਂਦੇ ਨੇ, ਬਹੁਤ ਡਾਇਨਾਮਿਕ ਤਰੀਕੇ ਦੇ ਨਾਲ। ਸੋ ਈਜ਼ੀਐਸਟ ਵੇ 'ਚ ਤੁਸੀਂ ਸਿੱਖੋਗੇ ਉਸ ਚੀਜ਼ ਨੂੰ ਫਰਦਰ, ਠੀਕ ਹੈ ਜੀ। ਸੋ ਇੰਨੀ ਵੱਡੀ ਮਾਰਕੀਟ ਹੈ ਕਿ ਡੇਲੀ ਦੇ 2 ਇੰਡੀਆ ਖਰੀਦੇ ਵੇਚੇ ਜਾ ਸਕਦੇ ਹੈ। ਸੋ ਵਰਲਡ ਵਾਈਡ ਜਿਹੜੀ ਰੀਚ ਹੈਗੀ ਹੈ ਟ੍ਰੇਡ ਦੀ, ਕਮਰਸ, ਫਾਈਨੈਂਸ, ਫੋਰੈਕਸ ਮਾਰਕੀਟ ਦਾ, ਹੈ ਨਾ, ਸੋ ਉਹ ਲਾਰਜੈਸਟ ਹੈਗੀ ਹੈ, ਇਸ ਕਰਕੇ ਵੀ ਜਿਹੜੀ ਹੈਗੀ ਹੈ ਉੱਥੇ ਹਰ ਕੰਟਰੀ ਦੀ ਤੁਹਾਡੇ ਕੋਲ ਆਪਸ਼ਨਸ ਪਈ ਹੁੰਦੀ ਹੈ, ਹਰ ਟ੍ਰੇਡ ਦੀ, ਹਰ ਕਰੰਸੀ ਦੀ, ਹੈ ਨਾ, ਹਰ ਮੈਟਲਸ ਦੀ। ਤੁਸੀਂ ਕਿਸੇ ਵੀ ਚੀਜ਼ ਨੂੰ ਆਪਣੇ MT5 ਤੋਂ ਬੈਠ ਕੇ ਟ੍ਰੇਡ ਕਰ ਸਕਦੇ ਹੋ, ਤੁਹਾਡੇ ਅਕਾਊਂਟ 'ਚ ਪੈਸੇ ਹੋਣੇ ਚਾਹੀਦੇ ਡੋਲਰਸ ਦੇ ਵਿੱਚ। ਜਿਹੜੇ ਕੈਨੇਡਾ 'ਚ ਬੈਠੇ ਨੇ ਉਹ ਕੈਡ ਵੀ ਕਰੰਸੀ ਸਿਲੈਕਟ ਕਰ ਸਕਦੇ ਨੇ, ਤੁਸੀਂ ਕੈਨੇਡੀਅਨ ਡੋਲਰ 'ਚ ਵੀ ਟ੍ਰੇਡ ਕਰ ਸਕਦੇ ਹੋ, ਇੰਡੀਆ ਵਾਲੇ ਇੰਡੀਅਨ ਜਿਹੜੇ ਹੈਗੇ ਕਰੰਸੀ ਵੀ ਸਿਲੈਕਟ ਕਰ ਸਕਦੇ, ਇਟਸ ਅਪ ਟੂ ਯੂ, ਓਕੇ। ਉਹਦੇ ਬਾਰੇ ਇੱਕ ਅਲੱਗ ਸੈਸ਼ਨ ਹੋਏਗਾ ਪੂਰਾ ਟੈਕਨੀਕਲੀ, ਕਿਵੇਂ ਅਸੀਂ ਡੈਮੋ ਖੋਲ੍ਹਣਾ ਹੈ, ਕਿਵੇਂ ਅਸੀਂ ਸਿਲੈਕਟ ਕਰਨਾ ਹੈ, ਰਾਸ ਪਰੇਡ, ਸਟੈਂਡਰਡ ਅਕਾਊਂਟ ਕਿਉਂ, ਕਿਵੇਂ, ਅਤੇ ਹਰ ਚੀਜ਼ ਡਿਸਕਸ ਹੋਏਗੀ, ਠੀਕ ਹੈ ਜੀ। 2 ਕਰੰਸੀਆਂ ਟ੍ਰੇਡ ਹੁੰਦੀਆਂ ਹੈ ਇੱਕ ਦੂਜੇ ਦੇ ਅਗੇਂਸਟ, ਠੀਕ ਹੈ। ਡਿਮਾਂਡ ਐਂਡ ਸਪਲਾਈ, ਜਿਹਨੇ ਨਹੀਂ ਪੜ੍ਹੀ ਹੈ ਤੁਹਾਨੂੰ, ਅਸੀਂ ਉਹਦੇ ਬਾਰੇ ਵੀ ਨੈਕਸਟ ਚੈਪਟਰ ਆਏਗਾ। ਡਿਮਾਂਡ ਐਂਡ ਸਪਲਾਈ ਡਿਸਾਈਡ ਕਰਦੀ ਹੈ ਰੇਟ। ਫਰੈਕਸ ਦੀ ਖਾਸੀਅਤ ਹੈਗੀ ਕਿ ਇਹਨੂੰ ਤੁਸੀਂ ਮੈਨੂਪਲੇਟ ਨਹੀਂ ਕਰ ਸਕਦੇ, ਕਿਉਂਕਿ ਇਹਨੂੰ ਇਕੱਲੀ ਕੋਈ ਵੀ ਗੌਰਮੈਂਟ, ਕੋਈ ਵੀ ਕੰਟਰੀ ਕੰਟਰੋਲ ਨਹੀਂ ਕਰਦਾ, ਇਹ ਇੰਡੀਪੈਂਡੈਂਟ ਹੈਗੀ ਹੈ। ਇੱਕੋ ਫੈਕਟਰੀ ਨੂੰ ਕੰਟਰੋਲ ਕਰਦਾ, ਉਹ ਹੈਗਾ ਡਿਮਾਂਡ ਅਤੇ ਸਪਲਾਈ। ਡਿਮਾਂਡ ਸਪਲਾਈ ਦੇ ਬਾਰੇ ਕਿਸੇ ਨੂੰ ਪਤਾ ਜੀ? ਇਫ ਐਨੀ ਵਨ ਵਾਂਟਸ ਟੂ ਥਰੋ ਦਾ ਲਾਈਟਸ, ਨਿਰਮਲਬੀਰ ਸਿੰਘ, ਹਾਂਜੀ ਪਲੀਜ਼। ਹਾਂਜੀ ਪਲੀਜ਼ ਬੋਲੋ। ਹਾਂਜੀ ਵੀਰ ਜੀ, ਹੈਲੋ। ਹਾਂਜੀ ਹਾਂਜੀ ਸੁਣ ਰਿਹਾ ਜੀ। ਹਾਂਜੀ, BCA ਚ ਪੜ੍ਹਿਆ ਸੀਗਾ ਜੀ ਇੰਨਾ ਕੁ, ਬਈ ਜਦੋਂ ਕਿਸੇ ਚੀਜ਼ ਦੀ ਕੀਮਤ ਡਿੱਗਦੀ ਹੈ ਤਾਂ ਇਹਦਾ ਮਤਲਬ ਉਹਦੀ ਮਤਲਬ ਡਿਮਾਂਡ ਘੱਟ ਹੁੰਦੀ ਹੈ ਜੀ, ਤੇ ਜਦੋਂ ਕਿਸੇ
चीज की कीमत वधदी है जी, ओदी डिमांड ज्यादा मतलब ज्यादा होने करके हुंदा जी। ਤੁਸੀਂ ਸਹੀ ਦੱਸਿਆ ਪਰ ਤੁਸੀਂ ਉਲਟੇ ਤਰੀਕੇ ਨਾਲ ਦੱਸਿਆ। ਕਿਸੇ ਚੀਜ਼ ਦਾ ਪ੍ਰਾਈਸ ਕੌਣ ਡਿਸਾਈਡ ਕਰਦਾ ਹੈ? ਡਿਮਾਂਡ ਜਾਂ ਸਪਲਾਈ ਦੱਸਦੀ ਹੈ। ਜਿਸ ਚੀਜ਼ ਦਾ ਵੀ ਡਿਮਾਂਡ ਘਟ ਜੇ ਜੀ ਜੀ ਉਹਦਾ ਪ੍ਰਾਈਸ ਉਹਦੇ ਪ੍ਰਾਈਸ ਗਿਰ ਜਾਂਦਾ ਆਲਵੇਸ, ਕਿਉਂਕਿ ਡਿਮਾਂਡ ਨਹੀਂ ਹੈਗੀ ਮਾਰਕੀਟ 'ਚ, ਕੀ ਕਰੋਗੇ ਰੱਖ ਕੇ, ਹੈ ਨਾ। ਹੁਣ ਸ਼ਿਮਲੇ ਦੇ ਵਿੱਚ ਪਹਾੜਾਂ ਦੇ ਵਿੱਚ ਜਿੱਥੇ ਬਰਫ਼ ਪੈਂਦੀ ਹੈ ਉੱਥੇ ਏਸੀ ਦੀ ਡਿਮਾਂਡ ਹੈ ਹੀ ਨਹੀਂ। ਉੱਥੇ ਏਸੀ ਕੋਈ ਰੱਖ ਬੈਠ ਕੇ ਮਤਲਬ ਰੱਖ ਕੇ ਬਹਿ ਜੇ ਸੇਲ ਦੇ ਲਈ ਨਹੀਂ ਵਿਕੇਗਾ, ਕਿਉਂਕਿ ਡਿਮਾਂਡ ਨਹੀਂ ਹੈਗੀ, ਰਿਕੁਆਇਰਮੈਂਟ ਨਹੀਂ ਹੈ, ਰਾਈਟ। ਸੋ ਡਿਮਾਂਡ ਐਂਡ ਸਪਲਾਈ ਦਾ ਜਿਹੜਾ ਹੈਗਾ ਇੱਕ ਵੱਡਾ ਕਨਸੈਪਟ ਹੈ। ਸੋ ਡਿਮਾਂਡ ਹੁਣ ਇਸ ਬਾਰੇ ਗੱਲ ਨਹੀਂ ਕਰਾਂਗਾ ਕਿਉਂਕਿ ਸਮਾਂ ਜ਼ਿਆਦਾ ਹੋ ਜਾਏਗਾ, ਇਹ ਅਲੱਗ ਸੈਸ਼ਨ ਹੋਏਗਾ, ਠੀਕ ਹੈ ਜੀ। ਸੋ ਦੋ ਪੇਅਰ ਹੁੰਦੇ ਨੇ ਜਿਵੇਂ ਕਿ ਇੱਥੇ ਲਿਖਿਆ ਹੋਇਆ ਯੂਰੋ ਯੂ ਐੱਸ ਡੀ। ਯੂਰੋ ਜਿਹੜਾ ਹੈਗਾ ਉਹਨੂੰ ਅਸੀਂ ਵੇਚ ਕੇ ਡੋਲਰ ਖਰੀਦ ਰਹੇ ਹਾਂ, ਠੀਕ ਹੈ ਜੀ। ਇਹਦਾ ਅਲੱਗ ਪ੍ਰਾਈਜ਼ ਹੋਏਗਾ, ਅਲੱਗ ਚਾਰਟ ਹੋਏਗਾ। ਹਰ ਕੰਟਰੀ ਦਾ ਦੂਜੀ ਕੰਟਰੀ ਦੇ ਨਾਲ ਕਰੋਸ ਪੇਅਰ ਹੁੰਦਾ ਹੈ। ਤੁਸੀਂ ਕਿੰਨੇ ਕੰਟਰੀ ਆ ਉਹਨਾਂ ਵਿੱਚ, ਜਿਹੜੇ ਯੂ ਐੱਨ ਓ ਦੇ ਵਿੱਚ ਕਿੰਨੇ ਕੰਟਰੀਜ਼ ਨੇ ਉਹਨਾਂ ਨਾਲ ਕਰੋਸ ਪੇਅਰ ਕਰਕੇ ਦੇਖ ਲਓ, ਠੀਕ ਹੈ ਜੀ। ਕੋਈ 30-35 ਹਜ਼ਾਰ ਤੱਕ ਦੇ ਪੇਅਰ ਬਣ ਜਾਂਦੇ ਆ, ਠੀਕ ਹੈ। ਅਸੀਂ ਮੇਜਰ ਪੇਅਰ ਕਰਨੇ ਨੇ, ਕਿੰਨੇ ਤਰ੍ਹਾਂ ਦੇ ਪੇਅਰ ਹੁੰਦੇ, ਮੇਜਰ, ਮਾਈਨਰ, ਐਗਜ਼ੋਟਿਕ ਪੇਅਰਸ, ਕਿ ਅਸੀਂ ਕਿਹੜੇ ਕਿਹੜੇ ਪੇਅਰ ਡਿਸਾਈਡ ਕਰਨੇ, ਕਿਹੜੀ ਚੀਜ਼ਾਂ ਆਪਾਂ ਟ੍ਰੇਡਿੰਗ ਲਈ ਚੁਣਨੀਆਂ ਹੈ। ਅਸੀਂ ਹਰ ਚੀਜ਼ ਵਿੱਚ ਟ੍ਰੇਡਿੰਗ ਨਹੀਂ ਕਰਨੀ, ਠੀਕ ਹੈ, ਕਿਉਂਕਿ ਉਹ ਮਾਰਕੀਟ ਦੀ ਅਲੱਗ ਅਲੱਗ ਮੂਵਮੈਂਟ ਹੈਗੀ ਹੈ। ਸੋ ਬੈਸਟ ਸੇਫ ਜਿਹੜੀ ਚੀਜ਼ਾਂ ਹੈਗੀਆਂ ਅਸੀਂ ਉਹਨੂੰ ਸਿਲੈਕਟ ਕਰਾਂਗੇ, ਠੀਕ ਹੈ ਜੀ। ਸੋ ਨੈਕਸਟ ਗੱਲ ਕਰਦੇ ਹਾਂ, ਫਰੈਕਸ ਕਿੱਥੇ ਕਿੱਥੇ ਕੌਣ ਕੌਣ ਕਰਦਾ ਵਾ, ਠੀਕ ਆ। ਦੇਖੋ ਸਭ ਸਾਰੇ ਦੇਖ ਪਾ ਰਹੇ ਹੋਣਗੇ, ਸੋ ਨੌਰਥ ਅਮਰੀਕਾ ਅਤੇ ਸੈਂਟਰਲ ਅਮਰੀਕਾ ਨੂੰ ਮਿਲਾ ਕੇ, ਸਾਊਥ ਨੂੰ ਮਿਲਾ ਕੇ ਕੋਈ 2.5 ਮਿਲੀਅਨ ਲੋਕ ਜਿਹੜੇ ਟ੍ਰੇਡਰਸ ਹੈਗੇ ਨੇ, ਠੀਕ ਹੈ। ਮਿਡਲ ਈਸਟ ਦੇ ਵਿੱਚ 1 ਮਿਲੀਅਨ ਟ੍ਰੇਡਰਸ ਨੇ ਆਲਮੋਸਟ 2022 ਤੱਕ। ਅਫਰੀਕਾ ਜਿੱਥੇ ਬਹੁਤ ਹੀ ਗਰੀਬੀ, ਗੁਰਬਤ, ਠੀਕ ਹੈ, ਨੰਗ ਭੁੱਖ ਦੀ ਲੜਾਈ ਉਹਨਾਂ ਲੋਕ ਲੜਦੇ ਨੇ ਹਰ ਰੋਜ਼ ਵਿਚਾਰੇ, ਉਹਦੇ ਵਿੱਚ 1.5 ਮਿਲੀਅਨ ਟ੍ਰੇਡਰਸ ਨੇ, ਠੀਕ ਹੈ। ਯੂਰੋਪ ਦੇ ਵਿੱਚ 1.5, ਸੇਮ ਲਾਈਕ ਅਫਰੀਕਾ ਟ੍ਰੇਡਰਸ ਨੇ। ਸੋ ਏਸ਼ੀਆ ਦੇ ਵਿੱਚ 3 ਮਿਲੀਅਨ ਟ੍ਰੇਡਰ ਨੇ, ਜਿਹਦੇ ਵਿੱਚ ਚਾਈਨਾ, ਮੰਗੋਲੀਆ, ਸਾਰਾ ਹੋਂਗਕੋਂਗ ਮਿਲਾ ਕੇ। ਓਸੀਆਨੀਆ ਦੇ ਵਿੱਚ 2 ਲੱਖ ਟ੍ਰੇਡਰਸ ਨੇ। ਇੰਡੀਆ ਦੇ ਵਿੱਚ 20 ਟ੍ਰੇਡਰ ਨੇ, ਏਸ਼ੀਆ ਦੇ ਵਿੱਚ ਉਹਦੀ ਫਿਗਰਸ ਆਉਂਦੀ ਹੈ, ਬਟ ਸਾਡੇ ਟ੍ਰੇਡਰਸ ਨੂੰ ਫਰੈਕਸ ਬਾਰੇ ਨਹੀਂ ਸੀ ਪਤਾ। ਗੌਰਮੈਂਟ ਵੀ ਰਿਸਟ੍ਰਿਕਟ ਕਰਦੀ ਹੈ ਕਿ ਫਰੈਕਸ ਨਾ ਕਰੋ, ਕਿਉਂਕਿ ਇਹਦੇ ਇੰਡੀਅਨ ਮਾਰਕੀਟ ਨੂੰ ਨੁਕਸਾਨ ਹੁੰਦਾ ਹੈ, ਕਿਉਂਕਿ ਇੰਡੀਅਨ ਮਾਰਕੀਟ ਬਹੁਤ ਛੋਟੀ ਜੀ ਹੈ, ਫਰੈਕਸ ਦੇ ਪ੍ਰੈਸ਼ਰ ਨੂੰ, ਫਰੈਕਸ ਦੇ ਵੋਲੀਊਮ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਦੀ, ਠੀਕ ਹੈ। ਅਤੇ ਜੇ ਸਾਰੇ ਬੰਦੇ ਨਿਫਟੀ ਛੱਡ ਕੇ ਫਰੈਕਸ ਕਰਨ ਲੱਗ ਗਏ, ਅਤੇ ਇੰਡੀਅਨ ਮਾਰਕੀਟ ਜਿਹੜੀ ਫਰੋਡ ਕਰਦੀ ਹੈ, ਹੈ ਨਾ, ਮਤਲਬ ਲੋਕਾਂ ਦੇ ਨਾਲ ਕਿ ਉਹ ਮਾਰਕੀਟ ਨੂੰ ਮੈਨੂਪਲੇਟ ਕਰਦੀ ਹੈਗੀ ਹੈ, ਰਾਈਟ। ਸੋ ਇੱਕ ਤਾਂ ਟਾਈਮਿੰਗ ਘੱਟ ਹੈਗੀ ਹੈ। ਸੋ ਦੇਰ ਆਰ ਮੈਨੀ ਐਡਵਾਂਟੇਜਿਸ ਓਵਰ ਇੰਡੀਅਨ ਮਾਰਕੀਟ ਵਿੱਚ ਇਜ਼ ਨਿਫਟੀ, ਬੈਂਕ ਨਿਫਟੀ। ਰੀਜ਼ਨ, ਕਿਉਂਕਿ ਉਹ ਉਹਦੇ ਵਿੱਚ ਫੁੱਲ ਆਪਸ਼ਨਸ ਹੈ ਹੀ ਨਹੀਂ ਤੁਹਾਡੇ ਕੋਲ। ਇੱਕ ਤਾਂ ਲਿਵਰੇਜ ਨਹੀਂ ਹੈਗੀ ਹੈ, ਪਲੱਸ ਟਾਈਮਿੰਗ ਬਹੁਤ ਗਲਤ ਹੈਗੀ ਹੈ, 2-3 ਘੰਟੇ ਮਿਲਦੇ ਨੇ, ਉਹਦੇ ਵਿੱਚ ਵੀ ਫਰੋਡਸ ਹੁੰਦੇ ਨੇ, ਰਾਈਟ। ਸੋ ਫਰੈਕਸ ਦੇ ਵਿੱਚ ਕਿੰਨੇ ਹੁੰਦੇ ਨੇ, 22 ਘੰਟੇ ਮਿਲਦੇ ਨੇ ਤੁਹਾਨੂੰ 24 ਘੰਟਿਆਂ 'ਚੋਂ, 3 ਸੈਸ਼ਨਸ ਮਿਲਦੇ ਨੇ। ਤੁਸੀਂ ਕਿਸੇ ਵੇਲੇ ਵੀ ਆਪਣੇ ਟਾਈਮ ਜ਼ੋਨ ਦੇ ਅਕੋਰਡਿੰਗਲੀ ਐਡਜਸਟ ਕਰਕੇ ਫਰੈਕਸ ਕਰ ਸਕਦੇ ਹੋ। ਇਸ ਤੋਂ ਵਧੀਆ ਬਿਜ਼ਨਸ ਤੁਹਾਨੂੰ ਹੋਰ ਕਿਤੇ ਨਹੀਂ ਮਿਲੇਗਾ, ਠੀਕ ਹੈ ਜੀ। ਸੋ ਅਫਰੀਕਨ ਕਿਉਂ ਕਰ ਰਹੇ ਨੇ? ਇਹਨਾਂ ਦੇ ਕੋਲ ਕੋਈ ਇਨਫਰਾਸਟ੍ਰਕਚਰ ਨਹੀਂ ਹੈ, ਗੌਰਮੈਂਟ ਜੋਬਸ ਨਹੀਂ ਹੈ, ਠੀਕ ਹੈ, ਕੋਈ ਇੰਪਲੋਇਮੈਂਟ ਨਹੀਂ ਹੈ, ਫੈਕਟਰੀਜ਼ ਵੀ ਨਹੀਂ ਹੈ, ਅਤੇ ਕੀ ਕਰਦੇ ਨੇ ਵਿਚਾਰੇ, ਕੀ ਕਰਨ ਇਹ, ਰੋਟੀ ਤਾਂ ਖਾਣੀ ਹੈ ਨਾ। ਸੋ ਇਹਨਾਂ ਨੇ ਫਰੈਕਸ ਵੱਲ ਰੁੱਖ ਕੀਤਾ। 10 ਚੋਂ 3 ਟ੍ਰੇਡਰ ਸਕਸੈਸਫੁਲ ਟ੍ਰੇਡਰਾਂ ਦੀ ਗੱਲ ਕਰ ਰਿਹਾ ਵਾਂ, ਮਤਲਬ ਉਹ ਨਿਗਰੋ ਨੇ, ਅਫਰੀਕਨ ਲੋਕ ਨੇ, ਅਤੇ ਉਹਨਾਂ ਨੂੰ ਇਸ ਚੀਜ਼ ਨੇ ਬੜਾ ਸਹਾਰਾ ਦਿੱਤਾ, ਠੀਕ ਹੈ। ਸੋ ਨੈਕਸਟ ਗੱਲ ਕਰਾਂਗਾ ਕਿ ਰੀਜ਼ਨ ਆਫ ਇਨਕਰੀਜ਼ ਇਨ ਫਰੈਕਸ ਟ੍ਰੇਡਰਸ, ਕਿ ਕੋਈ ਵੀ ਬਿਜ਼ਨਸ ਦੇਖ ਲਓ, ਕੋਈ ਵੀ ਜੋਬ ਦੇਖ ਲਓ, ਆਪਣੇ ਆਪ ਨੂੰ ਪੁੱਛੋ ਦਿਲ 'ਤੇ ਹੱਥ ਰੱਖ ਕੇ ਕਿ ਕੀ ਆਪਾਂ, ਮਤਲਬ ਬੜਾ ਇੱਕ ਵਧੀਆ ਜਿਹਾ ਸੈਂਸ ਆਫ ਸਿਕਿਉਰਿਟੀ ਹੈਗੀ ਹੈ ਸਾਡੇ 'ਚ, ਕਿ ਆਪਾਂ ਪੀਸਫੁੱਲ ਲਾਈਫ ਜੀ ਰਹੇ ਹਾਂ। ਇਹ ਨਹੀਂ ਕਿ ਮੈਂ ਟ੍ਰੈਡੀਸ਼ਨਲ ਬਿਜ਼ਨਸ ਨੂੰ ਕ੍ਰਿਟੀਸਾਈਜ਼ ਕਰ ਰਿਹਾ ਵੀ ਨਹੀਂ ਨਹੀਂ ਉਹ ਬੇਕਾਰ ਨਹੀਂ, ਅੱਜ ਤੱਕ ਦੁਨੀਆ ਨੂੰ ਉਹੀ ਚਲਾਉਂਦੇ ਆਏ ਨੇ ਟ੍ਰੈਡੀਸ਼ਨਲ ਬਿਜ਼ਨਸਿਸ, ਠੀਕ ਹੈ। ਅੱਗੇ ਵੀ ਕੰਮ ਰਹੇਗਾ ਉਹਨਾਂ ਦਾ, ਬਿਲਕੁਲ ਠੀਕ ਹੈ, ਕਿਉਂਕਿ ਉਹ ਸਪੋਰਟ ਨੇ, ਉਹ ਸਪੋਰਟ ਬਿਜ਼ਨਸ ਨੇ। ਅਸੀਂ ਔਨਲਾਈਨ ਦੀ ਗੱਲ ਕਰ ਰਹੇ ਹਾਂ, ਆਪਾਂ ਫਰੈਕਸ ਦੀ ਗੱਲ ਕਰ ਰਹੇ ਹਾਂ ਜੀ, ਠੀਕ ਹੈ ਜੀ। ਜਦੋਂ ਕਰੋਨਾ ਆਇਆ ਨਾ ਜੀ, ਉਹਨਾਂ ਵੱਡੇ ਵੱਡੇ ਬਿਜ਼ਨਸ ਹਾਊਸਿਸ ਨੂੰ ਆਇਨਾ ਦਿਖਾਇਆ, ਉਹਨਾਂ ਦੀ ਔਕਾਤ ਦਿਖਾਈ। ਏਅਰਲਾਈਨਸ ਦੇ ਜਿਹੜੇ ਸਟੋਕਸ ਨੇ ਕ੍ਰੈਸ਼ ਹੋਏ, ਬਹੁਤ ਕੰਪਨੀ ਜਿਹੜੀ ਹੈਗੀ ਉਹ ਦੀਵਾਲੀਆਂ ਹੋ ਗਈਆਂ, ਖਤਮ ਹੋ ਗਈਆਂ, ਠੀਕ ਹੈ, ਡਿਜ਼ੋਲਵ ਹੋ ਗਈਆਂ, ਰਾਈਟ, ਫਾਈਨਲੀ। ਸੋ ਕੋਈ ਵੀ ਬਿਜ਼ਨਸ ਸੇਫ ਨਹੀਂ ਹੈਗਾ ਅਗਰ ਕਰੋਨਾ ਜੈਸੀ ਕੋਈ ਸਿਚੁਏਸ਼ਨ ਆ ਜਾਵੇ, ਠੀਕ ਹੈ। ਜਿਵੇਂ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਆਈ ਹੈ, ਕਿੰਨੀਆਂ ਦੀ ਜੋਬਸ ਜਿਹੜੀ ਹੈ ਚਲੀ ਗਈਆਂ, ਠੀਕ ਹੈ, ਖਾਸ ਕਰ ਸਕ੍ਰਿਪਟ ਰਾਈਟਰਸ, ਰਾਈਟ, ਉਹਦੇ ਬਾਅਦ ਆਰਟਿਸਟ ਜਿਹੜੇ ਲੋਕ ਨੇ, ਹੈ ਨਾ, ਰਾਈਟ। ਸੋ ਵੈਬਸਾਈਟ ਡਿਜ਼ਾਇਨਿੰਗ ਕਿੰਨੀ ਈਜ਼ੀ ਹੋ ਗਈ, ਹੋਮ ਡਿਜ਼ਾਇਨਿੰਗ ਕਿੰਨੀ ਈਜ਼ੀ ਹੋ ਗਈ, ਠੀਕ ਹੈ। ਤੁਹਾਨੂੰ ਕਿਸੇ ਕੰਸਲਟੈਂਟ ਦੀ ਲੋੜ ਨਹੀਂ, ਤੁਸੀਂ AI ਨੂੰ ਪੁੱਛੋ, ਚੈਟ ਬੋਰਡ 'ਤੇ ਜਾ ਕੇ ਤੁਹਾਨੂੰ ਕਿਸੇ ਵੀ ਆਂਸਰ ਦਾ, ਤੁਹਾਨੂੰ ਕਿਸੇ ਵੀ ਕੁਐਸਚਨ ਦਾ ਆਂਸਰ ਦੇ ਦੇਗੀ, ਕਿਵੇਂ, ਕਿਉਂ, ਕਿਉਂਕਿ ਉਹ ਫਿਊਚਰਿਸਟਿਕ ਚੀਜ਼ਾਂ ਹੈ। ਜੇ ਅਸੀਂ ਅੱਜ ਉਹਨਾਂ ਨੂੰ ਅਡੋਪਟ ਨਹੀਂ ਕੀਤਾ, ਅਡੈਪਟ ਨਹੀਂ ਕੀਤਾ, ਦੈਨ ਵੀ ਵਿਲ ਬੀ
आउट फ्रॉम द मार्केट। अंबेसडर कार का की होया, हिंदुस्तान मोटर्स का की होया, वैसपा स्कूटर का की होया, यजदी मोटरसाइकिल का की होया, यामा का की होया, क्योंकि मार्केट के अकॉर्डिंगली चेंज नहीं कर सके, आउट फ्रॉम द मार्केट, लोगों ने उन्होंने ना चाहते हुए भी डिस्कार्ड कर छड़िया। राइट जी, इनफील्ड वाले खुद कहते कि जे सानू पंजाबियों ने जे इनफील्ड नूं उदों गले ना ना लाया होंदा उदों इनफील्ड भी खत्म होण लग्या सी। ठीक है, सो इवें मतलब सानू मार्केट दुनिया सानू अपने लेवल दे उत्ते भी दुनिया दे नाल चलना चाहिए कदम दर कदम मिला के ताकि असी भी एडवांस रह सकीए। ठीक है, ईवन कि जिहड़े तुहाडे हत्थ च फोन इस वेले हैगे ने उह भी अपडेट मंगदे ने हर महीने, अपडेट्स आर अवेलेबल, ओके 50% बैटरी रखो अपडेट तो ला दो, इदा होंदा ना जी। राइट, सो असी किन्ना अपडेट कर रहे हैं अपने प्रोफेशन नूं जिहदे उत्ते साडी परिवार की रोजी रोटी चल रही है, परिवार का स्टैंडर्ड लिविंग स्टैंडर्ड असी मेनटेन रख रहे जिहदे उत्ते की पता कल नूं फिर कोई इदा दा करोना जैसा कुछ हो जाए, रब ना करे, कि असी तैयार हैं उहदे लई। जे नहीं है तो सीरियस होकर क्लासिज अटेंड करो प्लीज़। ठीक है, मैनूं यही है कि तुसी आओ ते इत्थे जुड़ के समझ के पैसे कमाओ। ठीक है, सो थानू जिहड़ी हैगी एक सेंस ऑफ सिक्योरिटी होवे, तुसी आराम नाल पुरसकून जिंदगी जी सको। ठीक है, सो स्ट्रेस इत्थे भी बहुत हुंदा है। ठीक है, इत्थे मैं कपल्स लड़दे देखे ने आपस च, क्यों दुबई दे विच तो मैं सीगा क्योंकि एक अकाउंट सी, दोनों ने अपने अपने फोन ते कॉमन अकाउंट रख्या होया सी, उह बेचारी बाय करदी सीगी, उह सैल करन दा सी पिछों। ठीक, वह बेचारी सवेर की प्रॉफिट करती होंगी सी, ऑफिस बैठ के उन्होंने शाम लॉस कर देना, फिर लड़ाई तो होनी है ना। ठीक है, एक गलती असी नहीं करनी, ओके एक अकाउंट नहीं रखना, अलग सोच हैगी ना, जो अलग एग्जिस्टेंस हैगा अलग अकाउंट रखो अपना, क्योंकि थोड़े अकाउंट तो थोड़ी मिसटेक तो थानू ही पता होंदा है कि मैं की सोच के लाई सी, अलग अलग जनरल होनी चाहिए है। ओके, सो ये जरूरी हैगा। सो ऑनलाइन ट्रेडिंग हैगी है, तुसी कितें भी नहीं जाना, तुसी हर चीज़ थानू ऑनलाइन मिलेगी। ठीक है, सैल्फ सस्टेन नेचर है फ्रैक्स मार्केट की, इन्हों कोई मैनुपलेट नहीं कर सकता, वॉल्यूम बहुत वड्डा है, दुनिया के बिना जी नहीं सकती, तो यह नसैसिटी हैगी, जिमें इंसान लिए फूड एक नसैसिटी हैगा, ये दुनिया की इकोनमी के लिए नसैसिटी हैगी है। जो हर चीज़ डुब रही थी करोना के, उदो 37% ग्रोथ हुई सी इस मार्केट। ठीक है जी, सो यदि नेचर हैगी है, तुम अपने बॉस आप बन सकते हो। ठीक है, कैंडी क्रश सारे ने खेली हुई है, मैं अक्सर एग्जाम्पल दिता है, सारे ने सारे लेवल देखे हुए वे, राइट, उन्ना समा जे इतने लाया हों फ्रैक्स के, राइट, सो अज वधिया एक मुकाम ते कॉन्फिडेंट लेवल ते होंदे कि नहीं मैं जी बहुत कुछ मैनू पता है ते मैं वधिया कर रहा वा। राइट, सो MT5 नू खेलो, मार्केट नू समझो, कैंडल स्टिक्स नू देखो, ते अपनी तुसी एक मतलब एक राइट इन्वेस्टमेंट करो अपने आप दी अपने समय दी। ठीक है, फ्लैक्सीबल आवर्स ने, 3 सैशनस मिलते हैं तुहानू मॉर्निंग टू मिड नाइट, इंडिया के 5 बजे सवेरे मार्केट शुरू हो जाती है, इंडियन टाइम की गल करांगा, लंदन शुरू हो जाता है 12:30 बजे जो इंडियन एशियन मार्केट डाउन होनी शुरू होती है, वॉल्यूम घटता है, लंदन जदों शुरू होता है खत्म होना शुरू होता उदों जो अद्ध विच आ जाता है उदों न्यूयॉर्क हो जाता है शुरू, जो न्यूयॉर्क रात को 12 बजे खत्म होता है 1:30, 2 बजे, 3 बजे ऑस्ट्रेलियन मार्केट शुरू हो जाती है, राइट, ड्यू टू डिफरेंट टाइम जोनस। सो यह साइकिल चलता है, सिर्फ 2 घंटे का समय होता जो MT5 ते फ्रैक्स मार्केट क्लोज होती है, मार्केट फिर भी क्लोज नहीं होती, थोड़ा MT5 बंद होता है क्योंकि उन्होंने अपनी बैकअप्स ते नैक्सट डे का जोड़ा है वो पूरी कैलकुलेशंस करनी होती है। ठीक है, सो दिस इज़ हाउ इट वर्क्स। सो इन्नी फ्लैक्सीबिलिटी थानू कोई भी बिजनेस नहीं देगा। ठीक, आई बैट यू, ओके 24 आवर्स 22 आवर्स 5 दिन होंगे ने, सैटरडे संडे बंद होंगे है, लेकिन क्रिप्टो उस दिन भी चलती है 7 डेज। इन्ना भी असी एग्जॉस्ट नहीं होना, जैसे इन्ना ही स्ट्रैस लेके काम करना, फिर असी जो बिजनेस कर रहे हैं वो किवें माड़ा, फिर वही करो। ठीक है, 2-3 दिन अपने लिए रखो, रिलैक्स होकर जिंदगी, ठीक है, बढ़िया फ्री आजाद माइंड असी होके जीना है। ठीक है, सो थोड़ा किसी नाल भी कंपीटिशन नहीं हैगा, किसी नाल भी। ठीक है, सो एक अनलिमिटेड ग्रोथ पॉसिबिलिटी मिलती हैगी है, $50 का टारगेट सीगा कुछ ट्रेडर्स का, उन्होंने अचीव किया फर्स्ट मंथ, सैकेंड मंथ, थर्ड, फोर्थ, फिफ्थ, कहिंदे भाई जिन्ने असी पैसे पूरे समय दुबई च बैठ के नहीं कमाए ने 5-6 सालों तो उन्ने असी पिछले 6 महीने च कमा ले, नाउ वी आर प्लानिंग टू रिजाइन, रीज़न क्योंकि ये चीज़ां च पोटेंशियल हैगा है, थोड़ा अपना डिसीजन डिसाइड करेगा तुसी प्रॉफिट करना या लॉस करना, असी अपने डिसीजन नूं करैक्ट करते जाना, असी अपनी सक्सैस रेट नूं वधांदे जाना। ठीक है, ताकि असी प्रॉफिटेबल हो के असी ग्रो कर सकीए। ठीक है जी, तुहानूं चाहीदा की है करन दे लई, साडी कोई फीस नहीं हैगी है। ठीक है, सो मिनिमम रिसोर्सिज की चाहिए ने, थोड़ा एक फोन चाहिए, सारे कोल है, इंटरनेट है, जियो वाले देंदे ने बहुत ज़्यादा है ना फ्रीच,
सो MT5 एक फ्री प्लेटफॉर्म है और डाउनलोड करना है, ट्रेडिंग व्यू फ्री वैबसाइट है डाउनलोड करनी हैगी है, investing.com फंडामेंटल लई न्यूज़ लई स्टडी लई यूज़ करनी अपन है, babypips.com हैगी है बिल्कुल फ्री है, सो नथिंग एट कॉस्ट, एवरीथिंग इज़ फ्री, ठीक है। सो ये सानू टूल चाहिए ने, आई थिंक सारे को टूल्स है ने, फोन भी है, इंटरनेट भी है, MT5 तो दस दाँ किमें डाउनलोड करना है, हाउ टू गो हैड विद स्टैप टू। सो हूँ तक किसी का कोई डाउट नहीं बीच? ओके ग्रेट। सो पंजाबी कितने भी नहीं है, जो है वो ना हो ना ही एक्चुअली, ठीक है, मतलब जो कर रहे हैं हूँ, जिन्होंने इकोनॉमिक्स ट्रेन कर रही है वो वधिया कर रहे हैं, ठीक है। एक दो जो अमेरिकन ट्रेडर्स ने पंजाबी ने उन्होंने नाम नाल सिंह लग्या होया है, ठीक है, पंजाब तो ने, उन्होंने मैं अप्रोच की 2022 कि साड़ी सपोर्ट करो, असी कम्यूनिटी नू ट्रेन करना है, उन्हों का अज तक कोई रिस्पोंस नहीं आया, बकायदा एक दो ने मैं जोड़ा है वो फेसबुक पर ब्लॉक भी किया, ठीक है, क्योंकि वो सिखाण के पैसे लेंदे ने, तो आप फ्री की गल कर रहे थे, असी उन्हें पोटेंशियल मार्केट में बर्बाद कर छड़िया, ठीक है। सो इनका भी इंज भी होंदा है, ठीक है। सो पंजाबियों नू फ्रैश की सब तो ज़्यादा लोड़ है, सब तो ज़्यादा आज की डेट च, ठीक है, क्योंकि जिन्ना माइग्रेट इस कम्यूनिटी ने किया ना अपनी सर जमीन छड़ के, अपनी माँ भूमि छड़ के, की कहिंदे ने पंजाब सर जमीन कहिंदे, की कहिंदे भाजी नरेंद्र भाजी? बिल्कुल भाजी, मातृ भूमि कह लो, सरजमी कह लो, साड़ी मातृभूमि कह लो या सरजमी, बिल्कुल ठीक है, अपनी मिट्टी नू छड़ के जिहड़े ना कोई भी कम्यूनिटी माइग्रेट किए ने, जिहड़े माइग्रेट किए ने भी वापिस आन की सोच के माइग्रेट होए ने कि असीं वापिस आना कदे ना कदे, राइट। सो इत्थे प्रॉब्लम की हुई, इत्थे असीं इनवेस्टमेंट बाहर कमा के बाहर ही ला रहे हैं, इत्थे दी प्रॉपर्टियां बेच रहे हैं, ठीक है। सो साडा इत्थे कुछ रह नहीं गया पिछे, जिस स्पीड नाल जिस रेशो नाल असीं माइग्रेट हो रहे हैं, ठीक है, उस नाल आने वाले 10 साल दे विच तुहानू कोई टावां टावां ही पंजाबी नज़र आएगा उत्थे, ठीक है, या वह जिहड़े क्वालीफाई नहीं कर सके उन्हां दी मजबूरी होएगी, राइट। सो असीं उस चीज़ नूं तोड़िया है, तो असीं वह चीज़ क्रैक करनी शुरू कर चुके हैं, ठीक है जी। जी किसी का कोई सवाल? मेरा यह सगा भाजी, जिदा अज आप ना भी साडा एक साडा भी बंदा है कोई कैनेडा दे विच, okay, 10 साल या 5 साल बाद कैनेडा दे विच साडे भैण भरा इदा क्या करनगे, साडा भी एक बंदा है पंजाब दे विच। हाँ जी, उल्टा हो जाएगा है ना, एक्जेक्टली, पंजाब जाना ना गुरुआं दी धरती ते कदी अगर प्लान बनिया ते ठीक है जी, आपां मतलब पंजाब च अपना हैगा उहनूं कह दांगे गड्डी लेके आ जाएगा कैनेडा विच गल्लां करनगे, ਸਾਡਾ ਹੈਗਾ ਇੱਕ ਪੰਜਾਬ ਦੇ ਚ, ਉਹ ਮੇਰੀ ਮਾਸੀ ਦਾ ਭੂਆ ਦਾ ਫਲਾਨਾ ਤਿਮਕੜਾ ਇੱਕ ਮੁੰਡਾ ਹੈਗਾ ਕੁੜੀ ਹੈਗੀ, ਇਦਾਂ ਗੱਲ ਤਾਂ ਜਿਹੜੇ ਚੱਲ ਰਹੇ ਆ, ਅਗਰ ਨਾ ਰੁਕੇ ਤਾਂ। ਸੋ ਅਸੀਂ ਵੀ ਆਰ ਰਨਿੰਗ ਆਊਟ ਆਫ ਟਾਈਮ ਭਾਜੀ, ਇਟ ਮੀਨਸ ਅਸੀਂ ਬਹੁਤ ਲੇਟ ਹਾਂ ਆਲਰੇਡੀ, ਹੈ ਨਾ, ਓਕੇ। ਸੋ ਪੰਜਾਬੀਆਂ ਦੀ ਇੱਕ ਪ੍ਰੋਬਲਮ ਕੀ ਹੈ ਸਾਡਿਆਂ ਦੀ, ਮੈਂ ਵੀ ਪੰਜਾਬੀ ਹਾਂ ਐਕਚੁਲੀ, ਠੀਕ ਹੈ। ਸੋ ਅਸੀਂ ਟ੍ਰੈਡੀਸ਼ਨਲ ਜੋਬ 'ਤੇ ਜ਼ਿਆਦਾ ਟਰੱਸਟ ਕਰਦੇ ਹਾਂ, ਠੀਕ ਹੈ, ਰੀਜ਼ਨ ਕਿਉਂਕਿ ਅਸੀਂ ਕਰ ਚੁੱਕੇ ਹੁੰਦੇ ਹਾਂ ਬਚਪਨ ਤੋਂ, ਸਾਨੂੰ ਪਤਾ ਕਿ ਸਾਡੀ ਫੈਮਿਲੀਜ਼ ਇਹਨਾਂ ਬਿਜ਼ਨਸ ਦੇ ਥਰੂ ਚੱਲ ਰਹੀ ਹੈ, ਸੋ ਵਾਈ ਰਿਸਕਿੰਗ, ਵਾਈ ਡੂਇੰਗ ਐਕਸਪੈਰੀਮੈਂਟ, ਅਸੀਂ ਐਕਸਪੈਰੀਮੈਂਟ ਨਹੀਂ ਕਰਨਾ ਚਾਹੁੰਦੇ, ਠੀਕ ਹੈ। ਤੁਸੀਂ ਯਕੀਨ ਕਰੋ ਕਿ ਐਮ ਟੈਕ ਕਰਕੇ ਜੇ ਕੋਈ ਬੱਚਾ, ਮੇਰੇ ਕੋਲ ਬਹੁਤ ਪੰਜਾਬੀ ਆਏ ਨੇ ਮੇਰੇ ਡਿਪਾਰਟਮੈਂਟ ਵਿੱਚ ਤਾਂ ਨਹੀਂ, ਇੱਕ ਸਾਡੇ ਪ੍ਰੋਡਕਸ਼ਨ ਡਿਪਾਰਟਮੈਂਟ 'ਚ ਦੁਬਈ 'ਚ, ਭਾਅ ਜੀ ਕੋਈ ਜੋਬ ਹੈਗੀ ਹੈ ਜੀ ਡਰਾਈਵਿੰਗ ਦੀ, ਐਮ ਟੈਕ ਕਰਕੇ 6-7 ਲੱਖ ਲਾ ਕੇ, ਮਤਲਬ ਉਹਨਾਂ ਨੇ ਆਪਣਾ ਲਾਇਸੈਂਸ ਬਣਾਇਆ ਅਤੇ ਫਿਰ ਜੋਬ ਲਈ ਭਟਕ ਰਹੇ ਨੇ, ਅਤੇ ਆਈ ਡੋਂਟ ਥਿੰਕ ਸੋ ਕਿ ਦੁਬਈ ਦੇ ਲਾਇਸੈਂਸ ਲਈ ਐਮ ਟੈਕ ਦੀ ਲੋੜ ਹੈਗੀ ਹੈ, ਅਤੇ ਜਿਸ ਬੱਚੇ ਨੇ ਐਮ ਟੈਕ ਕੀਤੀ ਹੈ ਉਹ ਕਿੰਨਾ ਇੰਟਲੈਕਚੁਅਲ ਹੋਏਗਾ, ਉਹ ਕਰ ਕੀ ਰਿਹਾ, ਆਪਣੀ ਫੀਲਡ 'ਚ ਕੋਸ਼ਿਸ਼ ਕਰਨ ਦੀ ਬਜਾਏ ਸਿੰਪਲ ਰਸਤਾ ਲੱਭ ਗਿਆ, ਚਲੋ ਅਸੀਂ ਟਰੱਕ ਡਰਾਈਵਿੰਗ ਕਰ ਲਾਂਗੇ। ਮੈਂ ਮਾੜਾ ਨਹੀਂ ਕਹਿ ਰਿਹਾ ਕਿਸੇ ਕੰਮ ਨੂੰ, ਪਲੀਜ਼ ਦਿਸ ਇਜ਼ ਮਾਈ ਡਿਸਕਲੇਮਰ, ਕੋਈ ਮਾਇੰਡ ਨਾ ਕਰੇ, ਕਿਉਂਕਿ ਮੈਂ ਕਹਿ ਰਿਹਾ ਖੁਦ ਮੈਂ ਵੀ ਡਰਾਈਵਿੰਗ ਕੀਤੀ ਹੈ ਦੁਬਈ 'ਚ 11 ਮਹੀਨੇ 15 ਦਿਨ, ਲੇਕਿਨ ਮੈਨੂੰ ਲੱਗਿਆ ਸੀ ਕਿ ਮੈਂ ਇਹਦੇ ਲਈ ਨਹੀਂ ਬਣਿਆ, ਮੈਂ ਕੀ ਇਗਜ਼ਾਮਪਲ ਸੈੱਟ ਕਰ ਰਿਹਾ ਕੌਮ ਦੇ ਅੱਗੇ, ਠੀਕ ਹੈ, ਕਿ ਉਹ ਮੈਨੂੰ ਫੋਲੋ ਕਰਨ, ਫਿਰ ਵੀ 15 ਸਾਲ ਵੇਸਟ ਹੋ ਗਏ ਜੋਬ ਦੇ ਵਿੱਚ, ਮੈਂ ਵੇਸਟ ਹੀ ਕਹਾਂਗਾ, ਜਿਹੜੀ ਤੁਹਾਡੇ ਬੁਢਾਪੇ ਨੂੰ ਸਿਕਿਓਰ ਨਾ ਕਰ ਸਕੇ ਉਹ ਜੋਬ ਜਾਂ ਬਿਜ਼ਨਸ, ਉਹ ਬਿਜ਼ਨਸ ਨਹੀਂ ਹੈਗਾ, ਜਿਹੜਾ ਬਿਜ਼ਨਸ ਤੁਹਾਨੂੰ ਆਪਣੀ ਕੁਰਸੀ 'ਤੇ ਬਿਠਾ ਕੇ ਹੀ ਰੱਖੇ, ਤੁਹਾਨੂੰ ਆਲਵੇਜ਼ ਸੇਮ ਸਟ੍ਰੈਸ ਰਹੇ, ਅੱਜ ਤੋਂ 50 ਸਾਲ ਬਾਅਦ ਵੀ ਤੁਸੀਂ ਐਕਸਪੈਂਸ਼ਨ ਹੀ ਕਰਦੇ ਚੱਲ ਜਾਓ ਬਿਜ਼ਨਸ ਦੀ, ਬਹੁਤ ਵੱਡੇ ਹੋ ਗਏ ਬਟ ਸਟ੍ਰੈਸ ਲੈਵਲ ਸੇਮ ਹੈਗਾ, ਠੀਕ ਹੈ, ਤੁਸੀਂ ਉੱਥੇ ਕੁਛ ਨਹੀਂ ਕਰ ਰਹੇ ਫਿਰ, ਕਿਉਂਕਿ ਇਕੱਲਾ ਬਿਜ਼ਨਸ ਵੀ ਕਿਸੇ ਕੌਮ ਨੂੰ ਸਿਕਿਓਰ ਨਹੀਂ ਕਰਦਾ,
कल्ला पैसा भी किसी कौम नूं सिक्योर नहीं करता, तो ज़्यादा पैसा होना कदे कदे किसी कौम लई त्रासदी हो जाता है, जिवें 1984 सिखां नाल होया सी। बिजनेस वड्डे वड्डे बिजनेस दे मालक होना डिफरेंट डिफरेंट शहरां दे विच, जिहदे विच जमशेदपुर भी पुर दा नाम भी मैं लवांगा, उत्थे बहुत ज़्यादा मास्कर होया सी 1984 च, शिमले भी होया सी, सोलन भी होया सी, मंडी भी होया सी, मनाली भी होया सी, कुल्लू भी होया सी, किस करके दिल्ली बहुत ज़्यादा होया सी, क्योंकि बिजनेस हाउस के मालक जिहड़े सीगे, ट्रांसपोर्टर्स के मालक, वड्डे वड्डे शोरूम के मालक सरदार सीगे, सिख सीगे, तो उन्हां दा पैसा उन्हां दी लई मुसीबत बन गया सी उदों। ठीक है, सो हर चीज़ एडवांसमेंट दे नाल चलना, प्लानिंग दे नाल चलना भी कौम दी सक्सैस दी गरंटी हुंदा है। ठीक है जी, सो हुण नाओ ट्रडिशनल जॉब जिहड़ी कर रहे ने, इह जिहड़ी तुसीं अज क्लास ला रहे हो ना, एक एडवांस वर्जन हैगा, एडवांस नहीं है, 2000 तों जिहड़ी हैगी है ट्रेडिंग लोग ऑनलाइन शुरू हो गई सीगी, असीं बहुत लेट हाँ, असीं 24 साल लेट हाँ मतलब। ओके, जिहड़े अज यंग एज विच ने बहुत लक्की ने। सो फरदर गल करांगा, सिख ऑलरेडी शेयरिंग एंड कैरिंग का कंसैप्ट साझा करते हैं अपने गुरु घर अपनी निजी अपनी पर समाजिक जिंदगी दे विच, राइट, इस करके पंजाबी बहुत रिस्पैक्टेड कम्यूनिटी भी हैगी है। ठीक है, पर कितने ना कितने साडे लई सैटबैक भी हैगा है, दूजे नूं सर्व करते करते असं अपने बारे भुल ही गए एक्चुअली, ये भी एक हार्श रियालिटी हैगी, सानू ये एक्सैप्ट करनी चाहिए, एज ए वीक पॉइंट सानू ये इनू करैक्ट भी करना चाहिए। ठीक है जी, सो तुसीं भी फ्रैक्स सीख के किसी अगे सिखाओ तो यही साडी फीस होएगी, जिवें तुहानू किसी ने दस्या है, तुहानू अज तो मैं नहीं गरंटी दिंदा, तुहानू थर्ड फोर्थ सैशन लगेगा कि नहीं किसी ने बहुत भला किया, मैनू इस सिखनोमिक्स टीम नाल जोड़िया, मैंने हुण चीज़ां समझ आन लगी हैं। ठीक है, सोचो तुसीं अपनी जिंदगी चेंज कर लेंदे वास्ते 6 महीने साल बाद, तुसीं वधिया एक मुकाम तुसीं बैठ के डॉलर छाप रहे हो, है ना, पंजाबी जिवें छापना कहिंदे नोट छाप रहे। ठीक है, सो तुहानू की लगेगा कि सोचो तुहानूं जे ना दस्या हुंदा इन्हां ने जिन्होंने भी तुहानूं रैफर किया सी साडा नाम, सो तुहाडा भी फर्ज़ बनता कि जरूर अपने बच्चों नूं जरूर नाल जोड़ो, जिहड़े आयल्स करके जाण लई उडारी भरन लई बच्चे तैयार बैठे हैं उन्होंने जरूर रोको, रुकन गए हो। ठीक है, उदों तक साडे ऐसे भी जिहड़े मतलब साडे सोर्सिज़ ने कनेडा अमेरिका बाकी कंट्रीज़ दे विच जिहड़े कि हुण बच्चों जिन्हां ने जगाना शुरू किया गुरद्वारा लैवल दे उत्ते, रीज़न वह रियलिटी दस रहे हैं, सोशल मीडिया तो असीं देखो किन्ने चैनल शुरू हो गए जिहड़े रियलिटी दस रहे हैं कि किवें साडे बच्चे टेंटां दे विच रहिंदे ने बेचारे, है ना, कुछ इन्नी ज़्यादा शेयरिंग कर लैंदे ने कि ओवर क्राउडेड रूमां च रह रहे हैं, किस लेवल तक कंप्रोमाइज़ नहीं किया साडी कम्यूनिटी ने उत्थे सर्वाइव करन दे लई। ठीक है जी, सो वह जो रियलिटी सामने आएगी इन्हें बच्चों ने फिर डरना है, डरना नहीं मतलब उन्होंने रियलिटी पता लग जाएगी, एक मतलब सपने टुटणगे इन्हां दे जिहड़े फालतू दे नाल लिते हुए ना किसी दूजे नूं देख के कि नहीं बस बाहर जाके पैसे कमाने बहुत सौखे ने, सो वह यह तो जाणगे नहीं, तो जिहड़े गए हुए ने वो स्लो एंड स्टडी जिहड़े सैट नहीं हुए वापस आएंगे, लेकिन किस लेवल किस बेस पर आएंगे उन्हें को फ्रैक्स होएगी, उन्होंने फोन के पैसे कमाने का जरिया होएगा, उन्होंने ब्रेन च एक नॉलेज होएगी, कंसैप्ट होएगा कि यस आई कैन डू इट, आई एम डूइंग इट, सो आई हैव टू गो बैक नाउ, मैं कोई स्ट्रैस नहीं है। स्ट्रैसलैस बंदा ही जिहड़ा हैगा वो पीस ऑफ माइंड सिमरन कर सकता है। ठीक है, नहीं तुसीं देखिया पंजाब च एक शर्मनाक जिहा ट्रेंड शुरू होया कि लोग ना गुजारा साहिबां च जाके जहाज़ भी चढ़ाने लग गए, टॉयज खिलौने ले लेके जहाज़ चढ़ाने लग गए, मैनू जहाज़ चढ़ा दे मतलब, है ना। सो ये इदां दे कर्मकांड पखंडवाद भी शुरू हो गए, क्यों, हर कोई एक रेस लग्या होया। ठीक है, एक आम बंदा की मंगेगा गुरु महाराज तो नौकरी दे दे, बाहर भेज दे, टिकट दवा दे, है ना, ये कर दे वो कर दे, है ना। सो एक रज्या होया बंदा ही चैरिटी कर सकता वधिया। ठीक है, सो डर विच जीना भी जरूरी है, बट हर वेले डर च जीना भी जिहड़ा गलत हैगा, एक स्ट्रैस दे विच जीना, है ना। सो जरूर दसो कम्यूनिटी नूं जिहड़ा हैगा अवेयर आपां करिए एज ए टीम। ओके, सो माइग्रेट जो होना भी किसी ने, मैं ये भी कह देवां, मैं किसी नूं डीमोटिवेट नहीं कर रहा, ना ही मैं इस चीज़ के अगेंस्ट हाँ कि बाहर ना जाओ, जे बाहर ना गए होंदे उदों मुल्क आज़ाद ना होंदा, गदरी बाबे सारे बाहर दे सीगे, उन्होंने बाहरों फंडिंग आई सी तां ही उन्होंने मतलब मुल्क नूं आज़ाद करवाया। ठीक है, सो एक एक्सपोजर लेना भी पता लगे, लेकिन साडी कौम ने एक्सपोजर भी नहीं लिता प्रोपर, पता ही नहीं दुनिया च लैफ्ट राइट की हो रहा, एस टू एस का जिहड़ा सफ़र है तय किया, स्टेयरिंग टू स्टेयरिंग, वह कोई असी प्रोपर ग्रोथ नहीं की, जिवें मैं हुणे दस्सिया कि अजय पाल सिंह बंगा जैसे किन्ने क असी डायनामिक परसनस तैयार किए ने कौम ने, फिलहाल तो कोई होप नहीं है, नंबर घटते जा रहे हैं, है ना। सो जो माइग्रेंट होना भी हैगा उत्थे जाके असी हार्ड जॉब्स ना करिए, हड तोड़वी मेहनत
ਜਿਹਦਾ ਕੋਈ ਵੀ ਮਤਲਬ ਐਂਡ ਨਹੀਂ ਹੈਗਾ, ਉਹ ਲਾਈਫ ਟਾਈਮ ਕਰਨੀ ਪਏਗੀ। ਸਮਾਰਟ ਵਰਕ ਨਹੀਂ, ਹਾਰਡ ਵਰਕ ਹੈਗਾ ਉਹ, ਠੀਕ ਹੈ। ਸੋ ਅਸੀਂ ਹੈਕਟਿਕ ਜੋਬ ਨਾ ਕਰੀਏ, ਬੈਕ ਟੂ ਬੈਕ ਜੋਬਸ ਨਾ ਕਰੀਏ, ਅਸੀਂ ਟ੍ਰੇਡਿੰਗ ਕਰੀਏ। ਅਤੇ ਜਿਹੜੇ ਕੰਮ ਲਈ ਬਾਹਰ ਗਏ ਹਾਂ ਆਪਾਂ, ਸਟੱਡੀਜ਼ ਬੇਸ 'ਤੇ ਜਾਂਦੇ ਹਾਂ ਨਾ ਆਪਾਂ, ਲੇਕਿਨ ਸਾਨੂੰ ਸਭ ਨੂੰ ਪਤਾ ਕਿ ਸਟੱਡੀ ਸਟੂਡੀ ਉੱਥੇ ਕਰਨ ਕੋਈ ਨਹੀਂ ਜਾਂਦਾ, ਪੰਜਾਬੀ ਖਾਸ ਕਰ, ਠੀਕ ਹੈ। ਜਾਂਦੇ ਨੇ ਸਾਊਥ ਇੰਡੀਅਨ ਸਟੱਡੀ ਕਰਨ ਦੇ ਲਈ, ਹਾਇਰ ਸਟੱਡੀਜ਼ ਦੇ ਲਈ ਜਾਂਦੇ ਨੇ, ਬਾਹਰੋਂ ਇੰਜੀਨੀਅਰ ਲਿਟਰੇਚਰ ਜਾਂ ਕੁਛ ਆਪਣੀਆਂ ਹਾਇਰ ਕੁਆਲੀਫਿਕੇਸ਼ਨ PhD ਕਰਕੇ ਵਾਪਸ ਆਉਂਦੇ ਨੇ, ਹਾਇਰ ਐਜੂਕੇਸ਼ਨ ਨਵੀਂ ਨੌਲੇਜ ਲੈ ਕੇ ਵਾਪਸ ਆਉਂਦੇ ਨੇ, ਆਪਣੇ ਕਮਿਊਨਿਟੀ ਦੀ ਦਾ ਨਾਂ ਰੋਸ਼ਨ ਕਰਦੇ ਨੇ। ਸਾਡੇ ਵਾਲੇ ਕੀ ਕਰਦੇ ਨੇ, ਪੈਸੇ ਬਹੁਤ ਕਮਾ ਲਏ ਆਪਾਂ ਨੇ, ਪਰ ਸਟੇਟਸ ਨਹੀਂ ਮਿਲਿਆ, ਠੀਕ ਹੈ। ਸੋ ਉਹ ਰੀਜ਼ਨ ਕੀ ਹੈ, ਕਿਉਂਕਿ ਅਸੀਂ ਸਿਰਫ ਪੈਸੇ ਕਮਾਏ। ਸੋ ਜੇ ਬਾਹਰ ਜਾਣਾ ਵੀ ਹੈਗਾ, ਸਟੱਡੀ ਦੇ ਬੇਸ 'ਤੇ ਗਏ ਹੋ, ਪੈਸੇ ਕਮਾਉਣ ਲਈ ਕੋਈ ਹੱਡ ਭੰਨਵੀਂ ਮਿਹਨਤ ਨਹੀਂ ਕਰਨੀ ਆਪਾਂ ਨੇ, ਸਿਰਫ ਟ੍ਰੇਡਿੰਗ ਕਰਨੀ ਹੈ। ਜਦੋਂ ਸਾਨੂੰ ਪੈਸੇ ਕਮਾਉਣ ਦਾ ਸਟ੍ਰੈਸ ਹੀ ਨਹੀਂ ਰਹੇਗਾ, ਫਿਰ ਆਪਾਂ ਜਿਸ ਸਟੱਡੀ ਲਈ ਗਏ ਹੋਏ ਹਾਂ ਆਪਾਂ ਉਹਨੂੰ ਫਰਦਰ ਇਨਹਾਂਸ ਕਰਾਂਗੇ, ਮਤਲਬ, ਠੀਕ ਹੈ। ਫਿਰ ਅਸੀਂ ਹਾਈਲੀ ਐਜੂਕੇਟਡ ਹੋ ਕੇ ਵਾਪਸ ਜਦੋਂ ਮੁੜਾਂਗੇ, ਤਾਂ ਅਸੀਂ ਫਰੀ ਮਾਇੰਡ ਹੋ ਕੇ ਆਪਣੀ ਕਮਿਊਨਿਟੀ ਦੀ, ਆਪਣੇ ਮੁਲਕ ਦੀ ਸੇਵਾ ਵੀ ਕਰ ਸਕਦੇ ਹਾਂ, ਠੀਕ ਹੈ ਜੀ। ਸੋ ਇਹ ਉਹਨਾਂ ਨੂੰ ਜਿਹੜਾ ਸਟ੍ਰੈਸ ਹੁੰਦਾ ਨਾ, ਜਿਹੜਾ ਸੁਸਾਈਡ ਹੋ ਕਰ ਰਹੇ ਨੇ ਵਿਚਾਰੇ ਕੁਛ, ਹੈ ਨਾ, ਕੁਛ ਉਹਨਾਂ ਨੂੰ ਮਤਲਬ ਹਾਰਟ ਅਟੈਕਸ ਹੋ ਰਹੇ ਨੇ ਛੋਟੀ ਏਜ ਦੇ ਵਿੱਚ, ਕਿਉਂਕਿ ਪੈਸਾ ਕਮਾਉਣਾ ਸੌਖਾ ਨਹੀਂ ਹੈਗਾ। ਸੋ 18 ਸਾਲ ਦੇ ਬੱਚੇ ਨੂੰ ਅਸੀਂ ਇਹ ਇੱਕ ਟਾਸਕ ਦੇ ਰਹੇ ਹਾਂ, ਨੈਚੁਰਲੀ ਹੀ ਵਿਲ ਫੇਲ, ਅਵੈਂਚੁਅਲੀ ਹੀ ਵਿਲ ਫੇਲ, ਓਕੇ। ਸੋ ਫਿਰ ਉਹਨਾਂ ਨੂੰ ਸ਼ੋਰਟਕੱਟ ਹੈ ਕਿ ਚਲੋ ਛੱਡੋ ਯਾਰ, ਸੁਸਾਈਡ ਕਰੋ ਅਤੇ ਨਿਕਲੋ, ਓਕੇ। ਸੋ ਥੈਂਕ ਯੂ ਭੈਣ ਜੀ, ਸਾਰੇ ਅਮੇਜ਼ਿੰਗ ਹੈਗੇ ਆ, ਹਰ ਬੰਦਾ ਰੱਬ ਨੇ ਖਾਸ ਬਣਾਇਆ, ਹਰ ਰੂਹ ਰੱਬ ਨੇ ਖਾਸ ਬਣਾਈ ਹੈ, ਸਿਰਫ ਅਸੀਂ ਆਪਣੇ ਆਪ ਨੂੰ ਪਹਿਚਾਣਨਾ ਹੁੰਦਾ। ਮੈਂ ਉਦੋਂ ਸਮਝਾਂਗਾ ਕਿ ਮੈਂ ਮੇਰਾ ਜੀਣ ਦਾ ਮਕਸਦ ਹੱਲ ਹੋ ਗਿਆ ਜਦੋਂ ਮੈਂ ਕੁਛ ਵੱਡਾ ਚੇਂਜ ਲਿਆਉਣ 'ਚ ਸਕਸੈਸ ਹੋਇਆ। ਬਾਈ ਐਨੀ ਮੀਨ, ਹੁੱਕ ਔਰ ਕਰੁੱਕ, ਆਈ ਵਿਲ ਡੂ ਇਟ, ਜਦ ਤੱਕ ਮੈਨੂੰ ਵਾਹਿਗੁਰੂ ਨੇ ਸਵਾਸ ਬਖਸ਼ੇ ਹੋਏ ਨੇ। ਮੇਰੇ ਤੋਂ ਬਾਅਦ ਮੇਰੀ ਟੀਮ ਜਿਹੜੀ ਹੈਗੀ ਆ, ਉਹ ਦੇ ਆਰ ਰੈਡੀ, ਦੇ ਆਰ ਡੂਇੰਗ ਇਟ ਐਕਚੁਲੀ ਆਲਰੇਡੀ, ਹੈ ਨਾ। ਸੋ ਇਨਵੈਸਟਮੈਂਟ ਦੀ ਕੋਈ ਵੱਡੀ ਉਹ ਨਹੀਂ ਹੈਗੀ ਹੈ, ਠੀਕ ਹੈ। ਐਜ਼ ਏ ਬਿਗਨਰ ਮੈਂ $100 ਰਿਕਮੈਂਡ ਕਰਾਂਗਾ, ਲੇਕਿਨ $100 ਤੁਸੀਂ ਦੇਖੋ ਕਿਹੜਾ ਬਿਜ਼ਨਸ ਤੁਸੀਂ ਕਰ ਸਕਦੇ ਹੋ 8-10 ਹਜ਼ਾਰ 'ਚ। ਹੈ ਕੋਈ ਬਿਜ਼ਨਸ ਜਿਹੜਾ ਤੁਸੀਂ 8-10 ਹਜ਼ਾਰ 'ਚ ਸ਼ੁਰੂ ਕਰ ਸਕਦੇ ਹੋ? ਐਨੀ ਵਨ? ਅਤੇ ਮੈਂ ਵੀ ਆਪਣਾ ਜਿਹੜਾ ਹੈਗਾ ਇਹ ਥਿਊਰੀ ਚੇਂਜ ਕਰਾਂ, ਜੇ ਕੋਈ ਹੈਗਾ ਇੱਦਾਂ ਦਾ 8-10 ਹਜ਼ਾਰ ਵਾਲਾ ਬਿਜ਼ਨਸ, ਹੈਗਾ ਜੀ ਕੋਈ? ਐਨੀ ਵਨ? ਨਹੀਂ ਸਰ ਕਿਉਂਕਿ ਮੈਨੂੰ ਪਤਾ ਹੈ ਵੀ ਜੇ ਤੁਸੀਂ ਕਿਸੇ ਨੇ ਕੋਈ ਵੀ ਕੰਮ ਕਰਨਾ ਹੋਵੇ ਤਾਂ ਮਿਨੀਮਮ ਮੈਨੂੰ ਕੈਪੀਟਲ ਜਿਹੜੀ ਹੈਗੀ ਕਿਸੇ ਵੀ ਕੰਮ ਲਈ 1.5 ਲੱਖ ਦਾ, ਕਹਿੰਦੇ ਨਾ ਈ ਰਿਕਸ਼ਾ ਆਉਂਦਾ ਹੈ ਨਾ ਦਿੱਲੀ ਦੇ ਵਿੱਚ, ਓਕੇ। ਸੋ ਕੁਛ ਵੀ ਆਸਾਨ ਨਹੀਂ ਹੈਗਾ। ਸੋ ਇਹ ਤੁਸੀਂ 8-10 ਹਜ਼ਾਰ ਨਾਲ ਇੱਕ ਸਟਾਰਟਿੰਗ ਕਰ ਸਕਦੇ ਹੋ ਸਿੱਖਣ ਦੇ ਲਈ, ਠੀਕ ਹੈ। ਸੋ ਹੁਣ ਫੈਕਸ ਮਾਰਕੀਟ ਕਿੰਨੀ ਕੁ ਵੱਡੀ ਹੈ ਕੰਪੈਰੀਜ਼ਨ ਟੂ ਸਟੋਕ ਮਾਰਕੀਟ? ਰੈੱਡ ਦੇ ਵਿੱਚ ਜਿਹੜਾ ਹੈਗਾ ਇਹ ਸਟੋਕ ਮਾਰਕੀਟ ਹੈਗੀ ਹੈ, ਓਕੇ। ਸੋ ਫਰੈਕਸ ਮਾਰਕੀਟ ਜਿਹੜੀ ਹੈਗੀ ਡੇਲੀ ਦੀ $6.6 trillion ਅਤੇ $2.4 quadrillion annually। ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਪਹਾੜ ਹੈਗਾ, ਕਿਉਂਕਿ ਹਰ ਕੰਟਰੀ ਦਾ ਟੋਟਲ ਜਿਹੜਾ ਬਿਜ਼ਨਸ ਹੈਗਾ ਥਰੋ ਫਰੈਕਸ ਹੁੰਦਾ ਹੈ ਦੂਜੀ ਕੰਟਰੀ ਦੇ ਨਾਲ, ਠੀਕ ਹੈ। ਸੋ ਕਿੰਨੀ ਵੱਡੀ ਹੈਗੀ ਅਤੇ ਕਿੰਨਾ ਵੱਡਾ ਪੋਟੈਂਸ਼ੀਅਲ, ਤੁਸੀਂ ਕਿੰਨੀ ਵੱਡੀ ਮਾਰਕੀਟ 'ਚ ਇੰਟਰ ਕਰ ਰਹੇ ਹੋ, ਸਿੱਖ ਕੇ ਜਾਣਾ ਆਪਾਂ ਨੇ ਇਸ 'ਚ ਇੰਟਰ ਕਰਨਾ ਹੈ, ਅਦਰਵਾਈਜ਼ ਬਿਗ ਮਾਰਕੀਟ ਹੈਗੀ ਹੈ। ਸੋ ਜੇ ਵੱਡੀ ਨਹਿਰ 'ਚ ਜਾਓਗੇ ਬਿਨਾਂ ਸਿੱਖੇ ਕਿ ਤੈਰਨਾ ਕਿਵੇਂ ਹੈਗਾ, ਇਹਦੇ ਕਰੰਟਸ ਕੀ ਨੇ, ਇਹਦਾ ਫਲੋ ਕਿੱਧਰ ਹੁੰਦਾ ਹੈ ਨਾ, ਕਿਸ ਵੇਲੇ ਕੀ ਇਹਦੀ ਰੇਂਜ ਹੈਗੀ ਹੈ, ਸੋ ਅਸੀਂ ਡੁੱਬ ਜਾਵਾਂਗੇ ਉਦੋਂ। ਸੋ ਸੇਮ ਰਿਸਕ ਇਜ਼ ਹੇਅਰ ਐਜ਼ ਵੈਲ, ਓਕੇ। ਸੋ ਅਸੀਂ ਬਿਲਕੁਲ ਕੇਅਰਫੁਲੀ ਤਿਆਰ ਹੋ ਕੇ ਆਪਾਂ ਨੇ ਜਾਣਾ ਇਸ ਮਾਰਕੀਟ 'ਚ, ਠੀਕ ਹੈ। ਸੋ ਫਰੈਕਸ ਦੇ ਬਾਰੇ ਸਭ ਨੂੰ ਪਤਾ ਲੱਗ ਗਿਆ ਕਿ ਫਰੈਕਸ ਕੀ ਹੈ, ਕਿੰਨਾ ਵੋਲੀਊਮ ਹੈਗਾ ਹੈ, ਫਰੈਕਸ ਕਿਉਂ, ਕਿਵੇਂ ਅਤੇ ਕਿਉਂ ਤੁਹਾਨੂੰ ਕਰਨੀ ਚਾਹੀਦੀ ਹੈ ਨਾ, ਕਿੰਨੀ ਇਨਵੈਸਟਮੈਂਟ ਚਾਹੀਦੀ ਹੈ, ਕਿਹੜੇ ਕਿਹੜੇ ਟੂਲ ਚਾਹੀਦੇ ਨੇ, ਰਾਈਟ। ਸੋ ਫਰੈਕਸ ਦਾ ਕੀ ਫਿਊਚਰ ਹੈਗਾ ਸਭ ਨੂੰ ਪਤਾ ਲੱਗਿਆ। ਸੋ ਟੋਟਲ ਫਰੈਕਸ ਦਾ ਜਿਹੜਾ ਹੈਗਾ 43% UK ਸੈਸ਼ਨ ਦੇ ਵਿੱਚ ਟ੍ਰੇਡ ਹੁੰਦਾ ਹੈ, ਲੰਡਨ ਸਟੋਕ ਐਕਸਚੇਂਜ ਦੇ ਵਿੱਚ ਉਹਦਾ ਉਹ ਸਾਰਾ ਬਿਜ਼ਨਸ ਹੁੰਦਾ ਹੈ, ਠੀਕ ਹੈ ਜੀ। GBP ਜਿਹਨੂੰ ਅਸੀਂ ਕਹਿੰਦੇ ਨੇ ਗ੍ਰੇਟ ਬ੍ਰਿਟੇਨ ਪਾਊਂਡ ਸਟੇਲਿੰਗ। ਸੋ 16.5% US ਟ੍ਰੇਡ ਕਰਦਾ ਹੈ ਟੋਟਲ ਫਰੈਕਸ ਦਾ ਹਿੱਸਾ, ਫਰਾਂਸ 2%, ਬਾਕੀ ਤੁਸੀਂ ਪੜ੍ਹ ਸਕਦੇ ਹੋ ਚਾਈਨਾ, ਜਪਾਨ 7%, 7.6%, ਸਿੰਗਾਪੁਰ ਛੋਟਾ ਜਿਹਾ ਮੁਲਕ ਹੈ ਲੇਕਿਨ ਤੁਸੀਂ ਉਹਦੀ ਪਰਸੈਂਟੇਜ ਦੇਖੋ, ਉੱਥੇ ਦਾ ਹਰ ਦੂਸਰਾ ਬੰਦਾ ਟ੍ਰੇਡਰ ਹੈ। ਜਪਾਨ ਦੀ ਘਰ 'ਚੋਂ ਇੱਕ ਨਾ ਇੱਕ ਫੀਮੇਲ ਟ੍ਰੇਡਰ ਹੈ, ਖਾਸ ਕਰ ਫੋਰੈਕਸ ਦੇ ਵਿੱਚ। ਤਾਂ ਉਹਦੇ 'ਤੇ ਇੱਕ ਬਹੁਤ ਸੋਹਣੀ ਇੱਕ ਬਿਜ਼ਨਸ ਇਨਸਾਈਡਰ ਨੇ ਵੀਡੀਓ ਬਣਾਈ ਹੋਈ ਹੈ ਕਿ ਕਿੰਨੇ ਸਾਲ ਮਤਲਬ ਉਹਨਾਂ ਨੇ ਮਿਲੀਅਨਸ ਬਿਲੀਅਨਸ ਡੋਲਰ ਕਮਾਏ ਨੇ, ਜਪਾਨ ਦੀ ਇਕੋਨਮੀ ਨੂੰ ਡਰਾਈਵ ਕੀਤਾ ਉਹਨਾਂ ਉੱਥੇ ਦੀ ਵੂਮਨਸ ਟ੍ਰੇਡਰਸ ਨੇ, ਇੰਨਾ ਪੈਸਾ ਉਹਨਾਂ ਨੇ ਮਤਲਬ ਲੈ ਕੇ ਆਉਂਦਾ ਹੈ ਫੋਰਨ ਤੋਂ ਫਰੈਕਸ ਦੇ ਤੌਰ 'ਤੇ ਆਪਣੇ ਮੁਲਕ ਦੇ ਵਿੱਚ, ਠੀਕ ਹੈ। ਸੋ
ਸੈਸ਼ਨ ਜਿਹੜੇ ਹੁੰਦੇ ਨੇ ਲੰਡਨ ਸੈਸ਼ਨ ਤੁਸੀਂ ਜਿਵੇਂ ਦੇਖ ਸਕਦੇ ਹੋ GMT ਟਾਈਮਿੰਗ ਹੈਗੀ ਹੈ ਜਿਵੇਂ ਕਿ 7 ਵਜੇ ਸ਼ੁਰੂ ਹੋਇਆ ਜਿਵੇਂ ਇਹ 11 ਵਜੇ ਇੱਥੇ ਪੁੱਜਿਆ ਨਿਊਯਾਰਕ ਸ਼ੁਰੂ ਹੋ ਗਿਆ ਹਾਈ ਵੋਲੀਅਮ ਜਿਹੜਾ ਓਵਰਲੈਪ ਹੁੰਦਾ ਇਹ ਇਹਨਾਂ ਦਾ ਓਵਰਲੈਪਿੰਗ ਸੈਸ਼ਨ ਹੁੰਦਾ ਇੱਥੇ ਸਭ ਤੋਂ ਜ਼ਿਆਦਾ ਵੋਲੀਅਮ ਹੁੰਦਾ 24 ਘੰਟੇ 'ਚ ਵੱਡੀ ਵੱਡੀ ਕੈਂਡਲਸ ਮਿਲੀਅਨਸ ਬਿਲੀਅਨਸ ਡੋਲਰ ਦਾ ਬਿਜ਼ਨਸ ਪਰ ਕੈਂਡਲ ਦੇ ਵਿੱਚ ਰਾਈਟ ਸੋ ਜਦੋਂ ਨਿਊਯਾਰਕ ਖਤਮ ਹੋਇਆ ਸਿਡਨੀ ਸ਼ੁਰੂ ਹੋ ਗਿਆ ਸਿਡਨੀ ਜਦੋਂ ਥੋੜ੍ਹਾ ਜਿਹਾ ਚੱਲਦਾ ਹੈ ਨੀਚੇ ਟੋਕਿਓ ਸ਼ੁਰੂ ਹੋ ਜਾਂਦਾ ਜਿਹਨੂੰ ਅਸੀਂ ਏਸ਼ੀਅਨ ਸੈਸ਼ਨ ਕਹਿ ਦਿੰਦੇ ਹਾਂ ਆਲਮੋਸਟ 1.5-2 ਘੰਟੇ ਦਾ ਹੀ ਕਲੋਜ਼ਰ ਹੁੰਦਾ ਹੈ ਇਹਨਾਂ 'ਚ ਠੀਕ ਹੈ ਤੁਸੀਂ ਕੀ ਟ੍ਰੇਡ ਕਰ ਸਕਦੇ ਹੋ ਦੇਰ ਆਰ 100,000 ਆਫ ਥਿੰਗਸ ਓਕੇ ਵੀ ਵਿਲ ਓਨਲੀ ਕੰਸਟਰੇਟ ਔਨ ਫੋਰੈਕਸ ਕਰੰਸੀ ਐਂਡ CFDs ਬਾਕੀ ਤਾਂ ਬਹੁਤ ਲੰਬੀ ਗੱਲ ਹੈ ਇਨਵੈਸਟਮੈਂਟ ਆਪਾਂ ਤੁਹਾਨੂੰ ਸਟੋਕਸ 'ਚ ਰਿਕਮੈਂਡ ਕਰਾਂਗੇ ਜੇ ਕਿਸੇ ਨੇ ਕੋਈ ਸਟੋਕਸ ਲੈਣੇ ਨੇ ਸਾਨੂੰ ਪੁੱਛੋ ਤੁਹਾਨੂੰ ਅਸੀਂ ਰਿਕਮੈਂਡ ਕਰਾਂਗੇ ਔਨ ਵੀਕਲੀ ਬੇਸਿਸ ਕਿ ਕਿਹੜੇ ਕਿਹੜੇ ਸਟੋਕ ਲੈਣੇ ਠੀਕ ਨੇ ਇਸ ਵੇਲੇ ਅਤੇ ਕਿਉਂ ਲੈਣੇ ਨੇ ਲੋਜਿਕ ਕੀ ਆ ਉਹਦਾ ਠੀਕ ਹੈ ਸਟੋਪ ਲੋਸ ਕਿੱਥੇ ਰੱਖਣਾ ਹੈ TP ਕਿੱਥੇ ਹੋਏਗਾ ਉਹਦਾ ਕਦੋਂ ਬੁੱਕ ਕਰਨਾ ਹੈ ਪ੍ਰੋਫਿਟ ਸੋ ਵੀ ਵਿਲ ਆਲਸੋ ਗਿਵ ਯੂ ਨੌਲੇਜ ਸੋ ਮੈਟਲਸ ਸਟੋਕਸ ਅਤੇ ਕਰੰਸੀਜ ਇਹ ਫੋਰੈਕਸ ਹੈਗੀ ਹੈ ਅਤੇ ਇਹਨਾਂ ਦਾ ਵੋਲਿਊਮ ਹੈਗਾ $7.7 trillion ਤੁਸੀਂ ਬਾਕੀ ਵੀ ਕਰ ਸਕਦੇ ਹੋ ਆਪਸ਼ਨਸ ਜਿਹਦੇ ਵਿੱਚ ਟ੍ਰੇਡਿਡ ਫੰਡਸ ਨੇ ਠੀਕ ਹੈ ਗੌਰਮੈਂਟ ਫੰਡਸ ਨੇ ਫਿਊਚਰ ਕੋਂਟਰੈਕਟਸ ਨੇ ਡਿਫਰੈਂਟ ਟਰਮਸ ਹੈਗੀਆਂ ਬਟ ਇੱਕ ਨੂੰ ਹੀ ਕਰਕੇ ਸਿੱਖ ਕੇ ਕਰ ਲੈਣਾ ਬਹੁਤ ਵੱਡੀ ਗੱਲ ਹੈ ਬਾਕੀ ਬਹੁਤਾ ਮਤਲਬ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਹੈਗੀ ਹੈ ਨਾ ਇਹ ਸਿੰਬਲਸ ਨੇ ਕਰੰਸੀਜ਼ ਦੇ ਜਿਵੇਂ ਡੋਲਰਸ ਹੈ ਯੂਰੋ ਹੋ ਗਿਆ ਠੀਕ ਹੈ ਪਾਊਂਡ ਹੋ ਗਿਆ ਯੇਨ ਹੋ ਗਿਆ ਕੈਨੇਡੀਅਨ ਡੋਲਰ ਹੋ ਗਿਆ ਠੀਕ ਹੈ ਆਸਟ੍ਰੇਲੀਅਨ ਡੋਲਰਸ ਅਤੇ ਫਰੈਂਕ ਹੋ ਗਿਆ ਠੀਕ ਹੈ ਸੋ ਇਹ ਸਿੰਬਲਸ ਨੇ USD ਇਹਦਾ ਸਿੰਬਲਸ ਅਤੇ ਕਿਹੜੇ ਮੁਲਕ ਦੀ ਕਰੰਸੀ ਹੈਗੀ ਅਸੀਂ ਇਹਨੂੰ ਕਿਵੇਂ ਪੜ੍ਹਨਾ ਹੈ ਠੀਕ ਹੈ ਸੋ ਨੈਕਸਟ ਹੈਗਾ ਫੋਰੈਕਸ ਹੁੰਦੀ ਕਿਵੇਂ ਹੈ ਆਲਵੇਜ਼ ਫੋਰੈਕਸ ਦੇ ਵਿੱਚ 2 ਕਰੰਸੀਜ਼ ਹੁੰਦੀ ਹੈ ਜਿਹੜੀ ਕਿ ਇੱਕ ਦੂਜੇ ਨੂੰ ਟ੍ਰੇਡ ਕਰਦੀ ਹੈ ਜਿਵੇਂ ਕਿ ਇੰਡੀਆ ਤੋਂ ਗਏ ਰੁਪਏ ਦੇ ਕੇ ਕੈਨੇਡੀਅਨ ਡੋਲਰ ਲਿੱਤਾ ਠੀਕ ਹੈ ਦੇਣਾ ਪਏਗਾ ਕੁਛ ਨਾ ਕੁਛ ਤਾਂ ਹੀ ਉਹ ਟ੍ਰਾਂਜੈਕਸ਼ਨ ਹੋਏਗੀ ਅਗਰ 1-way ਟ੍ਰਾਂਜੈਕਸ਼ਨ ਕੋਈ ਵੀ ਹੋਵੇ ਉਹ ਚੈਰਿਟੀ ਦੇ ਵਿੱਚ ਆਉਂਦੀ ਹੈ ਉਹ ਬਿਜ਼ਨਸ 'ਚ ਨਹੀਂ ਆਉਂਦੀ ਕਦੇ ਵੀ ਠੀਕ ਹੈ ਕਿਸੇ ਵੀ ਟ੍ਰਾਂਜੈਕਸ਼ਨ ਨੂੰ ਬਿਜ਼ਨਸ ਟ੍ਰਾਂਜੈਕਸ਼ਨ ਬਣਨ ਦੇ ਲਈ ਕੁਛ ਨਾ ਕੁਛ ਦੇਣਾ ਪੈਂਦਾ ਹੈ ਬਦਲੇ 'ਚ ਠੀਕ ਹੈ ਅਦਰਵਾਈਜ਼ ਉਹ ਚੈਰਿਟੀ 'ਚ ਹੁੰਦੀ ਹੈ ਸੋ ਅਸੀਂ ਅਗਰ ਬੇਸ ਕਰੰਸੀ ਹੁੰਦੀ ਹੈ ਜਿਹੜਾ ਜਿਵੇਂ GBP ਹੈਗਾ ਤੁਸੀਂ ਪੜ੍ਹਿਆ ਨਾ ਇੱਥੇ ਦੇਖੋ GBP USD ਲਿਖਿਆ ਹੋਇਆ ਡੋਲਰ ਨੂੰ ਅਸੀਂ USD ਦੇ ਵਿੱਚ ਲਿਖਾਂਗੇ ਸਿੰਬੋਲਿਕ ਇਹਦਾ ਡੋਲਰ ਰਹੇਗਾ ਠੀਕ ਹੈ ਇੱਦਾਂ ਦਾ ਲੇਕਿਨ ਅਸੀਂ ਲਿਖਣ 'ਚ USD ਫਸਟ 3 ਡਿਜਿਟ ਯੂਨਾਈਟਿਡ ਸਟੇਟਸ ਡੋਲਰਸ ਗ੍ਰੇਟ ਬ੍ਰਿਟੇਨ ਪਾਊਂਡ ਯੂਰੋਪੀਅਨ ਕਰੰਸੀ ਜਪਾਨੀ ਯੈਨ ਠੀਕ ਹੈ ਇਹ ਤੁਹਾਡਾ ਸਵਿਸ ਦਾ ਫਰੈਂਕ ਆ ਗਿਆ ਠੀਕ ਹੈ ਸਵਿਟਜ਼ਰਲੈਂਡ ਦਾ ਸਵਿਸ ਫਰੈਂਕ ਕੈਨੇਡੀਅਨ ਡੋਲਰ ਆਸਟ੍ਰੇਲੀਅਨ ਡੋਲਰ ਚਾਈਨੀਜ਼ ਯੈਨ ਨਿਊਜ਼ੀਲੈਂਡ ਡੋਲਰ ਓਕੇ ਸੋ ਇਹ ਇਹਨਾਂ ਦਾ ਸਾਊਥ ਅਫਰੀਕਾ ਦਾ ਆ ਗਿਆ ਰੈਂਡ ਠੀਕ ਹੈ ਸੋ ਇਹ ਇਹਨਾਂ ਦਾ ਟਰਕੀ ਦਾ ਆ ਗਿਆ ਲੀਰਾ ਸੋ ਇਹ ਸਾਊਥ ਕੋਰੀਆ ਦਾ ਆ ਗਿਆ ਬਟ ਇਹ ਜਿਹੜੇ 3 ਨੇ ਲਾਸਟ ਵਾਲੇ ਦਿਸ ਇਜ਼ ਯੂਜ਼ਲੈਸ ਸੋ ਮੇਜਰ ਕਰੰਸੀ ਜਿਹੜੀ ਹੈਗੀ ਹੈ ਇਹੀ ਆਪਸ ਮਿਲ ਕੇ ਵੱਡੇ ਮੇਜਰ ਪੇਅਰ ਬਣਾਉਂਦੇ ਨੇ ਕਿਉਂਕਿ ਜਿੰਨੀ ਵੀ ਇਕੋਨਮੀ ਹੈਗੀ ਹੈ ਨਾ ਨਿਊਜ਼ੀਲੈਂਡ ਤੱਕ ਇਹ ਮੇਜਰ ਇਕੋਨਮੀਜ਼ ਹੈਗੀ ਹੈ ਬਹੁਤ ਵੱਡੀ top 5-6 ਇਕੋਨਮੀਜ਼ ਹੈਗੀ ਹੈ ਜਦੋਂ ਇੱਕ ਵੱਡੀ ਇਕੋਨਮੀ ਦੂਜੀ ਵੱਡੀ ਇਕੋਨਮੀ ਦੇ ਨਾਲ ਟ੍ਰੇਡ ਕਰੇਗੀ ਫਰੈਕਸ ਉਹ ਪੇਅਰ ਮੇਜਰ ਹੋਏਗਾ ਦੋਨੋਂ ਤਰਫ ਹੀ ਵੱਡੀ ਇਕੋਨਮੀਜ਼ ਮੌਜੂਦ ਹੈਗੀ ਹੈ ਜਿਵੇਂ ਕਿ ਤੁਸੀਂ ਅਗਲਾ ਪੇਅਰ ਦੇਖ ਸਕਦੇ ਹੋ ਬੇਸ ਕਰੰਸੀ ਪਾਊਂਡ ਦੀ ਰਹੇਗੀ ਬੇਸ ਕਰੰਸੀ ਕਿਹਨੂੰ ਕਹਿੰਦੇ ਨੇ ਕਰੰਸੀ ਯੂ ਆਰ ਬਾਇੰਗ ਵੈਨ ਯੂ ਟ੍ਰੇਡ ਦਾ ਤੁਸੀਂ ਡੋਲਰ ਦੇ ਕੇ ਪਾਊਂਡ ਲੈ ਰਹੇ ਹੋ ਡੋਲਰ ਦੇ ਕੇ ਅਗਰ ਡੋਲਰ ਦੇ ਕੇ ਤੁਸੀਂ ਅਗਰ INR ਲੈ ਰਹੇ ਹੋ ਤਾਂ ਇੱਥੇ USD INR ਹੋਏਗਾ ਠੀਕ ਹੈ ਜੀ ਸੋ ਕੋਟ ਕਰੰਸੀ ਹੁੰਦੀ ਹੈ ਸੈਕਿੰਡ ਵਾਲੀ ਫਸਟ 3 ਡਿਜਿਟ USD ਪਹਿਲੇ 3 ਡਿਜਿਟ GBP ਗ੍ਰੇਟ ਬ੍ਰਿਟੇਨ ਪਾਊਂਡ ਸੋ ਇਹਦੇ 'ਚ ਕੀ ਹੋਇਆ ਕੋਟ ਕਰੰਸੀ ਕੀ ਹੁੰਦੀ ਹੈ ਔਰ ਦਾ ਕਰੰਸੀ ਯੂ ਆਰ ਸੈਲਿੰਗ ਵੈਨ ਯੂ ਤੁਸੀਂ ਡੋਲਰ ਦੇ ਕੇ ਪਾਊਂਡ ਲੈ ਰਹੇ ਹੋ ਠੀਕ ਹੈ ਜੀ ਸੋ ਇਵੇਂ ਹੀ ਇੱਕ ਪੇਅਰ ਬਣਦਾ ਹੈ ਫੋਰੈਕਸ ਦਾ ਮਲਟੀਪਲ ਕਰੰਸੀਜ਼ ਨੂੰ ਮਿਲਾ ਕੇ ਤੁਸੀਂ ਮਲਟੀਪਲ ਪੇਅਰਸ ਬਣਾ ਸਕਦੇ ਹੋ ਬਣੇ ਹੋਏ ਨੇ ਮੇਜਰ ਪੇਅਰਸ ਸੋ ਤੁਸੀਂ ਬਾਏ ਅਤੇ ਸੈੱਲ ਕਰ ਸਕਦੇ ਹੋ ਦੋਨੇ ਤਰਫ ਨੂੰ ਤੁਸੀਂ ਜਿਹੜੇ ਹੋਏ ਪੈਸੇ ਕਮਾ ਸਕਦੇ ਹੋ ਜੇ ਮਾਰਕੀਟ ਫੋਰੈਕਸ ਦੇ ਉੱਪਰ ਜਾ ਰਹੀ ਤੁਸੀਂ ਬਾਏ ਕੀਤਾ ਹੋਇਆ ਉਹ ਪ੍ਰਾਈਜ਼ ਤੁਹਾਡੀ ਫੇਵਰ 'ਚ ਚਲਾ ਗਿਆ ਤੁਸੀਂ ਬਾਏ ਬਟਨ ਪ੍ਰੈਸ ਕੀਤਾ ਹੋਇਆ ਤੁਸੀਂ ਕਰੰਸੀ ਨੂੰ ਬਾਏ ਦੇ ਵਿੱਚ ਪਾਇਆ ਹੋਇਆ ਉਹਨੂੰ ਬਾਏ ਕਹਿੰਦੇ ਆਪਾਂ ਤੁਹਾਨੂੰ ਪ੍ਰੋਫਿਟ ਹੋਏਗਾ ਤੁਸੀਂ ਬਾਏ ਕੀਤਾ ਅਗਰ ਜਿਵੇਂ ਯੂਰੋ USD ਹੈਗਾ ਯੂਰੋ ਅਤੇ USD ਤੁਸੀਂ ਯੂਰੋ ਤੁਸੀਂ ਡੋਲਰ ਦੇ ਕੇ ਯੂਰੋ ਲੈ ਰਹੇ ਹੋ ਰਾਈਟ ਇਹ ਬੇਸ ਕਰੰਸੀ ਹੈਗੀ ਹੈ ਯੂਰੋ ਦੀ ਇਹ ਕਾਊਂਟਰ ਕਰੰਸੀ ਹੈਗੀ ਹੈ ਇਹਨੂੰ ਅਸੀਂ ਕਹਾਂਗੇ ਯੂਰੋ USD ਇਹਨੂੰ ਅਸੀਂ EU ਵੀ ਕਹਿ ਦਿੰਦੇ ਹਾਂ ਫਸਟ ਡਿਜਿਟ E ਅਤੇ U ਜਿਵੇਂ ਅਸੀਂ ਇਹਨੂੰ GU ਕਹਿ ਦਿੰਦੇ ਹਾਂ ਗ੍ਰੇਟ ਬ੍ਰਿਟੇਨ ਪਾਊਂਡ ਅਤੇ USD GU ਵੀ ਕਹਿ ਦਿੰਦੇ ਹਾਂ GBP USD ਵੀ ਕਹਿ ਦਿੰਦੇ ਆਪਾਂ ਓਕੇ ਜੇ ਤੁਸੀਂ ਕਿਸੇ ਵੀ ਕਰੰਸੀ ਨੂੰ ਬਾਏ ਪ੍ਰੈਸ ਕੀਤਾ ਬਾਏ ਆਪਸ਼ਨ ਤੁਸੀਂ ਸਿਲੈਕਟ ਕੀਤੀ ਉਹਦੀ ਅਤੇ ਉਹ ਉੱਪਰ ਚਲੀ ਗਈ ਤੁਹਾਨੂੰ ਪ੍ਰੋਫਿਟ ਹੋਏਗਾ ਇੱਥੇ ਲਿਖਿਆ ਹੋਇਆ ਜੇ ਲੇਕਿਨ ਉਹ ਡਾਊਨ ਆ ਗਈ
ਤੁਹਾਡਾ ਅੰਦਾਜ਼ਾ ਗਲਤ ਹੋਇਆ, ਤੁਹਾਡਾ ਐਨਾਲਿਸਿਸ ਗਲਤ ਹੋਇਆ, ਤੁਹਾਨੂੰ ਲੋਸ ਹੋਏਗਾ ਸੇਮ ਰੇਸ਼ੋ ਦੇ ਵਿੱਚ, ਠੀਕ ਹੈ। ਤੁਸੀਂ ਜੇ ਇਹਨੂੰ ਦੂਜੇ ਤਰਫ ਸੈਲ ਕੀਤਾ ਹੋਇਆ, ਇਹ ਬਾਏ ਆਪਸ਼ਨ ਹੈਗੀ, ਇਹ ਸੈਲ ਆਪਸ਼ਨ ਹੈ, ਜੇ ਤਾਂ ਉਹ ਸੈਲ ਮੀਨਸ ਡਾਊਨ ਜਾਏਗੀ, ਜੇ ਉਹ ਡਾਊਨ ਜਾਏਗੀ ਤੁਹਾਨੂੰ ਪ੍ਰੋਫਿਟ ਹੋਏਗਾ ਸੇਮ ਰੇਸ਼ੋ ਦੇ ਵਿੱਚ ਜਿਵੇਂ ਕਿ ਬਾਏ ਦੇ ਵਿੱਚ ਹੋਇਆ ਸੀ, ਅਤੇ ਜੇ ਉਹ ਅਪ ਚਲੀ ਗਈ ਤੁਹਾਡੇ ਡਾਊਨ ਜਾਣ ਦੀ ਬਜਾਏ, ਤੁਹਾਡੇ ਅੰਦਾਜ਼ੇ ਦੇ ਉਲਟ, ਫਿਰ ਤੁਹਾਨੂੰ ਲੋਸ ਹੋਏਗਾ, ਠੀਕ ਹੈ। ਇਹ ਤੁਹਾਨੂੰ ਜਦੋਂ ਤੁਸੀਂ ਡੈਮੋ ਖੋਲੋਗੇ ਤੁਹਾਨੂੰ ਪਤਾ ਚੱਲ ਜਾਏਗਾ, ਜਦੋਂ ਤੁਸੀਂ ਇੱਕ ਦੋ ਟ੍ਰੇਡ ਓਪਨ ਕਰੋਗੇ, ਠੀਕ ਹੈ ਜੀ। ਤੁਹਾਨੂੰ ਪਹਿਲੇ ਸੈਸ਼ਨ ਤੋਂ ਬਹੁਤ ਸਵਾਲ ਆਉਣਗੇ ਤੁਹਾਡੇ ਇੰਟਰਵਿਊ ਸੈਸ਼ਨ ਦੇ ਵਿੱਚ, ਠੀਕ ਹੈ। ਸੋ ਵਾਚ ਇਟ ਕੇਅਰਫੁਲੀ। ਮੋਸਟ ਟ੍ਰੇਡਿਡ ਫੰਡਸ ਕਿਹੜੇ ਕਿਹੜੇ ਨੇ? ਸਭ ਤੋਂ ਜ਼ਿਆਦਾ ਟੋਟਲ ਕਰੰਸੀਆਂ ਦੇ ਵਿੱਚ ਜਿਹੜੀ ਹੈਗੀ ਹੈ, ਫਰੈਕਸ ਦੇ ਵਿੱਚ 7.7 ਟ੍ਰਿਲੀਅਨ ਡਾਲਰ ਦੇ ਅਮਾਊਂਟ ਦੇ ਵਿੱਚੋਂ 28% ਜਿਹੜੀ ਹੈ ਯੂਰੋ USD ਟ੍ਰੇਡ ਹੁੰਦੀ ਹੈ, ਕਿਉਂਕਿ ਯੂਰੋ ਜਿਹੜੀ ਹੈਗੀ ਇੱਕ ਕੰਟਰੀ ਦੀ ਕਰੰਸੀ ਨਹੀਂ ਹੈ, ਇਹ ਪੂਰੇ ਕੰਟੀਨੈਂਟ ਦੀ ਕਰੰਸੀ ਹੈਗੀ ਹੈ, ਯੂਰੋ ਜ਼ੋਨ ਦੀ, ਠੀਕ ਹੈ ਜੀ। ਸੋ ਇਹਦੇ 'ਚ ਬਹੁਤ ਕੰਟਰੀ ਦੀ ਕਰੰਸੀ ਯੂਰੋ ਅਡੋਪਟ ਕੀਤੀ ਹੋਈ ਹੈ। ਸੋ 28% ਯੂਨਾਈਟਿਡ ਸਟੇਟ ਡੋਲਰ ਐਂਡ ਜਪਾਨੀ ਯੈਨ ਮਿਲ ਕੇ 13%, ਕਿਉਂਕਿ ਜਪਾਨੀ ਜਿਹੜੇ ਹੈਗੇ ਨੇ ਬਹੁਤ ਵੱਡੇ ਐਕਸਪੋਰਟਰ ਨੇ ਟੈਕਨੋਲੋਜੀ ਦੇ। ਸੋ 13% ਉਹ ਓਵਰਆਲ ਕੰਟਰੀਬਿਊਟ ਕਰਦੇ ਨੇ ਹਰ ਰੋਜ਼। ਸੋ ਜਿਹੜੇ ਵੀ ਪੇਅਰ ਨਾਲ ਡੋਲਰ ਅਤੇ JPY ਲੱਗਿਆ ਹੋਇਆ, ਜਿਹੜੇ ਵੀ ਪੇਅਰ ਨਾਲ JPY ਲੱਗਿਆ ਹੋਇਆ, ਸੋ ਉਹ ਮੇਜਰ ਪੇਅਰ ਦੇ ਵਿੱਚ ਆਏਗਾ, ਕਿਉਂਕਿ ਇੱਕ ਮੇਜਰ ਇਕੋਨਮੀ ਹੈਗੀ ਹੈ ਵਰਲਡ ਦੀ, ਜਿਹੜੀ ਇੰਨੀ ਕੁ ਗਰੋਥ ਕਰ ਚੁੱਕੀ ਹੈ ਜਿਹਨੂੰ ਅੱਗੇ ਹੋਰ ਗਰੋਥ ਕੀਤੀ ਨਹੀਂ ਜਾ ਸਕਦੀ। ਸੋ ਇਹਨਾਂ ਦਾ ਜਿਹੜਾ ਬੈਂਕ, ਜਿਹੜਾ ਰੇਟ ਆਫ ਇੰਟਰਸਟ ਬੈਂਕ ਦਾ ਹੁੰਦਾ ਹੈ, ਉਹ ਤੁਹਾਨੂੰ ਉਲਟਾ ਚਾਰਜ ਕਰਦੇ ਨੇ ਪੈਸੇ ਰੱਖਣ ਦੇ ਲਈ, ਕਿ ਨਹੀਂ ਤੁਹਾਡਾ ਅਸੀਂ ਪੈਸਾ ਹੈਂਡਲ ਕਰ ਰਹੇ, ਸਾਨੂੰ ਤੁਸੀਂ ਐਨੂਅਲ ਚਾਰਜਿਸ ਦੇ ਦਿਉ, ਕਿਉਂਕਿ ਉਹਨਾਂ ਨੂੰ ਤੁਹਾਡੇ ਪੈਸੇ ਦੀ ਲੋੜ ਹੀ ਨਹੀਂ ਹੈਗੀ, ਠੀਕ ਹੈ। ਇਹ JPY USD ਹੈਗੀ 11%, ਇਵੇਂ ਬਾਕੀ ਦੀ ਕਰੰਸੀਜ਼ ਨੇ ਐਜ਼ ਪਰ ਦੇਅਰ ਪਰਫੋਰਮੈਂਸ। ਇਹ ਆਈ ਤੁਹਾਡੀ ਜੋਬ ਖਾ ਜਾਏਗਾ, ਇਸ ਚੀਜ਼ ਨੂੰ ਦਿਮਾਗ 'ਚ ਬਸਾ ਲਓ ਆਉਣ ਵਾਲੇ ਸਮੇਂ 'ਚ, ਠੀਕ ਹੈ ਜੀ। ਸੋ ਮੈਂ ਡਰਾ ਨਹੀਂ ਰਿਹਾ, ਮੈਂ ਇੱਕ ਹਾਰਸ਼ ਰਿਐਲਿਟੀ ਦੇ ਨਾਲ ਇੰਟਰੋਡਿਊਸ ਕਰ ਰਿਹਾ। ਸੋ ਕਿੰਨੇ ਤਰ੍ਹਾਂ ਦੇ ਟ੍ਰੇਡਰਸ ਹੁੰਦੇ ਨੇ? 4 ਤਰ੍ਹਾਂ ਦੇ ਟ੍ਰੇਡਰਸ ਹੁੰਦੇ ਨੇ, ਠੀਕ ਹੈ, ਫੋਰੈਕਸ ਦੇ ਵਿੱਚ ਅਤੇ ਕਿਸੇ ਵੀ ਮਾਰਕੀਟ ਤੁਸੀਂ ਕਹਿ ਸਕਦੇ ਹੋ। ਇੱਕ ਹੁੰਦੇ ਨੇ ਸਕੈਲਪਰ, ਜਿਨ੍ਹਾਂ ਨੇ ਇੱਕ ਟ੍ਰੇਡ ਓਪਨ ਕੀਤੀ, 5 ਮਿੰਟ ਦੇਖਿਆ, ਆਪਣੇ ਜਿੰਨਾ ਟਾਰਗੇਟ ਸੀਗਾ ਪ੍ਰਾਈਸ ਪ੍ਰੋਫਿਟ ਹੋ ਗਿਆ, ਟ੍ਰੇਡ ਬੰਦ, ਕਿਉਂਕਿ ਉਹ ਬਹੁਤਾ ਲੰਬਾ ਸਟ੍ਰੈਸ ਨਹੀਂ ਲੈ ਸਕਦੇ, ਹੈ ਨਾ, ਜਿਵੇਂ ਕਿ ਔਫਿਸ 'ਚ ਬੈਠੇ ਨੇ, ਕੰਮ ਹੋਰ ਵੀ ਨਾਲ ਕਰ ਰਹੇ ਨੇ, ਰਾਈਟ, ਉਹ ਸਕਲਪਰਸ। ਬਟ ਇਹ ਸਭ ਤੋਂ ਸ਼ਾਰਪ ਟ੍ਰੇਡਰਸ ਹੁੰਦੇ ਨੇ, ਜਿਹੜੇ ਬਹੁਤ ਕੁਇਕ ਡਿਸੀਜ਼ਨ ਲੈਂਦੇ ਨੇ, ਵਿਦਇਨ ਸੈਕਿੰਡਸ ਓਪਨ, ਵਿਦਇਨ ਸੈਕਿੰਡਸ ਕਲੋਜ਼ਡ। ਸੋ ਇਹਦੇ ਲਈ ਤੁਹਾਨੂੰ ਸਮਾਂ ਲੱਗਦਾ ਹੈ ਐਕਚੁਲੀ। ਸੋ ਇੱਕ ਹੁੰਦੇ ਨੇ ਡੇ ਟ੍ਰੇਡਰਸ, ਜਿਹੜੇ ਕਿ ਕਿਸੇ ਵੀ ਟ੍ਰੇਡ ਨੂੰ ਸਵੇਰੇ ਲੈਂਦੇ ਨੇ, ਠੀਕ ਹੈ, ਸ਼ਾਮ ਨੂੰ ਪ੍ਰੋਫਿਟ ਹੋਵੇ ਲੋਸ ਹੋਵੇ ਬੰਦ ਕਰ ਦਿੰਦੇ, ਕਿਉਂਕਿ ਰਾਤ ਨੂੰ ਸਟ੍ਰੈਸ ਦੇ ਨਾਲ ਨਹੀਂ ਸੌਣਾ ਚਾਹੁੰਦੇ, ਓਕੇ। ਸੋ ਇੱਕ ਹੁੰਦੇ ਨੇ ਸਵਿੰਗ ਟ੍ਰੇਡਰਸ, ਜਿਹੜੇ ਕਿ ਜਿਨ੍ਹਾਂ ਨੇ ਅੱਜ ਸਵੇਰੇ ਕੁਛ ਲਿੱਤਾ, ਸ਼ਾਮ ਨੂੰ ਪ੍ਰੋਫਿਟ ਹੋ ਰਿਹਾ, ਫਿਰ ਦਿਮਾਗ ਨੇ ਕਿਹਾ ਕਿ ਨਹੀਂ ਇਸ ਸਟੋਕ ਨੂੰ, ਇਸ ਪੇਅਰ ਨੂੰ ਹੋਰ ਹੋਲਡ ਕਰੋ, ਕਿਉਂਕਿ ਇਹਦੇ ਮੇਰੀ ਫੇਵਰ 'ਚ ਜਾਣ ਦੇ ਚਾਂਸਿਸ ਨੇ, ਪ੍ਰੋਫਿਟ ਹੋਰ ਵੱਡਾ ਹੋ ਸਕਦਾ। ਫਿਰ ਕਿ ਇਹ ਹੋਲਡ ਕਰਦੇ ਨੇ ਕਿੰਨੇ ਦਿਨ? 2 ਤੋਂ ਲੈ ਕੇ 6 ਦਿਨ ਤੱਕ, ਹਫ਼ਤੇ ਤੱਕ ਹੋਲਡ ਕਰਦੇ ਨੇ, ਫਿਰ ਉਹ ਟ੍ਰੇਡ ਨੂੰ ਬੰਦ ਕਰ ਦਿੰਦੇ, ਦੇ ਆਰ ਨੋਨ ਐਜ਼ ਏ ਸਵਿੰਗ ਟ੍ਰੇਡਰ। ਇੱਕ ਹੁੰਦੇ ਨੇ ਪੋਜੀਸ਼ਨਲ ਟ੍ਰੇਡਰ, ਜਿਹਨੂੰ ਕੋਈ ਵਾਧੂ ਪੈਸਾ ਪਿਆ ਹੁੰਦਾ, ਇੱਕ ਵਾਰ ਲੈ ਕੇ ਚੀਜ਼ ਛੱਡਤੀ, ਬਾਏ ਜਾਂ ਸੈੱਲ, ਕੋਈ ਪਰਵਾਹ ਨਹੀਂ ਹੈ, ਜਿੱਥੇ ਮਰਜ਼ੀ ਜਾਏ, ਸਾਲ ਬਾਅਦ ਚੈੱਕ ਕਰਦੇ ਨੇ ਅਗਲੇ, ਠੀਕ ਹੈ, ਉਹਨੂੰ ਕਹਿੰਦੇ ਨੇ ਪੋਜੀਸ਼ਨਲ ਟ੍ਰੇਡਰਸ। ਵਾਰਨ ਬਫੇ, ਜਿਹੜੇ ਵੱਡੇ ਵੱਡੇ ਇਨਵੈਸਟਰਸ ਨੇ, ਹੈ ਨਾ, ਤੁਸੀਂ ਵੀ ਇੱਦਾਂ ਹੀ ਬਣਨਾ ਹੈ ਪੋਜੀਸ਼ਨਲ ਟ੍ਰੇਡਰਸ। ਜਦੋਂ ਤੁਹਾਡੇ ਕੋਲ ਪੈਸਾ ਆ ਜਾਏਗਾ ਇਨਵੈਸਟ ਕਰਨ ਦੇ ਲਈ, ਤੁਸੀਂ ਉਦੋਂ ਸਟੋਕਸ ਨੂੰ ਲੈ ਕੇ ਛੱਡ ਦਿਓ, ਫਿਰ ਨੀਚੇ ਆ ਰਿਹਾ ਉੱਪਰ ਆ ਰਿਹਾ, ਡੋਂਟ ਕੇਅਰ। ਤੁਹਾਡਾ ਅਲਟੀਮੇਟ ਗੋਲ ਹੈ ਕਿ ਮੈਂ ਇਹਨੂੰ 2-3 ਸਾਲ ਤੱਕ ਛੱਡਣਾ ਹੈ, ਐਵੇਂ ਹੀ ਓਪਨ, ਫਿਰ ਪ੍ਰੋਫਿਟ 'ਚ ਆ ਜਾਏਗਾ, ਠੀਕ ਹੈ। ਸੋ ਤੁਸੀਂ ਕਿਸ ਤਰ੍ਹਾਂ ਦੇ ਟ੍ਰੇਡਰ ਹੋ, ਇਹ ਤੁਹਾਡੀ ਪਰਸਨੈਲਿਟੀ ਤੁਹਾਨੂੰ ਦੱਸੇਗੀ, ਜਦੋਂ ਤੁਸੀਂ ਰੀਅਲ ਅਕਾਊਂਟ 'ਚ ਜਾਣਾ ਹੈ, ਤੁਹਾਡੇ ਇਮੋਸ਼ਨਸ ਕਿਵੇਂ ਤੁਹਾਨੂੰ ਹਿੱਟ ਕਰ ਰਹੇ, ਤੁਹਾਡੇ ਇਮੋਸ਼ਨਸ ਤੁਹਾਨੂੰ ਕਿਵੇਂ ਇੰਡੀਕੇਟ ਕਰ ਰਹੇ, ਤੁਸੀਂ ਕਿਸ ਤਰ੍ਹਾਂ ਦੇ ਟ੍ਰੇਡਰ ਹੋ, ਠੀਕ ਹੈ। ਤੁਸੀਂ ਆਪਣੇ ਆਪ ਨੂੰ ਦੇਖਣਾ ਕਿ ਮੈਂ ਬੈਸਟ ਫਿੱਟ, ਮੈਨੂੰ ਬੈਸਟ, ਮੈਨੂੰ ਵਧੀਆ ਕੀ ਲੱਗਦਾ ਹੈ ਸਾਰੀ ਆਪਸ਼ਨ 'ਚੋਂ। ਸੋ ਤੁਸੀਂ ਉੱਦਾਂ ਦੀ ਟ੍ਰੇਡਿੰਗ ਨੂੰ ਚੂਜ਼ ਕਰਨਾ ਹੈ, ਇਹ ਸਿਰਫ ਤੁਹਾਨੂੰ ਤੁਸੀਂ ਦੱਸ ਸਕਦੇ ਹੋ, ਅਤੇ ਇਹਦੇ ਸਾਡਾ ਕੋਈ ਰੋਲ ਨਹੀਂ ਹੈਗਾ। ਬਟ ਤੁਹਾਨੂੰ ਅਸੀਂ ਸਾਰੀਆਂ ਸਿਖਾਵਾਂਗੇ, ਸਕਲਪਰ ਵੀ, ਡੇ ਟ੍ਰੇਡਿੰਗ ਵੀ, ਸਵਿੰਗ ਵੀ, ਅਤੇ ਪੋਜੀਸ਼ਨਲ ਟ੍ਰੇਡਿੰਗ ਵੀ, ਓਕੇ। ਟ੍ਰੇਡਿੰਗ ਮਾਇੰਡ ਸੈੱਟ, ਟੈਕਨੀਕਲੀ ਆਪਾਂ ਗੱਲ ਕਰਾਂਗੇ, ਟੈਕਨੀਕਲ ਐਨਾਲਿਸਿਸ ਦੀ, ਜਿਹਦੀਆਂ 5 ਜਾਂ 6 ਕਲਾਸਾਂ ਹੋਣਗੀਆਂ ਓਵਰਆਲ। ਥਿਓਰੈਟੀਕਲੀ ਬਹੁਤ ਜ਼ਿਆਦਾ ਹੈ, ਤੁਹਾਨੂੰ ਚਾਰਟ ਪੜ੍ਹਨੇ ਸਿੱਖਣੇ, ਕੈਂਡਲਸ ਕੀ ਹੈ, ਕਿਵੇਂ ਪੜ੍ਹਨਾ, ਕੀ ਮਤਲਬ ਹੈ ਉਹਦਾ, ਬਾਇਰਸ ਦੀ ਕੈਂਡਲਸ ਕਿਹੜੀ ਹੈ, ਸੈਲਰਸ ਦੀ ਕਿਹੜੀ ਹੈ, ਨਾ ਕਿੰਨੀ ਤਰ੍ਹਾਂ ਦੀ ਕੈਂਡਲਸ ਹੋਣਗੀਆਂ, ਤੁਹਾਨੂੰ ਭੈਣ ਜੀ ਨੈਕਸਟ ਸੈਸ਼ਨਸ ਦੱਸਣਗੇ। ਬਟ ਉਹਨੂੰ ਕਹਿੰਦੇ ਨੇ ਟੈਕਨੀਕਲ ਐਨਾਲਿਸਿਸ, ਅਤੇ ਰਿਸਕ ਮੈਨੇਜਮੈਂਟ ਹੁੰਦੀ ਹੈ 20%, ਬਾਕੀ ਤੁਹਾਡੀ ਆਪਣੀ ਪਰਸਨੈਲਿਟੀ, ਕਿੱਦਾਂ ਦੇ ਮਾਹੌਲ 'ਚ ਬੜੇ ਹੋਏ ਹੋ, ਗੁਰਬਾਣੀ ਨੂੰ ਕਿੰਨਾ ਕੁ ਮੰਨਦੇ ਹੋ, ਕਿੰਨਾ ਕੁ ਜ਼ਿੰਦਗੀ 'ਚ ਉਤਾਰ ਕੇ ਆਪਾਂ ਜੀ ਰਹੇ ਹਾਂ, ਹੈ ਨਾ, ਅਸੀਂ ਕਿਸ ਤਰ੍ਹਾਂ ਦੀ ਨੇਚਰ ਦੇ, ਮਤਲਬ ਅਸੀਂ ਮਾਲਕ ਹੈਗੇ ਹਾਂ, ਰਾਈਟ, ਅਤੇ ਉਹ ਡਿਸਾਈਡ ਕਰੇਗਾ ਕਿ ਸਾਨੂੰ ਟ੍ਰੇਡਿੰਗ 'ਚ ਸਕਸੈਸ ਸਿੱਧੇ ਮਿਲ ਜਾਏਗੀ, ਜਾਂ ਸਾਨੂੰ ਉਹਦੇ ਲਈ ਆਪਣੀ ਪਰਸਨੈਲਿਟੀ ਨੂੰ, ਮਤਲਬ, ਚੇਂਜ ਕਰਨਾ ਪਏਗਾ, ਟੇਲਰ ਕਰਨਾ ਪਏਗਾ, ਠੀਕ ਹੈ।
ਜਿਹੜੀ ਸਾਡੇ 'ਚ ਗੁਣ ਹੋਣਗੇ ਬਹੁਤ ਵਧੀਆ ਆਲਰੇਡੀ ਜਿਹੜੇ ਮੈਚ ਕਰ ਜਾਣਗੇ, ਜਿਹੜੇ ਨਹੀਂ ਹੋਣਗੇ ਸਾਨੂੰ ਉਹਦੇ ਲਈ ਮਿਹਨਤ ਕਰਨੀ ਪਏਗੀ ਅਤੇ ਅਸੀਂ ਆਪਣੇ ਆਪ ਨਾਲ ਇੱਥੇ ਰੇਸ ਲਾਉਣੀ ਹੈ। ਸਾਡਾ ਇੱਥੇ ਆਪਣੇ ਆਪ ਨਾਲ ਸਟਰਗਲ ਹੋਏਗਾ, ਮਾਰਕੀਟ ਨਾਲ ਨਹੀਂ। ਅਸੀਂ ਇੱਥੇ ਆਪਣੇ ਫੇਅਰ ਨੂੰ ਅਤੇ ਗਰੀਡ ਨੂੰ ਜਿੱਤਣਾ ਹੈ। ਜੇ ਆਪਾਂ ਜਿੱਤਣ 'ਚ ਕਾਮਯਾਬ ਹੋਏ, ਜਿੰਨੀ ਛੇਤੀ ਆਪਾਂ ਸਕਸੈਸ ਹੋਵਾਂਗੇ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਨ ਦੇ ਵਿੱਚ, ਮਾਰਕੀਟ ਦੇ ਅਕੋਰਡਿੰਗਲੀ ਅਸੀਂ ਇਨਵਾਇਰਮੈਂਟ ਨੂੰ ਅਡੈਪਟ ਕਰਨ ਦੇ ਵਿੱਚ, ਉਨੀ ਜਲਦੀ ਤੁਸੀਂ ਟ੍ਰੇਡਰ ਬਣ ਜਾਓਗੇ। ਮੈਨੂੰ 2 ਸਾਲ ਲੱਗੇ ਸੀ, ਮੈਨੂੰ ਪਤਾ ਨਹੀਂ ਸੀ ਵੀ ਮੈਂ ਕਰਨਾ ਤਾਂ ਕੁਛ ਹੈ ਬਟ ਕਿਵੇਂ ਕਰਨਾ, ਇਹ ਪਤਾ ਨਹੀਂ ਸੀ। ਕੋਈ ਟੀਚਰ ਨਹੀਂ ਸੀ, ਕੋਈ ਮੈਂਟਰ ਨਹੀਂ ਸੀ ਉੱਥੇ, ਠੀਕ ਹੈ। ਇੱਕ ਸਪਨਾ ਸੀਗਾ ਵੀ ਨਹੀਂ, ਹੁਣ ਇਹ ਹੋਣੀ ਚਾਹੀਦੀ ਸੀ ਐਕਚੁਲੀ ਇਸ ਏਜ ਦੇ ਵਿੱਚ। ਸੋ ਆਈ ਡਿਡ ਇਟ, ਬਟ ਆਈ ਵੇਸਟਡ 2 ਈਅਰਸ, ਵੈਰੀ ਪ੍ਰੇਸ਼ੀਅਸ 2 ਈਅਰਸ। ਜੇ ਮੈਂ ਉਹ 2 ਸਾਲ ਵੇਸਟ ਨਾ ਕਰਦਾ ਤਾਂ ਅੱਜ ਅਸੀਂ ਜਿਹੜਾ ਸੈਸ਼ਨ ਅੱਜ ਲਾ ਰਹੇ ਹਾਂ ਤੁਹਾਡੇ ਨਾਲ, ਅਸੀਂ 2022 'ਚ ਲੱਗ ਬੈਠੇ ਹੋਣਾ ਸੀ ਆਲ ਟੂਗੈਦਰ। ਚਲੋ, ਸਮਾਂ ਸੱਚੇ ਪਾਤਸ਼ਾਹ ਨੇ ਲਿਖਿਆ ਹੁੰਦਾ ਹੈ ਨਾ ਆਲਵੇਜ਼, ਕਿ ਕਦੋਂ ਕਿਹਨੇ ਕਿਸ ਚੀਜ਼ ਨੇ ਹੋਣਾ ਹੈ। ਹਰ ਚੀਜ਼ ਦਾ ਸਮਾਂ ਨਿਰਧਾਰਿਤ ਕੀਤਾ ਹੁੰਦਾ ਹੈ ਅਕਾਲ ਪੁਰਖ ਨੇ। ਸਾਡੇ ਆਉਣ ਤੋਂ ਪਹਿਲਾਂ ਉਹਨੇ ਡਿਸਾਈਡ ਕੀਤਾ ਹੋਇਆ, ਸੈਲ ਪੱਥਰ ਮੈਂ ਜੰਤ ਉਹ ਪਾਏ ਤਾਂ ਕਾ ਰਿਜ਼ਕ ਆ ਗਏ ਕਰ ਧਰਿਆ ਸੀ। ਹਰ ਸਿੱਖ ਹਰ ਰੋਜ਼ ਪੜ੍ਹਦਾ ਆ ਰਿਹਾ ਰਾਜ ਸਾਹਿਬ ਦੇ ਵਿੱਚ। ਜੀਵ ਦੇ ਪੈਦਾ ਹੋਣ ਤੋਂ ਅੱਗੇ ਪਹਿਲਾਂ ਹੀ ਉਹਨੇ ਡਿਸਾਈਡ ਕਰ ਲਿਆ ਕਿ ਇਹਨੂੰ ਰਿਜ਼ਕ ਵੀ ਦੇਣਾ ਹੈ, ਕਿਵੇਂ ਦੇਣਾ। ਹਰ ਚੀਜ਼ ਇਜ਼ ਪ੍ਰੀ ਡਿਸਾਈਡਿਡ। ਉਹ ਬਹੁਤ ਵੱਡੀ ਪਲਾਨਿੰਗ ਕਰਦਾ ਅਕਾਲ ਪੁਰਖ, ਠੀਕ ਹੈ। ਉਹਨਾਂ ਸਾਡੇ ਫਿਊਚਰ ਦੀ ਪਲਾਨਿੰਗ ਕਰ ਚੁੱਕਿਆ 1000 ਸਾਲਾਂ ਦੀ ਵੀ, ਕੀ ਹੋਏਗਾ ਇਨਸਾਨ ਦੇ ਨਾਲ। ਸੋ ਵੀ ਜਸਟ ਨੀਡ ਟੂ ਅਡੈਪਟ, ਵੀ ਜਸਟ ਨੀਡ ਟੂ ਅਕਸੈਪਟ। ਸੋ ਮੈਂ ਇਹ ਗੱਲ ਕਰ ਰਿਹਾ ਸੀਗਾ। ਸੋ ਸਾਈਕੋਲੋਜੀ ਨੂੰ ਅਸੀਂ ਬਹੁਤ ਜ਼ਿਆਦਾ ਕੰਮ ਕਰਨਾ ਹੈ। ਸਾਡੀ ਆਪਣੇ ਆਪ ਨਾਲ ਜੰਗ ਸ਼ੁਰੂ ਹੋਏਗੀ ਜਦੋਂ ਤੁਸੀਂ ਰੀਅਲ ਅਕਾਊਂਟ ਜਦੋਂ ਖੋਲ੍ਹਣਾ ਹੈ, ਰੀਅਲ ਅਕਾਊਂਟ। ਡੈਮੋ 'ਚ ਤਾਂ ਫੀਲਿੰਗ ਹੁੰਦੀ ਨਹੀਂ ਨਾ, ਡਰ ਖੌਫ ਹੁੰਦਾ ਨਹੀਂ ਹੈਗਾ। ਅਸੀਂ ਰੀਅਲ ਅਕਾਊਂਟ ਦੇ ਵਿੱਚ ਜਦੋਂ ਐਂਟਰ ਕਰਨਾ ਹੈ, ਉਦੋਂ ਸਾਡੀ ਜਰਨੀ ਸਟਾਰਟ ਹੋਏਗੀ ਸਾਈਕੋਲੋਜੀ ਦੀ, ਕਿਵੇਂ ਅਸੀਂ ਆਪਣੇ ਡਰ ਨੂੰ ਜਿੱਤਣਾ ਹੈ, ਕੀ ਸਾਨੂੰ ਫਾਰਮੂਲੇ ਅਪਣਾਉਣੇ ਪੈਣੇ ਨੇ, ਠੀਕ ਹੈ। ਜਿਹਦੀ ਜਿੰਨੀ ਜ਼ਿਆਦਾ ਆਪਣੇ ਆਪ 'ਤੇ ਪਕੜ ਹੋਏਗੀ, ਮਨ ਉੱਤੇ ਪਕੜ ਹੋਏਗੀ, ਉਨੀ ਛੇਤੀ ਉਹ ਵਧੀਆ ਟ੍ਰੇਡਰ ਬਣ ਕੇ ਨਿਤਰੇਗਾ, ਠੀਕ ਹੈ ਜੀ। ਅਸੀਂ ਮਤਲਬ ਹਰ ਚੀਜ਼ ਦਾ ਇੱਕ ਲਰਨਿੰਗ ਕਰਵ ਹੁੰਦਾ ਹੈ। ਜਿੰਨੇ ਵੀ ਅਕੈਡਮਿਕਸ ਨੇ ਇੱਥੇ, ਸਭ ਨੂੰ ਪਤਾ ਹੈ, ਕਿਸੇ ਵੀ ਚੀਜ਼ ਨੂੰ ਤੁਸੀਂ ਅਗਰ ਕਰਨਾ ਸ਼ੁਰੂ ਕਰੋ ਨਾ, ਜਿਵੇਂ ਹੁਣ ਇੱਕ ਦੇਸੀ ਜੀ ਗੱਲ ਕਰਾਂ ਤਾਂ, ਜਿਵੇਂ ਇੱਕ ਛੋਟੀ ਜਿਹੀ ਬੱਚੀ ਹੁੰਦੀ ਹੈ, ਮਾਂ ਰੋਟੀਆਂ ਬਣਾ ਰਹੀ ਹੈ ਕਿਚਨ ਦੇ ਵਿੱਚ, ਰਾਈਟ, ਅਤੇ ਉਹ ਮਾਂ ਉਹਨੂੰ ਟ੍ਰੇਨ ਕਰਨਾ ਸ਼ੁਰੂ ਕਰ ਦਿੰਦੀ ਹੈ ਨਾ, ਛੋਟਾ ਜਿਹਾ ਇੱਕ ਰੋਟੀ ਬਣਾਉਂਦੀ ਹੈ, ਫਿਰ ਬੱਚੀ ਬੜੀ ਖੁਸ਼ ਹੁੰਦੀ, ਦੇਖੋ ਮਾਮਾ ਮੈਂ ਪਾਪਾ ਅੱਜ ਰੋਟੀ ਬਣਾਈ, ਮੈਂ ਛੋਟੀ ਜਿਹੀ ਰੋਟੀ, ਠੀਕ ਹੈ। ਮਾਂ ਹੌਲੀ ਹੌਲੀ ਉਹਨੂੰ ਸਿਖਾਉਂਦੀ ਹੈ ਅਤੇ ਉਹ ਬੱਚੀ ਸਿੱਖਦੀ ਹੈ, ਪ੍ਰੈਕਟਿਸ ਕਰਕੇ ਉਹ ਐਕਸਪਰਟ ਹੋ ਜਾਂਦੀ, ਰਾਈਟ। ਸੋ ਇਵੇਂ ਹੀ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਇੱਕ ਬਿਗਨਰ ਜਿਹੜਾ ਫੇਜ਼ ਹੁੰਦਾ, ਬਿਗਨਿੰਗ ਦਾ, ਉਹ ਬੜਾ ਟਫ ਹੁੰਦਾ ਹੈ। ਉਹਦੇ ਵਿੱਚ ਫਰਸਟ੍ਰੇਸ਼ਨ ਵੀ ਹੁੰਦੀ ਹੈ ਕਿ ਨਹੀਂ ਮੈਂ ਤਾਂ ਚੀਜ਼ਾਂ ਸਹੀ ਨਹੀਂ ਹੋ ਰਹੀਆਂ, ਜਿਹਦੇ ਮਤਲਬ ਜਿਹਦੇ ਮੈਂ ਇੱਕ ਐਕਸਪਰਟ ਟ੍ਰੇਡਰ ਕਰ ਰਿਹਾ ਹੈ, ਉਵੇਂ ਅਸੀਂ ਨਹੀਂ ਕਰ ਪਾ ਰਹੇ ਹੁੰਦੇ। ਉਦੋਂ ਫਰਸਟ੍ਰੇਸ਼ਨ ਦਾ ਹੋਣਾ ਇੱਕ ਕੋਮਨ ਜਿਹੀ ਚੀਜ਼ ਹੈਗੀ ਇਨਸਾਨੀ ਸੁਭਾਅ ਦੇ ਵਿੱਚ, ਰਾਈਟ। ਸੋ ਅਸੀਂ ਉਸ ਚੀਜ਼ ਨੂੰ ਪਹਿਲਾਂ ਹੀ ਆਈਡੈਂਟੀਫਾਈ ਕਰਨਾ ਕਿ ਯੈਸ, ਇਹਦੇ ਵਿੱਚ ਫਰਸਟ੍ਰੇਸ਼ਨ ਵੀ ਆਏਗੀ, ਕਿਉਂਕਿ ਸਾਡੀ ਪਰਸਨੈਲਿਟੀ ਨੇ ਕੁਛ ਇੰਪਲਸਿਵ ਡਿਸੀਜ਼ਨ ਲੈਣੇ ਨੇ ਕਿ ਨਹੀਂ ਬਾਏ ਕਰ ਦਿਉ, ਸੈੱਲ ਕਰ ਦਿਉ, ਹੈ ਨਾ, ਬਿਨਾਂ ਸੋਚੇ ਸਮਝੇ, ਬਿਨਾਂ ਕਿਸੇ ਰੂਲਸ ਨੂੰ ਫੋਲੋ ਕੀਤੇ, ਠੀਕ ਹੈ। ਉਦੋਂ ਲੋਸ ਜਦੋਂ ਹੋਏਗਾ, ਉਦੋਂ ਜਦੋਂ ਸਾਨੂੰ ਲੱਗਣਾ ਕਿ ਨਹੀਂ ਮਾਰਕੀਟ ਤਾਂ ਮੈਨੂੰ ਤੰਗ ਕਰ ਰਹੀ, ਬਸ ਮੇਰੀ ਟ੍ਰੇਡ ਕਲੋਜ਼ ਕਰ ਰਹੀ ਹੈ ਅਤੇ ਫਿਰ ਉੱਪਰ ਵਾਪਸ ਜਾ ਰਹੀ ਹੈ, ਡਾਊਨ ਜਾ ਰਹੀ ਹੈ, ਹੈ ਨਾ। ਸੋ ਮਾਰਕੀਟ ਨੂੰ ਮੇਰੇ ਨਾਲ ਰੰਜਿਸ਼ ਹੈਗੀ ਹੈ, ਖੁੰਦਕ ਹੈਗੀ ਹੈ, ਮਤਲਬ ਪੰਜਾਬੀ 'ਚ, ਹੈ ਨਾ। ਇੱਦਾਂ ਨਹੀਂ ਹੈ, ਮਾਰਕੀਟ ਤੁਹਾਨੂੰ ਨਹੀਂ ਜਾਣਦੀ, ਉਹਨੂੰ ਨਹੀਂ ਪਤਾ ਕਿ ਤੁਸੀਂ ਕਿੰਨੇ ਵਧੀਆ ਇਨਸਾਨ ਹੋ, ਤੁਸੀਂ ਕਿਸ ਤਰ੍ਹਾਂ ਦੀ ਬੈਕਗਰਾਊਂਡ ਤੋਂ ਬਿਲੋਂਗ ਕਰਦੇ ਹੋ। ਮਾਰਕੀਟ ਡੋਂਟ ਨੋ, ਉਹਦੇ ਵਾਸਤੇ ਤੁਸੀਂ ਸਿਰਫ ਇੱਕ ਅਕਾਊਂਟ ਨੰਬਰ ਹੋ, ਤੁਸੀਂ ਟ੍ਰੇਡ ਕਰ ਰਹੇ ਹੋ, ਤੁਹਾਡਾ ਡਿਸੀਜ਼ਨ ਡਿਸਾਈਡ ਕਰੇਗਾ ਤੁਹਾਨੂੰ ਇਹਦੇ 'ਚ ਪ੍ਰੋਫਿਟ ਹੋਏਗਾ ਜਾਂ ਲੋਸ ਹੋਏਗਾ। ਜਿਹੜੀ ਉਹ ਤੁਹਾਡਾ ਡਿਸੀਜ਼ਨ ਹੋਏਗਾ ਉਹ ਵੱਧ ਤੋਂ ਵੱਧ ਵਧੀਆ ਹੋਵੇ, ਤੁਹਾਡੀ ਫੇਵਰ 'ਚ ਹੋਵੇ, ਆਪਾਂ ਤੁਹਾਨੂੰ ਉਹ ਸਿਖਾਉਣਾ ਹੈ। ਤੁਸੀਂ ਪ੍ਰੋਬੇਬਿਲਟੀ ਨੂੰ ਵਧਾਉਣਾ ਹੈ ਆਪਣੀ ਫੇਵਰ ਦੇ ਵਿੱਚ। ਮੈਂ ਕੈਂਡਲ ਵੀ ਚੈੱਕ ਕੀਤੀ, ਹਾਇਰ ਟਾਈਮ ਫਰੇਮ, ਲੋਅਰ ਟਾਈਮ ਫਰੇਮ, ਯੇ ਵੋ, ਸਾਰਾ ਇੱਕ ਚੈੱਕਲਿਸਟ ਹੋਏਗੀ ਤੁਹਾਨੂੰ ਮਿਲੇਗੀ, ਸਾਰੇ ਪੁਆਇੰਟ ਚੈੱਕ ਕਰਕੇ ਇੰਟਰ ਕਰਨਾ ਆਪਾਂ ਨੇ। ਉਹਦੇ 'ਚ ਕੀ ਹੋਏਗਾ, ਤੁਹਾਡੀ ਸੇਫਟੀ ਵੱਧ ਜਾਏਗੀ, ਠੀਕ ਹੈ ਜੀ। ਸੋ ਸਕਸੈਸ ਹੋਣ ਤੋਂ ਪਹਿਲਾਂ ਫੇਲੀਅਰ ਦਾ ਇੱਕ ਫੇਜ਼ ਆਉਂਦਾ ਹੈ, ਜਿਹਨੂੰ ਅਸੀਂ ਲਰਨਿੰਗ ਫੇਜ਼ ਕਹਿੰਦੇ ਹਾਂ। ਲਰਨਿੰਗ ਫੇਜ਼ ਦੇ ਵਿੱਚ ਸਾਈਕੋਲੋਜੀਕਲ ਪੇਨ ਬਹੁਤ ਹੁੰਦਾ ਹੈ। ਆਰਮੀ ਵਾਲਿਆਂ ਨੂੰ ਪਤਾ ਹੈ ਕਿੰਨਾ ਕੁ ਬੋਡੀ ਪੇਨ ਹੁੰਦਾ ਜਦੋਂ ਟ੍ਰੇਨਿੰਗ 'ਚ ਜਾਂਦੇ ਨੇ ਬਿਗਨਿੰਗ ਦੇ ਵਿੱਚ, ਹੈ ਨਾ ਜੀ। ਕੀ ਨਾਂ ਸੀ ਵੀਰ ਦਾ ਜਿਹੜੇ ਆਰਮੀ 'ਚ ਸੀਗੇ ਸਾਡੇ ਨਾਲ? ਆਈ ਥਿੰਕ ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਹੈਗੇ ਨੇ ਸਾਡੇ ਨਾਲ ਜੀ। ਗੁਰਪ੍ਰੀਤ ਸਿੰਘ ਜੀ, ਗੁਰਪ੍ਰੀਤ ਸਿੰਘ, ਯੈਸ ਹੈਗੇ ਨੇ। ਗੁਰਪ੍ਰੀਤ ਸਿੰਘ ਜੀ, ਆਪਣਾ ਮਾਈਕ ਅਨਮਿਊਟ ਕਰਕੇ ਜੇ ਸੁਣ ਸਕਦੇ ਹੋ ਸਰ। ਹਾਂਜੀ
ਤੁਸੀਂ ਆਰਮੀ ਚ ਹੋ ਰਾਈਟ ਸਰ ਸਰ ਜਦੋਂ ਤੁਸੀਂ ਟ੍ਰੇਨਿੰਗ ਜਦੋਂ ਤੁਸੀਂ ਟ੍ਰੇਨਿੰਗ ਕਰ ਰਹੇ ਸੀਗੇ ਬਿਗਨਿੰਗ ਜਦੋਂ ਭਰਤੀ ਹੋਏ ਹੈ ਨਾ ਪੂਰੇ ਪਿੰਡ 'ਚ ਮਤਲਬ ਬੱਲੇ ਬੱਲੇ ਹੋ ਗਈ ਮੁੰਡਾ ਭਰਤੀ ਹੋ ਗਿਆ ਫੌਜ 'ਚ ਹੈ ਨਾ ਸੋ ਬੜੇ ਪਰਿਵਾਰ ਨੇ ਖੁਸ਼ੀਆਂ ਮਨਾਈਆਂ ਜਦੋਂ ਤੁਸੀਂ ਗਏ ਸੀ ਸਰ ਫਸਟ ਡੇ ਹਾਂਜੀ ਸਰ ਬੜੀ ਬੱਲੇ ਬੱਲੇ ਮਿਠਾਈਆਂ ਵੰਡੀਆਂ ਗਈਆਂ ਸੀ ਬਹੁਤ ਖੁਸ਼ੀ ਦਾ ਮਾਹੌਲ ਇਸ ਟਾਈਮ ਤੁਹਾਡਾ ਟ੍ਰੇਨਿੰਗ ਮੁੰਡਾ ਰੰਗਰੂਟ ਹੋ ਗਿਆ ਹਾਂਜੀ ਮੁੰਡਾ ਰੰਗਰੂਟ ਹੋ ਗਿਆ ਜਦੋਂ ਤੁਸੀਂ ਟ੍ਰੇਨਿੰਗ ਹਾਂਜੀ ਸਰ ਰੰਗਰੂਟ ਹੀ ਭਰਤੀ ਹੋਏ ਸੀ 2006 ਦੀ ਗੱਲ ਆ ਤੇ ਉਦੋਂ ਤੇ ਰੰਗਰੂਟ ਹੀ ਭਰਤੀ ਹੋਏ ਸੀ ਬੜੀ ਮਤਲਬ ਘਾਲਣਾ ਘਾਲੀ ਬੜੀ ਡੇਢ ਦੋ ਸਾਲ ਬਹੁਤ ਤੰਗੀ ਚੱਲੀ ਹੈ ਟ੍ਰੇਨਿੰਗ ਬਹੁਤ ਔਖੀ ਸੀ ਓਕੇ ਇੱਦਾਂ ਵੀ ਹੋਇਆ ਕਿ ਵਿੱਚੋਂ ਕੁਝ ਬੱਚੇ ਜਿਹੜੇ ਮਤਲਬ ਕੈਡਟ ਸੀਗੇ ਭੱਜ ਵੀ ਗਏ ਸੀ ਛੱਡ ਕੇ ਵੀ ਨਹੀਂ ਸਰ ਤੇ ਹੋਣੀ ਨਹੀਂ ਹੈ ਟ੍ਰੇਨਿੰਗ ਸਰ ਇੱਕ ਨਹੀਂ ਚਾਰ ਪੰਜ ਭੱਜ ਗਏ ਮੈਂ ਹੁਣ ਨਹੀਂ ਲੀਡਰ ਉਹਨਾਂ ਦਾ ਲੀਡਰ ਹੀ ਲੀਡਰ ਮੈਂ ਤੇ ਦੋ ਚਾਰ ਤੇ ਸਰ ਤੁਸੀਂ ਮੰਨੋਗੇ ਨਹੀਂ ਤੁਹਾਡੇ ਨਾਲ ਮੈਂ ਜੋ ਪੰਜਾਬੀ 'ਚ ਗੱਲ ਕਰਦਾ ਮੈਂ ਇੱਕ ਕਾਪੀ ਲਈ ਸੀ ਕਾਪੀ ਕਾਪੀ ਦੇ ਪਿੱਛੇ ਉਹਨਾਂ ਨੇ ਹਰ ਮਹੀਨੇ ਦੇ 1, 2, 3 ਜਿੱਦਾਂ ਲਿਖੇ ਹੁੰਦੇ ਨੇ 1, 2, 31 ਤੱਕ ਉੱਦਾਂ ਲਿਖੇ ਸੀ ਇੰਨੀ ਤੰਗੀ ਸੀਗੀ ਇੱਕ ਦਿਨ ਲੰਘਣ ਤੋਂ ਬਾਅਦ ਇੱਕ ਕੱਢਦੇ ਫਿਰ 2 ਕੱਟਣਾ ਫਿਰ 3 ਕੱਟਣਾ ਇੱਦਾਂ ਕੱਢਦੇ ਸੀ ਸਰ ਤੇ ਸ਼ਨੀਵਾਰ ਨੂੰ ਸਾਨੂੰ ਮਿਲਦੀ ਸੀ ਮੂਵੀ ਦੇਖਣ ਨੂੰ ਉਹ ਮੂਵੀ ਦੇਖ ਕੇ ਫਰੈਸ਼ ਹੁੰਦੇ ਸੀ ਪਰ ਮੂਵੀ ਤੋਂ ਆ ਕੇ ਫਿਰ ਪਨਿਸ਼ਮੈਂਟ ਸਰ ਇੱਦਾਂ ਦੇ ਮਤਲਬ ਦਿਨ ਰਾਤਾਂ ਵੀ ਮਤਲਬ ਜਾਗ ਜਾਣ ਗਈਆਂ ਇੰਨਾ ਔਖਾ ਕੰਮ ਸੀ ਓਕੇ ਤੁਸੀਂ ਜਿਹੜੇ ਸਰਵਾਈਵ ਕਰ ਗਏ ਅੱਜ ਉਹ ਆਰਮੀ ਮੈਨ ਨੇ ਠੀਕ ਹੈ ਸਕਸੈਸਫੁਲ ਸੋਲਜਰਸ ਨੇ ਵੈਲ ਰਿਸਪੈਕਟਿਡ ਨੇ ਠੀਕ ਹੈ ਤੇ ਪੈਨਸ਼ਨ ਦੇ ਹੱਕਦਾਰ ਵੀ ਨੇ ਰਾਈਟ ਤੁਸੀਂ ਡਿਜ਼ਰਵ ਕਰਦੇ ਹੋ ਸਰ ਸਰ ਹਾਂਜੀ ਸਰ ਸੋ ਜਿਹੜੇ ਉਦੋਂ ਗਿਵ ਅਪ ਕਰ ਗਏ ਜਿਹੜੇ ਉਸ ਘਾਲਣਾ ਨੂੰ ਘਾਲ ਨਹੀਂ ਸਕੇ ਉਸ ਜਿਹੜਾ ਟ੍ਰੇਨਿੰਗ ਪੀਰੀਅਡ ਹੁੰਦਾ ਕਿਸੇ ਵੀ ਚੀਜ਼ ਦੇ ਵਿੱਚ ਉਹਨੂੰ ਨਹੀਂ ਸਰਵਾਈਵ ਕਰ ਸਕੇ ਸੋ ਅੱਜ ਕਿਤੇ ਘਰ ਬੈਠੇ ਨੇ ਠੀਕ ਹੈ ਸੋ ਇਹ ਡਿਫਰੈਂਸ ਹੁੰਦਾ ਹੈ ਕਿਸੇ ਵੀ ਕੰਮ ਨੂੰ ਦੁਨੀਆ 'ਚ ਜੇ ਕਰਨਾ ਹੋਵੇ ਕਿਤੇ 'ਚ ਆਪਣਾ ਅਸੀਂ ਸਕਿੱਲ ਹਾਸਿਲ ਕਰਨੀ ਹੋਵੇ ਇਸ ਨੋਟ ਈਵਨ ਕਿ ਪੜ੍ਹਾਈ ਵੀ ਸੌਖੀ ਨਹੀਂ ਹੈਗੀ ਖਾਸ ਕਰ ਬੱਚੇ ਦੇ ਲਈ ਇੱਕ ਛੋਟੇ ਜਿਹੇ ਬੱਚੇ ਦੇ ਲਈ ਸਭ ਤੋਂ ਟਫ ਹੁੰਦਾ ਹੈਗਾ ਕਿਹੜਾ ਕਿਹੜਾ ਯਾਰ ਸਭ ਤੋਂ ਟਫ ਹੁੰਦਾ ਹੈ ਜਦੋਂ ਏ ਬੀ ਸੀ ਡੀ ਲਿਖਣਾ ਸਿੱਖਦਾ ਹੁੰਦਾ ਹੈ ਰਾਈਟ ਜੀ ਕਿਉਂਕਿ ਉਦੋਂ ਉਹਨੂੰ ਟੋਰਚਰ ਹੁੰਦਾ ਹੈ ਮਾਂ ਪਿਓ ਵੀ ਝਿੜਕਦੇ ਨੇ ਟੀਚਰ ਵੀ ਅਤੇ ਉਹ ਫਰਸਟ੍ਰੇਟ ਵੀ ਹੁੰਦਾ ਕਿ ਮੈਨੂੰ ਨਹੀਂ ਲਿਖਣਾ ਆਉਂਦਾ ਰਾਈਟ ਸੋ ਸਾਡੇ 'ਤੇ ਵੀ ਅਸੀਂ ਵੀ ਸੋਚਣਾ ਕਿ ਅਸੀਂ ਬਿਲਕੁਲ ਨਰਸਰੀ ਦੇ ਵਿੱਚ ਐਡਮਿਸ਼ਨ ਲਈ ਹੈ ਗੁਰਪ੍ਰੀਤ ਜੀ ਤੁਸੀਂ ਮਾਈਕ ਨੂੰ ਅਨਮਿਊਟ ਸੋਰੀ ਮਿਊਟ ਕਰ ਦਿਓ ਓਕੇ ਓਕੇ ਸੋ ਇਹ ਵੀ ਫੇਜ਼ ਆਏਗਾ ਮੈਂ ਪਹਿਲਾਂ ਤੁਹਾਨੂੰ ਅਲਰਟ ਕਰ ਰਿਹਾ ਵਾਂ ਸਾਈਕੋਲੋਜੀਕਲ ਵੀ ਮਤਲਬ ਹੋਣਗੇ ਜਿਹੜੇ ਮੈਰਿਡ ਨੇ ਹੋ ਸਕਦਾ ਤੁਹਾਨੂੰ ਰੋਟੀਆਂ ਕੱਚੀਆਂ ਮਿਲ ਜਾਣ ਉਸ ਦਿਨ ਹੈ ਨਾ ਜਿਸ ਦਿਨ ਵਾਈਫ ਨੂੰ ਟ੍ਰੇਡਿੰਗ 'ਚ ਲੋਸ ਹੋਇਆ ਹੋਵੇ ਇਹ ਵੀ ਤੁਹਾਨੂੰ ਇੱਕ ਡਿਸਕਲੇਮਰ ਹੈਗਾ ਮੈਂ ਉਹਦਾ ਕੋਈ ਜ਼ਿੰਮੇਵਾਰ ਨਹੀਂ ਹੈਗਾ ਓਕੇ ਸੋ ਕਿਤੇ ਮੈਨੂੰ ਕੱਲ੍ਹ ਨੂੰ ਉੱਥੇ ਲੰਬੇ ਦੇਣੇ ਸ਼ੁਰੂ ਕਰ ਦਿਓ ਕਿ ਨਹੀਂ ਜੀ ਭਾਅ ਜੀ ਤੁਸੀਂ ਤਾਂ ਬਰਬਾਦ ਕਰ ਛੱਡਿਆ ਸਾਨੂੰ ਓਕੇ ਇਹ ਚੇਂਜਿਸ ਹੁੰਦੇ ਨੇ ਇਹ ਜ਼ਰੂਰੀ ਨੇ ਅਸੀਂ ਉਹ ਦੇਖਣਾ ਕਿ ਸਾਡੀ ਕਪੈਸਿਟੀ ਕਿੱਥੇ ਸਾਡਾ ਵੀਕ ਪੁਆਇੰਟ ਕਿਹੜਾ ਹੈ ਠੀਕ ਹੈ ਉਹ ਬਿਨਾਂ ਉਤਰੇ ਪਾਣੀ ਦੇ ਵਿੱਚ ਸਾਨੂੰ ਪਤਾ ਨਹੀਂ ਚੱਲੇਗਾ ਕਿ ਸਾਡੀ ਵੀਕ ਅਤੇ ਪਲੱਸ ਪੁਆਇੰਟ ਕਿਹੜੇ ਨੇ ਠੀਕ ਹੈ ਸਾਡੀ ਜਿਹੜੇ ਵੀਕ ਪੁਆਇੰਟ ਨੇ ਅਸੀਂ ਉਹਨਾਂ 'ਤੇ ਕੰਮ ਕਰਾਂਗੇ ਐਜ਼ ਅ ਟੀਮ ਜਿਹੜੇ ਪਲੱਸ ਪੁਆਇੰਟ ਨੇ ਅਸੀਂ ਉਹਨਾਂ ਨੂੰ ਇਨਕਰੇਜ ਕਰਾਂਗੇ ਕਿ ਇਹਨੂੰ ਕੰਟੀਨਿਊ ਕਰਦੇ ਰਹੋ ਠੀਕ ਹੈ ਫੇਲੀਅਰਸ ਤੋਂ ਬਾਅਦ ਫੇਜ਼ ਆਉਂਦਾ ਹੈ 90% ਇੱਥੇ ਆਊਟ ਹੋ ਜਾਂਦੇ ਆ ਮਾਰਕੀਟ 'ਚੋਂ ਜਿਵੇਂ ਕਿ ਮੈਂ ਇੱਕ ਸਿੰਪਲ ਐਗਜ਼ਾਮਪਲ ਦਿੰਦਾ ਹੁੰਦਾ ਜਿਮ ਦੇ ਵਿੱਚ ਜੇ 100 ਬੰਦਾ ਹੋਵੇ 100 ਮੈਂਬਰ ਹੋਵੇ ਉਹਨਾਂ ਕੋਲ 100 ਮਸ਼ੀਨਾਂ ਨਹੀਂ ਹੁੰਦੀਆਂ ਕਿਉਂ ਉਹਨਾਂ ਕੋਲ ਸਟੱਡੀ ਪਈ ਹੈ ਇੰਟਰਨੈਸ਼ਨਲ ਹਿਊਮਨ ਸਾਈਕੋਲੋਜੀ ਦੀ ਕਿ ਜੇ 100 ਬੰਦੇ ਜਿਮ ਜੁਆਇਨ ਕਰ ਲੈਣ ਨਾ ਤਾਂ ਉਹਦੇ ਵਿੱਚੋਂ 10 ਕੁ ਰਹਿ ਜਾਂਦੇ ਨੇ 10-15-20 ਤੱਕ ਹੱਦ ਤੋਂ ਵੱਧ ਹੈ ਨਾ ਬਾਕੀ ਜਿਹੜੇ ਹੈ ਨਾ ਉਹ 2-3 ਦਿਨ ਦੀ ਹਾਰਡ ਟ੍ਰੇਨਿੰਗ ਤੋਂ ਬਾਅਦ ਫੀਸ ਉਹ ਦੇ ਚੁੱਕੇ ਆ ਪਹਿਲੇ ਦਿਨ ਹੀ ਐਡਵਾਂਸ ਦੇ ਵਿੱਚ ਜਿਮ ਕਦੇ ਵੀ ਉਧਾਰ ਨਹੀਂ ਕਰਦੇ ਆਲਵੇਜ਼ ਉਹ ਐਡਵਾਂਸ ਲੈਂਦੇ ਨੇ ਪੈਸੇ ਠੀਕ ਹੈ ਉਹ ਜਿਹੜੇ 70% ਨੇ ਉਹ 2-3 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ਭੱਜ ਜਾਂਦੇ ਨੇ ਜਦੋਂ ਬੋਡੀ ਪੇਨ ਹੁੰਦਾ ਇਹਨੂੰ ਅਸੀਂ ਮਸਲ ਬਰਨਿੰਗ ਕਹਿੰਦੇ ਆ ਰਾਈਟ ਬੜਾ ਟਫ ਫੇਜ਼ ਹੁੰਦਾ ਹੈ ਉਹ ਅਤੇ ਮੈਂ ਉਹਦਾ ਇੱਕ ਵਿਟਨੈਸ ਹਾਂ ਮੈਂ 2016 ਦੇ ਵਿੱਚ ਮੈਂ ਗੋਲਡ ਜਿਮ ਜੁਆਇਨ ਕੀਤਾ ਦੁਬਈ 'ਚ ਅਬੂਧਾਬੀ ਅਲਬਈਆ ਮਾਲ ਦੇ ਵਿੱਚ ਠੀਕ ਹੈ ਗੋਲਡ ਜਿਮ ਦੀ ਮੈਂਬਰਸ਼ਿਪ ਸੀਗੀ 70,000 ਪਰ ਈਅਰ ਮੈਂ ਕੀਤਾ ਅਤੇ ਮੁੜ ਕੇ ਮੈਂ ਕਤਰ ਚਲਾ ਗਿਆ ਉਹ ਕੰਟੀਨਿਊਟੀ ਨਹੀਂ ਹੋ ਸਕੀ ਲੇਕਿਨ ਸਾਨੂੰ ਗੋਰੇ ਨੇ ਇੰਨਾ ਕੁ ਸਾਨੂੰ 2-3 ਦਿਨ ਮੈਨੂੰ ਘਸਾਇਆ ਮੇਰੇ ਅਤੇ ਮੇਰੇ ਭਰਾ ਨੂੰ ਕਿ ਅਸੀਂ ਮੁੜ ਕੇ ਨਾ ਜਿਮ ਜਾਣੇ ਛੱਡ ਗਏ 1-2 ਮਹੀਨੇ ਲਈ ਠੀਕ ਹੈ ਕਿਉਂਕਿ ਕਮਿਟਮੈਂਟ ਨਹੀਂ ਸੀ ਵਿਜ਼ਨ ਕਲੀਅਰ ਨਹੀਂ ਸਾਡੇ ਕੋਲ ਬਲੂ ਪ੍ਰਿੰਟ ਨਹੀਂ ਸੀ ਕਿ ਅਸੀਂ ਕਰਨਾ ਕੀ ਚਾਹੁੰਦੇ ਹਾਂ ਜਾ ਕਿਉਂ ਰਹੇ ਹਾਂ ਬਸ ਅਸੀਂ ਕਹਿ ਲਓ ਕਿ ਕੋਈ ਫਿਲਮ ਦੇਖੀ ਬੋਡੀ ਬਿਲਡਰ ਦੀ ਅਤੇ ਜਾ ਕੇ ਐਡਮਿਸ਼ਨ ਲੈ ਲਈ ਪੈਸੇ ਸੀਗੇ ਅਤੇ ਜਮ੍ਹਾਂ ਕਰਾ ਛੱਡੇ ਅਤੇ ਅਗਲੇ ਸਾਲ ਫਿਰ ਮੈਂ ਉਹ ਰਿਨਿਊ ਵੀ ਕਰਵਾਈ ਹੈ ਮੈਂਬਰਸ਼ਿਪ ਲੇਕਿਨ ਫਿਰ ਨਹੀਂ ਗਿਆ ਇੱਦਾਂ ਹੁੰਦਾ ਕਿ ਜਿਹੜੇ ਜਿਮ ਵਾਲੇ ਨੇ ਟ੍ਰੇਡਿੰਗ 'ਚ ਵੀ ਇੱਦਾਂ ਹੁੰਦਾ ਕਿ 90% ਜਿਹੜੇ ਲੋਕ ਨੇ ਛੱਡ ਜਾਂਦੇ ਨੇ 5% ਜਿਹੜੇ ਹੈਗੇ ਉਹਨੂੰ ਅਸੀਂ 5% ਕਹਿੰਦੇ ਹੁੰਦੇ 5% ਉਹ ਸਕਸੈਸ ਹੁੰਦੇ ਨੇ ਕਿਉਂਕਿ ਉਹ ਇੱਕ ਕਰੀਮ ਹੈਗੀ ਹੈ ਉਹਨਾਂ ਨੇ ਹਰ ਫੇਜ਼ ਟੈਕਨੀਕਲ ਫੰਡਾਮੈਂਟਲ ਰਿਸਕ ਰਿਵਾਰਡ ਦੇ ਜਿਹੜੇ ਪ੍ਰਿੰਸੀਪਲਸ ਨੇ ਸਟ੍ਰਿਕਟਲੀ ਫੋਲੋ ਕੀਤੇ ਅਤੇ ਸਾਈਕੋਲੋਜੀਕਲੀ ਉਹਨਾਂ ਨੇ ਆਪਣੇ ਆਪ ਨੂੰ ਮਾਰਕੀਟ ਦੇ ਅਕੋਰਡਿੰਗ ਢਾਲ ਲਿਆ ਡੋਲਰ ਬਣਾਉਣੇ ਇੰਨੇ ਸੌਖੇ ਵੀ ਨਹੀਂ ਹੈ ਜਿਹੜੇ ਬਾਹਰ ਜਾ ਕੇ ਬਣਾ ਰਹੇ ਨੇ ਉਹਨਾਂ ਨੂੰ ਪੁੱਛੋ ਕਿੰਨੀ ਘਾਲਣਾ ਉਹ ਘਾਲਦੇ ਨੇ ਸਵੇਰ ਅਤੇ ਸ਼ਾਮ ਤੱਕ ਠੀਕ ਹੈ ਜੇ ਅਸੀਂ ਪੰਜਾਬ ਦੇ ਵਿੱਚ ਆਪਣੇ ਘਰ ਬੈਠ ਕੇ
अपने बॉस आप बनना चाहते हैं ठीक है, तो सीखने वाला जो फेज हैगा वह इन्ना ईजी नहीं होएगा। दिस इज़ द डिस्कलेमर ठीक है जी। तुसी अज तक बेशक चाहे डॉलर का रेट ना पता किता हो कि US का डॉलर का की रेट है, जो थोड़ा लॉस होएगा ना तो उन्होंने थोड़े दिमाग ने कहना भी हाँ जी कि 82 बन गए नहीं 82.3 बन गए इन्ना लॉस मैनू हो गया है। थोड़े ब्रेन ने उदो मैथ भी सीख लाना अपने आप एकदम काउंट करेगा वो कैलकुलेट करेगा वो ठीक है। लेकिन असी पॉजिटिव सोच के चलना, असी पॉजिटिव बढ़ते जाना, असी अपनी पर्सनैलिटी मोडीफाई करना है। तो तुसी यकीन करो ट्रेडिंग के बहाने एक निजी जिंदगी दे विच भी इन्ने चेंजेस आ जाते हैं। मेरे च पेशेंस नहीं सी होंदा, मैं बहुत अग्रैसिव परसन सीगा पूरी अपनी एक रिलेशनशिप के विच भी हर जगह ठीक है, मोस्ट अग्रैसिव परसनैलिटी। बट मैनू वो पेशेंस सिखाया, वो अंग्रेशन नू कंट्रोल करना दस्या ट्रेडिंग ने। सो बाकी पता नहीं, मेरे वाइफ बहुत खुश ने, यू आर टोटली चेंज नाउ ओके। सो ये भी चेंजेस आते हैं पर्सनैलिटी। असी गोल्ड ट्रेड करते हैं, गोल्ड ट्रेड करते हैं आप क्यों, क्योंकि गोल्ड शुरू तो हैज होंदा आया। रोमनज ने पहली बार गोल्ड का सिक्का बना के उन्होंने हैज किया, अमीरी नू ते प्रोस्पैरिटी नू गोल्ड दे विच सेव किया गया। साडे जिहड़े बजुर्ग सीगे उह की करदे सी, जदों किसे साल कोई काम वधिया चल पिया, फसल वधिया हो गई है ना, या तो वह की करदे सी, या तो जमीन ले लैंदे होंदे सीगे, या कहिंदे चलो ठीक है जी गहने बना लो जी है ना, कुड़ी हैगी घर उहदा विआह करना, किसी ना किसी बहाने वह मतलब अपनी प्रोस्पैरिटी नू प्रजर्व करदे सी गोल्ड दे विच। हुण भी हुंदा है क्योंकि शॉकिंग है, दुनिया का जिहड़ा 33% गोल्ड हैगा वह इंडिया दे विच ज्वैलरी दे रूप च पिया है। ਸਾਨੂੰ ਗੋਲਡ ਮੈਡਲਾਂ ਦੀ ਇਸ ਕਰਕੇ ਲੋੜ ਨਹੀਂ ਪੈਂਦੀ, ਸਾਡੇ ਕੋਲ ਆਲਰੇਡੀ ਕਿਲੋ ਕਿਲੋ ਹਿਸਾਬ ਨਾਲ ਗੋਲਡ ਘਰ ਪਿਆ ਹੁੰਦਾ ਹੈ। ਵੀ ਡੈਮ ਕੇਅਰ ਅਬਾਊਟ ਗੋਲਡ ਮੈਡਲਸ ਓਕੇ। ਸੋ ਗੋਲਡ ਫਸਟ ਮੈਡਲ ਸੀਗਾ ਜਿਹਨੂੰ ਹੈਜ ਕੀਤਾ ਗਿਆ ਸੀ ਰੋਮਨਸ ਦੇ ਰਾਹੀਂ। ਸੋ ਗੋਲਡ ਨੂੰ ਅਸੀਂ ਟਰੋਏ ਔਂਸ ਦੇ ਵਿੱਚ ਨਾਪਦੇ ਹਾਂ, ਇੱਕ ਲੋਟ ਦੋ ਲੋਟ ਇੱਦਾਂ ਕਰਕੇ। ਸੋ ਜਦ ਵੀ ਦੁਨੀਆ ਦੇ ਵਿੱਚ ਕਿਸੇ ਵੀ ਖਿੱਤੇ 'ਚ ਕਿਤੇ ਜੰਗ ਹੋਵੇ, ਤੁਹਾਨੂੰ ਅਸੀਂ ਡੈਮੋ ਦੇਵਾਂਗੇ ਨੈਕਸਟ ਕਿ 2020 ਜਦੋਂ ਕਰੋਨਾ ਆਇਆ ਸੀ ਉਦੋਂ ਗੋਲਡ ਆਲ ਟਾਈਮ ਹਾਈ ਸੀਗਾ, ਜਦੋਂ ਯੂਕਰੇਨ ਵਾਰ ਆਇਆ ਉਦੋਂ ਵੀ ਬਹੁਤ ਹਾਈ ਚੱਲ ਗਿਆ ਸੀ, ਦੁਬਾਰੇ ਜਦੋਂ ਇਜ਼ਰਾਈਲ ਅਤੇ ਪਲਸਤੀਨ ਕਨਫਲਿਕਟ ਹੋਇਆ, ਅੱਜ ਤੱਕ ਦਾ ਹਿਸਟੋਰਿਕ ਹਾਈ ਬਣਾਇਆ $2150 ਪਰ ਟਰੋਏ ਔਨਸ ਗੋਲਡ ਨੇ। ਸੋ ਜਿਵੇਂ ਮੈਂ ਹੁਣ ਕਹਿ ਰਿਹਾ ਨਾ, ਤੁਹਾਨੂੰ ਸਕਰੀਨ 'ਤੇ ਦਿਖ ਰਿਹਾ ਕਿ ਇਫ ਦੇਰ ਇਜ਼ ਐਨੀ ਵਾਰ, ਕਿਤੇ ਜੰਗ ਹੋਵੇ, ਕਿਤੇ ਕੋਈ ਬਹੁਤ ਵੱਡੀ ਲਾਈਕ ਕੋਵਿਡ ਦੀ ਤਰ੍ਹਾਂ ਕੋਈ ਬਿਮਾਰੀ ਹੋਵੇ, ਨੈਚੁਰਲ ਡਿਜ਼ਾਸਟਰ ਹੋਵੇ ਠੀਕ ਹੈ, ਇਕੋਨਮਿਕ ਰਿਸੈਸ਼ਨ ਹੋਵੇ, ਸੇਫ ਹੈਵਨ, ਹਾਂਜੀ ਬਿਲਕੁਲ ਸੇਫ ਹੈਵਨ ਕਹਿੰਦੇ ਨੇ ਇਹਨੂੰ, ਇਹਨੂੰ ਯੈਲੋ ਬੈਕ ਵੀ ਕਹਿੰਦੇ ਨੇ ਠੀਕ ਹੈ। ਸੋ ਜਿੱਥੇ ਕਦੀ ਰਿਸੈਸ਼ਨ ਹੋਵੇ ਕਿਸੇ ਵੀ ਕੰਟਰੀ 'ਚ ਬਹੁਤ ਵੱਡੀ ਮੇਜਰ ਇਕੋਨਮੀ ਦੇ ਵਿੱਚ, ਉੱਥੇ ਗੋਲਡ ਆਲਵੇਜ਼ ਜਿਹੜਾ ਹੈਗਾ ਅਪ ਜਾਂਦਾ ਹੈ, ਕਿਉਂਕਿ ਲੋਕਾਂ ਦਾ ਜਿਹੜਾ ਰੁਝਾਨ ਹੈਗਾ ਉਹ ਕਿਸੇ ਕੰਟਰੀ ਦੀ ਕਰੰਸੀ 'ਚ ਨਾ ਹੋ ਕੇ ਇੱਕ ਫਿਜ਼ੀਕਲ ਗੋਲਡ 'ਚ ਹੁੰਦਾ ਹੈ। ਗੋਲਡ ਕਿਉਂ, ਕਿਉਂਕਿ ਗੋਲਡ ਕਦੀ ਗੋਲਡ ਦੀ ਵੈਲਿਊ ਕਦੇ ਵੀ ਜ਼ੀਰੋ ਨਹੀਂ ਹੋਏਗੀ, ਜਿਵੇਂ ਤੁਸੀਂ ਮੰਨ ਸਕਦੇ ਹੋ ਕ੍ਰਿਪਟੋ ਹੈਗੀ ਹੈ, ਉਹਦੇ ਪਿੱਛੇ ਕੋਈ ਵੀ ਇੱਕ ਬੇਸਿਕ ਐਸੈਟ ਨਹੀਂ ਹੈਗੀ, ਉਹਨੂੰ ਬੈਕ ਨਹੀਂ ਕਰ ਰਹੀ ਰਾਈਟ। ਸੋ ਕ੍ਰਿਪਟੋ ਦੀ ਤੁਸੀਂ ਦੇਖੋ ਕਿਵੇਂ ਕਿ $69,000 ਪਰ ਕੋਇਨ ਤੋਂ ਕਿਵੇਂ ਉਹ 14,000 ਤੇ ਆ ਗਈ ਸੀ ਇੱਕ 6 ਮਹੀਨੇ ਦੇ ਵਿੱਚ, ਲੋਕ ਤਬਾਹ ਹੋ ਗਏ ਕਿਉਂਕਿ ਉਹਦੇ ਪਿੱਛੇ ਕੋਈ ਬੈਕਅਪ ਕਰਨ ਲਈ ਕੋਈ ਪ੍ਰੋਪਰ ਚੀਜ਼ ਨਹੀਂ ਹੈਗੀ, ਕੋਈ ਸਿਕਿਉਰਿਟੀ ਨਹੀਂ ਹੈਗੀ ਹੈ ਨਾ। ਸੋ ਗੋਲਡ ਦੇ ਪਿੱਛੇ ਕੀ ਹੈਗਾ, ਗੋਲਡ ਇੱਕ ਆਲ ਟਾਈਮ ਫੇਵਰੇਟ ਮੈਟਲ ਹੈਗੀ ਹੈ ਇਨਸਾਨ ਦੀ ਜ਼ਿੰਦਗੀ 'ਚ। ਤੋ ਇਹਦੀ ਜਿਹੜੀ ਸਪਲਾਈ ਹੈਗੀ ਉਹ ਲਿਮਿਟਡ ਹੈ, ਕਿਉਂਕਿ ਗੋਲਡ ਇਸ ਧਰਤੀ ਦਾ ਪ੍ਰੋਡਕਟ ਨਹੀਂ ਹੈ, ਤੁਸੀਂ ਉਹਨੂੰ ਲੈਬੋਰਟਰੀ 'ਚ ਆਰਟੀਫਿਸ਼ਲੀ ਬਣਾ ਨਹੀਂ ਸਕਦੇ। ਮੋਤੀ ਵੀ ਜਿਹੜੇ ਹੈਗੇ ਉਹ ਆਰਟੀਫਿਸ਼ਲੀ ਬਣਦੇ ਨੇ, ਡਾਇਮੰਡ ਵੀ ਬਣਾਉਣੇ ਸ਼ੁਰੂ ਕਰਤੇ ਗੁਜਰਾਤ ਦੇ ਵਿੱਚ ਠੀਕ ਹੈ, ਲੈਬੋਰਟਰੀਜ਼ ਦੇ ਵਿੱਚ ਠੀਕ ਹੈ, ਬਟ ਗੋਲਡ ਨੂੰ ਕੋਈ ਵੀ ਆਰਟੀਫਿਸ਼ਲੀ ਬਣਾ ਨਹੀਂ ਸਕਦਾ। ਅਤੇ ਗੋਲਡ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ, ਹੈ ਨਾ, ਰਿਜ਼ਰਵ ਐਸੈਟ ਹੈ ਬਿਲਕੁਲ ਜੀ। ਬੈਂਕਾਂ ਦੇ ਕੋਲ ਜਿਹੜੇ ਬੈਂਕਸ ਨੇ ਉਹ ਬੈਂਕਰਪਟ ਨਾ ਹੋ ਜਾਏ ਖੁਦ, ਉਹ ਗੋਲਡ ਦੇ ਵਿੱਚ ਆਪਣਾ ਪੈਸਾ ਆਪਣੀ ਜਿਹੜੀ ਹੈਗੀ ਆ ਉਹ ਪ੍ਰੋਫਿਟਸ ਰੱਖਦੇ ਨੇ। ਅਤੇ ਬੈਂਕਾਂ ਦੇ ਕੋਲ ਕਿੰਨੇ ਹੀ ਹਜ਼ਾਰੋਂ ਟਨ ਜਿਹੜਾ ਹੈਗਾ ਉਹ ਗੋਲਡ ਪਿਆ ਹੈ, ਖਾਸ ਕਰ ਕਤਰ ਬੈਂਕ ਜਿਹੜਾ ਹੈਗਾ ਹਰ 3/4 ਜਦੋਂ ਵੀ ਗੋਲਡ ਡਾਊਨ ਆਉਂਦਾ ਹੈ 1700-1800 ਦੇ ਵਿੱਚ ਉਹ 300-400 ਟਨ ਗੋਲਡ ਬਾਏ ਕਰਦਾ ਹੁੰਦਾ ਹੈ ਠੀਕ ਹੈ ਜੀ। ਅੱਜ ਕੱਲ੍ਹ ਤੁਰਕੀ ਅਤੇ ਇੱਕ ਹੈਗਾ ਹੋਰ ਬੈਂਕ ਹੈਗਾ ਆਈ ਥਿੰਕ ਕੋਈ ਯੂਰੋਪੀਅਨ ਕੰਟਰੀ ਦਾ ਹੈਗਾ, ਉਹ ਬਹੁਤ ਜ਼ਿਆਦਾ ਗੋਲਡ ਜਿਹੜੇ ਹੈਗੇ ਬਾਏ ਕਰ ਰਹੇ ਆ ਠੀਕ ਹੈ। ਸੋ ਗੋਲਡ ਨੂੰ ਅਸੀਂ XAU USD ਕਹਿੰਦੇ ਹਾਂ ਟੈਕਨੀਕਲੀ, XAU ਇਹਦਾ ਕੈਮੀਕਲ ਨੇਮ ਹੈਗਾ ਗੋਲਡ ਦਾ। ਡੋਲਰ 'ਚ ਆਪਾਂ ਇਹਨੂੰ ਕਰੋਸ ਪੇਅਰ ਦੇ ਵਿੱਚ ਟ੍ਰੇਡ ਕਰਦੇ ਹਾਂ। ਸੋ ਸਿੰਬਲ ਆਫ ਗੋਲਡ ਇਜ਼ XAU USD ਠੀਕ ਹੈ ਜੀ। ਫਰੈਕਸ ਦੇ ਵਿੱਚ ਜਿੰਨਾ ਵੀ ਦੁਨੀਆ ਦਾ ਗੋਲਡ ਹੈਗਾ, ਤੇਲ ਓਇਲ ਹੈਗਾ, ਉਹਨੂੰ ਅਸੀਂ ਡੋਲਰ ਦੇ ਨਾਲ ਟ੍ਰੇਡ ਕਰਦੇ ਹਾਂ, US ਡੋਲਰ ਦੇ ਨਾਲ ਠੀਕ ਹੈ ਜੀ।
ਸੋ ਜਿਵੇਂ ਕਿ ਡਿਜ਼ਾਸਟਰ ਹੋਵੇ, ਪੈਂਡੈਮਿਕ ਹੋਵੇ, ਇਕਨੋਮਿਕ ਸਲੋਡਾਊਨ ਹੋਵੇ, ਹੈ ਨਾ, ਉੱਥੋਂ ਗੋਲਡ ਜਿਹੜਾ ਹੈਗਾ ਅਪ ਜਾਂਦਾ ਹੈ ਅਤੇ ਲੋਕ ਸਟੋਕਸ, ਪੇਪਰ, ਪੈਸੇ ਤੋਂ ਹਟ ਕੇ ਮੈਟਲ ਇੱਕ ਜਿਹੜੇ ਹੈਗੇ ਮੈਟਲ ਦੇ ਵਿੱਚ ਟਰੱਸਟ ਕਰਦੇ ਨੇ, ਇਸ ਕਰਕੇ ਗੋਲਡ ਆਲਵੇਜ਼ ਇਜ਼ ਸੇਫ ਹੈਵਨ, ਜਿਵੇਂ ਕਿ ਭਾਅ ਜੀ ਨੇ ਦੱਸਿਆ। ਸੋ ਗੋਲਡ ਕਿੱਥੇ ਕਿੱਥੇ ਹੈਗਾ? ਪੂਰੀ ਦੁਨੀਆ ਦੇ ਵਿੱਚ 1,90,000 ਟਨ ਗੋਲਡ ਹੈਗਾ, ਜਿਹਦੇ ਵਿੱਚ 20,000 ਟਨ ਰਹਿ ਗਿਆ ਜਿਹੜਾ ਨਹੀਂ ਹੁਣ ਤੱਕ ਮਾਈਨ ਕੀਤਾ ਗਿਆ। ਸੋ ਇਹਦੀ ਜਿਹੜੀ ਸਪਲਾਈ ਹੈਗੀ ਹੈ ਉਹ ਹੁਣ ਬੰਦ ਹੋ ਜਾਏਗੀ ਆਉਣ ਵਾਲੇ ਸਮੇਂ 'ਚ, ਸਲੋਲੀ ਐਂਡ ਸਟੈਡੀ, ਠੀਕ ਹੈ, 15-20 ਸਾਲਾਂ 'ਚ। ਸੋ ਜਿਸ ਚੀਜ਼ ਦੀ ਡਿਮਾਂਡ ਤਾਂ ਬਹੁਤ ਹੋਵੇ ਲੇਕਿਨ ਸਪਲਾਈ ਜਾਂ ਤਾਂ ਪੂਰੀ ਰਹੇ ਜਾਂ ਸਪਲਾਈ ਨਾ ਹੋਣ ਦੇ ਗੁੰਜਾਇਸ਼ ਹੋਵੇ, ਉਹਦਾ ਪ੍ਰਾਈਜ਼ ਕਿੱਥੇ ਜਾਏਗਾ, ਕੋਈ ਦੱਸ ਸਕਦਾ ਹੈ? ਅਪ ਜਾਏਗਾ ਭਾਜੀ, ਬਿਲਕੁਲ ਉਹਦਾ ਪ੍ਰਾਈਜ਼ ਅਪ ਜਾਏਗਾ, ਕਿਉਂਕਿ ਗੋਲਡ ਨੂੰ ਤੁਸੀਂ ਆਰਟੀਫਿਸ਼ਲੀ ਬਣਾ ਨਹੀਂ ਸਕਦੇ, ਲੇਕਿਨ ਇਹਦੇ ਜਿਹੜੇ ਯੂਜ਼ ਹੈਗੇ ਨੇ ਬਹੁਤ ਜਗ੍ਹਾ ਹੈ। ਤੁਹਾਡੀਆਂ ਦਵਾਈਆਂ ਦੇ ਵਿੱਚ ਗੋਲਡ ਹੁੰਦਾ, ਤੁਹਾਡੇ ਫੋਨ ਦੇ ਵਿੱਚ ਪ੍ਰੋਸੈਸਰ ਦੇ ਵਿੱਚ ਗੋਲਡ ਹੈ, ਤੁਹਾਡੇ ਡੈਸਕਟੋਪ ਟੈਬ ਦੇ ਵਿੱਚ ਗੋਲਡ ਹੈ, ਜਿਹੜੇ ਤੁਸੀਂ ਸਿਗਨਲ, ਤੁਹਾਡਾ ਜਿਹੜਾ ਟਾਵਰ ਲੱਗਿਆ ਹੋਇਆ ਟੈਲੀਫੋਨ ਦੇ ਸਿਗਨਲਸ ਦਾ, ਉਹਦੇ ਵਿੱਚ ਜਿਹੜਾ ਐਂਟੀਨਾ, ਉਹਦੇ ਵਿੱਚ ਗੋਲਡ ਲੱਗਿਆ ਹੋਇਆ, ਜਿਹੜੇ ਸੈਟੇਲਾਈਟਸ ਨੇ ਉਹਨਾਂ ਦੇ ਵਿੱਚ ਗੋਲਡ ਦੀ ਕਵਰਿੰਗ, ਗੋਲਡ ਦੀਆਂ ਯਾਨੀ ਕਿ ਐਂਟੀਨਾਸ ਹੁੰਦੇ ਨੇ ਉਹਨਾਂ ਵਿੱਚ, ਰਾਈਟ? ਸੋ ਗੋਲਡ ਦਾ ਬਹੁਤ ਜ਼ਿਆਦਾ ਫਾਰਮੇਸੀ ਦੇ ਵਿੱਚ ਯੂਜ਼ ਹੈ, ਇਨਵੈਸਟਮੈਂਟ ਲੋਕ ਕਰਦੇ ਨੇ ਗੋਲਡ ਦੇ ਵਿੱਚ। ਜਵੈਲਰੀ ਜਿਹੜੀ ਹੈਗੀ ਹੈ 36% ਹੈਗੀ ਹੈ, 33% ਸਿਰਫ ਇੰਡੀਆ 'ਚ ਹੈ, 33% ਆਊਟ ਆਫ 36, ਓਕੇ। ਸੈਂਟਰਲ ਬੈਂਕ ਆਪਣੇ ਗੋਲਡ ਦਾ ਰਿਜ਼ਰਵ ਰੱਖਦੇ ਨੇ, ਖਾਸ ਕਰ ਬੈਂਕ ਆਫ ਇੰਗਲੈਂਡ ਦੇ ਪਾਸ ਬਹੁਤ ਜ਼ਿਆਦਾ ਗੋਲਡ ਪਿਆ, ਜਿਹੜਾ ਇੰਡੀਆ ਤੋਂ ਲੁੱਟ ਕੇ ਲੈ ਗਏ ਸੀਗੇ ਉਹ, ਠੀਕ ਹੈ। ਟੈਕਨੋਲੋਜੀ ਦੇ ਵਿੱਚ ਇਹਦਾ 8% ਯੂਜ਼ ਹੈਗਾ ਅਤੇ ਵੱਧਦਾ ਹੀ ਜਾ ਰਿਹਾ। ਤੁਹਾਡੀ ਕਾਰਾਂ ਦੇ ਵਿੱਚ ਜਿਹੜੇ ਚਿੱਪ ਨੇ ਉਹਨਾਂ 'ਚ ਗੋਲਡ ਹੁੰਦਾ, ਠੀਕ ਹੈ ਜੀ। ਸੋ ਅਸੀਂ ਗੋਲਡ 'ਚ ਟ੍ਰੇਡ ਕਰਦੇ ਹਾਂ ਕਿਉਂਕਿ ਗੋਲਡ ਜਿਹੜਾ ਹੈਗਾ ਇਹਦੀ ਮੂਵਮੈਂਟ ਨੂੰ ਪ੍ਰਾਈਜ਼ ਐਕਸ਼ਨ ਦੇ ਅਕੋਰਡਿੰਗ ਫੋਲੋ ਕਰਨਾ, ਪ੍ਰੋਫਿਟ ਕਰਨਾ ਆਸਾਨ ਹੁੰਦਾ ਹੈ ਕੰਪੈਰੇਟਿਵਲੀ ਟੂ ਅਦਰ ਕਰੰਸੀਜ਼, ਓਕੇ। ਸੋ ਇੰਨਾ ਸੀਗਾ ਅੱਜ ਦਾ ਸੈਸ਼ਨ। ਸੋ ਕਿਸੇ ਦਾ ਕੋਈ ਸਵਾਲ ਹੋਵੇ ਜੀ?